ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਗੁੱਡ ਈਵਨਿੰਗ। ਸਵਾਗਤ ਹੈ ਜੀ ਤੁਹਾਡਾ ਪੰਜਾਬ ਅੱਡਾ 24/7 ਦੇ ਓਫੀਸ਼ੀਅਲ ਯੂਟਿਊਬ ਚੈਨਲ 'ਤੇ। ਮੈਂ ਮਹਿੰਦਰ ਇੱਕ ਵਾਰ ਫਿਰ ਤੁਹਾਡੇ ਲਈ ਲੈ ਕੇ ਆਇਆ ਜੀ ਅੱਜ ਦੀ ਇੱਕ ਸਪੈਸ਼ਲ ਰੀਜਨਿੰਗ ਪਲੱਸ ਮੈਥ ਦੀ ਮੈਰਾਥਨ, ਜਿਸ ਦੇ ਵਿੱਚ ਅੱਜ ਬਹੁਤ ਕੁਝ ਸਪੈਸ਼ਲ ਹੋਣ ਜਾ ਰਿਹਾ। ਤਾਂ ਸਾਰੇ ਜਣੇ ਨੂੰ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਇੱਕ ਵਾਰ ਸਾਰੇ ਜਣੇ ਫਟਾਫਟ ਸੈਸ਼ਨ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਉ, ਕਿਉਂਕਿ ਉਸ ਤੋਂ ਬਾਅਦ ਫਿਰ ਆਪਾਂ ਅੱਜ ਦੀ, ਤੁਹਾਨੂੰ ਪਤਾ ਕਿ ਸਪੈਸ਼ਲ ਕਲਾਸ ਇੱਕ ਸਾਡੇ ਆਪਾਂ ਕਹਿ ਸਕਦੇ ਹਾਂ ਕਿ ਲਓ ਜੀ ਪਹਿਲਾਂ ਫਤਿਹ ਸਰ ਵੀ ਆ ਗਿਆ। ਆ ਜਾਓ ਸਰ, ਫਤਿਹ ਸਰ ਵੈਲਕਮ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਕਿਤੇ ਸਪੈਸ਼ਲ ਗਿਆ ਹੋਇਆ ਸੀਗਾ, ਕੋਈ ਸਪੈਸ਼ਲ ਕੰਮ ਕਰਨਾ। ਬਿਲਕੁਲ, ਅੱਜ ਸਪੈਸ਼ਲ ਦਿਨ ਹੈ ਤਾਂ ਸਰ ਸਪੈਸ਼ਲ ਬਹੁਤ ਕੁਝ ਚੱਲ ਰਿਹਾ ਨਾ ਆਪਣਾ। ਸੋ ਬਹੁਤ ਹੀ ਇੰਪੋਰਟੈਂਟ ਅੱਜ ਕਲਾਸ ਆ, ਅਤੇ ਇੱਕ ਤਾਂ ਨਾ ਬਰਥਡੇ ਦੇ ਲੋਕੀ ਐਂ ਖੁਸ਼ੀ ਮਨਾਉਂਦੇ ਹੁੰਦੇ ਆ, ਖੁਸ਼ੀ ਸਾਨੂੰ ਵੀ ਬਹੁਤ ਆ, ਪਾਰਟੀ ਕਰ ਦਿੰਦੇ, ਘੁੰਮਦੇ ਫਿਰਦੇ ਆ। ਬਿਲਕੁਲ ਬਿਲਕੁਲ ਸਰ। ਤੁਹਾਡੇ ਅੰਕੂ ਸਰ ਸਵੇਰ ਦੇ ਲੈਪਟਾਪ 'ਤੇ ਬੈਠੇ ਆ, ਮੈਂ ਪੁੱਛਿਆ ਕਿ ਚੱਲ ਰਿਹਾ, ਕਹਿੰਦੇ ਬੱਚਿਆਂ ਦੀ ਬੜੀ ਇੰਪੋਰਟੈਂਟ ਮੈਰਾਥਨ ਆ, ਉਹ ਲੈ ਕੇ ਜਾਣੀ ਆ। ਬਿਲਕੁਲ, ਸੋ ਲੱਗੇ ਹੋਏ ਮਿਹਨਤ ਕਰਨਾ, ਅਤੇ ਇੱਕ ਵਾਰ ਜਲਦੀ ਜਲਦੀ ਜਿਹਨਾਂ ਨੇ ਲਾਈਕ ਨਹੀਂ ਕੀਤਾ ਲਾਈਕ ਕਰੋ, ਜਿਹਨਾਂ ਨੇ ਸ਼ੇਅਰ ਨਹੀਂ ਕੀਤਾ ਸ਼ੇਅਰ ਜ਼ਰੂਰ ਕਰੋ, ਕੇਕ ਖਵਾਵਾਂਗੇ। ਹੈ ਕੇਕ ਖਾਣਾ ਕਿਹਨੇ ਕਹਿੰਦੇ ਦੱਸੋ, ਖਾਣ ਦੀਆਂ ਗੱਲਾਂ ਸਰ ਪਹਿਲਾਂ ਹੋਣ ਲੱਗ ਗਈਆਂ। ਹਾਂ, ਕੇਕ ਕਿਹਨੇ ਕਿਹਨੇ ਖਾਣਾ, ਜਲਦੀ ਜਲਦੀ ਹੈਂਡ ਰੇਜ਼ ਕਰੋ, ਕੇਕ ਵੀ ਖਵਾਵਾਂਗੇ। ਸੋ ਕੇਕ ਦਾ ਅਰੇਂਜਮੈਂਟ ਕਰਨ ਗਏ ਸੀਗੇ, ਅਤੇ ਫਿਰ ਤੁਹਾਨੂੰ ਜ਼ੋਰਦਾਰ ਤਾੜੀਆਂ ਦੇ ਵਿੱਚ ਅੰਕੁਰ ਸਰ ਨੂੰ ਬੁਲਾਵਾਂਗੇ। ਲੇਕਿਨ ਉਸ ਤੋਂ ਪਹਿਲਾਂ ਜਿੰਨੇ ਜਣੇ ਆ ਚੁੱਕੇ ਇੱਕ ਵਾਰ ਸਾਰੇ ਜਣੇ ਲਿਖ ਦਿਓ ਹੈਪੀ ਬਰਥਡੇ ਸਰ। ਹਾਂਜੀ, ਜਿੰਨੇ ਜਣੇ ਆਏ ਹੋ ਇੱਕ ਵਾਰ ਸਾਰੇ ਜਣੇ ਲਿਖ ਦਿਓ ਹੈਪੀ ਬਰਥਡੇ ਸਰ, ਤਾਂ ਉਦੋਂ ਬਾਅਦ ਅੰਕੁਰ ਸਰ ਜ਼ਰੂਰ ਪਹੁੰਚਣਗੇ ਜੀ। ਮੈਂ ਵੀ ਭੱਜਾ ਭੱਜਾ, ਮੈਨੂੰ ਥੋੜ੍ਹਾ ਸਾਹ ਚੜਿਆ ਹੋਇਆ, ਬਿਲਕੁਲ ਬਿਲਕੁਲ, ਕਿਸੇ ਇੰਪੋਰਟੈਂਟ ਕੰਮ ਤੇ ਖੜੇ ਸੀਗੇ। ਲੋ ਜੀ ਲੋ ਜੀ, ਸੋਹਣੀ ਬਰਥਡੇ ਆ, ਤੂੰ ਕਿੱਥੇ ਸੀ ਮਾਮਾ? ਮੈਂ ਬਈ ਪਾਣੀ ਪੀਣ ਗਿਆ। ਹਲੋ, ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ। ਪਹਿਲਾਂ ਤਾਂ ਥੋੜ੍ਹੀ ਦੇਰ ਪਹਿਲਾਂ ਇੱਕ ਮਤਲਬ ਮੈਂ ਇੱਥੋਂ ਆਇਆ ਸਰ, ਢੋਲ ਵਜਾਉਂਦਾ ਹੁੰਦਾ ਜੀ ਇੱਕ ਬੰਦਾ, ਮੈਂ ਕੀ ਹੋਇਆ, ਕਹਿੰਦੇ ਬੁੱਕ ਕੀਤਾ ਆ। ਘਰੇ ਵੀ ਬੈਠੇ ਹੋਏ, ਜੀ ਕਰਦਾ ਪੰਜਾਬ ਜਾਈਏ ਸਰ, ਉਹਨਾਂ ਕੋਲ ਜਾ ਕੇ ਬਰਥਡੇ ਸੈਲੀਬ੍ਰੇਟ ਕਰੀਏ। ਪਰ ਕਿਤੇ ਨਾ ਇੱਕ ਸਾਨੂੰ ਇੱਕ ਚੀਜ਼ ਹੁੰਦੀ ਆ ਵੀ ਯਾਰ, ਸਾਡਾ ਪਰਿਵਾਰ ਤੁਸੀਂ ਹੋ, ਹਰ ਰੋਜ਼ ਸ਼ਾਮ ਨੂੰ 4 ਵਜੇ 5 ਵਜੇ ਜਿੰਨੀ ਵੀ ਸਾਡੀ ਕਲਾਸ ਦਾ ਟਾਈਮ ਆ, ਸਾਡਾ ਪਰਿਵਾਰ ਸਾਨੂੰ ਤੁਸੀਂ ਲੱਗਦੇ ਹੋ, ਵੀ ਆਪਦਾ ਬਰਥਡੇ ਆਪਦੇ ਪਰਿਵਾਰ ਦੇ ਨਾਲ ਮਨਾਉਣਾ ਸਭ ਤੋਂ ਬੈਸਟ ਹੁੰਦਾ। ਮੈਨੂੰ ਲੱਗਦਾ ਆਪਣੇ ਜਿੰਨੇ ਵੀ ਫੈਕਲਟੀ ਹੋਏ ਨੇ, ਜਿਨ੍ਹਾਂ ਦਾ ਵੀ ਬਰਥਡੇ ਹੋਇਆ, ਉਹ ਸਾਰਿਆਂ ਨੇ ਬੱਚਿਆਂ ਨਾਲ ਹੀ ਮਨਾਇਆ। ਬਿਲਕੁਲ ਬਿਲਕੁਲ, ਠੀਕ ਹੈ ਨਾ, ਚਾਹੇ ਮਹਿੰਦਰ ਸਰ ਦਾ ਸੀਗਾ, ਮੇਰਾ ਬਰਥਡੇ ਸੀਗਾ, ਮਨੂ ਸਰ ਤੁਹਾਡਾ ਸੀਗਾ, ਅਤੇ ਅੱਜ ਅੰਕੂ ਸਰ ਵੀ ਉਸ ਲਾਈਨ 'ਚ ਐਡ ਹੋ ਗਏ ਨੇ। ਸੋ ਇੱਕ ਖੁਸ਼ੀ ਹੁੰਦੀ ਹੈ ਸਾਨੂੰ ਕਿ ਅਸੀਂ ਆਪਦੇ ਪਰਿਵਾਰ ਨਾਲ ਬਰਥਡੇ ਮਨਾਈਏ, ਅਤੇ ਸਾਡਾ ਤੁਸੀਂ ਜਿਵੇਂ ਸਰ ਨੇ ਕਿਹਾ ਕਿ ਇੱਕ ਏਡਾ ਵੱਡਾ ਭਾਗਾਂ ਵਾਲਾ ਪਰਿਵਾਰ ਸਾਨੂੰ ਮਿਲਿਆ ਸੀ, ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਕਿ ਸਾਨੂੰ ਤੁਸੀਂ ਮਿਲੇ। ਠੀਕ ਹੈ, ਔਰ ਦੇਖੋ ਸਰ, ਦੂਸਰੀ ਗੱਲ ਇਹ ਵੀ ਹੈ, ਜਿਵੇਂ ਪਰਿਵਾਰ 'ਚ ਦੇਖੋ ਅੱਜ ਕੱਲ੍ਹ ਜਿਵੇਂ ਉਹੀ ਹੈ ਸਰ, ਹਮ ਦੋ ਹਮਾਰੇ ਦੋ, ਹੈ ਨਾ, ਛੋਟੇ ਛੋਟੇ ਪਰਿਵਾਰ ਹੈ, ਲੇਕਿਨ ਸਾਡਾ ਪਰਿਵਾਰ 3.5 ਲੱਖ ਮੈਂਬਰਾਂ ਦਾ। ਤੁਸੀਂ ਸੋਚ ਕੇ ਦੇਖੋ ਕਿ ਉਹਨਾਂ ਜਿੰਨੇ ਵੱਡੀ ਫੈਮਿਲੀ ਆ, ਉਹਨਾਂ ਜ਼ਿਆਦਾ ਸੈਲੀਬ੍ਰੇਸ਼ਨ ਹੋਣਾ ਚਾਹੀਦਾ, ਅਤੇ ਬਈ ਤੁਸੀਂ ਵੀ ਸਾਰੇ ਉਹਨਾਂ ਜ਼ਿਆਦਾ ਸਪੋਰਟ ਅਤੇ ਉਹਨਾਂ ਜ਼ਿਆਦਾ ਪਿਆਰ ਦੀ ਅਪੇਕਸ਼ਾ ਕਰਦੇ ਹੋ, ਜਿਹਨਾਂ ਨੇ ਹਾਲੇ ਤੱਕ ਸ਼ੇਅਰ ਨਹੀਂ ਕੀਤਾ ਯਾਰ, ਹੈ ਨਾ। ਤੁਸੀਂ ਕਹਿ੣ਾ ਅੰਕੁਰ ਸਰ ਬੜੀ ਦੂਰ ਬੈਠੇ, ਕੱਲ੍ਹ ਬੱਚੇ ਨੇ ਅੰਕੁਰ ਸਰ ਨੂੰ ਮੈਸੇਜ ਕੀਤਾ, ਮੈਨੂੰ ਦਿਖਾ ਰਹੇ ਸੀ, ਸਰ ਤੁਹਾਡਾ ਮੈਨੂੰ ਐਡਰੈਸ ਦੇ ਦਿਓ, ਤੁਹਾਡਾ ਸ਼ਰਟ ਦਾ ਸਾਈਜ਼ ਦੱਸੋ, ਮੈਂ ਸ਼ਰਟ ਭੇਜਣੀ ਆ। ਅੰਕੁਰ ਸਰ ਨੇ ਕਿਹਾ ਨਹੀਂ, ਬੱਚੇ ਕੁਛ ਭੇਜਣ ਦੀ ਲੋੜ ਨਹੀਂ, ਤੁਸੀਂ ਐਗਜ਼ਾਮ ਕਲੀਅਰ ਕਰੋ, ਉਹੀ ਗਿਫਟ ਆ। ਤੇ ਤੁਸੀਂ ਅਗਰ ਗਿਫਟ ਦੇਣਾ ਹੈ ਰੀਅਲ ਦੇ ਵਿੱਚ, ਤੇ ਗਿਫਟ ਇਹ ਆ ਬੱਚਾ ਜੀ, ਜਲਦੀ ਨਾਲ ਇਸ ਕਲਾਸ ਦੇ ਲਿੰਕ ਨੂੰ ਸ਼ੇਅਰ ਕਰਕੇ ਆਓ, ਜਿੰਨੇ ਵੀ ਦੋਸਤ ਮਿੱਤਰ ਯਾਰ ਬੇਲੀ ਸਹੇਲੀ ਰਿਸ਼ਤੇਦਾਰ ਜਿਹੜੇ ਤਿਆਰੀ ਕਰਦੇ ਆ ਨਾ, ਜਿਹੜੇ ਨਹੀਂ ਵੀ ਕਰਦੇ ਉਹਨਾਂ ਨੂੰ ਕੋਈ ਇੱਕ ਵਾਰੀ ਹਾਜ਼ਰੀ ਲਵਾ ਕੇ ਆਓ, ਪੈਸਾ ਦੇ ਕੇ ਸਪੈਸ਼ਲ ਕਲਾਸ ਆ, ਜ਼ਰੂਰ ਹਾਜ਼ਰੀ ਲਵਾਓ, ਤੇ ਜਿਹਨੇ ਜਿਹਨੇ ਸ਼ੇਅਰ ਕਰਤਾ ਇੱਕ ਵਾਰ ਦੱਸ ਦਿਓ ਵੀ ਸਰ ਅਸੀਂ ਸ਼ੇਅਰ ਕਰਤਾ, ਲਾਈਕ ਕਰਤਾ, ਜਿਹਨਾਂ ਨੇ ਲਾਈਕ ਨਹੀਂ ਕੀਤਾ ਤੇ ਉਹ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ। ਅੰਕੁਰ ਸਰ ਬੁਲਾਉਣੇ ਆ ਤੁਹਾਨੂੰ, ਕੋਈ ਚੱਕਰ ਨਹੀਂ, ਹਾਂ ਵੀ ਬੁਲਾ ਲਈਏ ਫਿਰ ਦੱਸੋ। ਹਲੇ ਰੁਕੋ ਯਾਰ, ਮਾੜਾ ਸ਼ੇਅਰ ਸ਼ੁਰੂ ਕਰੋ, ਐਂ ਥੋੜੇ ਸਰ ਬਰਥਡੇ ਬੋਏ, ਐਵੇਂ ਥੋੜੀ, ਐਵੇਂ ਨਹੀਂ, ਐਵੇਂ ਨਹੀਂ, ਐਵੇਂ ਨਹੀਂ ਹੋਣਾ। ਹਲੇ ਢੋਲ ਵਾਲਾ ਆਈ ਜਾਂਦਾ, 2 ਮਿੰਟ ਲੱਗਣਗੇ ਉਹਨੂੰ, ਹੈ ਨਾ, ਉਹ ਤੱਕ ਸ਼ੇਅਰ ਕਰਕੇ ਆਓ ਯਾਰ ਸਾਰੇ ਜਣੇ, ਹੈ ਨਾ। ਵੈਰੀ ਗੁੱਡ, ਸ਼ਾਬਾਸ਼ ਸ਼ਾਬਾਸ਼। ਮੁੜ ਕੇ ਫਿਰ ਪੜ੍ਹਨਾ ਵੀ ਹੈ ਤੁਸੀਂ, ਦੇਖੋ ਬਿਲਕੁਲ ਬਿਲਕੁਲ, ਪਹਿਲਾਂ ਖੁਸ਼ੀ ਫਿਰ ਪੜ੍ਹਾਈ, ਤੇ ਜਦੋਂ ਸਿਲੈਕਸ਼ਨ ਹੋਗੀ ਫਿਰ ਉਦੋਂ ਵੱਡੀ ਖੁਸ਼ੀ। ਬਿਲਕੁਲ ਬਿਲਕੁਲ, ਹੈ ਨਾ, ਤੇ ਅੰਕੁਰ ਸਰ ਨੇ ਫਿਰ ਪਾਰਟੀ ਅੱਜ ਕਰਨੀ ਹੈ, ਤੇ ਜਿੱਦਣ ਤੁਹਾਡੀ ਸਿਲੈਕਸ਼ਨ ਹੋਗੀ ਤੁਸੀਂ ਪਾਰਟੀ ਕਰਨੀ ਆ। ਇਹ ਮੈਂ ਪਾਰਟੀ ਵਾਰ ਵਾਰ ਤਾਂ ਕਹੀ ਜਾਣਾ ਕਿਉਂਕਿ ਸਰ ਕੋਲ ਖੜੇ ਸੁਣ ਰਹੇ ਆ, ਯਾਦ ਰਹਿਣ, ਯਾਦ ਰਹਿਣ, ਇਹਨਾਂ ਨੂੰ ਯਾਦ ਰਹੇ, ਹੈ ਨਾ ਸਰ। ਬਿਲਕੁਲ ਬਿਲਕੁਲ, ਹਾਂ, ਤੇ ਉਹ ਜਾਣ ਕੇ ਅਸੀਂ ਯਾਦ ਕਰਾਈ ਜਾਂਦੇ ਆ ਵੀ ਬੰਦਾ ਭੁੱਲ ਨਾ ਜਾਵੇ, ਬਾਕੀ ਤੁਹਾਡੀ ਗਵਾਹੀ ਪੈ ਜਾਣੀ ਕੱਲ ਨੂੰ, ਤੁਸੀਂ ਪੁੱਛੋਗੇ ਨਾ ਫਿਰ ਕੱਲ ਦੀ ਕਲਾਸ ਵਿੱਚ ਸਰ ਫਿਰ ਪਾਰਟੀ ਕਿੱਦਾਂ ਕੀਤੀ, ਫਿਰ ਸ਼ਰਮੋ ਸ਼ਰਮੀ ਬੰਦਾ ਦੱਸੂਗਾ ਵੀ ਹਾਂ ਵੀ ਬਹੁਤ ਵਧੀਆ ਪਾਰਟੀ ਹੋਈ ਆ। ਮਾੜਾ ਮਾੜਾ ਪਾਸਾ ਮਰ, ਸੋਹਣਾ ਲੱਗੀ ਜਾਂਦਾ, ਜਵਾਕ ਹੀ ਜਾਂਦੇ, ਮਾੜਾ ਮੂਹਰੇ ਜਾਏ। ਚਲੋ ਜੀ, ਮਜ਼ਾਕ ਆ ਸਾਡਾ, ਮਜ਼ਾਕ, ਜਦੋਂ ਨਾ ਬੰਦੇ ਦਾ ਰਿਸ਼ਤਾ ਜੋ ਬੰਦਾ ਸੋਹਣਾ ਲੱਗਦਾ ਹੀ ਹੁੰਦਾ ਹੈ, ਇਹ ਵੀ ਗੱਲ ਹੋ ਸਕਦੀ ਹੈ ਨਾ। ਹੁਣ ਜਿਵੇਂ ਮੇਰਾ ਵਿਆਹ ਹੋ ਗਿਆ, ਮੈਨੂੰ ਸੋਹਣਾ ਲੱਗਦਾ ਨਾ, ਜਦੋਂ ਮੇਰਾ ਵਿਆਹ ਹੋ ਜੂ, ਮੈਂ ਵੀ ਸੋਹਣਾ ਲੱਗਦਾ। ਹਾਂ, ਤੁਸੀਂ ਵੀ ਸੋਹਣਾ ਲੱਗੋਗੇ, ਤੁਹਾਡਾ ਵਿਆਹ ਹੋ ਗਿਆ, ਹਜੇ ਪਹਿਲਾਂ ਲੱਗ। ਉਹ ਫਿਰ ਫੇਕ ਸੋਹਣਾ ਹੁੰਦਾ ਨਾ। ਨਹੀਂ, ਉਹ ਅਸਲੀ ਸੋਹਣਾ ਹੁੰਦਾ, ਇਹਨਾਂ ਨੂੰ ਪਤਾ, ਮੈਂ ਨਹੀਂ, ਮੈਂ ਤੁਸੀਂ ਪਹਿਲਾਂ ਹੀ ਮੈਨੂੰ ਕੁੱਟਿਆ ਸੀ, ਮੈਂ ਦੱਸਿਆ ਇਹਨਾਂ ਨੂੰ ਫਤਿਹ ਸਰ ਕਿਉਂ ਐ, ਵੀ ਪੋਲੇ ਪੋਲੇ ਜੇ ਬੋਲਦੇ, ਢਿੱਲੇ ਢਿੱਲੇ ਜੇ ਬੋਲਦੇ ਆ। ਉਹ
तो कुछ खास होएगा, कुछ बेस्ट होएगा, तो कुछ अच्छा होएगा। तुहाडे फ्यूचर नूं लैके चंगीआं चीज़ां होण जा रहीआं दोस्तों। दो घंटे की क्लास होएगी, तीन घंटे की होगी, चार घंटे की होगी, तुहाडा प्यार दसूगा, है ना। क्योंकि महेंद्र सर ते अंकुर सर नूं दो तीन रेड बुलां पहला पिया के फिट कर दिता, वो तकड़े होकर खड़े आ दोस्तों। एक बार जल्दी नाल गिनती 300 पार कर दिओ, आपां अंकुर सर नूं लैके आईए। तुहाडी क्लास का समा जिहड़ा हो चुका, ज्यादा समा नहीं आपां व्यर्थ करांगे। एक बार ताड़ियां दे, ताड़ियां दा तुहाडे जोरदार ताड़ियां दे चार ट करांगे, बट तुहाडे नाल ही करांगे आई सोचा सीगा, क्योंकि एक फैमिली दा पार्ट हुंदी है, घरे फैमिली बैठी, एक तुहाडे वाली फैमिली है जिहदे नाल सवेर तो लैके शाम तक मैं महेंद्र सर सारे पूरी पंजाब वड्डा दी टीम तुहाडे नाल रहिंदी है। सवेर तो लैके सर सवेर 8 बजे क्लास करांगे, पहली क्लास 8 पहली क्लास 8 या 9 बजे हुंदी है, उस तो लैके रात 11 बजे तक क्लासां चलदियां। ਤਾਂ ਤੁਹਾਡੇ ਨਾਲ ਹੀ ਬਰਥਡੇ ਸੈਲੀਬ੍ਰੇਟ ਕਰਾਂਗੇ, ਤੁਹਾਡੀ ਪੜ੍ਹਾਈ ਨਾਲ ਸੈਲੀਬ੍ਰੇਟ ਕਰਾਂਗੇ। ਮੇਨ ਇੰਪੋਰਟੈਂਟ ਚੀਜ਼ ਕੀ ਹੈ, ਤੁਹਾਡੀ ਸਿਲੈਕਸ਼ਨ ਇੰਪੋਰਟੈਂਟ ਹੈ ਐਂਡ ਆਫ ਦੀ ਡੇ, ਕਿ ਹਾਂ ਕਿੰਨਾ ਪੜ੍ਹਿਆ, ਕਿੰਨਾ ਕੰਮ ਆਇਆ, ਸਿਲੈਕਸ਼ਨ ਕਿੱਦਾਂ ਦੀ ਹੋਈ। ਤਾਂ ਆਪਾਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਕਲਾਸ ਦੀ ਸ਼ੁਰੂਆਤ ਕਰਾਂਗੇ। ਸਰ ਪਾਰਟੀਆਂ ਦੀ ਗੱਲ ਇਹਨੇ ਬੱਚਿਆਂ ਮੂਰੇ ਇੱਕ ਵਾਰ ਕਰ ਦੋ ਮਾੜੀ ਜੀ, ਸ਼ਾਮ ਕੱਟ ਲਾਂਗੇ। ਹਾਂ ਇਹ ਵੀਡੀਓ ਕੱਟ ਕੇ ਰੱਖੋ, ਕੋਈ ਗੱਲ ਨਹੀਂ, ਕੱਟ ਲਓ ਯਾਰ ਵੀਡੀਓ, ਕੱਟ ਮੇਰੇ ਵਾਲਾ ਕੰਮ ਨਾ ਕਰ ਦਿਓ ਵੀਡੀਓ, ਉਹ ਮੇਰੇ ਵਾਲਾ ਕੰਮ ਨਾ ਕਰ ਦਿਓ। ਮੈਂ ਲਿਆ ਆਈਫੋਨ, ਮੈਨੂੰ ਬਸ ਸਰ ਕਹਿੰਦੇ ਮਨੋਜ ਸਰ ਪਾਰਟੀ, ਮੈਂ ਕਿਹਾ ਹੈਲੋ ਆਵਾਜ਼ ਨਹੀਂ ਆ ਰਹੀ, ਕਹਿੰਦੇ ਮਨੋਜ ਸਰ ਪਾਰਟੀ, ਮੈਂ ਹੈਲੋ ਆਵਾਜ਼ ਕੱਟੀ ਜਾ ਰਹੀ ਹੈ ਸਰ। ਪੂਰੀ ਕਲਾਸ ਦੇ ਵਿੱਚ ਜੁੜੇ ਰਹੋ, ਕਲਾਸ ਦੇ ਵਿੱਚ ਆਪਾਂ ਕੇਕ ਵੀ ਵੱਢਾਂਗੇ, ਲੋਕ ਕੱਢਦੇ ਆਪਾਂ ਵੱਢਾਂਗੇ, ਵੱਡਾ ਕੇਕ ਲੈ ਕੇ ਆਵਾਂਗੇ। ਵਧੀਆ ਪੜ੍ਹਾਈ ਦੇ ਨਾਲ ਨਾਲ ਇੰਜੋਏ, ਪੜ੍ਹਾਈ ਦੇ ਨਾਲ ਨਾਲ ਸੈਲੀਬ੍ਰੇਸ਼ਨ। ਮੈਂ ਫਤਿਹ ਸਰ, ਗਗਨ ਸਰ, ਸਾਰੀ ਪੰਜਾਬ ਅੱਡਾ ਦੀ ਟੀਮ ਇੱਥੇ ਆ ਬਾਈ, ਸਾਰੇ ਬੈਠਾ ਗੱਦੇ ਸਿੱਟ ਕੇ ਬੈਠੇ ਰਹੋ, ਹਿੱਲਿਓ ਨਾ, ਸ਼ੇਅਰ ਕਰ ਦਿਓ ਵੀਡੀਓ ਨੂੰ। ਸਰ ਤੁਸੀਂ ਹੁਣ ਤੁਹਾਡੇ ਹਵਾਲੇ ਵਤਨ ਸਾਹਿਬ ਸੁਣ, ਆਪਾਂ ਪੜ੍ਹਨ ਦੀ ਗੱਲ ਕਰਦੇ ਹਾਂ, ਫਟਾਫਟ ਇੱਕ ਵਾਰੀ ਸ਼ੇਅਰ ਜ਼ਰੂਰ ਕਰਦੇ ਹਾਂ। ਕੇਕ ਕਦੋਂ ਆਉਣਾ ਇਹ ਤੁਹਾਨੂੰ ਦੱਸਣਾ ਨਹੀਂ ਟਾਈਮ, ਅਸੀਂ ਸਾਰੀ ਕਲਾਸ ਕਦੀ ਵੀ ਕੇਕ ਆ ਗਿਆ, ਗਿਫਟ ਵੀ ਆ ਗਿਆ, ਬਹੁਤ ਪਹਿਲਾਂ ਤਾਂ ਖਾਣ ਨੂੰ ਸਮਾਨਾ ਵੀ ਲੈ ਕੇ ਆਏ, ਗੁਰਦੇ ਸੱਚ ਕਰੀ ਜਾਂਦੇ ਤੇ ਗੜੇ ਮੈਂ ਦੇਖਿਆ। ਨਹੀਂ ਨਹੀਂ ਸਰ, ਉਹ ਵੀ ਹੈਗਾ, ਬਾਕੀ ਨਾ ਜਿਹੜੇ ਮਤਲਬ ਦੂਜਾ ਕੇਕ ਤਾਂ ਆਊਗਾ ਜਦੋਂ ਆਊਗਾ, ਡਿਜੀਟਲ ਕੇਕ ਪਹਿਲਾਂ ਆ ਗਿਆ, ਡਿਜੀਟਲ ਕੇਕ ਸਰ ਕਰ ਇਹਨਾਂ ਦੇ ਹਵਾਲੇ ਕਰਕੇ। ਚਲੋ ਜੀ, ਮਾਈਕ ਓਵਰ ਟੂ ਜਨਾਬ ਮਹਿੰਦਰ ਸਿੰਘ। ਹਾਂਜੀ, ਤਾਂ ਦੇਖੋ ਯਾਰ, ਡਿਜੀਟਲ ਕੇਕ ਜਿਹੜਾ ਉਹ ਤੁਹਾਡੇ ਵਾਸਤੇ ਸਪੈਸ਼ਲ ਅਸੀਂ ਲੈ ਕੇ ਆ ਚੁੱਕੇ ਹਾਂ, ਤੇ ਉਸ ਤੋਂ ਪਹਿਲਾਂ ਅਗਰ ਤੁਸੀਂ ਐਪਲੀਕੇਸ਼ਨ ਡਾਊਨਲੋਡ ਨਹੀਂ ਕੀਤੀ ਉਹ ਕਰ ਲੈਣਾ, ਠੀਕ ਹੈ, ਕਿਉਂਕਿ ਐਪਲੀਕੇਸ਼ਨ ਜਿਹੜੀ ਹੈ ਉਹ ਇੱਥੇ ਚੱਲੂਗੀ। ਲੇਕਿਨ ਆ ਲਓ ਜੀ, ਇਹ ਆ ਗਿਆ ਸਭ ਤੋਂ ਪਹਿਲਾਂ ਕੇਕ ਤੁਹਾਡੇ ਵਾਸਤੇ, ਸਾਰਿਆਂ ਵਾਸਤੇ। ਹੁਣ ਦੇਖ ਲਓ ਵੀ ਲੇਅਰ ਕਿੰਨੀਆਂ, ਇੱਕ ਦੋ ਤਿੰਨ। ਹਾਂਜੀ, ਆ ਦੋ ਜਣੇ ਖੜੇ, ਤਾਂ ਮੈਡਮ ਵੀ ਯਾਦ ਰੱਖੀ ਹੈ ਇਹ, ਬਿਲਕੁਲ ਸਰ ਸਰ ਦੇ ਨਾਲ। ਆ ਦੇਖੋ ਸਰ, ਉਹ ਦੇਖੋ ਨਾ ਯਾਦ ਸੀ, ਸਰ ਦੇਖੋ ਓਏ, ਇੱਕ ਤੁਸੀਂ ਦੇਖੋ ਸਰ, ਇਹ ਗੱਲ ਨਹੀਂ ਲੱਗਦਾ ਕਿ ਸਰ ਸਪੈਸ਼ਲ ਕੇਕ ਆਇਆ ਸੀ, ਔਰ ਮੈਨੂੰ ਸਪੈਸ਼ਲ ਡਿਮਾਂਡ ਆਈ ਸੀਗੀ, ਮੈਸੇਜ ਆਇਆ ਸੀ ਕਿ ਕੇਕ ਸਰ ਵਾਸਤੇ ਇਦਾਂ ਦਾ ਹੀ ਲੈ ਕੇ ਆ, ਤਾਂ ਮੈਡਮ ਚਾਹੀਦੀ ਹੈ। ਮੈਂ ਤਾਂ ਦੇਖਿਆ ਵੀ ਨਹੀਂ ਉੱਤੇ ਕੋਈ ਹੈਗਾ। ਚਲੋ ਚਲੋ ਸਰ, ਕਰੋ ਠੀਕ ਹੈ ਜੀ, ਕੇਕ ਆ ਗਿਆ, ਆ ਚੱਕੋ ਪੀਜ਼ਾ ਆ ਗਿਆ। ਪਹਿਲਾਂ ਕੇਕ ਜਵਾਕਾਂ ਮਿੱਠਾ ਕਰਾਤਾ ਤੁਹਾਡਾ, ਇਹ ਜਵਾਕਾਂ ਦੀ ਸਪੈਸ਼ਲ ਡਿਮਾਂਡ ਸੀ ਪੀਜ਼ਾ। ਬਿਲਕੁਲ ਜੀ, ਪੀਜ਼ਾ ਵੀ ਹੈਗਾ, ਪੀਜ਼ਾ ਵੀ ਆ ਗਿਆ ਭਾਈ, ਆਰਾਮ ਨਾਲ ਖਾਣਾ, ਕਿਸੇ ਨੇ ਕੋਈ ਵੀ ਕਿਸੇ ਤਰੀਕੇ ਦੀ ਉਹ ਨਹੀਂ ਕਰਨੀ ਗੀ, ਜਲਦਬਾਜ਼ੀ ਨਹੀਂ ਕਰਨੀ, ਤੱਤਾ ਹੋਊਗਾ ਕਿਤੇ ਮੂੰਹ ਬਾਲ ਲਓ, ਹਨਾ। ਉਸ ਤੋਂ ਬਾਅਦ ਜੀ ਨੈਕਸਟ ਆ ਗਿਆ ਜੀ ਸਾਰਿਆਂ ਵਾਸਤੇ ਮਿਠਾਈਆਂ, ਦੁਬਾਰਾ ਇੱਕ ਵਾਰ ਮੂੰਹ ਮਿੱਠਾ, ਕਿਉਂਕਿ ਹੋ ਸਕਦਾ ਕਿਸੇ ਨੂੰ ਮਿਰਚੀ ਤੇਜ਼ ਲੱਗੀ ਹੋਵੇ। ਤੁਹਾਡੀ ਫੇਵਰੇਟ ਕਿਹੜੀ ਆ? ਸਰ ਮੇਰੀ ਫੇਵਰੇਟ ਇਹਦੇ ਮੈਨੂੰ ਦਿਖ ਨਹੀਂ ਰਹੀ ਐਕਚੁਅਲ ਚ, ਤੁਹਾਡੀ ਕਿਹੜੀ ਕਿਹੜੀ ਫੇਵਰੇਟ? ਲੱਡੂ ਠੀਕ ਲੱਗਿਆ ਮੈਨੂੰ ਸਰ ਇਹਦੇ ਚ, ਬਾਕੀ ਦੱਸ ਦੋ ਵੀ ਕਿਸੇ ਦੀ ਕੋਈ ਫੇਵਰੇਟ ਹੈ ਤਾਂ ਇੱਥੋਂ ਅਸੀਂ ਡਾਇਰੈਕਟਲੀ ਦੇ ਸਕਦੇ ਹਾਂ। ਯਾਰ ਕੋਈ ਠੰਡੇ ਜਿਹਾ ਚੈਟ ਰੇਟ ਐਂ ਚੱਲਣੀ ਚਾਹੀਦੀ ਹੈ, ਲਾਈਕ ਸ਼ੇਅਰ ਦੱਬ ਕੇ ਕਰ ਦਿਓ ਫਟਾਫਟ, ਕਿਉਂਕਿ ਤੁਹਾਡੀ ਮਾਮਲਾ, ਤੁਹਾਡੀ ਸਿਲੈਕਸ਼ਨ ਦਾ ਐਂਡ ਆਫ ਦੀ ਡੇ। ਇਹ ਆਪਾਂ 4-5 ਮਿੰਟ ਜੋ ਹਾਸੀ ਮਜ਼ਾਕ ਕਰ ਲਿਆ, ਪੜ੍ਹਨ ਤੇ ਚੱਲਾਂਗੇ। ਕੋਲਡ ਡਰਿੰਕ ਵਗੈਰਾ ਜੋ ਵੀ ਕੈਨ ਵਗੈਰਾ ਲੈਣਾ, ਉਹਦੇ ਕੋਕ ਵਗੈਰਾ ਉਹਦਾ ਲੈ ਕੇ, ਤੇ ਹੁਣ ਖਾਣ ਪੀਣ ਹੋ ਗਿਆ, ਹੁਣ ਆਪਾਂ ਸਰ ਪੜ੍ਹਨ ਤੇ ਚੱਲੀਏ। ਬਿਲਕੁਲ ਸਰ, ਬਿਲਕੁਲ ਹੁਣ ਚੱਲਣਾ ਪਏਗਾ, ਤੇ ਸਾਰੇ ਜਣੇ ਰੇਡੀਓ ਤੇ ਇੱਕ ਵਾਰ ਵੀ ਫਟਾਫਟ, ਇੱਕ ਵਾਰ ਸਾਰੇ ਜਣੇ ਫਟਾਫਟ ਥੰਬਸ ਅਪ ਕਰ ਦਿਓ ਕਿ ਯੈਸ ਸਰ ਵੀ ਆਰ ਰੈਡੀ, ਯੈਸ ਸਰ ਵੀ ਆਰ ਰੈਡੀ, ਫਟਾਫਟ ਇੱਕ ਵਾਰ ਥੰਬਸ ਅਪ ਕਰ ਦਿਓ, ਤੇ ਫਿਰ ਕਰਦੇ ਆ ਜੀ ਅੱਜ ਦੇ ਇਸ ਸੈਸ਼ਨ ਦਾ ਜ਼ਬਰਦਸਤ ਤਰੀਕੇ ਦੇ ਨਾਲ ਆਗਾਜ਼। ਤੇ ਅੰਕੁਰ ਸਰ ਫਿਰ ਇਜਾਜ਼ਤ ਹੈ, ਚਲੋ ਸਰ ਕਰ ਦੋ ਸਟਾਰਟ। ਲਓ ਜੀ, ਹਲੋ, ਪਹਿਲਾ ਕੁਐਸਚਨ ਹੈ ਮੇਰਾ, ਲਓ ਜੀ ਬਿਲਕੁਲ, ਤੇ ਬਣਾਓ ਵੀ ਪਹਿਲਾ ਕੁਐਸਚਨ ਬੱਚੇ, ਫਟਾਫਟ ਸਾਰੇ ਬੱਚੇ ਪਹਿਲੇ ਕੁਐਸਚਨ ਦਾ ਆਨਸਰ ਕਰਨਗੇ। ਹੁਣ ਜੋ ਗੱਲ ਹੈ, ਹੁਣ ਗੱਲ ਹੈ ਪੜ੍ਹਾਈ ਦੀ, ਕੇਕ ਵੇ ਕੱਟਾਂਗੇ ਆਪਾਂ, ਕੱਟਾਂਗੇ ਜਿੱਥੇ ਵੀ ਆਇਆ ਵਿਚਾਲੇ ਕੱਟਾਂਗੇ। ਤੇ ਇੱਕ ਗੱਲ ਹੋਰ ਦੱਸੀ ਹੋਈ ਹੈ ਕਿ ਜੋ 500 ਕੁਐਸਚਨ ਦੀ PDF ਦੇਵਾਂਗੇ, ਮੈਥ ਪਲੱਸ ਰੀਜਨਿੰਗ ਦੇ ਸਰ 500 ਸਵਾਲ ਜੋ ਆਪਾਂ ਤਿਆਰ ਕੀਤੇ ਹੈ, ਉਹ ਤੁਹਾਨੂੰ ਚਲਦੀ ਕਲਾਸ ਦੇ ਵਿੱਚ ਹੀ ਮਿਲੇਗੀ, ਓਨਲੀ ਫੋਰ ਲਾਈਵ ਸਟੂਡੈਂਟਸ, ਕਿਉਂਕਿ ਇੱਥੇ ਲਿੰਕ ਲੱਗੂਗਾ, ਜਿਹਨੇ ਡਾਊਨਲੋਡ ਕਰ ਲਈ 5 ਮਿੰਟ ਤੱਕ ਲਿੰਕ ਐਕਟਿਵ ਰਹੇਗਾ, ਜਿਹਨੇ ਨਹੀਂ ਕੀਤੀ ਉਹ ਬਈ ਆਪਦਾ ਦੇਖ ਲਵੇ, ਠੀਕ ਹੈ। ਚਲੋ, ਸੋ ਕਲਾਸ ਨੂੰ ਛੱਡ ਕੇ ਨਹੀਂ ਜਾਣਾ ਕਿਸੇ ਨੇ ਵੀ। ਪਹਿਲਾ ਕੁਐਸਚਨ ਬੱਚਾ, ਤੁਹਾਡੀ ਸਕਰੀਨ ਤੇ ਫਟਾਫਟ ਆਨਸਰ ਕਰੋਗੇ ਕਿੰਨਾ ਆਏਗਾ, ਸ਼ਾਬਾਸ਼, ਫਟਾਫਟ ਸਾਰੇ ਬੱਚੇ ਆਨਸਰ ਕਰ ਦੋਗੇ ਕਿੰਨਾ ਆਏਗਾ। ਕਹਿੰਦਾ ਕਿ ਅੰਡਰ ਰੂਟ 32 ਹੈ, ਅੰਡਰ ਰੂਟ 32 ਹੈ ਪਲੱਸ ਅੰਡਰ ਰੂਟ 48 ਹੈ, ਅੰਡਰ ਰੂਟ 8 ਹੈ ਪਲੱਸ ਅੰਡਰ ਰੂਟ 12 ਹੈ।
ਹੁਣ ਸਰ ਇੱਕ ਗੱਲ ਹੈਗੀ ਹੈ ਅਦਰਾਜੂ ਇੱਕ ਗੱਲ ਹੈ ਸਰ ਕਿ ਸਿੰਪਲੀਫਿਕੇਸ਼ਨ ਦੇ ਸਵਾਲ ਪੇਪਰ ਚ ਬਹੁਤ ਜ਼ਿਆਦਾ ਆ ਰਿਹਾ ਬਹੁਤ ਜ਼ਿਆਦਾ ਸਿੰਪਲੀਫਿਕੇਸ਼ਨ ਮੈਂ ਕਹਿੰਦਾ ਪੰਜਾਬ ਪੁਲਿਸ ਲੈ ਲਓ ਬੱਚਾ ਚਾਹੇ ਪੰਜਾਬ ਪਟਵਾਰੀ ਲੈ ਲਓ ਚਾਹੇ ਕੋਈ ਪੇਪਰ ਲੈ ਲਓ ਸਿੰਪਲੀਫਿਕੇਸ਼ਨ ਤੁਹਾਨੂੰ ਦੇਖਣ ਨੂੰ ਮਿਲਦਾ ਹੀ ਮਿਲਦਾ ਹੀ ਮਿਲਦਾ ਸਰ ਹੁਣ ਅੰਡਰ ਰੂਟ 32 ਦੀ ਗੱਲ ਕਰਾਂ ਬੱਚਾ 32 ਨੂੰ ਆਪਾਂ ਟੁਕੜੇ ਕਰਾਂਗੇ 32 ਕਿੰਨਾ ਲਿਖਿਆ ਦੇਵੋ ਤੁਸੀਂ ਕਹੋਗੇ ਸਰ 2 ਦੂਣੀ 4 4 ਦੂਣੀ 8 8 ਦੂਣੀ 16 16 ਦੂਣੀ 32 ਮਤਲਬ 2 ਦੀ ਪਾਵਰ 5 ਹੈ ਬੱਚਾ 2 ਦੀ ਪਾਵਰ 5 ਹੈ ਕਿੰਨੀ ਵਾਰ ਲਿਖਿਆ ਹੁਣ ਦੇਖੋ ਟੁਕੜੇ ਹੈ ਹੁਣ ਤੁਹਾਨੂੰ ਪਤਾ ਹੈ ਬੱਚਾ ਕਿ ਜੋ ਇੱਕ ਜੋੜਾ ਬਣ ਗਿਆ ਉਹਨੂੰ ਆਪਾਂ ਉਹਦੇ ਚੋਂ ਆਪਾਂ ਅਲੱਗ ਕਰ ਦੇਣਾ ਹੈ ਮੰਨ ਲਓ 2-2 ਹੈ ਤਾਂ 1-2 ਬਾਹਰ ਆ ਜਾਏਗਾ ਆਹ 2-2 ਹੈ ਤਾਂ ਫਿਰ ਇੱਥੋਂ 1-2 ਬਾਹਰ ਆ ਜਾਊਗਾ ਮਤਲਬ ਬੱਚਾ 2-2 ਕਿੰਨਾ ਹੋ ਗਿਆ 4 ਹੋ ਗਿਆ ਜੋ ਕੱਲਾ ਰਹਿ ਗਿਆ ਉਹਨੂੰ ਰਜਾਈ 'ਚ ਪਾ ਦਿਓ ਮਤਲਬ 4 ਅੰਡਰ ਰੂਟ 2 ਇਹਨੂੰ ਆਪਾਂ 4 ਅੰਡਰ ਰੂਟ 2 ਲਿਖਿਆ ਹੁਣ ਅੰਡਰ ਰੂਟ 32 ਦੀ ਥਾਂ 'ਤੇ ਮੈਂ ਕਿੰਨਾ ਲਿਖ ਰਿਹਾ 4 ਅੰਡਰ ਰੂਟ 2 ਠੀਕ ਹੈ 48 ਦੇ ਟੁਕੜੇ ਕਰਨੇ 48 ਦੇ ਟੁਕੜੇ ਕਰਨੇ ਬੱਚਾ 48 ਦੇ ਟੁਕੜੇ ਕਰਾਂਗਾ 48 ਨੂੰ 2 ਤੇ ਕੱਟਾਂਗਾ ਕਿੰਨਾ ਆ ਜਾਏਗਾ 24 ਆ ਜਾਏਗਾ 24 ਨੂੰ 2 ਤੇ ਕੱਟਾਂਗਾ ਕਿੰਨਾ ਆ ਜਾਏਗਾ 12 ਆ ਜਾਏਗਾ 12 ਨੂੰ 2 ਤੇ ਕੱਟਾਂਗਾ 6 6 ਨੂੰ 2 ਤੇ ਕੱਟਾਂਗਾ 3 3 ਨੂੰ 3 ਤੇ ਕੱਟਾਂਗਾ 1 ਮਤਲਬ ਇਹਦੀ ਥਾਂ ਤੇ 1 ਬਾਹਰ ਆਏਗਾ ਇਹਨਾਂ ਚੋਂ 1 ਬਾਹਰ ਆਏਗਾ ਰਹਿ ਗਿਆ ਉਹ ਕੀ ਹੋਊਗਾ ਰਜਾਈ ਦੇ ਵਿੱਚ ਪਾ ਦਿੰਦੇ ਆਪਾਂ ਬਿਲਕੁਲ ਸਰ ਤਾਂ ਇਹ ਹੋ ਜਾਏਗਾ 4 ਅੰਡਰ ਰੂਟ 3 ਹੁਣ ਬੱਚਾ ਅੰਡਰ ਰੂਟ 8 ਹੈ ਮੇਰੇ ਕੋਲ ਅੰਡਰ ਰੂਟ ਕੀ ਹੈ 8 ਹੈ ਹੁਣ 8 ਕੀ ਹੁੰਦਾ ਭਈ 8 ਹੁੰਦਾ 2 ਦੂਣੀ 4 ਦੂਣੀ 8 2 ਦੂਣੀ 4 ਦੂਣੀ 8 ਮਤਲਬ 2 ਦੀ ਪਾਵਰ 3 ਹੁੰਦਾ ਹੈ ਕਿੰਨਾ ਹੁੰਦਾ 2 ਦੀ ਪਾਵਰ 3 ਹੁੰਦਾ ਮਤਲਬ ਬੱਚਾ ਜੋ ਇੱਕ ਕਪਲ ਬਣਿਆ ਉਹਨਾਂ ਚੋਂ ਇੱਕ ਬਾਹਰ ਕੱਢ ਲਿਆ ਜੋ ਰਹਿ ਗਿਆ ਉਹ ਅੰਦਰ ਮਤਲਬ ਇਹ ਜੋ ਹੈ ਉਹ 2 ਅੰਡਰ ਰੂਟ 2 ਹੈ 12 ਦੇ ਟੁਕੜੇ ਕਰਾਂਗੇ ਬੱਚਾ 12 2 ਦੂਣੀ 4 4 3 12 ਇਹਦੀ ਥਾਂ ਤੇ 1 ਬਾਹਰ ਆਏਗਾ ਤੇ ਜੋ ਰਹਿ ਗਿਆ ਉਹ ਅੰਡਰ ਰੂਟ ਦੇ ਵਿੱਚ ਹੈ ਹੁਣ ਬੱਚਾ ਇਹ ਤਾਂ ਹੈ ਆਪਾਂ ਕੀ ਕੀਤੇ ਹੈ ਟੁਕੜੇ ਕੀਤੇ ਪੇਰੇਸ਼ਨ ਕੀਤੀ ਟੁਕੜੇ ਕੀਤੇ ਹੈ ਹੁਣ ਤੁਸੀਂ ਦੇਖੋਗੇ ਬੱਚਾ ਕਾਮਨ ਕੀ ਆ ਰਿਹਾ ਹੈ ਉੱਪਰ ਦੇਖੋ 4 ਅੰਡਰ ਰੂਟ 2 ਪਲੱਸ 4 ਅੰਡਰ ਰੂਟ 3 2 ਅੰਡਰ ਰੂਟ 2 ਪਲੱਸ 2 ਅੰਡਰ ਰੂਟ 3 ਦੇਖੋ ਇੱਥੇ ਅੰਡਰ ਰੂਟ 2 ਅੰਡਰ ਰੂਟ 3 ਇੱਥੇ ਵੀ ਆ ਸੇਮ ਹੈ ਕੰਡੀਸ਼ਨ ਤਾਂ ਉੱਪਰ ਦੇਖੋਗੇ ਬੱਚਾ 4 ਕਾਮਨ ਆ ਜਾਏਗਾ ਅੰਦਰ ਕੀ ਹੈ ਅੰਡਰ ਰੂਟ 2 ਪਲੱਸ ਅੰਡਰ ਰੂਟ 3 ਹੈ ਠੀਕ ਹੈ ਥੱਲੇ ਕੀ ਹੈ ਬੱਚਾ ਕਾਮਨ ਦੇ ਵਿੱਚ 2 ਹੈ ਅੰਦਰ ਕੀ ਹੈ ਅੰਡਰ ਰੂਟ 2 ਪਲੱਸ ਅੰਡਰ ਰੂਟ 3 ਹੈ ਬੱਚਾ ਆਹ ਕੱਟਿਆ ਜਾਏਗਾ 4 ਦਾ 2 ਚ ਪਾ ਕਰਾਵਾਂਗਾ ਆਨਸਰ 2 ਹੀ ਆਏਗਾ ਐਂਡ ਆਫ ਦੀ ਡੇ ਆਨਸਰ ਇੰਨਾ ਹੀ ਆਉਣਾ ਹੈ 2 ਹੀ ਆਉਣਾ ਹੈ ਚਾਹੇ ਕਿਵੇਂ ਕਰ ਲਓ ਹੁਣ ਤੁਸੀਂ ਕਹੋਗੇ ਸਰ ਇਹਦੀ ਕੋਈ ਸ਼ਾਰਟ ਟ੍ਰਿਕ ਬੱਚਾ ਸ਼ਾਰਟ ਟ੍ਰਿਕ ਨਹੀਂ ਹੈ ਬੇਸਿਕ ਹੈ ਜੋ ਤੁਹਾਨੂੰ ਆਉਣਾ ਚਾਹੀਦਾ ਹੈ ਕਿਉਂਕਿ ਸਰ ਸਿੰਪਲੀਫਿਕੇਸ਼ਨ ਜੇਕਰ ਬੱਚੇ ਨੂੰ ਅੰਡਰ ਰੂਟ ਸੋਲ ਨਹੀਂ ਕਰਨਾ ਆਉਂਦਾ ਤਾਂ ਦਿੱਕਤ ਪਰੇਸ਼ਾਨੀ ਵਾਲੀ ਗੱਲ ਬਹੁਤ ਸਾਰੀ ਹੈ ਏ ਟੂ ਜ਼ੈਡ ਗੱਲ ਕਲੀਅਰ ਹੋ ਗਈ ਹੋਏਗੀ ਹੁਣ ਪਤਾ ਸਰ ਇਹ ਮੈਂ ਪੂਰਾ ਕਿਉਂ ਕੀਤਾ ਕਿਉਂਕਿ ਕਈ ਬੱਚੇ ਇਹਦੇ ਚਾਹੋ ਜੇ ਬੈਠੇ ਹੋਣਗੇ ਜਿਹਨਾਂ ਨੂੰ ਬਿਲਕੁਲ ਬਿਲਕੁਲ ਸਰ ਬਹੁਤ ਨਵੇਂ ਬੱਚੇ ਵੀ ਇਹਦੇ ਜੁੜੇ ਹੋਏ ਕਈ ਬੱਚੇ ਕਹਿੰਦੇ ਨਾ ਸਰ ਮੈਂ ਕਾਫੀ ਬੱਚਿਆਂ ਦੇ ਦੇਖ ਰਿਹਾ ਸੀ ਸਾਰਿਆਂ ਦੇ ਲਗਭਗ ਆਨਸਰ 6 ਆ ਰਿਹਾ ਸੀ ਲਗਭਗ 6 ਤੇ 4 ਦੇ ਵਿੱਚ ਸੀਗੇ 2 ਵਾਲੇ ਬਹੁਤ ਘੱਟ ਸੀਗੇ ਬਹੁਤ ਹੀ ਘੱਟ ਸੀ ਹਾਂ ਮੈਂ ਨੋਟ ਕੀਤੇ ਆਨਸਰ ਹਾਂ ਵੀ ਕਿਹਦਾ ਕਿਹਦਾ ਆਨਸਰ 2 ਆਇਆ ਸੀ ਇੱਕ ਵਾਰੀ ਹੈਂਡ ਰੇਸ ਕਰਿਓ ਫਿਰ ਤਾਂ ਬੀਤੀ ਵਾਲੀ ਗੱਲ ਜੇ ਕਰੀਆਂ ਦਿੱਤਾ ਨਹੀਂ 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 ਫਟਾਫਟ ਇੱਕ ਵਾਰੀ ਸਾਰੇ ਬੱਚੇ ਹੈਂਡ ਰੇਸ ਕਰੋ ਜਿਹਦਾ 2 ਆਇਆ ਸੀ ਪਰ ਹੁਣ ਮੈਨੂੰ ਕਲੀਅਰ ਹੋ ਗਿਆ ਸਰ 4 ਇੱਥੋਂ ਕਾਮਨ ਆਣਾ ਹੈ ਅੰਦਰ ਚਲੇ ਜਾਏਗਾ ਤਾਂ 2 ਕਾਮਨ ਆਣ ਅੰਦਰ ਚਲੇ ਜਾਏਗਾ ਆ ਕੱਟੇਗਾ 4 ਚ 2 ਚ ਪਾ ਕਰਾਵਾਂਗੇ ਉੱਤਰ 2 ਹੀ ਆਣਾ ਹੈ ਕਲੀਅਰ ਹੈ ਚਲੋ ਅਗਲੇ ਤੇ ਚੱਲਦੇ ਹਾਂ ਲੋ ਜੀ ਆ ਗਿਆ ਅਗਲਾ ਕੁਐਸਚਨ ਤੇ ਅਗਲਾ ਕੁਐਸਚਨ ਦੇਖੋ ਮੈਂ ਕੁਐਸਚਨ ਵੀ ਬੜਾ ਹੀ ਵਧੀਆ ਕੁਐਸਚਨ ਆਇਆ ਹਨਾ ਲਿਖਿਆ ਹੋਇਆ ਕਿਊਟ ਸੀ ਯੂ ਟੀ ਈ ਕਿਊਟ ਹਨਾ ਤਾਂ ਅੱਜ ਤੁਹਾਨੂੰ ਪਤਾ ਤੁਹਾਡੇ ਕਿਊਟ ਸਰ ਦਾ ਬਰਥਡੇ ਹੈ ਹਨਾ ਸਰ ਮੈਂ ਕਿਊਟ ਹਾਂ ਸਰ ਕਿਉਂ ਨਹੀਂ ਲੋ ਕਿਊਟ ਤਾਂ ਪੁੱਛੋ ਸਰ ਇਹਨਾਂ ਤੋਂ ਹਾਂਜੀ ਕਿਹੜੇ ਕਿਹੜੇ ਕਿੰਨਾ ਕਿੰਨਾ ਨੂੰ ਲੱਗਦਾ ਵੀ ਅੰਕੂ ਸਰ ਕਿਊਟ ਹੈਗੇ ਪਹਿਲਾਂ ਇੱਕ ਵਾਰ ਦੱਸ ਦਿਓ ਮੈਨੂੰ ਹੈਂਡ ਸੇਜ ਕਰਦੇ ਜੇ ਬਾਕੀ ਥੋੜਾ ਜਿਹਾ ਕੇਕ ਦੇ ਉੱਤੇ ਫੋਟੋ ਲੱਗੀ ਸੀ ਉਹਦਾ ਧਿਆਨ ਰੱਖਣਾ ਪੂਰਾ ਠੀਕ ਹੈ ਤਾਂ ਸਭ ਤੋਂ ਪਹਿਲਾਂ ਦੇਖੋ ਇੱਥੇ ਕੀ ਕਹਿ ਰਿਹਾ ਕਹਿੰਦਾ ਕਿਊਟ ਇੱਕ ਵਰਡ ਹੈ ਉਹਦੇ ਵਿੱਚ ਉਹਨੂੰ ਕੋਡ ਕੀਤਾ ਗਿਆ ਤਾਂ ਮਤਲਬ ਕੋਡਿੰਗ ਲੈਂਗੁਏਜ ਦੀ ਗੱਲ ਹੋ ਰਹੀ ਹੈ ਹਨਾ ਕੋਡਿੰਗ ਲੈਂਗੁਏਜ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਸਭ ਤੋਂ ਪਹਿਲਾਂ ਜੋ ਵੀ ਆਪਾਂ ਨੂੰ ਇੱਥੇ ਦਿੱਤਾ ਗਿਆ ਜਿਵੇਂ ਕਿ ਇਹਨੇ ਸੀ ਯੂ ਟੀ ਈ ਦਿੱਤਾ ਕਿਊਟ ਦਿੱਤਾ ਔਰ ਇਸ ਨੂੰ ਕੋਡ ਕੀਤਾ ਹੈ ਈ ਐਸ ਵੀ ਸੀ ਈ ਐਸ ਵੀ ਤੇ ਸੀ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਫਸਟ ਟੂ ਫਸਟ ਚੈੱਕ ਕਰਾਂਗੇ ਔਰ ਇਹਨਾਂ ਦਾ ਡਿਫਰੈਂਸ ਦੇਖਾਂਗੇ ਸੀ ਤੋਂ ਈ ਹੋਇਆ ਮਤਲਬ ਕਿ ਇਹਦੇ ਚ 2 ਪਲੱਸ ਕਰਤੇ ਯੂ ਤੋਂ ਐਸ ਹੋਇਆ 21 ਤੋਂ 19 ਹੋਇਆ -2 ਹੋ ਗਿਆ ਫਿਰ ਟੀ ਤੋਂ ਵੀ ਹੋਇਆ ਤਾਂ +2 ਹੋ ਗਿਆ ਔਰ ਫਿਰ ਈ ਤੋਂ ਸੀ ਹੋਇਆ ਤਾਂ -2 ਤਾਂ ਮਤਲਬ ਸੀਕੁਐਂਸ ਆਲਵੇਜ਼ ਬਣੇਗੀ ਸਭ ਤੋਂ ਪਹਿਲੀ ਗੱਲ ਸੀਕੁਐਂਸ ਦਾ ਪ੍ਰੋਪਰ ਧਿਆਨ ਰੱਖਣਾ ਤਾਂ ਸੀਕੁਐਂਸ ਸਰ ਸਾਡੇ ਕੋਲ ਕੀ ਬਣੀ +2 -2 +2 ਦੈਨ -2 ਤਾਂ ਸਟਾਰਟਿੰਗ +2 ਤੋਂ ਹੋਈ ਹੈ ਤਾਂ ਇਹਦਾ ਧਿਆਨ ਰੱਖਣਾ ਤੇ ਇਹਨੇ ਕੀ ਪੁੱਛਿਆ ਕਹਿੰਦਾ ਜੀ ਫਿਰ ਉਸੇ ਹਿਸਾਬ ਨਾਲ ਟੀ ਐਚ ਯੂ ਐਸ ਦਾ ਕੋਡ ਕੀ ਹੋਏਗਾ ਟੀ ਐਚ ਯੂ ਐਸ ਨੂੰ ਕੀ ਲਿਖਾਂਗੇ ਤਾਂ ਸਭ ਤੋਂ ਦੇਖੋ +2 ਤਾਂ ਟੀ ਦੇ ਵਿੱਚ 2 ਜੋੜਾਂਗੇ ਤਾਂ ਕੀ ਆ ਜਾਏਗਾ ਵੀ ਆ ਜਾਏਗਾ ਸਰ ਐਚ ਦੇ ਵਿੱਚ -2 ਕਰਨਾ ਹੈ ਕਿਉਂਕਿ ਇੱਥੇ ਵੀ -2 ਹੋਇਆ ਨਾ ਤਾਂ ਸੇਮ -2 ਕਰਾਂਗੇ ਤਾਂ ਕੀ ਆ ਜਾਏਗਾ ਐਫ ਆ ਜਾਏਗਾ ਸਰ ਫਿਰ ਕੀ ਕਰਨਾ ਹੈ +2 ਕਰਨਾ ਹੈ 21 ਦੇ ਵਿੱਚ 2 ਜੋੜਾਂਗੇ 23 ਮਤਲਬ ਡਬਲਯੂ ਔਰ ਐਸ ਦੇ ਵਿੱਚੋਂ ਫਿਰ 2 ਘਟਾਵਾਂਗੇ ਤਾਂ ਕੀ ਆ ਜਾਏਗਾ ਕਿਊ ਆ ਜਾਏਗਾ ਤਾਂ ਆਪਣੇ ਕੋਲ ਆਨਸਰ ਆਉਣਾ ਚਾਹੀਦਾ ਜੀ ਵੀ ਐਫ ਡਬਲਯੂ ਕਿਊ ਤਾਂ ਹੁਣ ਦੇਖੋ ਇਹਦੇ ਵਿੱਚ ਕਿਤੇ ਵੀ ਨਹੀਂ ਹੈ ਹੁਣ ਕਿਤੇ ਵੀ ਨਹੀਂ ਹੈ ਹੁਣ ਦੇਖੋ ਹੁਣ ਇਹਦੇ ਵਿੱਚ ਤੁਹਾਨੂੰ ਇਹ ਚੀਜ਼ ਨਹੀਂ ਮਿਲੀ ਤਾਂ ਵੀ ਐਫ ਡਬਲਯੂ ਕਿਊ ਤਾਂ ਸਭ ਤੋਂ ਪਹਿਲਾਂ ਆਪਾਂ ਇੱਥੇ ਦੇਖੀਏ ਤਾਂ ਵੀ ਔਰ ਐਫ ਦੇ ਵਿੱਚੋਂ ਇੱਥੇ ਸੀਕੁਐਂਸ ਨਹੀਂ ਹੈ ਤਾਂ ਦੇਖੋ ਇਹਦੇ ਵਿੱਚ ਨਾ ਧਿਆਨ ਦੇ ਨਾਲ ਇੱਕ ਚੀਜ਼ ਦੇਖਣਾ ਹੈ ਕਿ ਉਹਨੇ ਆਪਾਂ ਨੂੰ ਇੱਥੇ ਕੀ ਕਹਿਤਾ ਉਹ ਆਪਾਂ ਨੂੰ ਇਹ ਗੱਲ ਕਹਿ ਰਿਹਾ ਕਹਿੰਦਾ
ਭਾਸ਼ਾ ਵਿੱਚ ਥਸ ਨੂੰ ਕਿਵੇਂ ਕੋਡ ਕੀਤਾ ਜਾਵੇਗਾ। ਹੁਣ ਇੱਥੇ ਕੋਡ ਦਿੱਤਾ ਹੈ ਤਾਂ ਕੋਡ ਆਪਾਂ ਨੂੰ ਦੇਖਣਾ, ਲੇਕਿਨ ਕਈ ਵਾਰ ਐਗਜ਼ਾਮੀਨਰ ਕੀ ਕਰਦਾ ਇਹਨੂੰ ਉਲਟਾ ਕਰ ਦਿੰਦਾ, ਉਲਟਾ ਕਰ ਦਿੰਦਾ ਮਤਲਬ ਕਿ ਜੋ ਇਹ ਚੀਜ਼ ਹੈ ਇਹਦੇ ਵਿੱਚ ਆਲਰੇਡੀ ਉਹਨੇ ਆਹ ਸੀਕੁਐਂਸ ਉਲਟੀ ਕਰਕੇ ਰੱਖੀ ਹੋਈ ਹੈ। ਤਾਂ ਜਿੱਥੇ ਪਲੱਸ ਟੂ ਹੋਇਆ ਉੱਥੇ ਮਾਈਨਸ ਟੂ ਕਰੋ, ਕੀ ਹੋ ਜਾਏਗਾ ਮਾਈਨਸ ਟੂ। ਇੱਥੇ ਪਲੱਸ ਟੂ ਸੀ ਨਾ ਪਹਿਲਾਂ ਤਾਂ ਆਪਾਂ ਮਾਈਨਸ ਟੂ ਕਰਨਾ, ਆਰ ਆ ਗਿਆ, ਇੱਥੇ ਕੀ ਸੀਗਾ ਪਲੱਸ ਟੂ ਕਰਨਾ, ਕੀ ਆ ਜਾਏਗਾ ਜੇ ਆ ਜਾਏਗਾ। ਫਿਰ ਇੱਥੇ ਅਗਰ ਦੁਬਾਰਾ ਦੇਖਾਂਗੇ ਤਾਂ ਕੀ ਹੋਏਗਾ ਮਾਈਨਸ ਟੂ, 21 ਦੇ ਵਿੱਚੋਂ ਦੋ ਗਏ ਐਸ ਔਰ ਦੈਨ ਪਲੱਸ ਟੂ ਕਰਾਂਗੇ ਤਾਂ ਯੂ। ਤਾਂ ਹੁਣ ਦੇਖੋ ਆਹ ਵਾਲਾ ਆਨਸਰ ਹੈ ਕਿੱਥੇ, ਆਰ ਜੇ ਐਸ ਯੂ। ਤਾਂ ਬਿਲਕੁਲ ਸਰ ਇੱਥੇ ਆਰ ਜੇ ਐਸ ਯੂ ਸਾਨੂੰ ਬੀ ਆਪਸ਼ਨ ਤੇ ਮਿਲ ਰਿਹਾ, ਬੀ ਵਿਲ ਬੀ ਦਾ ਕਰੈਕਟ ਆਨਸਰ। ਕਈ ਵਾਰ ਐਗਜ਼ਾਮੀਨਰ ਇਸ ਦੇ ਵਿੱਚ ਕੀਤੀਆਂ ਦੇ ਵੀ ਵਾਲੇ ਆਪਸ਼ਨ ਤੇ ਫਿਰਦੇ ਸਾਰੇ। ਹਾਂ ਸਰ, ਵੀ ਵਾਲੇ ਤੋਂ ਫਿਰਨਾ ਸੀਗਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਹੋਇਆ ਕੋਡਿੰਗ ਲੈਂਗੁਏਜ ਦੇ ਵਿੱਚ ਕਈ ਵਾਰ ਐਗਜ਼ਾਮੀਨਰ ਬਾਏ ਆਪਸ਼ਨ ਜਾਂਦਾ ਹੈ। ਤਾਂ ਬਾਏ ਆਪਸ਼ਨ ਤਾਂ ਹੀ ਤਾਂ ਮੈਂ ਸਰ ਪਹਿਲਾ ਕੁਐਸਚਨ ਇਹ ਲੈ ਕੇ ਆਇਆ ਕਿਉਂਕਿ ਕਈਆਂ ਦਾ ਵਹਿਮ ਨਾ ਇੱਥੇ ਹੀ ਟੁੱਟ ਗਿਆ, ਕਿਉਂਕਿ ਇਹਨਾਂ ਨੇ ਸੋਚਿਆ ਪਲੱਸ ਟੂ ਮਾਈਨਸ ਟੂ, ਪਲੱਸ ਟੂ ਮਾਈਨਸ ਟੂ ਹੋਣਾ ਸੀ, ਬਟ ਆਨਸਰ ਕੀ ਹੋਣਾ ਸੀਗਾ, ਆਨਸਰ ਹੋਣਾ ਸੀ ਆਰ ਜੇ ਐਸ ਯੂ, ਬੀ ਵਿਲ ਬੀ ਦਾ ਕਰੈਕਟ ਆਨਸਰ। ਕਿਹਦਾ ਕਿਹਦਾ ਸਹੀ ਹੋਇਆ ਇੱਕ ਵਾਰ ਹੱਥ ਖੜੇ ਕਰਨਾ। ਚਲੀ ਅਗਲੇ ਕੁਐਸਚਨ ਦੇ ਸਰ। ਚਲੋ ਜੀ, ਲੋ ਜੀ ਆ ਗਿਆ ਅਗਲਾ ਕੁਐਸਚਨ। ਇਹ ਸਰ ਇਹ ਤਾਂ ਉਹੀ ਇਹਨਾਂ ਨੂੰ ਉਹ ਕਹਿੰਦੇ ਨੇ ਕਿ ਦੇਖ ਕੇ ਕੁਐਸਚਨ ਜੀ ਘਬਰਾਣਾ ਉਲਟੀਆਂ ਉਹ ਗੱਲ ਹੈ, ਉਹ ਵਾਲੀ ਹੈ। ਇਹ ਮੈਂਸੂਰੇਸ਼ਨ ਹੈ ਸਰ, ਕਿਹੜਾ ਕਿਹੜਾ ਡਰਦਾ ਮੈਂਸੂਰੇਸ਼ਨ ਤੋਂ, ਆ ਜਾਓ ਬੜੇ ਪਿਆਰ ਨਾਲ ਸਮਝਾਉਂਗਾ। ਅੱਛਾ, ਮੈਂਸੂਰੇਸ਼ਨ ਦੇ ਵਿੱਚ ਰੋਮਬਸ ਹੁੰਦੇ ਜਿਹਨੂੰ ਆਪਾਂ ਕੀ ਕਹਿੰਦੇ ਨੇ, ਸਮ ਚਤੁਰਭੁਜ ਕਹਿ ਦਿੰਦੇ ਹਾਂ। ਕੀ ਕਹਿ ਦਿੰਦੇ ਨੇ? ਸਮ ਚਤੁਰਭੁਜ ਕਹਿ ਦਿੰਦੇ ਹਾਂ। ਸ਼ੇਪ ਜੀ ਮੈਂ ਬਣਾਉਣ ਦੀ ਕੋਸ਼ਿਸ਼ ਕਰਦਾ ਕਿ ਮੈਂ ਐਗਜ਼ੈਕਟ ਬਣਾਵਾਂ, ਬਟ ਠੀਕ ਹੈ ਜਿਹੜੀ ਜਿਹੋ ਜੀ ਬਣੇਗੀ ਕੰਮ ਚਲਾ ਲਿਆ ਜੀ। ਓਕੇ, ਇਹਦਾ ਤਾਂ ਕੁਝ ਬਣਦਾ ਹੈ, ਇਹਨੂੰ ਆਪਾਂ ਕੀ ਕਹਿ ਦਿੰਦੇ ਹਾਂ? ਰੋਮਬਸ ਕਹਿ ਦਿੰਦੇ ਹਾਂ। ਬੱਚਾ ਹੁਣ ਮੰਨ ਲਓ ਕਿ ਤੁਹਾਡੇ ਬਾਹੂਬਲੀ ਸਰ ਇੱਥੇ ਖੜੇ ਹੈ, ਹੁਣ ਇਹਦੇ ਚ ਫਾਰਮੂਲੇ ਬਣਾ ਕੇ ਦਿਖਾ ਦੇਣਾ ਬੱਚਾ। ਇੱਥੇ ਬਾਹੂਬਲੀ ਸਰ ਖੜੇ ਹੈ, ਚਾਰੋਂ ਸਾਈਡਾਂ ਬਰਾਬਰ ਹੈ, ਮਤਲਬ ਜੇ ਇਹ ਵੀ ਇਹ ਹੈ, ਇਹ ਵੀ ਇਹ ਹੈ, ਇਹ ਵੀ ਇਹ ਹੈ, ਤੇ ਇਹ ਵੀ ਇਹ ਹੈ, ਮਤਲਬ ਫਾਰਮੂਲਾ ਕੀ ਹੋਏਗਾ? ਬਾਹੂਬਲੀ ਸਰ ਇੱਥੇ ਖੜੇ ਹੈ, ਗੇੜਾ ਮਾਰ ਕੇ ਵਾਪਸ ਇੱਥੇ ਆ ਗਏ, ਤਾਂ ਮਤਲਬ ਚਾਰ ਵਾਰੀ ਰਸਤੇ 'ਚ ਇਹ ਮਿਲਿਆ, ਤਾਂ ਆਹ ਹੋ ਗਿਆ ਫਾਰਮੂਲਾ 4A। ਇਹ ਫਾਰਮੂਲਾ ਕੀ ਹੋ ਗਿਆ? 4A ਹੋ ਗਿਆ, ਮਤਲਬ ਘੇਰੇ ਦਾ ਫਾਰਮੂਲਾ 4A ਹੈ। ਉਹਨਾਂ ਨੇ ਕਿਹਾ ਕਿ ਇਹ ਬੱਚੇ ਦੇਖੋ, ਆਹ ਕਹਿੰਦਾ ਉਹ ਰੋਮਬਸ ਹੈ, ਉਹਦਾ ਖੇਤਰਫਲ ਖੇਤਰਫਲ ਦੱਸੋ। ਕਹਿੰਦਾ ਘੇਰਾ ਜਿਹਦਾ 8-8 ਹੈ, ਇਹ ਕਹਿੰਦਾ ਘੇਰਾ 4A ਹੈ, 4A ਦੀ ਵੈਲਿਊ 8-8 ਹੈ, ਇਹਦੀ ਵੈਲਿਊ ਕਿੰਨੀ ਆਏਗੀ? 17 ਚੁੱਕੇ 8-8 ਹੁੰਦੇ ਨਾ, 8-8 ਦੇ ਵਿੱਚ 4 ਦਾ ਪਾਕ ਕਰਾਵਾਂਗੇ, ਇਹਦੀ ਵੈਲਿਊ 17 ਆ ਗਈ। ਲਓ ਜੀ, ਹਰੇਕ ਸਾਈਡ ਜੋ ਹੈ ਉਹ 17 ਦੀ ਹੈ, ਹਰੇਕ ਸਾਈਡ ਜੋ ਹੈ ਉਹ ਕਿੰਨੇ ਦੀ ਹੈ ਬੱਚੇ? 17 ਦੀ ਹੈ। ਜੇ ਹਰੇਕ ਸਾਈਡ ਯਾਰ 17 ਦੀ ਹੈ, ਕਹਿੰਦਾ ਇੱਕ ਵਿਕਰਨ ਕਿੰਨੇ ਦੀ ਹੈ? 16 ਦੀ ਹੈ। ਚਲੋ ਠੀਕ ਹੈ, ਆਪਸ ਚ ਕੀ ਹੁੰਦੀ ਹੈ ਤੁਹਾਨੂੰ ਪਤਾ ਨਾ, ਆਹ ਦੋ ਵਿਕਰਨਾ ਹੈ ਜੋ ਇੱਕ ਦੂਜੇ ਨੂੰ ਕੱਟਣਗੀਆਂ। ਹੁਣ ਬੱਚਾ ਇੱਕ ਵਿਕਰਨ 16 ਦੀ ਹੈ, ਤੁਹਾਨੂੰ ਪਤਾ ਇਕੁਅਲ ਪਾਰਟ ਚ ਡਿਵਾਈਡ ਕਰਦੀਆਂ ਹੈ, ਤਾਂ ਆਹ ਵੀ 8 ਹੋਏਗੀ, ਆਹ ਵੀ 8 ਹੋਏਗੀ। ਇੰਨੀ ਗੱਲ ਕਲੀਅਰ ਹੈ ਕਿ ਆਹ ਪੂਰੀ 16 ਹੈ ਤਾਂ ਬੱਚਾ 8-8 ਚ ਡਿਵਾਈਡ ਹੋਏਗੀ, 8-8 ਚ ਕੱਟ ਜਾਏਗੀ। ਇੰਨੀ ਗੱਲ ਕਲੀਅਰ ਹੈ? ਉਸ ਤੋਂ ਬਾਅਦ ਅੱਗੇ ਦੇਖ ਲਓ ਯਾਰ, ਹੁਣ ਯਾਰ ਦੇਖੋ ਇੱਕ ਟ੍ਰਾਇੰਗਲ ਦੀ 2 ਸਾਈਡਾਂ ਦੇ ਰੱਖੀਆਂ, ਹੁਣ 3 ਸਾਈਡਾਂ ਨਿਕਾਲਦੀਆਂ, ਹੁਣ ਤੁਹਾਨੂੰ ਦੱਸਿਆ ਹੋਇਆ ਕਿੰਨੀ ਵਾਰੀ ਕਿੱਦਾਂ ਨਿਕਾਲਦੇ ਹਾਂ। ਆਹ ਸਭ ਨਾਲ ਵੱਡੀ ਸਾਈਡ ਹੈ ਯਾਰ, ਇੱਕ ਟ੍ਰਿਪਲੇਟ ਹੁੰਦੀ ਹੈ, ਟ੍ਰਿਪਲੇਟ ਨਾਮ ਦੀ ਚੀਜ਼ ਸੁਣੀ ਹੋਵੇਗੀ ਕਿ 17-8 ਦੇ ਨਾਲ ਇੱਕ ਟ੍ਰਿਪਲੇਟ ਬਣਦੀ ਹੈ, ਕਿਹਦੀ ਬਣਦੀ ਹੈ? ਮੈਂ ਬਹੁਤ ਵਾਰੀ ਕਲਾਸ ਦੇ ਵਿੱਚ ਦੱਸੀ ਹੋਈ ਹੈ ਬੱਚੇ ਕਿ ਟ੍ਰਿਪਲੇਟ ਬਹੁਤ ਜ਼ਰੂਰੀ ਹੈ ਮੈਂਸੂਰੇਸ਼ਨ ਦੇ ਵਿੱਚ। 3-4-5, 6-8-10, 5-12-13, ਤੇ ਹੁਣ ਆ ਜਾਏਗੀ ਕਿਹੜੀ? 8-15 ਤੇ 17। ਹੁਣ ਬੱਚੇ ਇਹਦੇ 'ਚ 17 ਤੇ 8 ਤਾਂ ਪਿਆ ਹੈ, ਮਤਲਬ ਜੋ ਆਹ ਸਾਈਡ ਹੈ ਉਹ 15 ਹੋਏਗੀ। ਜੇ ਬੱਚਾ ਆਹ ਲੈਂਥ 15 ਹੈ ਤਾਂ ਆਹ ਵੀ 15 ਹੋਏਗੀ, ਕਿਉਂਕਿ ਇਕੁਅਲ ਪਾਰਟ 'ਚ ਡਿਵਾਈਡ ਕਰਦੀ ਹੈ। ਤਾਂ ਦੂਜੀ ਵਿਕਰਨ ਜੋ ਹੈ ਬੱਚਾ 15-15 30 ਦੀ ਹੋ ਜਾਏਗੀ, ਮਤਲਬ ਜੋ ਦੂਜੀ ਵਿਕਰਨ ਹੈ D2 ਉਹ ਕਿੰਨੇ ਦੀ ਹੋ ਜਾਏਗੀ? 30 ਦੀ ਹੋ ਜਾਏਗੀ। D1 ਤਾਂ ਉਹਨੇ ਦੇ ਹੀ ਰੱਖੀ ਹੈ। ਹੁਣ ਕਈ ਕਹਿਣਗੇ ਸਰ ਟ੍ਰਿਪਲੇਟ ਮੈਨੂੰ ਨਹੀਂ ਪਤਾ ਲੱਗਿਆ ਕਿੱਦਾਂ ਆਈ। ਬੱਚਾ ਉਹਦੇ 'ਚ ਆਪਾਂ ਕੀ ਕਰਦੇ ਹਾਂ, 17 ਦਾ ਸਕੇਅਰ ਕਿੰਨਾ ਹੁੰਦਾ? 289 ਹੁੰਦਾ ਹੈ। ਮਾਈਨਸ ਕਰਾਂਗੇ 8 ਦਾ ਸਕੇਅਰ 64, ਤੁਸੀਂ ਕਹੋਗੇ ਸਰ ਇਹ 225 ਆ ਗਿਆ। ਹੁਣ 225 ਕਿਹਦਾ ਸਕੇਅਰ ਹੈ ਯਾਰ? 15 ਦਾ ਸਕੇਅਰ ਹੈ, ਫਿਰ ਇੱਥੋਂ ਵੀ 15 ਆ ਜਾਏਗੀ, ਚਾਹੇ ਜਿੱਦਾਂ ਮਰਜ਼ੀ ਨਿਕਾਲ ਲਓ ਬੱਚਾ, ਆਣੀ ਹੀ 15 ਹੀ ਹੈ, ਤਾਂ ਮਤਲਬ ਪੂਰੀ 30 ਹੋ ਗਈ। ਹੁਣ ਪਹਿਲੇ ਤਾਂ ਇਹ ਦੱਸੋ ਕਿ ਏਰੀਆ ਨਿਕਾਲਣ ਦਾ ਫਾਰਮੂਲਾ ਕਿਹਨੂੰ ਕਿਹਨੂੰ ਪਤਾ? ਸਮ ਚਤੁਰਭੁਜ 'ਚ ਬੱਚਾ ਏਰੀਆ ਨਿਕਾਲਣ ਦਾ ਫਾਰਮੂਲਾ ਹੁੰਦਾ 1/2 × D1 × D2, ਮਤਲਬ ਵਿਕਰਨਾਂ ਦਾ ਗੁਣਨਫਲ ਕਰਕੇ ਅੱਧਾ ਕਰਨਾ ਹੈ। ਤਾਂ ਤੁਹਾਨੂੰ ਦੋਨੋਂ ਵਿਕਰਨਾਂ ਮਿਲ ਗਈਆਂ, ਕਿਉਂਕਿ ਇੱਕ ਤਾਂ ਦੇ ਹੀ ਰੱਖੀ ਸੀ ਨਾ, ਇੱਕ ਵਿਕਰਨ ਕਿੰਨੀ ਸੀ? 16 ਸੀ ਦੇ ਰੱਖੀ ਸੀ, ਦੂਜੀ ਆਪਾਂ ਨਿਕਾਲ ਲਈ। ਦੇਖੋ 8-8-16 ਤੇ ਆਹ 15-15-30 ਹੈ, ਤਾਂ ਬੱਚਾ ਇੱਥੇ 30 ਰੱਖ ਦਾਂਗੇ। ਤੁਸੀਂ ਕਹਿ ਦੋਗੇ ਸਰ ਇਹਨੂੰ ਕੱਟ ਦਿਓ, ਮੈਂ ਕਹਿ ਦਾਂ ਕੱਢਦੇ ਨੇ, 8-30 ਕਿੰਨਾ ਆ ਜਾਏਗਾ? 24, 240 ਸੈਂਟੀਮੀਟਰ ਸਕੇਅਰ ਆ ਜਾਏਗਾ, ਅਸ ਉੱਪਰ ਲਿਖਣਾ ਸੀ। ਇੰਨੀ ਗੱਲ ਕਲੀਅਰ ਹੈ? ਇੱਕ ਵਾਰ ਫਟਾਫਟ ਥਮਸਅਪ ਕਰ ਦਿਓ ਕਿ ਸਰ ਗੱਲ ਸਮਝ 'ਚ ਆ ਗਈ। ਬਿਲਕੁਲ ਓਕੇ, ਰਿਪੋਰਟ ਹੈ, ਫਿਰ ਆਪਾਂ ਅਗਲੇ ਕੁਐਸਚਨ ਤੇ ਚੱਲਦੇ ਹਾਂ। ਫਟਾਫਟ ਇੱਕ ਵਾਰ ਥਮਸਅਪ ਕਰ ਦਿਓ, ਗੱਲ ਮਜ਼ਾ ਆਏ ਕਿ ਨਹੀਂ ਆਈ। ਇਹ ਭਈ ਰੋਮਬਸ ਹੈ, ਇਹਦੇ ਵਿੱਚ ਆਹੀ ਚੀਜ਼ਾਂ ਹੈ, ਆਹ ਵਿਕਰਨ ਹੈ, ਇਕੁਅਲ ਇਕੁਅਲ ਪਾਰਟ 'ਤੇ, ਮਤਲਬ 8-8, 15-15, ਆਹ ਸਾਈਡ ਬਰਾਬਰ ਹੈ। ਇਹਦੇ 'ਚ ਆਹ ਦੋ ਫਾਰਮੂਲੇ ਇਸ 'ਚ ਸਵਾਲ ਹੋਰ ਬਣੇਗਾ ਕੀ ਦੱਸੋ? ਇਹ ਪ੍ਰੋਪਰ ਡਿਟੇਲਡ ਸਵਾਲ ਕਰਾਇਆ ਬੱਚਾ, ਪ੍ਰੋਪਰ ਡਿਟੇਲਡ ਕਰਵਾਇਆ ਹੈ, ਇੱਦਾਂ ਨਹੀਂ ਕਿ ਹਾਂ ਉੱਪਰ ਉੱਪਰ ਨੂੰ ਕਰਵਾ ਤਾ, ਸਾਰਾ ਸਮਝਾਇਆ ਹੈ। ਇੱਕ ਵਾਰ ਥਮਸਅਪ ਕਰ ਦਿਓ, ਅਤੇ ਇੱਕ ਵਾਰੀ ਵੀਡੀਓ ਦੇ ਲਿੰਕ ਨੂੰ ਜ਼ਰੂਰ ਸ਼ੇਅਰ ਕਰ ਦਿਓ ਜਿਹਨਾਂ ਨੇ ਹਾਲੇ ਤੱਕ ਕਲਾਸ ਦਾ ਲਿੰਕ ਨਹੀਂ ਸ਼ੇਅਰ ਕੀਤਾ। ਅਗਲੇ ਕੁਐਸਚਨ 'ਤੇ ਚੱਲਦੇ ਹਾਂ। ਲਓ ਜੀ, ਅਗਲਾ ਕੁਐਸਚਨ ਵੀ ਜਿਵੇਂ ਸਰ ਨੇ ਦਿਖਾਇਆ ਹੈ ਨਾ, ਕੀ ਬਣਿਆ ਸੀ ਸਰ? ਕੀ? ਰੋਮਬਸ। ਰੋਮਬਸ
है ना। डाइस मतलब वही लूडो वाला जिवें खेडदे हुंदे हो ना तुसीं, सबसिडी खेलदे हुंदे हो लूडो, पहला गर्मियां च बड़ा खेडदे हुंदे सी असीं, बड़ा बहुत सर गर्मियां सर करदे आ ही कहंदे हुंदे सी, क्रिकेट मेरा बैट लुको देना उन्हां ने ते लूडो लिया के दे देनी, भी घरे रहना खेल ही रख सकदे आ, भावें सारी दिहाड़ी खेल ही रखो। क्रिकेट दा सर बहुत प्यार और क्रिकेट दा बड़ा प्यार सीगा, जान नहीं देंदे सी पर बस फिर उही है, फिर ला ही लांदे सी वी चलो कदे कदे लंगड़ी असीं वी, है ना। चलो हुण की कहंदा देखो, कहंदा इक्को पासे दीआं तिन्न वख वख स्थितियां आपां नूं दित्तियां गईआं, कहंदा एक वाले पासे दे उल्ट चेहरे ते की नंबर होएगा, अपने तो पूछा गया एक दे ओपोजिट की होएगा, एक दे ओपोजिट की होएगा। हुण देखो जदों इस टाइप दा राजे क्वेश्चन आंदा है ना, तां बड़ा ही मतलब इस तरीके नाल दिमाग च हुंदा है कि सर एक दे ओपोजिट की होएगा, तां सब तो पहला एक जो चीज पूछी गई उहनूं देखो कित्थे है, कहिंदा एक आ रिहा जी पहले डाइस दे विच है, उस तों बाद सैकंड च है, थर्ड च है, नहीं है, तां सब तो पहला इहदे गवांढी देखणे है, क्योंकि देखो इह तां ओपोजिट आ नहीं सकदे ना क्योंकि विजिबल फेस है, एक दे ओपोजिट मतलब इत्थे जो बैक साइड छुपिया होया उह दसणा आपां नूं, तां मैं देखिया तीन ते पंज, तां इहदे विच देखो तीन ते पंज है, नहीं है सर, तीन अलग है पांच अलग है, जो इस तरीके की कंडीशन आ जाए तो ये अलग अलग लगेगा, जिमें देखो पांच है इतने आ पांच है, तो इतने भी देखो पांच है, हुण पांच जिहड़ा है ना वो बिल्कुल सेम साइड पर आया हुआ, अगर मैं इस गल की गल करूँगा तो यह राइट साइड है, तो इधर भी आप अगर गल करांगे ये भी की है राइट साइड, तो मतलब इतने गल होगी कि सेम फेस और सेम नंबर आ गया, सर पांच जिहड़ा है नंबर दोनों साइड पांच पांच आ रहा है, और जिहड़ा फेस है वह भी की हो गया दोनों साइड राइट हो गया, जदों इस तरीके की कंडीशन आ जाए जिदे विच तुहानू कहे कि एक तो सर सेम फेस है और सेम ही की है नंबर, सेम ही की है जी नंबर है, दैन तुसीं एक गल ध्यान रखना जिहड़े बाकी दो फेस बचणगे ना वह एक दूजे के ओपोजिट होणगे, बाकी किहड़े दो फेस बच गए तो तुसीं कहोगे सर जिवें आ एक है ये सेम ओपोजिट फेस की आ गया चार, ये तीन है टोप से तो ये सेम ओपोजिट टोप से कौन आ गया छे आ गया, तो उन्हें पूछा एक दे ओपोजिट की होएगा, तो एक दे ओपोजिट साढ़े कोल की आ जाएगा चार आ जाएगा जो कि ऑप्शन सी ते है, तो तुसी कहोगे कि सर इसका सी जिहड़ा आंसर है वह बिल्कुल सही है। हुण तुहाडे विचों ना कई बच्चे बड़ी गलती कर रहे हैं, उन्होंने वो की करी जा रहे हैं लगातार सर इदा लिख रहे चार चार चार, हुण एग्जामीनर बड़ा शातिर हो गया, वह पता की करता सर वो इतने ना एक दो तीन चार ना देकर दे देता ए बी सी डी इस तरीके नाल दे देंदा और यही तुहानू ऑप्शन दे विच रखदा है। हुण जिन्हें जिन्हें इत्थे मतलब डी दी थां ते चार दी थां ते डी सीगा हुण तुसीं आ डी करता और ऑप्शन दे विच डी पिया ए दे उपर तां तुसीं इत्थे ऑप्शन गलत क्लिक कर लोगे, तो मैं रिक्वेस्ट करूँगा जिन्हें भी बच्चे तुसीं आंसर कर दिओ तुसीं हमेशा ऑप्शन दे विच कोशिश करो, अगर तुहाडी ये हैबिट बन गई तां तुसीं आपदे दो तो तीन नंबर पक्के बचाओगे एग्जाम दे विच, याद करोगे कि बाहुबली सर ने दस्या सी और बिल्कुल सही दस्या सी, ठीक है, तो इत्थे तुहाडा यह हो जाएगा। और दूसरा इहदे च की है देखो चार इत्थे इहदे नाल कौन है तीन, तीन इत्थे आ तीन अलग अलग फेस से है, तो क्लोकवाइज डायरेक्शन के नाल भी जाके तुसीं इसका आंसर कर सकते हो, तो क्लोकवाइज वाला फॉर्मूला अगे दोबारा दसूंगा लेकिन इसका आंसर बिल्कुल राइट होएगा चार। चलते अगले क्वेश्चन के वल, लो जी ये फिर आ गया सर वही रजाई वाला क्वेश्चन, ठंड का टाइम आ गया रजाई तो आएगी, बिल्कुल बिल्कुल सर, पर इन्होंने क्वेश्चन मैनू बड़ा डर लगता है जी, ये कर देंगे सर की लगता ये तो सर कर देंगे, तो बहुत इंटेलीजेंट है यार, लेकिन जेड़े जेड़े बच्चे क्लास छड़ के जा रहे हैं एक बार फिर मैं कह रहा अज की मैराथन बहुत स्पेशल मैराथन है, छड़ के ना जाओ क्योंकि फिर उही गल है 500 क्वेश्चन का सीधा सीधा लॉस होगा, 500 भी नहीं 500 प्लस क्वेश्चन है, ठीक है 500 की गल की थी लेकिन 500 प्लस क्वेश्चन नए जुड़े हैं हुणे हुणे जुड़े फटाफट एक बार वीडियो नु शेयर कर दो ते बनाओ आंसर किन्ना है फटाफट से। देखो यार एक थां ते क्यूब दिता होया एक थां ते स्क्वायर दिता होया फिर इहनू बंद करके कहिंदा क्यूब किन्ना होएगा, हुण यार इहदे च बच्चे एक सिंपल जी गल आ देख लो कि अंडररूट पहले हटा दी आपां है ना, अंडररूट हटा दी या अंडररूट नू इहदा देख लो कि हां दे विच रख रहा हां, ਤਾਂ ਚਾਰ ਦਾ ਕਿਊਬ ਕਿੰਨਾ ਹੋਏਗਾ ਚਾਰ ਦਾ ਕਿਊਬ ਹੁੰਦਾ ਚੌਂਹਠ ਚਾਰ ਦਾ ਕਿਊਬ ਕਿੰਨਾ ਹੁੰਦਾ ਹੈ ਚੌਂਹਠ ਹੁੰਦਾ ਹੈ ਚਾਰ ਦਾ ਕਿਊਬ ਕਿੰਨਾ ਹੁੰਦਾ ਹੈ ਬੱਚੇ ਚੌਂਹਠ ਹੁੰਦਾ ਹੈ ਇੱਕ ਸੈਕਿੰਡ ਆਈ ਗਿਆ ਬਫਰ ਕਰ ਰਿਹਾ ਉਹੀ ਚੀਜ਼ ਹੈ ਸਰ ਮੈਂ ਦੇਖ ਰਿਹਾ ਇੱਕ ਦਿੱਕਤ ਹੈ ਗਰੁੱਪ ਚ ਪਾਓ ਇੱਕ ਸੈਕਿੰਡ ਬੱਚੇ ਇੱਕ ਸੈਕਿੰਡ ਇੱਕ ਸੈਕਿੰਡ ਚੱਲ ਗਈ बफर करन लग गई सी यार कोई गल नहीं होगी सैट होगी एक बार कह दे माड़ा यार ठीक है ठीक है। तो बच्चो चार दा क्यूब किन्ना हुंदा चार दा क्यूब हुंदा चौंठ ठीक है बफर कर रहा थोड़ा ध्यान रखो 15 दा स्क्वायर किन्ना हुंदा बच्चे 15 दा स्क्वायर हुंदा 225 ते इहदे उपर लग्या होया क्यूब हुण यार चार दा क्यूब तो तुहानू पता ही बच्चे कि चार दा क्यूब किन्ना हुंदा चार दा क्यूब हुंदा चौंठ चार दा क्यूब जो चौंठ हुंदा यार 15 दा स्क्वायर 225 हुंदा ठीक है। हुण बच्चे जे मैं एडअप करांगा एडअप करांगा एडअप करांगा तो किन्ना आएगा 289 आएगा ਤੁਸੀਂ ਕਹੋਗੇ ਸਰ ਉੱਪਰ ਕਿਊਬ ਲੱਗੇ ਹੋਏ ਆ ਮੈਂ ਪੂਰਾ ਇੱਕ 1x1 ਸਟੈਪ ਚੱਲ ਰਿਹਾ ਬੱਚਾ 289 ਕਿਹਦਾ ਸਕੇਅਰ ਆ ਯਾਰ 17 ਦਾ ਹੈਂਡ ਰੂਟ ਤੋਂ ਬਾਹਰ ਨਿਕਾਲਾਂਗੇ 17 ਆ ਜਾਏਗਾ 17 ਦਾ ਕਿਊਬ ਕਰਨਾ ਬੱਚੇ ਹੁਣ 17 ਦਾ ਕਿਊਬ ਮੈਂ ਕਿੰਨੀ ਵਾਰੀ ਰਟਾ ਰੱਖਿਆ ਹੈ ਕਿ 17 ਦਾ ਕਿਊਬ ਕਿੰਨਾ ਹੁੰਦਾ ਬੱਚਾ 17 ਦਾ ਕਿਊਬ ਹੁੰਦਾ 49 13 ਕਿਊਬ ਕਰਨਾ ਮਤਲਬ 3 ਵਾਰੀ ਗੁਣਾ ਕਰਨਾ ਸਿੱਧੀ ਜੀ ਗੱਲ ਹੈ
ਤਾਂ ਆਨਸਰ ਕਿੰਨਾ ਆਏਗਾ 4913 ਆ ਜਾਏਗਾ। ਕਲੀਅਰ ਹੈ ਨੀ ਗੱਲ? ਫਟਾਫਟ ਦੱਸ ਦਿਓ ਕਿੱਦਾਂ ਬਣ ਗਿਆ ਸੀਗਾ। ਹੁਣ ਵੈਸੇ ਨਾ ਕਈਆਂ ਨੇ ਕਈ ਪਤਾ ਕਿ ਸ਼ਾਤਿਰ ਹੈਗੇ, ਜੇ ਰੈਗੂਲਰ ਕਲਾਸ ਜੁੜਦੇ ਹੈਗੇ ਰਾਤੀ 8 ਵਜੇ ਵਾਲੀ ਕਲਾਸ, ਸਵੇਰੇ 11 ਵਜੇ ਵਾਲੀ ਕਲਾਸ 'ਚ, ਤੇ ਇਹਨਾਂ ਨੂੰ ਇੰਨੀ ਪ੍ਰੈਕਟਿਸ ਹੈਗੀ, ਇਹਨਾਂ ਨੂੰ ਪੱਕਾ ਪਤਾ ਕਿ 4 ਦਾ ਕਿਊਬ 64, 289 ਜੋ ਸਕੇਅਰ ਆ ਉਹ 17 ਦਾ ਹੈ, ਤਾਂ 17 ਦਾ ਕਿਊਬ ਕਰਨਾ ਮਤਲਬ 49 13। ਬਿਨਾਂ ਪੈਨ ਚਲਾਏ ਵੀ ਆਨਸਰ ਕਰਨ ਵਾਲੇ ਬੱਚੇ ਹੈਗੇ, ਕਿਹੜੇ ਕਿਹੜੇ ਨੇ ਬਿਨਾਂ ਪੈਨ ਚਲਾਏ ਕੀਤੇ? ਕੋਈ ਫਟਾਫਟ ਥੰਬਸ ਅਪ ਕਰ ਦਿਓ ਸ਼ਾਬਾਸ਼। ਅਗਲੇ ਤੇ ਆ ਜਾਂਦੇ, ਬਣਾਓ ਕਿੰਨਾ ਆਏਗਾ ਸ਼ਾਬਾਸ਼? ਲਓ ਜੀ ਇਹ ਕੁਐਸਚਨ ਸਰ ਸਿਰਾ ਹੀ ਕੁਐਸਚਨ ਆਇਆ ਜੀ, ਠੀਕ ਚੱਲ ਜਮਾਂ ਸਿਰਾ ਕੁਐਸਚਨ ਆਇਆ ਭਾਈ, ਵਾਈਬ੍ਰੇਟ ਹੁੰਦਾ ਹੈ। ਲਓ ਜੀ ਅਗਲਾ ਕੁਐਸਚਨ ਬੜਾ ਹੀ ਸ਼ਾਨਦਾਰ ਕੁਐਸਚਨ ਆ ਗਿਆ, ਕਹਿੰਦਾ ਵਿਕਲਪਾਂ ਵਿੱਚੋਂ ਅਜੀਬ ਸ਼ਬਦ ਅੱਖਰ ਜੋ ਵੀ ਹੈ ਉਹਨੂੰ ਲੱਭੋ, ਹੈ ਨਾ, ਮਤਲਬ 4 ਦਿੱਤੇ ਹੋਏ ਆ ਸਰ, ਇੱਕ ਤਾਂ ਦਿੱਤਾ ਹੋਇਆ ਲੋਇਰ, ਅੱਛਾ, ਦੂਜਾ ਦਿੱਤਾ ਹੋਇਆ ਇਹਦੇ ਚ ਲੈਜਿਸਲੇਟਰ, ਲੈਜਿਸਲੇਟਰ ਠੀਕ ਹੈ, ਜਿਹਨੂੰ ਆਪਾਂ ਕਹਿ ਸਕਦੇ ਹਾਂ ਵਿਧਾਇਕ, ਅੱਛਾ, ਹੈ ਨਾ, ਤੇ ਮੇਅਰ, ਮੇਅਰ ਦਾ ਮਤਲਬ ਹੋ ਗਿਆ ਜਿਵੇਂ ਪਾਰਸ਼ਾ ਟਾਈਪ, ਠੀਕ ਹੈ, ਤੇ ਉਸ ਤੋਂ ਬਾਅਦ ਆ ਗਿਆ ਗਵਰਨਰ, ਠੀਕ ਹੈ। ਹੁਣ ਦੱਸੋ ਇਹਦੇ ਵਿੱਚੋਂ ਅਲੱਗ ਕਿਹੜਾ ਹੋ ਸਕਦਾ, ਕਿਹੜਾ ਇਹਦੇ ਵਿੱਚੋਂ ਅਲੱਗ ਹੈ? ਕਹਿੰਦਾ ਲੋਇਰ, ਉਹਦਾ ਕੰਮ ਕੀ ਹੁੰਦਾ ਸਰ? ਦੋਨੋਂ ਹੀ ਕੰਮ ਹੁੰਦੇ ਆ, ਕਹਿੰਦੇ ਵੀ ਸਭ ਤੋਂ ਜ਼ਿਆਦਾ ਝੂਠ ਵਕੀਲ ਹੀ ਬੋਲਦੇ ਆ, ਤੇ ਵਕੀਲ ਹੀ ਜਿਹੜੇ ਹੈ ਉਹ ਮਤਲਬ ਸੱਚੇ ਵੀ ਹੁੰਦੇ ਆ, ਠੀਕ ਹੈ। ਲੈਜਿਸਲੇਟਰ ਵਿਧਾਇਕ, ਉਸ ਤੋਂ ਵੱਡਾ ਝੂਠਾ, ਜਿਹਨਾਂ ਨੇ ਵੋਟ ਤੋਂ ਪਹਿਲਾਂ ਲੰਮੀਆਂ ਲੰਮੀਆਂ ਸਿੱਟਣੀਆਂ, ਆਹ ਕਰ ਦਿਆਂਗੇ ਜੀ, ਉਹ ਕਰ ਦਿਆਂਗੇ, ਯੇ ਕਰ ਦਿਆਂਗੇ, ਵੋ ਕਰ ਦਿਆਂਗੇ, ਬਾਅਦ ਦੇ ਵਿੱਚ ਹਾਂਜੀ ਹਾਂਜੀ ਸਰਕਾਰ ਆਪਣੀ ਹੈਗੀ ਆ, ਚੱਲ ਰਿਹਾ ਜੀ ਕੰਮ, ਚੱਲ ਰਿਹਾ ਤੁਹਾਡਾ, ਹੈ ਨਾ, ਹੈ ਨਾ, 5 ਸਾਲਾਂ 'ਚ ਜਮਾਂ ਪੂਰਾ ਸਟੇਟ ਦੇ ਵਿੱਚੋਂ ਬੁਹਾਰ ਕੇ ਜੇਬ 'ਚ ਪਾ ਲਿਆ, ਠੀਕ ਹੈ। ਉਸ ਤੋਂ ਬਾਅਦ ਆ ਜਾਂਦਾ ਜੀ ਮੇਅਰ, ਮੇਅਰ ਥੋੜ੍ਹਾ ਜਿਹਾ ਥੱਲੇ, ਉਸ ਤੋਂ ਬਾਅਦ ਆ ਗਿਆ ਗਵਰਨਰ, ਹੈ ਨਾ। ਤਾਂ ਹੁਣ ਦੱਸੋ ਵੀ ਇਹਦੇ ਵਿੱਚੋਂ ਅਗਰ ਆਪਾਂ ਗੱਲ ਕਰੀਏ ਤਾਂ ਕੌਣ ਹੈ ਜੋ ਇਹਨਾਂ ਵਿੱਚੋਂ ਅਲੱਗ ਹੈ? ਲਓ ਸਰ ਆਨਸਰ ਦੀ ਇਹਨਾਂ ਨੇ ਬਣਾਤੀ ਖਿਚੜੀ, ਕਈ ਕਹਿੰਦੇ ਜੀ ਇਹਨੂੰ ਜਿੰਦਾ ਲਾ ਦੋ, ਇਹ ਜ਼ਿਆਦਾ ਕਰੀ ਜਾਂਦੇ। ਚਲੋ ਇਹਨਾਂ ਨੂੰ ਇੱਕ ਵਾਰ ਫੋਟੋ ਹੋਰ ਦਿਖਾ ਦਿੰਦੇ ਹਾਂ, ਥੋੜੇ ਜਿਹੇ ਫੋਟੋ ਵੀ ਹੈਗੇ ਆਪਣੇ ਕੋਲ। ਲਓ ਜੀ ਸਭ ਤੋਂ ਪਹਿਲਾਂ ਅਗਰ ਆਪਾਂ ਗੱਲ ਕਰਦੇ ਹਾਂ, ਆ ਗਏ ਜੀ, ਕਹਿੰਦੇ ਜੀ ਤਾਰੀਖ ਪੇ ਤਾਰੀਖ, ਤਾਰੀਖ ਪੇ ਤਾਰੀਖ ਹੈ, ਕਿਆ ਹੈ ਜੱਜ ਸਾਹਿਬ ਜੀ ਆਪ ਤਾਰੀਖ ਪੇ ਤਾਰੀਖ ਦੇ ਰਹੇ ਹੋ? ਇਹ ਨਹੀਂ ਪਤਾ, ਵਕੀਲ ਹੀ ਜਾ ਕੇ ਜੱਜ ਨੂੰ ਹੁਲਕ ਦੇਣੀ, ਕਹਿ ਦੇਣਾ ਅਗਲੀ ਤਰੀਕ ਪਾ ਦਿਓ ਜੀ, ਪੈਸੇ ਨਹੀਂ ਆਏ ਇਹਦੇ, ਹੈ ਨਾ। ਤਾਂ ਇਹ ਕਹਿੰਦਾ ਜੀ ਤਾਰੀਖ ਪੇ ਤਾਰੀਖ, ਯਾਦ ਆਇਆ ਕੁਛ? ਇਹਨੂੰ ਰਿਲੇਟ ਕਰਕੇ ਦੇਖੋ ਮਾੜਾ ਜਾਂ P SSB ਦੇਣਾ, ਬੜਾ ਮੈਂ ਕਹਿੰਦਾ ਜ਼ਿੰਦਗੀ ਭਰ ਨਹੀਂ ਭੁੱਲੋਗੇ ਤੁਸੀਂ, P SSB ਨਾਲ ਰਿਲੇਟ ਕਰਕੇ ਦੇਖੋ, ਹੈ ਨਾ। P SSB ਵੀ ਤਾਰੀਖ ਪੇ ਤਾਰੀਖ ਦੇ ਰਹੀ ਹੈ, ਆਹ ਲੈ ਲਓ ਲਾਸਟ ਇੱਕ ਹੀ ਐਗਜ਼ਾਮ ਹੈ ਵਿਚਾਰਿਆਂ ਕੋਲ, P SSB, ਉਹ ਵੀ ਨਹੀਂ ਸੰਭੀ ਜਾਂਦਾ, ਅਸਿਸਟੈਂਟ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ, ਹੈ ਨਾ, ਜਿਹੜਾ ਨਗਰ ਕੌਂਸਲ ਨਗਰ ਪੰਚਾਇਤਾਂ ਦੇ ਵਿੱਚ ਆਇਆ, ਪਿਛਲੇ ਤੋਂ ਪਿਛਲੇ ਮਹੀਨੇ ਡੇਟ ਕੱਢੀ, ਇੱਕ ਮਹੀਨਾ ਉਹ ਕੱਢ ਕੇ ਨੋਟੀਫਿਕੇਸ਼ਨ ਸਰ ਭੁੱਲ ਗਏ, ਫਾਰਮ ਭਰਾਣੀ ਭੁੱਲ ਗਏ, ਲਾਸਟ ਡੇਟ ਕੋਲ ਯਾਦ ਆਇਆ, ਉਹ ਹੋ ਫਾਰਮ ਵੀ ਭਰਵਾਉਣੇ ਸੀਗੇ, ਚਲੋ ਜੀ ਇੱਕ ਮਹੀਨਾ ਵਧਾਤੀ, ਹੁਣ ਕੱਲ੍ਹ ਉਹਦੀ ਲਾਸਟ ਡੇਟ ਸੀਗੀ 28 ਤਰੀਕ, ਤੇ ਉਸ ਤੋਂ ਬਾਅਦ ਫਿਰ ਹੁਣ ਅੱਗੇ ਚੱਕ ਕੇ ਕਰਤੀ, ਅੱਜ ਹੀ ਆਇਆ ਨੋਟੀਫਿਕੇਸ਼ਨ, ਕਹਿੰਦੇ ਚਲੋ ਜੀ ਆ ਗਏ ਤਾਰੀਖ ਫੇ ਤਾਰੀਖ। ਚਲੋ ਅਗਲਾ ਤੁਹਾਨੂੰ ਦਿਖਾ ਦਿੰਦੇ ਆ ਵਿਧਾਇਕ ਸਾਹਿਬ, ਕੀ ਕਹਿੰਦੇ? ਯੂ ਚੀਟ, ਮਤਲਬ ਕਿ ਇੱਥੇ ਇਹ ਕਹਿ ਰਿਹਾ ਵੀ ਤੂੰ ਚੀਟ ਕਰਦਾ, ਇਹ ਨਹੀਂ ਪਤਾ ਵੀ ਸਭ ਤੋਂ ਵੱਡਾ ਚੀਟਰ ਤਾਂ ਮੈਂ, ਚਾਰੋਂ ਪਾਸੇ ਵੱਡੀਆਂ ਜੇਬਾਂ ਲਵਾਈ ਫਿਰਦਾ ਮੈਂ। ਉਸ ਤੋਂ ਬਾਅਦ ਆ ਗਏ ਸਾਡੇ ਗਵਰਨਰ ਸਾਹਿਬ, ਹੈ ਨਾ, ਤੇ ਉਸ ਤੋਂ ਬਾਅਦ ਇਹ ਆ ਗਏ ਸਾਡੇ ਮੇਅਰ ਸਾਹਿਬ। ਹੁਣ ਦੱਸੋ ਵੀ ਇਹਦੇ ਵਿੱਚੋਂ ਅਲੱਗ ਕਿਹੜਾ ਹੋ ਸਕਦਾ, ਹਾਂਜੀ ਕਿਹੜਾ ਹੋ ਸਕਦਾ ਹੈ ਦੱਸੋ? ਤਾਂ ਇਹਦਾ ਜਿਹੜਾ ਰਾਈਟ ਆਨਸਰ ਹੋਏਗਾ ਉਹ ਕੀ ਹੋਏਗਾ? ਰਾਈਟ ਆਨਸਰ ਇਸਦਾ ਕੀ ਹੋਏਗਾ? ਆ ਵਾਪਿਸ ਖੋਲ ਲੈਂਦੇ ਆਪਣਾ ਕਾਗਜ਼, ਰਾਈਟ ਆਨਸਰ ਹੋਏਗਾ ਇਸਦਾ ਆਪਸ਼ਨ ਏ, ਲੋਇਰ। ਕਿਉਂਕਿ ਦੇਖੋ ਬਾਕੀ ਜਿੰਨੇ ਵੀ ਹੈ, ਚਾਹੇ ਲੈਜਿਸਲੇਟਰ ਹੈ, ਮੇਅਰ ਹੈ ਜਾਂ ਗਵਰਨਰ ਹੈ, ਇਹ ਕੀ ਹੁੰਦੇ ਆ? ਇਹ ਚੁਣੇ ਜਾਂਦੇ ਹੈ, ਇਹ ਇਲੈਕਟ ਕੀਤੇ ਜਾਂਦੇ ਆ, ਠੀਕ ਹੈ। ਇਹ ਕੀ ਹੁੰਦੇ ਆ? ਇਹ ਇਲੈਕਟ ਕੀਤੇ ਜਾਂਦੇ ਆ, ਇਹਨਾਂ ਦੀ ਚੋਇਸ ਹੁੰਦੀ ਹੈ, ਇਹਨਾਂ ਨੂੰ ਚੁਣਿਆ ਜਾਂਦਾ ਹੈ। ਲੇਕਿਨ ਆਪਾਂ ਅਗਰ ਗੱਲ ਕਰੀਏ ਲੋਇਰ ਦੀ, ਤਾਂ ਇਹਨੂੰ ਚੁਣਿਆ ਨਹੀਂ ਜਾਂਦਾ, ਇਹ ਸਟੱਡੀ ਕਰਕੇ ਆਪ ਹੀ ਕਾਲਾ ਕੋਟ ਪਾ ਲੈਂਦੇ ਆ। ਫਿਰ ਕਹਿੰਦੇ ਜੀ ਭਾਈ ਸਾਹਿਬ ਨੇ ਕਾਲਾ ਕੋਟ ਐਸੇ ਨਹੀਂ ਡਾਲਾ, ਹੈ, ਕੱਲ ਹੀ ਡਰਾਈ ਕਲੀਨ ਕਰਕੇ ਡਾਲਾ ਇਸਕੋ, ਤੇ ਠੀਕ ਹੈ, ਆਨਸਰ ਤੁਹਾਡਾ ਹੋਏਗਾ ਜੀ ਆਪਸ਼ਨ ਏ। ਬਾਕੀ ਤਾਰੀਖ ਪੇ ਤਾਰੀਖ ਦੇ ਨਾਲ ਇੱਕ ਹੋਰ ਵੀ ਗੱਲ ਬੜੀ ਸੋਹਣੀ ਜੁੜੀ ਹੋਈ ਹੈ, ਅੰਕੁਰ ਸਰ ਬੜਾ ਹੱਸਦੇ ਹੁੰਦੇ ਉਹਦੇ ਤੇ, ਉਹ ਬਾਅਦ ਚ ਕਦੇ ਡਿਸਕਸ ਕਰਾਂਗੇ। ਚੱਲਦੇ ਅਗਲੇ ਕੁਐਸਚਨ ਦੇ ਵੱਲ, ਤੇ ਅਗਲਾ ਕੁਐਸਚਨ ਆ ਚੁੱਕਿਆ ਤੁਹਾਡੀ ਸਕਰੀਨ ਤੇ, ਚਲੋ ਆ ਜਾਓ ਫਟਾਫਟ। ਲਓ ਜੀ ਠੀਕ ਹੈ, ਉਹ ਸਰ ਨਾ ਯਾਦ ਕਰਾਇਆ ਕਰੋ ਤਾਰੀਖ ਪੇ ਤਾਰੀਖ। ਇੱਕ ਬੈਗ ਵਿੱਚ ਕ੍ਰਮਵਾਰ 5:10:6 ਦੇ ਵਿੱਚ, 5:10:6 ਦੇ ਅਨੁਪਾਤ ਵਿੱਚ 1 ਰੁਪਏ, 2 ਰੁਪਏ ਤੇ 5 ਰੁਪਏ ਦੇ ਸਿੱਕੇ ਹੁੰਦੇ ਹੈ। ਬੱਚਾ ਸਿੱਕਿਆਂ ਵਾਲਾ ਸਵਾਲ ਪੇਪਰ, ਹਰ ਇੱਕ ਪੇਪਰ ਚ ਆਲਮੋਸਟ ਕਿਸੇ ਨਾ ਕਿਸੇ ਕੁਐਸਚਨ ਦਾ ਹਿੱਸਾ ਬਣਦਾ ਹੀ ਬਣਦਾ, ਹਰ ਪੇਪਰ ਦੇ ਵਿੱਚ ਆਇਆ, ਚਾਹੇ ਤੁਸੀਂ ਬੈਂਕ ਲੈ ਲਓ, ਚਾਹੇ ਤੁਸੀਂ SSC ਲੈ ਲਓ, ਚਾਹੇ ਤੁਸੀਂ ਪੰਜਾਬ ਸਟੇਟ ਐਗਜ਼ਾਮ ਲੈ ਲਓ, ਕੋਈ ਲੈ ਲਓ, ਆ ਸਿੱਕਿਆਂ ਵਾਲਾ ਸਵਾਲ ਤਾਂ ਰੇਸ਼ ਵਾਲਿਆਂ ਦਾ ਕਹਿੰਦਾ ਫੇਵਰੇਟ ਸਵਾਲ ਹੈ। ਐਗਜ਼ਾਮੀਨਰ ਕਹਿੰਦਾ ਇਹ ਤਾਂ ਕਹਿੰਦਾ ਕੋਈ ਨਾ ਕੋਈ ਨਾਮ ਮਿਲਦਾ ਤਾਂ ਕਹਿੰਦਾ ਇਹ ਤਾਂ ਪਾ ਹੀ ਦੇਣਾ, ਪਾ ਹੀ ਦੇਣਾ, ਠੀਕ ਹੈ। ਤਾਂ 1 ਰੁਪਏ, 2 ਰੁਪਏ ਤੇ 5 ਰੁਪਏ ਦੇ ਸਿੱਕੇ ਹੈ, 1 ਰੁਪਏ, 2 ਰੁਪਏ। ਇੱਕ ਸੈਕਿੰਡ ਮੈਂ ਵਿਚਾਲੇ ਐਂਟਰੀ ਮਾਰੂੰਗਾ। ਬੱਚੇ ਬੜੇ ਕਹਿ ਰਹੇ, ਕਹਿੰਦੇ ਸਰ ਅੱਜ ਬਾਹੂਬਲੀ ਸਰ ਬੜਾ ਡੋਲੂ ਸਾਫ ਕਰਾਈ ਜਾਂਦਾ, ਮੈਂ ਪਤਾ ਕਿਉਂ ਕਰਾ ਰਿਹਾ ਡੋਲੂ ਸਾਫ? ਮੈਂ ਕਹਿੰਦਾ ਡੋਲੂ ਵਧੀਆ ਤਰੀਕੇ ਨਾਲ ਮਾਂਜ ਕੇ ਰੱਖੋ, ਅੰਕੂ ਸਰ ਦਾ ਬਰਥਡੇ ਹੈ, ਫਿਰ ਜਾਂਦੇ ਕੋਈ ਜਲੇਬੀਆਂ, ਕੋਈ ਮਿਠਾਈ, ਕੋਈ ਕੁਛ ਨਾ ਕੁਛ ਪਾ ਕੇ ਜਾਣਾ, ਏਦਾਂ ਕਿ ਕਿਹੜਾ ਕਿਹੜਾ ਡੋਲੂ ਖਾਲੀ ਰੱਖ ਕੇ ਕਿਹੜਾ ਕਿਸੇ ਕੁਛ ਪਾ ਦੋ। ਚਲੋ ਅੱਜ ਪੜ੍ਹਾਈ ਪੜ੍ਹਦੇ ਆ। 1 ਰੁਪਏ, 2 ਰੁਪਏ ਤੇ ਯਾਰ 5 ਰੁਪਏ ਦੇ ਸਿੱਕੇ ਹੈ, ਠੀਕ ਹੈ। ਕ੍ਰਮਵਾਰ ਕਿੰਨੇ ਕਿੰਨੇ ਹੈਗੇ? 5:10:6 ਦੇ ਵਿੱਚ ਹੈ, 5:10:6 ਦੇ ਵਿੱਚ ਹੈ।
ਮਤਲਬ 1 ਰੁਪਏ ਵਾਲੇ 5 ਸਿੱਕੇ ਤੇ ਕਿੰਨੇ ਰੁਪਏ ਹੋ ਜਾਣਗੇ 5 ਰੁਪਏ ਹੋ ਜਾਣਗੇ ਕਈ ਵਾਰੀ ਸਰ ਇਹ ਹਿਸਾਬ ਚ ਪਜ਼ਲ ਹੋ ਜਾਂਦੇ ਹਾਂ ਬਿਲਕੁਲ ਸਰ ਮੈਂ ਕਿਹਾ ਯਾਰ ਤੁਸੀਂ ਹਿਸਾਬ ਚ ਪਜ਼ਲ ਹੋ ਗਏ ਯਾਰ ਫਿਰ ਕਿੱਦਾਂ ਗੱਲ ਕਰ ਸਰ ਅੱਜ ਕੱਲ੍ਹ ਸਿੱਕੇ ਚੱਲਦੇ ਨੇ ਨਾ ਨੋਟਾਂ ਦੇ ਹੈਗੇ 2000 ਦੇ ਫੋਨਪੇ ਦੇ ਹੈਗੇ ਆ ਹਾਂ ਉਹ ਵੀ ਹੈ ਸਹੀ ਗੱਲ ਹੈ ਚਲੋ ਯਾਰ 10 ਰੁਪਏ ਦੇ 2 ਸਿੱਕੇ ਕਿੰਨੇ ਰੁਪਏ ਹੋ ਜਾਣਗੇ 20 ਰੁਪਏ ਹੋ ਜਾਣਗੇ ਠੀਕ ਹੈ 5 ਰੁਪਏ ਦੇ 6 ਸਿੱਕੇ ਕਿੰਨੇ ਰੁਪਏ ਹੋ ਜਾਣਗੇ 5 ਸਿੱਕਾ 30 ਰੁਪਏ ਹੋ ਜਾਣਗੇ ਠੀਕ ਹੈ ਹੁਣ ਤੁਸੀਂ ਦੇਖੋ ਬੱਚਾ ਇਹਨੇ ਕੀ ਦੇ ਰੱਖਿਆ ਤਾਂ ਇਹਦੇ ਵਿੱਚ ਕੀ ਹੈ 5 ਤੇ 20 25 25 ਤੇ 30 55 ਰੁਪਏ ਟੋਟਲ 55 ਰੁਪਏ ਬਣ ਰਹੇ ਹੈ ਉਹ ਕਹਿੰਦਾ ਕਿੰਨੇ ਹੈ ਭਈ 275 ਹੈ ਇਹਦੇ ਕੁਐਸਚਨ ਵਿੱਚ 275 ਰੁਪਏ ਦੇ ਰੱਖੇ ਆ ਉਹ ਕਹਿੰਦਾ ਕਿੰਨਾ ਹੈ 55 ਰੁਪਏ ਹੈ ਤਾਂ ਮਤਲਬ ਪਾ ਕਰਾਵਾਂਗੇ 1 ਯੂਨਿਟ ਦੀ ਵੈਲਿਊ 5 ਆ ਜਾਏਗੀ ਯਾਰ 1 ਯੂਨਿਟ ਦੀ ਵੈਲਿਊ 5 ਆ ਗਈ ਜੇ 1 ਯੂਨਿਟ ਦੀ ਵੈਲਿਊ 5 ਆ ਗਈ ਜੋ ਪੁੱਛਿਆ ਉਹਨੂੰ 5 ਨਾਲ ਗੁਣਾ ਕਰਾ ਦਿਓ ਚੁੱਪ ਕਰਕੇ ਕਹਿੰਦਾ ਬੈਗ ਵਿੱਚ 25 ਪੈਸੇ ਦੇ ਸਿੱਕੇ ਕਿੰਨੇ ਸੀ ਅੱਛਾ ਅੱਛਾ ਇਹ 5 ਰੁਪਏ ਦੇ ਹੋਣਗੇ ਸ਼ਾਇਦ ਠੀਕ ਹੈ ਬੈਗ ਵਿੱਚ 5 ਰੁਪਏ ਦੇ ਸਿੱਕੇ ਕਿੰਨੇ ਸੀ ਬੱਚਾ 5 ਰੁਪਏ ਦੇ ਸਿੱਕੇ ਕਿੰਨੇ ਹੋਣਗੇ 6 ਕਹਿ ਰਿਹਾ ਹੈ ਤਾਂ 6 ਨੂੰ ਵੀ 5 ਨਾਲ ਗੁਣਾ ਤਾਂ ਕਰਾਉਣਾ ਹੀ ਪਊਗਾ ਠੀਕ ਹੈ ਤਾਂ ਕਿੰਨਾ ਆ ਜਾਏਗਾ 30 ਆ ਜਾਏਗਾ 30 ਆ ਜਾਏਗਾ ਆਈ ਗੈਸ ਉੱਪਰ ਵੀ ਲੱਗਿਆ ਹੋਇਆ ਹੈ ਤਾਂ 5 ਰੁਪਏ ਦੇ ਸਿੱਕੇ ਪੁੱਛੇ ਬੱਚਾ 5 ਰੁਪਏ ਦੇ ਕਿੰਨੇ ਸਿੱਕੇ ਹੋ ਜਾਣਗੇ 5 ਰੁਪਏ ਦੇ ਸਿੱਕੇ ਹੋ ਜਾਣਗੇ 30 ਕਿਉਂਕਿ 1 ਯੂਨਿਟ ਦੀ ਵੈਲਿਊ 5 ਹੈ ਮੈਂ ਇੱਕ ਵਾਰੀ ਕੁਇਕ ਰਿਪੀਟ ਕਰਦਾ ਸਾਹਮਣੇ ਧਿਆਨ ਦਿਆ ਦੇ ਕਹਿੰਦਾ 1 ਰੁਪਏ 2 ਰੁਪਏ 5 ਰੁਪਏ ਦੇ ਸਿੱਕੇ ਹੈ 5:10:6 ਚ ਹੈ ਮਤਲਬ 1-1 ਰੁਪਏ ਦੇ 5 ਸਿੱਕੇ ਮਤਲਬ 5 ਰੁਪਏ ਹੋ ਗਏ 2 ਰੁਪਏ ਦੇ 10 ਸਿੱਕੇ ਮਤਲਬ 20 ਰੁਪਏ ਹੋ ਗਏ 5 ਰੁਪਏ ਦੇ 6 ਸਿੱਕੇ ਮਤਲਬ 30 ਰੁਪਏ ਹੋ ਗਏ ਟੋਟਲ ਰੁਪਏ ਹੋ ਗਏ 55 ਉਹ ਕਹਿੰਦਾ 275 275 ਹੈ ਉਹ 55 ਦੇ ਬਰਾਬਰ ਹੈ 1 ਯੂਨਿਟ ਦੀ ਵੈਲਿਊ 5 ਆ ਜਾਏਗੀ 1 ਯੂਨਿਟ ਦੀ ਵੈਲਿਊ 5 ਆ ਗਈ ਹੁਣ ਮੰਨ ਲਓ ਜੇ 5 ਰੁਪਏ ਦੇ ਪੁੱਛੇ ਹੈ ਤਾਂ ਇੱਥੇ 5 ਦਾ ਗੁਣਾ ਕਰਾ ਦੋ 30 ਸਿੱਕੇ ਹੋ ਜਾਣਗੇ ਇੱਥੇ ਪੁੱਛੇ ਹੁੰਦੇ ਤੈਨੂੰ 5 ਨਾਲ ਗੁਣਾ ਕਰਾ ਦੇ 50 ਸਿੱਕੇ ਹੋ ਜਾਂਦੇ ਤਾਂ ਆਨਸਰ ਮੇਰਾ ਕਿੰਨਾ ਆ ਜਾਏਗਾ 30 ਵਿਲ ਬੀ ਦਾ ਕਰੈਕਟ ਆਨਸਰ ਫਟਾਫਟ ਇੱਕ ਵਾਰ ਥੰਬਸ ਅਪ ਕਰ ਦੋ ਥੰਬਸ ਅਪ ਕਰ ਸਰ ਏਮ ਜੀ ਹਾਂ ਦੱਸਾਂਗੇ ਕੋਈ ਗੱਲ ਨਹੀਂ ਵੀ ਚਲੋ ਅੱਛਾ ਮੇਰਾ ਹੀ ਅੱਗੇ ਇੱਕ ਹੋਰ ਹੈਗਾ ਚਲੋ ਕੋਈ ਗੱਲ ਨਹੀਂ ਅੱਜ ਬਾਹੂਬਲੀ ਸਰ ਕਹਿੰਦੇ ਆਪਾਂ ਖੜੇ ਠਾੜ ਨਾਲ ਕੋਈ ਨਹੀਂ ਪੜਾਈ ਰੱਖੋ ਤੁਸੀਂ ਯਾਰ ਦੇਖੋ ਯਾਰ ਵੱਡੇ ਬੋਏ ਹੈ ਹਨਾ ਤਾਂ ਵੱਡੇ ਬੋਏ ਦੀ ਫਿਰ ਕਲਾਸ ਚੱਲ ਰਹੀ ਹੈ ਤਾਂ ਫਿਰ ਉਹਦੇ ਫੋਨ ਕਰਕੇ ਮੈਂ ਬੋਲ ਦੇਣਾ ਸਰ ਕੋਈ ਨਹੀਂ ਤੁਸੀਂ ਕਰੋ ਕੰਟੀਨਿਊ ਠੀਕ ਹੈ ਚਲੋ ਹੁਣ ਦੇਖੋ ਯਾਰ 1008 ਨੂੰ ਸਿੰਗਲ ਅੰਕ ਦੀ ਸੰਖਿਆ ਨਾਲ ਭਾਗ ਕਰਨ ਤੇ ਇੱਕ ਸੰਪੂਰਨ ਵਰਗ ਮਿਲਦਾ ਹੁਣ 1008 ਨੂੰ ਯਾਰ ਕਿਹੜੇ ਨੰਬਰ ਨਾਲ ਗੁਣਾ ਕਰੀਏ ਗੁਣਾ ਕਰਨਾ ਭਾਗ ਕਰਨ ਤੇ ਮਤਲਬ ਡਿਵਾਈਡ ਕਰਨਾ ਹੈ ਡਿਵਾਈਡ ਕਰਨ ਤੇ ਕਹਿੰਦੇ ਇੱਕ ਅੰਕ ਮਿਲੇਗਾ ਉਹ ਵਰਗ ਹੋਣਾ ਚਾਹੀਦਾ ਹੈ 1008 ਤੋਂ ਕਿਹੜੇ ਨੰਬਰ ਨਾਲ ਡਿਵਾਈਡ ਕਰਾਈਏ ਕਿ ਉਹ ਪਰਫੈਕਟ ਸਕੁਅਰ ਬਣ ਜੇ ਕਿਹੜੇ ਨੰਬਰ ਨਾਲ ਕਰਾਂਗੇ ਬੱਚਾ ਇਹਦੇ 'ਚ 2-3 ਹੈ ਤੁਸੀਂ ਚਾਹੇ ਇਹਨਾਂ 'ਚੋਂ ਆਪਸ਼ਨ ਰੱਖ ਕੇ ਦੇਖ ਲਓ ਕਿ ਕਿਹੜੇ ਨਾਲ ਬਣੀ ਆਉਂਦਾ ਹੈ ਬਟ ਮੈਂ ਕਹੂੰਗਾ ਕਿ ਬੱਚਾ ਸਭ ਨਾਲ ਬੈਸਟ ਮੈਥਡ ਹੈ ਇਹਨੂੰ ਅਜੇ ਟੁਕੜੇ ਕਰਨ ਦਾ ਜੇ ਬੱਚਾ ਤਾਂ ਮੈਂ ਟੁਕੜੇ ਕਰਾਂ ਫੈਕਟਰ ਕਰਦਾ 1008 ਦੇ ਅਗਰ ਫੈਕਟਰ ਕਰੀਏ ਤਾਂ ਬੱਚਾ 1008 ਨੂੰ ਮੈਂ 2 ਨਾਲ ਡਿਵਾਈਡ ਕਰਾਂਗਾ ਕਿੰਨਾ ਆ ਜਾਏਗਾ ਤੁਸੀਂ ਕਹੋਗੇ ਸਰ 504 ਆ ਜਾਏਗਾ 504 ਨੂੰ 2 ਨਾਲ ਡਿਵਾਈਡ ਕਰਾਂ ਤੁਸੀਂ ਕਹੋਗੇ ਸਰ ਕਿੰਨਾ ਆ ਜਾਏਗਾ ਮੈਂ ਕਹਿ ਦਾਂਗਾ ਬੱਚਾ 257 ਦੇ ਸਮਥਿੰਗ ਆ ਜਾਏਗਾ ਤਾਂ ਇੱਕ ਤਾਂ ਬੱਚਾ ਮੇਰੇ ਕੋਲ ਆ ਹੈ ਕਿ ਮੈਂ ਇਹਨੂੰ ਇੱਦਾਂ ਕਰ ਲਾਂ ਠੀਕ ਹੈ ਬਟ ਮੈਂ 252 ਆ ਜਾਏਗਾ ਫਿਰ ਮੈਨੂੰ 2 ਤੇ ਕੱਟਾਂਗਾ ਕਿੰਨਾ ਆ ਜਾਏਗਾ ਬੱਚਾ 126 ਆ ਜਾਏਗਾ ਫਿਰ 2 ਤੇ ਕੱਟਾਂ ਕਿੰਨਾ ਕੁ ਆ ਜਾਏਗਾ 63 ਆ ਜਾਏਗਾ ਹੁਣ 63 ਨੂੰ ਬੱਚਾ ਮੈਂ 3 ਤੇ ਕੱਟਾਂਗਾ ਕਿੰਨਾ ਆ ਜਾਏਗਾ 21 ਆ ਜਾਏਗਾ 21 ਨੂੰ 3 ਤੇ ਕੱਟਾਂ ਕਿੰਨਾ ਆ ਜਾਏਗਾ 7 ਆ ਜਾਏਗਾ 7 ਨੂੰ 7 ਤੇ ਕੱਟਤਾ ਕਿੰਨਾ ਆ ਗਿਆ 1 ਆ ਗਿਆ ਮਤਲਬ ਮੇਰੇ ਕੋਲ ਟੁਕੜੇ ਕੀ ਬਣੇ ਪਈ 2 × 2 × 2 × 2 3 × 3 × 7 ਆ ਜਾਓ ਕਰਾ ਕੇ ਦੇਖ ਲੈਂਦੇ ਮੇਰੇ ਕੋਲ ਆਹ ਬੱਚਾ ਕੀ ਬਣੇ ਟੁਕੜੇ ਬਣੇ 2 × 2 = 4 4 × 8 8 × 16 16 × 3 = 48 48 ਤੇ 144 144 × 7 ਕਿੰਨੇ ਹੋ ਜਾਣਗੇ 1008 ਹੋ ਜਾਣਗੇ ਹੁਣ 1008 ਦੇ ਬੱਚਾ ਇਹ ਫੈਕਟਰ ਹੈ ਇਹ ਕਹਿੰਦਾ ਕੀ ਹੈ ਇਹ ਕਹਿੰਦਾ ਕਿਹੜੇ ਨੰਬਰ ਨਾਲ ਡਿਵਾਈਡ ਕਰਾ ਦਈਏ ਕਿ ਪਰਫੈਕਟ ਸਕੁਅਰ ਹੋ ਜਾਏ ਬੱਚਾ ਪਰਫੈਕਟ ਸਕੁਅਰ ਕਿਹੜਾ ਨੰਬਰ ਹੁੰਦਾ ਹੈ ਵਰਗ ਉਹੀ ਨੰਬਰ ਹੁੰਦਾ ਜੋ 2 ਵਾਰੀ ਗੁਣਾ ਹੋ ਕੇ ਬਣਦਾ ਹੈ 2 ਵਾਰੀ ਗੁਣਾ ਇਹਦਾ ਹੋ ਗਿਆ ਇਹਦਾ ਹੋ ਗਿਆ ਇਹਦਾ ਹੋ ਗਿਆ ਆਹ ਵਿਚਾਰਾ ਕੱਲਾ ਰਹਿ ਗਿਆ ਇਹ ਵਿਚਾਰਾ ਕੱਲਾ ਰਹਿ ਗਿਆ ਹੁਣ ਜਾਂ ਤਾਂ ਹੁਣ ਦੇਖੋ ਇਹਦੇ 'ਚ ਦੋ ਤਰੀਕੇ ਦੇ ਸਵਾਲ ਬਣਦੇ ਹੈ ਕਿ ਜਾਂ ਤਾਂ 7 ਨਾਲ ਗੁਣਾ ਕਰਾਉਣ ਤੇ ਜਾਂ 7 ਨਾਲ ਭਾਗ ਕਰਾਉਣ ਤੇ ਹੁਣ ਬੱਚਾ ਜੇ ਇਹਦੇ 'ਚ ਗੁਣਾ ਕਰਾਉਣ ਵਾਸਤੇ ਆਨਸਰ ਪੁੱਛਿਆ ਹੁੰਦਾ ਤਾਂ ਵੀ ਕੀ ਆਉਂਦਾ 7 ਹੀ ਆਉਂਦਾ ਤੇ ਚਾਹੇ ਇਹਦੇ 'ਚ ਭਾਗ ਕਰਾਉਣ ਵਾਸਤੇ ਡਿਵਾਈਡ ਵਾਸਤੇ ਪੁੱਛਿਆ ਹੁੰਦਾ ਤਾਂ ਵੀ ਆਨਸਰ 7 ਹੀ ਆਉਣਾ ਸੀ ਤਾਂ ਕਿਉਂਕਿ ਦੇਖੋ ਅੱਜ ਮੈਂ ਇਹਨੂੰ ਪੂਰਾ ਕਰਨਾ ਚਾਹਾਂਗਾ ਤਾਂ 7 ਨਾਲ ਗੁਣਾ ਕਰਾ ਦਾਂਗਾ ਪੂਰਾ ਹੋ ਜਾਊਗਾ ਜਾਂ ਮੈਨੂੰ ਬਾਹਰ ਕੱਢ ਦੂੰਗਾ ਤਾਂ ਬਾਹਰ ਕੱਢ ਦੂੰਗਾ ਤਾਂ ਡਿਵਾਈਡ ਵਾਸਤੇ ਆਨਸਰ ਵੀ 7 ਹੈ ਗੁਣਾ ਕਰਨ ਵਾਸਤੇ ਆਨਸਰ ਵੀ 7 ਹੈ 7 ਇਸ ਦਾ ਸਵਾਲ ਦਾ ਜੋ ਹੈ ਉਹ ਕਰੈਕਟ ਆਨਸਰ ਹੈ ਇੱਕ ਵਾਰੀ ਫਟਾਫਟ ਯਾਰ ਥੰਬਸ ਅਪ ਕਰ ਦੋਗੇ ਤੇ ਜਿਨ੍ਹਾਂ ਨੇ ਹਾਲੇ ਤੱਕ ਲਾਈਕ ਸ਼ੇਅਰ ਨਹੀਂ ਕੀਤਾ ਫਟਾਫਟ ਯਾਰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਫਿਰ ਆਪਾਂ ਚੱਲਦੇ ਆ ਅਗਲੇ ਕੁਐਸਚਨ ਦੇ ਕੋਲ ਥੰਬਸ ਅਪ ਕਰ ਦੋ ਸਰ ਬਿਲਕੁਲ ਓਕੇ ਹੈ ਹਾਂਜੀ ਅਗਲੇ ਤੋਂ ਚਲੀਏ ਲਓ ਸਰ ਓਹੋ ਸਰ ਇਹ ਤਾਂ ਆਨਸਰ ਤਾਂ ਮੈਨੂੰ ਪਤਾ ਤੁਹਾਨੂੰ ਪਤਾ ਸਰ ਹਾਂ ਚਲੋ ਬੱਚਿਆਂ ਤੋਂ ਹੋਰ ਪੁੱਛ ਲਈਏ ਫਿਰ ਆਪਾਂ ਹਾਂਜੀ ਵੀ ਦੱਸ ਦੋ ਵੀ ਇਹਦਾ ਆਨਸਰ ਕੀ ਹੋਊਗਾ ਕੀ ਕਹਿੰਦਾ ਕਹਿੰਦਾ ਇੱਕ ਦਿਨ ਵਿੱਚ ਕਿੰਨੀ ਵਾਰ ਮਿੰਟ ਅਤੇ ਘੰਟਾ ਦੋਵੇਂ ਹੱਥ ਇਕੱਠੇ ਹੁੰਦੇ ਹਨ ਇਕੱਠੇ ਹੁੰਦੇ ਆ ਦੱਸ ਦੋ ਫਟਾਫਟ ਸ਼ਾਬਾਸ਼ ਟੁਗੇਦਰ ਦੋਨੋਂ ਦੇ ਦੋਨੋਂ ਕੀ ਹੁੰਦੇ ਆ ਇਕੱਠੇ ਹੁੰਦੇ ਆ ਤਾਂ ਇਹਦੇ ਵਿੱਚ ਤੁਹਾਨੂੰ ਬੇਸਿਕ ਸਾਰਿਆਂ ਨੂੰ ਲਗਭਗ ਪਤਾ ਹੋਊਗਾ ਜਿਨ੍ਹਾਂ ਨੂੰ ਨਹੀਂ ਪਤਾ ਦੱਸ ਦੂੰਗਾ ਕੋਈ ਚੱਕਰ ਨਹੀਂ ਇਕੱਠੇ ਦਾ ਮਤਲਬ ਪਤਾ ਕੀ ਹੈ ਇਕੱਠੇ ਦਾ ਮਤਲਬ ਹੈ ਇੱਥੇ ਕਿ ਜਿਵੇਂ ਮੰਨ ਲਓ ਆਹ ਘੜੀ ਹੈ 0 ਡਿਗਰੀ
हाँ जीरो डिग्री सर बिल्कुल कट्ठे होंगे तो जीरो डिग्री जिवें आ घड़ी है तो ये कहता भी किन्नी बार वो है जो एक घंटे दे विच पहला सब तो पहला तुहानू पता ये किहदे विच पुछ रहा आपां नू ये पुछ रहा जी एक दिन दे विच तो अगर आपां इत्थे गल करदे आ कट्ठे का की मतलब है कट्ठे का मतलब है इस तरीके नाल जिवें मान लो ये मिनट वाली सूई भी बारह ते सी घंटे वाली भी बारह ते सी ठीक है तो तुसी जदों भी इस टाइप का क्वेश्चन आएगा जदों इत्थे गल आएगी किसकी टूगेदर की जदों भी गल आएगी टूगेदर की तो ध्यान रखना जिहड़ी सूई हुंदी है वह एक घंटे दे विच एक आर्स दे विच एक बार एक आर्स दे विच जिहड़ी है वह एक बार की होंदी है इकट्ठियां होंदियां मतलब टूगेदर होंदियां एक बार क्योंकि मान लो इतों सूई चलेगी तो इतों तुम देखोगे ये जो एक ते पहुंचेगी सूई घूम के इस तरीके नाल बारह ते पहुंचेगी तो मतलब अगर एक घंटे की आप गल करांगे तो उस दे विच एक बार ठीक है तो अगर आप इतने गल करांगे चौबी घंटिया की अगर मैं बारह घंटिया की पहला गल करूंगा तो बारह घंटिया च इकट्ठी होएगी ग्यारह बार हम तुम कहो कि सर वाई ग्यारह बार कि एक टाइम है जिथे कट्ठी नहीं होंगी तो वो द्वारा टाइम कितों रहेगा वह रहेगा ग्यारह तो बारह क्योंकि जो सूई इस तरीके ग्यारह से है इस तरीके ग्यारह से सूई है घंटे वाली मिनट वाली है बारह से यह जो चल के इतने आएगी ना तो वापिस कितों मिलनगिया बारह से फिर जिमें अगे बारह तो एक का जोड़ा टाइम है ये भी की होएगा बारह तो एक जो पहुंचेगी ये सूई पहला निकल के इतने आ जाएगी तो ग्यारह तो लैके एक बार के किन्नी बार मिलती है एक बार इतने जो ग्यारह तो बारह ये दो घंटिया के एक बार सूई कट्ठी होंगी है इसलिए बारह घंटिया ग्यारह बार तो एक दिन का मतलब की हो गया चौबी घंटे तो चौबी घंटिया किन्नी बार होएगी बई बार की होएगी जी चौबी घंटिया के बई बार एक ही होएगी एक दूजे के टूगेदर हो गया आंसर की आ जाएगा एक आंसर आ जाएगा डी ये डायरैक्ट याद रखा करो बारह घंटिया च ग्यारह बार चौबी घंटे बई बार एक कंसैप्ट जानना बहुत जरूरी सी कंसैप्ट बेसिक वाले बच्चे नहीं पता हूँ सर डायरैक्ट वाले तो याद है ठीक है तो नाले इनका भी टाइम होंगे ना कि पैंसठ सही पांच बटे ग्यारह मिनट बाद एक दूजे उत्ते आदि ना आई गेस वो टाइम है वो अलग है वो सर एंगल बनानी है अच्छा। लेकिन एदे पता की होंगे सर मोस्टली बच्चे की है कि जिम्मे मतलब किन्नी बार कट्ठिया हुई अच्छा। किन्नी बार एक दूजे के नाल 90 डिग्री का एंगल बनानी है किन्नी एक दूजे के ओपोजिट होनी है तो बच्चा उन्हें कन्फ्यूज होंगे अच्छा। लेकिन यह तुम्हें बेसिक कंसैप्ट क्लीयर है तो तुम कदे भी ए डाउट मतलब तुम्हें कदे भी ए गलत नहीं होगा ठीक है चलते जी अगले क्वेश्चन के वाल आ जाओ भी अगला क्वेश्चन लो जी सर दस सर मैं सर तुक्का ही मार सकता अकड़ पकड़ बंबे कोई जोड़ता भले ठीक है नहीं नहीं इन्हें भी नहीं जुड़ने के सर मैं तो उत्ते थले ही कर दूंगा चलो दसो कि आएगा फटाफट साहब एक बार लाइक वाला बटन जरूर दब दो सर आ बच्चा जेड़ा बच्चा नु देख दी कर देगा ना जी उन अज आप गोलगप्पे खवा दे क्या बात है सर लो जी गोलगप्पे दे फैन बाले ने इत्थे दसो कि आएगा सर शाबाश आ जाओ बनाओ ऑप्शन भी देख लो सर थोड़ा जो ऑप्शन दिखा दो बच्चा नु लो जी करो आंसर कितना आएगा शाबाश लो जी बाले बड़े चलो ए गुरी दे तुक्का चल गया पहला 1400 ठीक है चालू हो गया हुन दस अच्छा ए लोड कर लिया कि तू 1400 बोलना मैं 1600 बोलना मैं 1000 बोलना कर लिया होना ने इन्होंने अकड़ बकड़ बंबे वो कर लिया होना है ना कर लिया भी अकड़ बकड़ बंबे वो 80-90 पूरे 100 लो जी 1400 400 स्टूडेंट लाइव हो गए ओ शर्म आनी चाहिए तुहानू 400 च खुश होई जांदे हो तुसी मैनू वादा कीता सी उस दिन ਤੁਸੀਂ ਮੈਨੂੰ ਕਿਹਾ ਸੀ ਅਸੀਂ ਬੱਚੇ ਲੈ ਕੇ ਆਵਾਂਗੇ ਸਰ 2000 ਤੁਹਾਡੀ ਹੀ ਚੋਈ ਸੀਗੀ ਸਰ ਅਸੀਂ 2500 ਲਿਆਵਾਂਗੇ ਅੱਜ ਕਿੱਧਰ ਗਏ ਹੋ ਯਾਰ ਦੇਖੋ ਸਿੰਪਲ ਦੀ ਗੱਲ ਹੈ ਸਰ ਜਿੰਨੇ ਵੀ ਹੈ ਸਾਰੇ ਪਿਆਰ ਕਰਨ ਵਾਲੇ ਬਿਲਕੁਲ ਸਿੰਪਲ ਦੀ ਗੱਲ ਹੈ ਜੋ ਦੇਖੋ ਯਾਰ ਸਿੰਪਲ ਦੀ ਗੱਲ ਹੈ ਐਂਡ ਆਫ ਦੀ ਡੇ ਤੁਹਾਨੂੰ ਸਿਲੈਕਸ਼ਨ ਹੈ ਇਹ ਤੁਹਾਡੀ ਸਿਲੈਕਸ਼ਨ ਵਾਸਤੇ ਕਲਾਸ ਲੱਗ ਰਹੀ ਹੈਗੀ ਹੈ ਇਹ ਚਾਹੇ ਮੈਂ ਚਾਹੁੰਦਾ ਤਾਂ ਚਾਹੇ ਮੈਂ ਘਰੇ ਜਾ ਕੇ ਬਣਾ ਲੈਂਦਾ ਚਾਹੇ ਮੇਰੇ ਕੋਈ ਦੋਸਤ ਮਿੱਤਰ ਯਾਰ ਹੁੰਦਾ ਤਾਂ ਜਾ ਕੇ ਕੋਈ ਆਪਦਾ ਸੈਲੀਬ੍ਰੇਟ ਕਰ ਲੈਂਦਾ ਬਟ ਨਹੀਂ ਯਾਰ ਕਿਉਂਕਿ ਪੂਰਾ ਸਾਲ ਤੁਹਾਡੇ ਨਾਲ ਰਹਿੰਦੇ ਹਾਂ ਤਾਂ ਅੱਜ ਦੇ ਦਿਨ ਵੀ ਤੁਹਾਡੇ ਨਾਮ ਹੀ ਹੈ ਅਤੇ ਦੇਖੋ ਹੁਣ ਸਿੰਪਲ ਦੀ ਗੱਲ ਹੈ ਕਿ 500 ਕੁਐਸਚਨ ਦੀ ਪੀਡੀਐਫ ਵੀ ਤਿਆਰ ਕੀਤੀ ਤੁਹਾਡੇ ਵਾਸਤੇ ਸਰ ਬਿਲਕੁਲ 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 ਤਾਂ ਚਲੋ ਬਣਾਉਣੇ ਆਨਸਰ ਹੁਣ ਸਰ ਐਂਡ ਆਫ ਦੀ ਡੇ ਦੇਖੋ ਚੱਲ ਪਏ ਤੁੱਕੇ 1400 ਤੇ 1400 ਤੇ ਹੁਣ ਆਪਾਂ ਇਹਨਾਂ ਨੂੰ ਗਲਤ ਸਾਬਿਤ ਕਰ ਦੇਣਾ ਹੈ ਅੱਛਾ ਚਲੋ ਹੁਣ ਦੇਖੋ ਛੋਟਾ ਜਿਹਾ ਐਗਜ਼ਾਮਪਲ ਲੈਣੇ ਆ ਯਾਰ ਕਿ ਮੰਨ ਲਓ ਜੇ ਇੱਕ ਤੋਂ ਚੱਲਿਆ ਕੰਮ 1 2 3 4 चार दे अगे जाके भूत खड़ा से इन्हें वापस आ जाना मान लो 3 2 1 तक मतलब एक तो गया 4 तक 4 तो फिर वापस भज गया 1 तक मतलब गेड़ा खा के हुण यार ये देखो इन्हूं आपां जोड़ांगे किन्ना आ गया 1 ते 2 3 3 ते 6 6 ते 4 10 10 ते 3 13 2 15 ते 1 16 किन्ना आया जोड़ 16 आया हुण बच्चे इहदे च इक सिंपल जिहा कंसैप्ट इह है कि जो सब नाल वड्डा नंबर है सब नाल वड्डा नंबर किहड़ा है इत्थे दादा डोन किहड़ा है 4 है यार अदा स्केयर ही तो करना है 4 का स्केयर उत्तर किन्ना होगा 16 ही आऊगा समझे गल तो जो भी बच्चा यह सवाल हो एक जोड़ चल रहा है कंटिन्यू चल रहा है तो उतो जाके वापस मुड़ जाए तो बच्चा आंसर की करना स्केयर करना हूँ अच्छा दसो अच्छा डॉन कौन है पंजा अच्छा डॉन कौन बैठे पहले दस दो मैं आ जो नंबर है 1 तो चलिया चलो 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 50 से जाके की होगा ग्लोटनी खा गया पुट्ठा हो गया 1 तक गया हूँ आंसर दसो कि होगा फटाफट दसो शाबाश कि होगा सही होया उन्हें की करा सर मूसे वाला आ गया सर बिल्कुल
सर पता है कई बच्चे की होंगे कई बच्चे नहीं पता ना चीज वो पता है कि उन पता है बाकी तो पेपर चाप करना ही की है जीके कर ली चलो एक तो लगे पंजा तक जोड़ेंगे फिर पंजा तो रहा फिर वापस जाऊंगा ठीक है ध्यान रखना बच्चे गलत नहीं करना ठीक है चलिए आगे चलो 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 अगला क्वेश्चन आ गया थोड़ी स्क्रीन ओ सारे फल ये सर की लिखा स्टेम तना है क्या कहते कुल फल पत्ते होंगे चलो सर ये तो तुम बनाओ अपने फूल पत्ती वाली गिलास आ गई है आजो भी आजो देखते हैं भी इसको की होएगा इस तरह हाँ जी की कहना है कहना जी सारे दे सारे फ्रूट की है स्टेम है सारे दे सारे फ्रूट की है तने है तो जिदे नाल ओल लग गया उन्हों दूसरी चीज कवर करेगी सारे दे सारे फ्रूट्स लो जी की है स्टेम है मतलब की तना है आ चको जी स्टेम्स हो गया हमने की कह रहा है कहना कहना सम फ्रूट कहना जी कुछ फ्रूट जेडे है उन्होंने की है पत्तियां है तो कुछ फ्रूट तो सम फ्रूट्स आर की ने लीव्स ने मतलब की पत्तियां हो गई ये वाला बन गया 100% डायग्राम होने की कहना कंक्लूजन की कहना देखो कहना सम स्टेम्स आर लीव्स कहना जी कुछ तने जेड़े है क्या वो पत्तियां है तो देखो इतने जेड़े तने आए सी जेड़ा इस फ्रूट नू कवर करन आए सी ओ वाले किसनू टच हो गए लीव्स नू तो मतलब की इहदा सम दा रिलेशन बन गया समदा रिलेशन बन गया तुसी कहोगे यस तो मतलब कि पहला तो सही हो गया जी उस तो बाद अगे की कह रहा है अगे कहना जी सम लीव्स आर फ्रूट्स कहना जी सम लीव्स कहना कुछ पत्तियां जेड़ियां है ये भी फ्रूट फ्रूट है तो सम लीव्स आर फ्रूट हम इतने देखो की दिता है सम फ्रूट्स आर लीव कुछ फ्रूट पत्तियां है लेकिन इतने दिता है सम लीव्स आर फ्रूट तो कुछ पत्तियां भी की होनगियां फ्रूट होनगियां तो मतलब कि सर ये भी की है सम का रिलेशन बिल्कुल राइट है अगर दोनों राइट है तो आंसर की होएगा कहना नाइदर कंक्लूजन फर्स्ट नोर फॉलो कहना ना तो पहला ना दूजा फॉलो गलत ओनली कंक्लूजन फर्स्ट फॉलो गलत बोथ कंक्लूजन फर्स्ट एंड सैकेंड फॉलो मतलब कि ऑप्शन जरा होएगा वह की होएगा सी होएगा इसका राइट आंसर और ये वाले क्वेश्चन हम भी पंजाब के हर एक एग्जाम च आ रहे हैं तुम्हें देखा होना कॉन्स्टेबल के क्लासेज ने धुक्कियां पढ़तियां से है ना इन्हना क्वेश्चन ने तुकियां पढ़ती हैं आंसर की हो गया आंसर हो गया बोथ ठीक है चलो सर तुसी करो कंटिन्यू हाँ जी ओहो ये तो मैं यार पक्का भरोसा है कि तुसी कर दोगे ना दस्यो कितना आंसर आएगा यार एदा आंसर मैं बहुत बारी करवा चुका एक सिंपल इंटरेस्ट हुंदा एक कंपाउंड इंटरेस्ट हुंदा बच्चे कहते हाउम हो काउम हो पता नहीं की है अरे बच्चा बड़ा आसान है कहना 15 साल देखो कंपाउंड मिश्रित ब्याज से ठीक है मिश्रित लिखा कंपाउंड इंटरेस्ट है सवाल मिश्रित ब्याज से 15 साल पैसे की रकम अपने आप की दुगनी हो जाती कहना किन्ने साल यार 8 गुणा होगी 15 साल दुगनी हुई किन्ने साल 8 गुणी होगी मतलब जो क्वेश्चन बच्चा मैं छोटा करा तो 15 साल ये रकम 8 गुणा होगी 15 साल दुगनी होगी एक सैकेंड 15 साल बच्चा ये दुगनी हो रही है जो 15 साल मैं कह दाँगा दुगनी हो रही है तो किन्ने साल ये रकम 8 गुणा होगी 15 साल दुगनी किन्ने सालां च 8 गुणी तो बच्चा कंपाउंड इंटरेस्ट से आपां की देखदे पावर देखदे यार ये देख लो पावर की दी है आ जो 2 है वो की दी पावर है 2 2 दी पावर 1 है 2 जो है वो 2 दी पावर 1 है ठीक है जो 8 है 2 नु किन्नी बारी गुणा करण ते बनेगा 2 × 2 2 × 2 आ लो 2 दूनी 4 4 दूनी 8 मतलब आ जो है वो 3 बारी गुणा करण ते बनया मतलब ये 2 दी पावर 3 है ए 2 दी पावर 3 है हुण यार सिंपल जी गल देख लो 1 दी वैल्यू 15 है तो 3 दी वैल्यू किन्नी होवेगी 15 3 45 खत्म टाटा बाय बाय तो एक दी वैल्यू की है बच्चे देखो 2 दी पावर 1 15 साल च दुगनी हुई मतलब एक दी वैल्यू 15 है 3 दी वैल्यू 15 3 45 डायरेक्ट आंसर आ जाएगा इहदे च कोई होर ज्यादा मंत्र पढ़ने की लोड़ नहीं है डायरेक्ट आंसर 45 ईयर तुसी सीधा सीधा जाके कर सकते हो तो पेपर दे विच भी बहुत बार पूछा जाता बच्चा किन्ने टाइम वाला क्वेश्चन क्लीयर है नहीं गल फटाफट एक बार सैमसंग कर दो हैंड रेज कर दो सर इन्हां दे विचों मैं कई जने देखे कहंदे 60 ते पक्के वाला ताला ला दो सर अच्छा जिंदा जमा जिंदा कहते जिंदा ला दो कहते वाला संगल वाला वड्डा जिंदा कई तो बड़े कॉन्फिडेंट होके कह रहे थे है ना लेकिन आंसर थोड़ा 45 आया भी देख लो ओवर कॉन्फिडेंस भी खतरनाक होंगे चलो अगले दे आ जाने लेकिन ये नाल नाल एक चीज होर देखिए सर लो जी क्या बात है ठीक है कहते कि एक मतलब मोटिवेशनल लाइन है थोड़े लिए कहते लाख दलदल हो पांव जमाए रखिए कहते चाहे किन्नी भी दलदल हो लेकिन पाँव जड़ा है थोड़ा वो हमेशा की होना चाहिए जमया होना चाहिए मतलब कि लाख दलदल हो पाँव जमाए रखिए हाथ खाली ही सही ऊपर उठाए रखिए
हाथ खाली ही सही ऊपर उठाए रखिए। कौन कहता है छलनी में पानी नहीं रुकता, कौन कहता है छलनी में पानी नहीं रुक सकता, बर्फ जमने तक हौसला बनाए रखिए। वाह वाह बहुत वधिया शाबाश। हौसला ही सब तो वड्डी चीज है। देखो मैं कोई गल कहना सर, कई बार बच्चे की होंगे कि डीमोटिवेट हो जाते, लाइक कि सर हुण पेपर ते सीनियर असिस्टेंट दा पेपर है ते जदों पेपर आवेगा ते तैयारी कर लै, तैयारी कर लै। ए आपां सर 3-3 हज़ार बच्चे लाइव पढ़ा रहे जो तुहाडे नाल कांस्टेबल दा पेपर सीगा। बिल्कुल सर। यार एक सिंपल जी गल बच्चे मैं दसा, कदे भी ना मैं आपकी लाइफ ते लैके चलदा हां कि आपकी लाइफ एक दा पॉइंट ऑफ व्यू रख्या होया कि कदे भी ना ऐदा नहीं हुंदा कि कोई भी चीज तुहानूं 2 दिनां च मिल गई, 4 दिनां च, 1 महीने च मिल गई, ऐदा नहीं हो सकदा। अक्टूबर सर हो गया कंप्लीट, नवंबर दिसंबर 2 महीने हुण, मान लो यही तो है नहीं, तुहाडा कल वैकेंसी निकली परसों पेपर होगा तुम्हारी जॉब लग जाएगी, नहीं ये नहीं हो सकता ना। तुम मान लो जो 2024 च जॉब लगनी है तो उनका तुहानू जो प्रोसेस है वो अज तुसीं स्टार्ट करना पड़ेगा, जो प्रोसेस बिल्कुल सही होना चाहिए। जो प्रोसेस सही होगा फिर तो कितने रिजल्ट आ जाएगा, जो प्रोसेस सही नहीं होएगा तो रिजल्ट नहीं आएगा। तुम्हें भी पता है इस चीज़ का, क्योंकि अजकल के टाइम जो बच्चा कॉम्पीटिशन हैगा, वधिया तरीके नाल पढ़ो या जिथे भी पढ़ रहे हो आपकी तैयारी नू कंटिन्यू रखो, तैयारी ना छड्डो। क्योंकि जो तुम एक बार तैयारी, हुण मान लो सर कोई बच्चा 2 महीने पढ़िया, बिल्कुल उन्हें 15 दिन छड़ता और फिर दोबारा मैथ की क्लास लाने आऊगा ना, उन्हें कितने कितने रीजनिंग की क्लास लगा, कितने कितने दिक्कत आएगी आएगी। बिल्कुल बिल्कुल। या जीके भी है तो भी पढ़िया हुआ भुलेगा। मैं कोई गल कहना, वो पेरेंट्स ने अपने वास्ते इन्ना किया है, उन्होंने करके दिखाने का समा है, आपके पैरों से खड़ा होने का समा है, आपकी लाइफ बनाने का समा है। ये जो समा है बच्चे सामभ लोंगे तो आने वाला जो कल है बड़ा सौखा हो जाएगा, नहीं तो फिर उही दिक्कत है कि अज थोड़ा जहा हों कि सर कई बच्चे की होंगे सोचते सर मैं मेहनत नहीं करनी। बिल्कुल बिल्कुल। देखो मैं बनया बनाया मिलते, मैं एक ही गल कहना यार, बनया बनाया जिंदगी अज लाइफ च कुछ नहीं मिलता गा। बिल्कुल। आपका नाम बनाना ही पैंता। इस चीज़ तो मैंने भी एक गल याद आई, मेरे दादी जी सके वह कहें होंगे सके सानू कि राजे अज के दिन अगर तुम औखे हो लोगे ना, इस टाइम के जिन्ने औखे होंगे ना अगे वाली लाइफ के उन्ना ही सौखा खाओगे। लेकिन अज तुम कह रहे हो कि असी सौखे खा लीए, सारा कुछ सानू बनया बनाया मिल जाए, तो अगे जो थोड़े उपर जिम्मेदारी आएगी ना उदो तुम बहुत औखे होंगे, उदो तो यह गल् याद आनगियां। तो यह गल हकीकत है, अज अगर तुम अपने आप को मेहनत दे उस छलनी दे ढाल लोगे ना कि हाँ यार करनी ही करनी है, तो अज की मेहनत तुहानू जिहड़ा अगे आने वाला तुहाडा भविख है बहुत सुनहरा कर देगी। लेकिन अगर तुम सोचते हो कि अज असी कुछ नहीं करना और भविख साडा सुनहरा हो जाए, नहीं होएगा। कोई जादू की छड़ी नहीं चलन वाली, करना तुहानू आप ही पेगा, एंड ऑफ द डे तुहानू आप दे नाल आप ही खड़ना पेगा। सिंपल जी गल है कि कोई भी चीज किसी भी चीज की तैयारी कर रहे हो तो आपू अगे आना पैना है, लीड चाहना पैदा है। ठीक है, आज अगले क्वेश्चन से चलते हैं। लो जी अगला क्वेश्चन आ गया तुहाडी स्क्रीन पे। ओहो ये क्वेश्चन भी सर बड़ा ही सिरा क्वेश्चन है, बड़ा ही सिरा क्वेश्चन। अच्छा, डॉक्टर दी पेशेंट्स दे नाल हैगी आ, शॉपकीपर दी कस्टमर दे नाल हैगी आ, टीचर दी स्टूडेंट दे नाल हैगी आ, तां पेंटर दी पेंट ब्रश नाल है। लेकिन ये कहिंदा इन्हां विचों केड़ा अलग है, इन्हें नहीं पुछया कि सही केड़ा, इन्हें कहा केड़ा अलग है, अलग दसना है, की दसना है अलग इन्हां विचों केड़ा है। तां ऑप्शन तुहाडे अलग अलग आ रहे, अलग अलग ऑप्शन आ रहे हैं भाई, हले तक तो डी दे नाल काफ़ी जने जा रहे हैं। चलो तुम्हें एक चीज़ भी दिखा देना, मैं अगर मैं इतने गल करा, डॉक्टर साहब आ रहे साढ़े, मुन्ना भाई MBBS है ना, उस तो बाद आप गल करिए, साढ़े आ गए जी शॉपकीपर कस्टमर के नाल, आओ भी आलू कांदा प्याज है टमाटर सब कुछ हैगा। ठीक है जी, उस तो बाद आप गल कर लें टीचर टीचर की। लो जी तो सर गरीबा जोनी लीवर लगता है मैं। बिल्कुल सर, तो देखो सर टीचर का, देखो टीचर ने देखो की हाल करते, उस तो बाद गल कर लेने हैं जी। आ गया सर टीचर है, आप कदे आज हाल किते बच्चा नहीं नहीं अपने सामने नहीं है ना। ठीक है, उस तो बाद आ गया जी पेंट ब्रश है ना, तो यह आ गया, तो हुण किहड़ा इहदा आंसर होएगा। लो जी डी ऑप्शन दे नाल जा रहे हैं सर, सारे बच्चे कहंदे कि सर डी होएगा। चलो दोबारा खोलिए क्वेश्चन, तो बिल्कुल सही है बई, इत्थे डी जिहड़ा है वह बिल्कुल राइट आंसर है, डी तुहाडा बिल्कुल राइट आंसर है। क्योंकि देखो पेंट ब्रश की है, पेंटर का एक आप कह सकते कलम है जिस दे नाल वह कम करता है। लेकिन अगर आप डॉक्टर की गल करिए, डॉक्टर पेशेंट कोई भी दिक्कत है किदे कोल जाणगे, डॉक्टर कोल। कस्टमर आपके समान वास्ते कित्थे जाएगा, शॉपकीपर कोल, स्टूडेंट कित्थे जाएगा प्रॉब्लम्स दे लई, टीचर्स दे लई। लेकिन पेंट ब्रश चल के पेंटर कोल नहीं जाएगा, ये उहदा की है वर्किंग दा जिहड़ा इक्विपमेंट है, या आपां कह सकदे आ सामग्री जिहड़ी है या हथियार है वह यूज है, तो इहदे लई डी जिहड़ा है बिल्कुल राइट आंसर है। आपां किन्हां दे आपां कनेक्शन अपना है, बिल्कुल टू टीचर ते स्टूडेंट दा, आ तां कलम है साडे अज तां हथियार है कम्म, बिल्कुल बिल्कुल हथियार है बिल्कुल। चलो करो जोनी लीवर नु। लो जी जोनी लीवर हो गया, अगे दे अगला क्वेश्चन आ गया तुहाडी स्क्रीन ते। बच्चा कदे भी कंजेकटिव नंबर मतलब लगातार संख्यावान का औसत दे रखे हो, लगातार संख्यावान का जोड़ दे रखे हो, करते हैं बड़ा ही आसान है। हुण मान लो इन्हें कहा कि कहिंदा 5 लगातार संख्या,
पांच लगातार संख्या का जोड़ किन्ना है 180 है कहना सब तो वड्डी सम संख्या बच्चा एक ध्यान च रखा जी ईवन नंबर की गल कर रहा है तो पंजाबी च नहीं लिखा हुआ है शायद तक पांच लगातार जिन्हों आप कह दें जिस्त टांक जिस्त कह दें बच्चा तो इतने क्या की सम ईवन नंबर बच्चा तो पांच लगातार सम संख्यावां का जो जोड़ है बच्चा 180 है ठीक है हुण पांच संख्यावां मैं कह देना 1 2 3 4 5 आ जो बच्चा मिडल नंबर है ना विचाले तो आइए दो इधर छड़ दो इधर छड़ दो आ जो मिडल नंबर है ना बच्चा ये हुंदा है इन्हां दी एवरेज जो मिडल नंबर है वो एवरेज हुंदी है जोड़ किन्ना है 180 है किनिया संख्यावां दा जोड़ है बच्चा पांच संख्यावां दा 180 पांच संख्यावां दा पाक करावांगे किन्ना आ जाएगा 36 5 180 हुण बच्चा डिवाइड कराण ते एवरेज ही आई है 180 दा 5 ते पाक कराया 36 आ गया 36 की है मिडल वाला नंबर है जो मिडल वाला नंबर की हुंदी जो एवरेज हुंदी है हुण तुहानू पता है अगे पिछे करना आंदा ना तुसीं कहोगे सर इस तों पिछला नंबर 34 सम संख्या इस तों पिछला नंबर किन्ना 32 इस तों अगला नंबर किन्ना 38 ते इस तों अगला नंबर किन्ना 40 लो जी बच्चा आ हो गया सम संख्यावां ओ सिर्फ आपां ईवन नंबर लेने ओड नंबर नहीं काउंट करने कहिंदा की है कहिंदा सब तों वड्डा नंबर किहड़ा पई 40 है तो सब तो वड्डा किन्ना है 40 है छोटा पुछा होना तो 32 होंदा 40 है सवाल दा बिल्कुल सही उत्तर है फटाफट एक बार थम्सअप कर दो किदा किदा सही सी एक बार लाइक फटाफट कर दो जिन्होंने कई बार सर इस क्वेश्चन नु डिफिकल्ट करण वास्ते एग्जामिनर इदां भी कह देंदा सब तो वड्डे छोटे दे विच डिफरेंस या मल्टीप्लाई है ना इदां दे क्वेश्चन भी आते हैं तो हुण कई सर किताबां दे विच जो सोल्यूशन देखोगे ना इदां देखो x + 2 x + 6 तो नहीं यार ये जरूरत नहीं है बच्चा इन्ना बहुत सही है तो एक ये शॉर्ट अप्रोच है दी तो शॉर्ट अप्रोच के नाल तुसी जा सकते हो एक होर क्वेश्चन मेरा ठीक है सर मिल लगा तुसी मैं तुम पीडीएफ दी थी मेरी चाल है सर चाल है कि ठीक है जब तक तुसी पार्टी दा पक्का नहीं करदे ना उन्ने तक क्वेश्चन ऐ मैथ दे ही होणगे चलो कोई गल नहीं जवाक बैठे हैगे मैं कराई रखूंगा कोई चक्कर नहीं बहुत वधिया गल पार्टी देखो पार्टी सर इन्हां दी सिलेक्शन वाली पार्टी हां ओ तो चल होएगी होएगी एक बक्से विच 100 नीलियां गेंदां है 50 लाल है ते 50 कालियां है देखो बच्चा एक तो ब्लू है आज ब्लू है पानी पानी चलो अगे आ जाइए बच्चा अगे की कहता है रेड है रेड किनिया है 50 है 100 नीलियां है ठीक है हुण अगे कहता की है 50 कालियां है ब्लैक है बच्चा ब्लैक ठीक है 50 ब्लैक है हुण यार इत्थे आ देखोगे बच्चा कहता 100 नीलियां है मैं ब्लू लिखती है ठीक है रेड नू मैं लाल जो है रेड नू लिखता तो ब्लैक किनिया है 50 है ठीक है 25% नीलियां कहता 50% लाल गेंदा खोलियां हुण बाहुबली सर कोल सी मैं खोलियां मैं कहा इधर दियो फड़ाओ ठीक है किनिया सी सर ध्यान रखिया मेरे कोल तलवार भी है 50% नीलियां खोलियां तो मतलब सोच किन्ना 25% ठीक है तो रह किनिया गई बच्चा हुण तुहाडे कोल रह गई है 75 ठीक है 50% कालियां गेंदा खोलियां तो 50 चो मैं 50% अधिया गेंदा मैं खोलियां 50 दा 50% किन्ना हुंदा ठीक है हुण मैं बच्चा अच्छा लाल सीगे ठीक है तो बच्चा एहदे चो मैं 50% खोलियां मतलब मेरे कोल रह किन्ने गई है 25 मैं खोलियां ठीक है हुण मतलब बाहुबली सर कोलो इन्नियां बचियां मतलब एहदे चो 25 कट गईयां 75 हो गईयां एहदे चो 25 कट गईयां 25 रह गईयां ते ब्लैक मैं कह चलो बाहुबली सर तुसीं रख लो बाहुबली सर कोलो 50 जो है वह इदां दी इदां ही रह गईयां ਇੰਨੀ ਗੱਲ ਕਲੀਅਰ ਹੈ ਤਾਂ ਕੋਈ ਫਟਾਫਟ ਥੰਬਸਅਪ ਕਰ ਦਿਓ 25% ਨੀਲੀਆਂ ਗਿੰਦਾ ਖੋਲੀਆਂ 75 ਬਚੀਆਂ ਹੋਈਆਂ ਠੀਕ ਹੈ 50% ਲਾਲ ਗਿੰਦਾ ਖੋਲੀਆਂ ਤੁਸੀਂ ਕਹੋਗੇ ਸਰ 25 ਰਹਿ ਗਈਆਂ ਤੇ ਬਲੈਕ ਮੈਂ ਕਿਹਾ ਨਹੀਂ ਲੈਣੀ ਮੈਂ ਠੀਕ ਹੁਣ ਬੱਚਾ ਕਹਿੰਦਾ ਕੀ ਹੈ ਕਹਿੰਦਾ ਵਰਤਮਾਨ ਵਿੱਚ ਕਾਲੀਆਂ ਗਿੰਦਾ ਦੀ ਪ੍ਰਤੀਸ਼ਤਤਾ ਕਿੰਨੀ ਹੈ ਕਾਲੀਆਂ ਗਿੰਦਾ ਕਿੰਨੀਆਂ ਕਾਲੀਆਂ ਗਿੰਦਾ 50 ਪਰਸੈਂਟੇਜ 'ਚ ਪੁੱਛਿਆ ਬੱਚੇ ਪਰਸੈਂਟੇਜ ਵਿੱਚ 50 ਜੋ ਹੈ ਉਹ ਟੋਟਲ 'ਚੋਂ ਟੋਟਲ ਕਿੰਨਾ ਬੱਚਾ ਤੁਸੀਂ ਕਹੋਗੇ ਸਰ ਟੋਟਲ ਇਸ ਟਾਈਮ ਕਿੰਨੀਆਂ ਗਿੰਦਾ 75 25 100 ਤੇ 150 ਹੁਣ ਜੋ 50 ਹੈ ਬੱਚਾ ਉਹ 150 ਚੋਂ ਹੈ 50/150 × 100 ਜੀਰੋ ਨਾਲ ਜੀਰੋ ਕੱਟੇਗਾ 5 × 3 = 15 100 ਦੇ ਵਿੱਚ 3 ਦਾ ਭਾਗ ਕਰਾਉਂਗਾ ਬੱਚਾ 33.33% ਆਨਸਰ ਆ ਜਾਏਗਾ 33.33% ਆ ਜਾਏਗਾ ਹਾਂਜੀ ਫਟਾਫਟ ਇੱਕ ਵਾਰ ਲਾਈਕ ਵਾਲਾ ਬਟਨ ਦਬਾ ਦਿਓ ਸਰ 499 ਤੇ ਖੜੇ ਨੇ ਚਲੋ चलिए अगे फटाफट एक बार थम्सअप कर दूंगे कि सर बिल्कुल गल ओके है ओके है हाँ हाँ क्वेश्चन बड़ा सोना सर ये कहता की है पैंडेमिक कोरोना वायरस से डायबिटीज हाँ कहना ये सब तो बेस्ट रिलेशन जो घेरा रीप्रजेंट करेगा ऑप्शन ए बी या सी या डी कहना पैंडेमिक मतलब महामारी होगी कोरोना वायरस उस तो बाद आ गया डायबिटीज कहना इन्होंने तिना के विचकार सब तो वधिया जिहड़ा बेस्ट रिलेशन है वह कौन रीप्रजेंट करता है तो दसो भी कि करता है हाँ जी फटाफट दस दो सी ऑप्शन के नाल बहुत जने जा रहे हैं कुछ बच्चे ए ऑप्शन के नाल भी जा रहे हैं तो देखो पेंडेमिक मतलब महामारी है ना जिमें कि फ्लैग एक बार फैली सी सर प्लेग प्लेग जी महामारी चूहियां दे नाल फैली सी उस तो बाद हुण कोरोना वायरस भी की सीगा पेंडेमिक किसी पूरे वर्ल्ड नूं इन्हें आपकी चपेट च लै लिया पूरा देश ही बंद कराता है ना
है ना, कई सपने रोल थे, कई चलते हुए कारोबार खत्म हो गए, तो बहुत कुछ यहोजा होया सी 2020 नू शायद ही इस सदी दे विच कोई भुल पाएगा, क्योंकि बहुत कुछ मतलब कि जो ना चाहते हुए भी बहुत कुछ हो गया सीगा, है ना। हालांकि किसी के वस की गल नहीं सी, पर फिर भी चलो ठीक है, जो भी सी टाइम सी निकल गया। हुण देखो की कहिंदा है, कहिंदा जी महामारी, महामारी का मतलब की हो गया कि एक इहो जी पैंडमिक, एक इहो जी डिजीज जो पूरे ऑल ओवर वर्ल्ड नू आपदे विच घेर ले, तां कोरोना वायरस भी होई सीगा, महामारी की सी उही तां सी, तां मतलब यह हो गया जी पैंडमिक, इहदे विच आ गया कोरोना वायरस, और उस तों बाद तीसरी चीज कह रहा है डायबिटीज, तां डायबिटीज जिहड़ी आ पैंडमिक नहीं है, डायबिटीज अज इंडिया की गल करिए हर पंजवें बंदे नू डायबिटीज है, तां मतलब डायबिटीज की है एक डिजीज है, वो अलग है, तां सब तों बेस्ट रिलेशन बनेगा ए वाला, कित्थे है टाइम जो है ना सही रखना है, एक घंटे का मतलब 60 मिनट हो गए, पी जो है बच्चा पहले कह रहा है कि पी जो है वो 60 मिनटां दे विच टैंक खाली कर सकता, मतलब -60 लिखांगे, ठीक है। क्याऊ जो है बच्चा क्याऊ कहिंदा क्याऊ टैप इसनू 30 मिनटां दे विच खाली कर सकता है, कि जो क्याऊ टैप है बच्चा इसनू 30 मिनटां दे विच खाली कर सकता है, -30 लिख दांगे, ठीक है। हुण बच्चा -60 ते -30 है, हुण कहिंदा कि जदों जेकर दोवें टूटियां एको समय दे चलाईयां जाण तां खाली करन दे विच किन्ना समां लगेगा, बच्चा बड़ा ही आसान है यार, 60 ते 30 दा एलसीएम 60 ही हुंदा है, जो 60 का मैं 60 च पाक करावा तो एक आ जाएगा, बट आएगा माइनस दे, क्योंकि खाली कर रहे हैं, पानी बाहर जा रहा है, इस करके -1 है, 30 दुना 60 होंगे मतलब -2 आ जाएगा। हुण मान लो जो 60 लीटर पानी बाहर निकालना, मैं दोनों टूटियां चलाती हैं, इन्हें 1 लीटर पानी बाहर कढ़ना, इन्हें 2, मतलब जो दोनों चलेंगे 3 लीटर पानी बाहर जाएगा, 60 लीटर कढ़ना मैं 3 पाक करा दा, आंसर कितना आ जाएगा 20 मिनट आ जाएगा। तो बिल्कुल एक चूरण सवाल जिन्हों आप कह देना बच्चा, बड़ा ही आसान जहा सवाल बच्चा, आंसर कितना आ जाएगा 20 मिनट आ जाएगा। हुण इहनू बच्चा आप फॉर्मूले नाल भी कर सकते हाँ, जो एक्स प्लस वाई वाला, बट मैं कहना बच्चा दिस वन इज द बेस्ट मैथड, क्योंकि अगे लाइना पुछिया, अगे लाइना दित्तियां हुंदियां, फिर दिक्कत आती है, तो भी ठीक है, ये भी ठीक है, जो मर्जी तुसी कर सकते हो, बिल्कुल बिल्कुल, बहुत सौखा क्वेश्चन सी सर। अगले ते आ जाने, क्या बात सर, इन्हां नूं रिलेशन पूरे बनाने आते होंगे, मतलब सर वो तो हमें पता लग जूगा, आ जाओ भाई दसो आंसर कितना आएगा, मैं चलो देख रहा हाँ, मैं देख रहा जो आंसर सही, सर पहले सब सर मैंने पहले कान से सही आंसर दस दिया, जो कि मैं नाम पढ़ूंगा मुंडे का, जो आंसर सही सही देगा पहले, ठीक है ठीक है, मैं चलो उंगला कर दो सर कि आंसर है, ठीक है पता लग गया सर। चलो देखो की कहना है, कहना ए बी का भरा है, ए जरा है वह बी का भरा है, तो फिर कहना जी बी है वह सी का भरा है, फिर कहते डी ए का पिता है, तो कहते इन तिना कथनों अगर आप सही मनीए आधार से कहना इन्हों के है जो बिल्कुल सही है। हुण थोड़ा जा मोड चेंज होगा क्वेश्चन का, अगे की पुछता सी रिलेशन पुछता सी, लेकिन इस बार इन्हें पुछला भी इन्हां विचों केड़ा सही है, तो हुण अगर आप इत्थे गल करदे हां, कहिंदा ए बी दा भरा है, देखो सब तो पहला तुहानू कन्फ्यूजन होंदी है कौन किस दा भरा है, तो पहले वाले नू लुको लिया करो भाई, बी तो पढ़ना स्टार्ट कर दो, कहिंदा बी दा भरा है, आ लो जी बी दा भरा है कौन है, कहिंदे जी ए, आ जाओ जी ए अगर भरा है तो की है मेल है, मेल है तो इहनू बॉक्स च बंद कर देंगे, और दोनों सेम जनरेशन दा ते इक्वल आ गए, कहिंदे बी सी का भरा है, कहते बी जरा है वो सी का भरा है, बी आ रहा है, यह किसका भरा है सी का, तो हूँ सी का जेंडर क्लीयर नहीं, बी का जेंडर क्लीयर इतने हो गया, भी ए अगर भरा है तो यह भी की होया मेल होया, अगे की कहना कहना डी जरा है वह ए का पिता है, डी जो है वह ए का पिता है, तो ए का अगर पिता है डी, तो डी भी की है मेल है, डी भी की है मेल है, हुण इत्थे तीन बंदियां दे तां जेंडर क्लीयर है, लेकिन सी दा जेंडर क्लीयर नहीं गा, वह बी ते ए दी भैण भी हो सकती है ते भरा भी हो सकता है, इत्थे क्लीयर नहीं हो रहा। चलो कहिंदा इन्हां तिन्हां दे आधार ते इन्हां विचों किहड़ा कथन है जो सही होएगा, पहले च की कह रहा कहिंदा बी इज दा ब्रदर ऑफ ए, कहिंदा बी ए दा ब्रदर है, इहने की कहा देखो कथन सच नहीं हो सकता, ध्यान दे नाल देखना कथन सच नहीं हो सकता, कहिंदा नहीं है ਕਿਹੜਾ ਇਹਨਾਂ ਦੇ ਵਿੱਚੋਂ ਗਲਤ ਹੈ, ਕਹਿੰਦਾ ਬੀ ਇਜ ਦਾ ਬ੍ਰਦਰ ਆਫ ਏ, ਕਹਿੰਦਾ ਬੀ ਹੈ ਇਹਦਾ ਭਰਾ ਹੈ, ਤਾਂ ਬਿਲਕੁਲ ਸਰ ਇਹਦਾ ਬ੍ਰਦਰ ਹੈ ਜੀ, ਇਹ ਤਾਂ ਇਹਦਾ ਬ੍ਰਦਰ ਹੈ, ਇਹ ਗੱਲ ਬਿਲਕੁਲ ਸਹੀ ਹੈ। ਚਲੋ ਜੀ ਕਹਿੰਦਾ ਬੀ ਇਜ ਦਾ ਸਨ ਆਫ ਡੀ, ਅਗਰ ਏ ਦਾ ਫਾਦਰ ਸਾਹਿਬ ਡੀ ਹੈ ਤਾਂ ਡੀ ਦਾ ਬੀ ਕੀ ਹੋਇਆ ਸਨ ਹੋਇਆ, ਕਿਉਂਕਿ ਜੈਂਡਰ ਕਲੀਅਰ ਹੈ, ਕਹਿੰਦਾ ਬੀ ਇਜ ਸਨ ਆਫ ਡੀ, ਤਾਂ ਇਹ ਵੀ ਸਰ ਬਿਲਕੁਲ ਕਲੀਅਰ ਹੈ, ਕਹਿੰਦਾ ਏ ਇਜ ਦਾ ਬ੍ਰਦਰ ਆਫ ਸੀ, ਕਹਿੰਦਾ ਏ ਜੋ ਹੈ ਉਹ ਸੀ ਦਾ ਭਰਾ ਹੈ, ਏ ਸੀ ਦਾ ਭਰਾ ਹੈ ਮਤਲਬ ਇਹਦਾ ਜੈਂਡਰ ਕਲੀਅਰ ਹੈ, ਤਾਂ ਬਿਲਕੁਲ ਸਰ ਉਹ ਬ੍ਰਦਰ ਹੈ ਸੀ ਦਾ, ਬਿਲਕੁਲ ਸਰ ਬ੍ਰਦਰ, ਇਹ ਵੀ ਕਲੀਅਰ ਹੈ, ਕਹਿੰਦਾ ਸੀ ਇਜ ਦਾ ਬ੍ਰਦਰ ਆਫ ਏ, ਕਹਿੰਦਾ ਸੀ ਜੋ ਹੈ ਇਹ ਏ ਦਾ ਬ੍ਰਦਰ ਹੈ, ਲੇਕਿਨ ਸੀ ਦਾ ਜੈਂਡਰ ਕਲੀਅਰ ਨਹੀਂ ਹੈ, ਤਾਂ ਸੀ ਕਨਫਰਮ ਨਹੀਂ ਹੈ ਕਿ ਉਹਦਾ ਬ੍ਰਦਰ ਹੈ, ਉਹਦੀ ਭੈਣ ਵੀ ਹੋ ਸਕਦੀ ਹੈ, ਇਸ ਲਈ ਆਂਸਰ ਸਾਡਾ ਕੀ ਆਏਗਾ, ਆਂਸਰ ਆਏਗਾ ਜੀ ਆਪਸ਼ਨ ਡੀ, ਡੀ ਵਿਲ ਬੀ ਦਾ
करैक्ट आंसर, क्योंकि उन्हें नहीं पूछा सीगा। हुण जल्दबाजी च कुछ बच्चे नू ए नहीं देखणगे, वो फटाफट लाणगे पहला ऑप्शन क्योंकि पहला सही आ गया, कहणगे बल्ले बल्ले लो जी अपना क्वेश्चन सही हो गया, बाद च देखणगे डोलू मांझिया गया जिवें कईयां दा हुणे हुणे मांझिया गया। सर डी फॉर डोलू बच गया कईयां दा, डी ऑप्शन कईयां दा सीगा, हां कईयां दा सीगा, लेकिन सर इन्हां नू मैं दसदा ना उन्हें नहीं किया, अदरवाइज लास्ट च गल दसदा ਤਾਂ ਫਿਰ ਸਾਰਿਆਂ ਦਾ ਡੋਲੂ ਮਾਂਜਿਆ ਹੁੰਦਾ, ਛਲਣੀ ਬਣਿਆ ਹੋਣਾ ਸੀ। ਆਲੂ ਬੁਖਾਰੇ ਹੁਣ ਤੇਜ਼ ਹੋ ਚੁੱਕੇ ਜੋ ਰੈਗੂਲਰ ਕਲਾਸਾਂ ਨਾਲ, ਜੋ ਰੈਗੂਲਰ ਲਾਂਦੇ ਆ ਨਾ ਇੱਕ ਨਾ ਜੋ ਬੱਚੇ ਅੱਜ ਵੀ ਦੇਖ ਰਹੇ ਆ ਨਾ, ਇੱਕ ਸਿੰਪਲ ਜਿਹਾ ਗੱਲ ਕੇ ਦੇਖਿਆ ਜੇ ਆਪਣੇ ਮੇਰੇ ਕਹਿਣ ਤੇ ਨਹੀਂ ਕਿ ਆਪਦੇ ਭਵਿੱਖ ਵਾਸਤੇ, ਵਧੀਆ ਭਵਿੱਖ ਵਾਸਤੇ, ਕਿ ਆਉਣ ਵਾਲੇ ਟਾਈਮ ਦੇ ਵਿੱਚ ਵੈਕੈਂਸੀ ਤਾਂ ਦੇਖੋ ਹੈਗੀ ਹੈਗੀ, ਸੀਨੀਅਰ ਅਸਿਸਟੈਂਟ ਹੈ, ਪੰਜਾਬ ਪਟਵਾਰੀ ਆਉਣ ਵਾਲਾ, 586 ਪੋਸਟਾਂ ਵੀਡੀਓ ਆਉਣ ਵਾਲਾ, ਅਤੇ ਯਾਰ ਯੂਟਿਊਬ 'ਤੇ ਫ੍ਰੀ ਆਫ ਕੋਸਟ ਤੁਹਾਡੇ ਵਾਸਤੇ ਡੇਲੀ ਕਲਾਸ ਹੁੰਦੀ ਹੈ। ਬਿਲਕੁਲ ਸਵੇਰੇ 11 ਵਜੇ ਮੇਰੀ ਹੋ ਗਈ, ਉਸ ਤੋਂ ਬਾਅਦ ਬਾਹੂਬਲੀ ਸਰ ਦੀ 1 ਵਜੇ ਹੋ ਗਈ, ਫਿਰ ਮੇਰੀ ਰਾਤੀ 1 ਵਾਰੀ 8 ਵਜੇ ਦੁਬਾਰ ਹੋ ਗਈ। ਸਰ ਤੁਹਾਡੀ 21 ਸ਼ਾਇਦ ਮੇਰੀ 21 ਸਰ ਦੀ ਕਲਾਸ ਹੈ 1 ਵਜੇ ਦੁਪਹਿਰੇ, ਮੇਰੀ ਸਵੇਰੇ 11 ਵਜੇ ਤੇ ਰਾਤੀ 8 ਵਜੇ ਦੋ ਕਲਾਸਾਂ ਹੁੰਦੀਆਂ, ਰੈਗੂਲਰ ਜੁੜਿਆ ਕਰੋ, ਠੀਕ ਹੈ, ਮਜ਼ਾ ਆਉਂਦਾ ਹੈਗਾ ਤੁਹਾਡੇ ਤੁਹਾਡੇ ਨਾਲ ਜੁੜਦੇ ਹੈਗੀਆਂ, ਕਿਉਂਕਿ ਤੁਹਾਡੇ ਵਾਸਤੇ ਫ੍ਰੀ ਆਫ ਕੋਸਟ ਕਲਾਸਾਂ ਹੁੰਦੀਆਂ ਯੂਟਿਊਬ 'ਤੇ। ਬਿਲਕੁਲ ਠੀਕ ਹੈ, ਚਲੋ ਅਗਲਾ ਕੁਸ਼ਚਨ ਆ ਚੁੱਕਿਆ ਵੀ ਤੁਹਾਡੀ ਸਕਰੀਨ 'ਤੇ, ਹੁਣ ਇਹ ਕੁਸ਼ਚਨ ਹੈ ਨਾ ਇਹਨੂੰ ਭਾਵੇਂ ਤੁਸੀਂ ਕੋਡਿੰਗ ਡੀਕੋਡਿੰਗ ਕਹਿ ਲਓ, ਭਾਵੇਂ ਇੱਦਾਂ ਕਹਿ ਦਿਓ ਵੀ ਐਗਜ਼ਾਮੀਨਰ ਆਪਦੀ ਘਰ ਵਾਲੀ ਤੋਂ ਲੜ ਕੇ ਆਇਆ ਤੇ ਉਹਨੇ ਆ ਕੇ ਕੁਸ਼ਚਨ ਬਣਾਤਾ, ਕਿਉਂਕਿ ਇਹਦੇ ਵਿੱਚ ਨਾ ਬੜਾ ਹੀ ਐਗਜ਼ਾਮੀਨਰ ਮਤਲਬ ਪਤਾ ਹੀ ਨਹੀਂ ਲੱਗਦਾ ਵੀ ਕੀ ਕੁਛ ਕਰ ਗਿਆ। ਦੇਖੋ ਇਹਨੇ ਕੀ ਕਿਹਾ, ਇਹਨੇ ਕੰਡੀਸ਼ਨ ਲਗਾਤੀ, ਕੀ ਕੰਡੀਸ਼ਨ ਲਾਈ, ਕਹਿੰਦਾ ਜੇਕਰ, ਕਹਿੰਦਾ ਜੇਕਰ 9 + 6 - 6 = 60 ਸੱਠ ਹੁੰਦਾ ਹੈ, ਕਹਿੰਦਾ ਸੇਮ ਉਸੇ ਤਰੀਕੇ ਨਾਲ 8 + 7 - 3 = 59 ਹੈ, 59 ਹੁੰਦਾ ਹੈ, ਤਾਂ ਮੈਨੂੰ ਦੱਸੋ 17 - 9 = 6 ਕੀ ਹੋਏਗਾ। ਹੁਣ ਇਹਦੇ 'ਚ ਜਿਹੜੇ ਇਹਨੇ ਸਾਈਨ ਲਾਏ ਆ ਨਾ, ਇਹਨਾਂ ਦਾ ਕੋਈ ਮਤਲਬ ਨਹੀਂ ਹੈ। ਹੁਣ ਇਹਦੇ 'ਚ ਐਗਜ਼ਾਮੀਨਰ ਦਾ ਆਪਦਾ ਦਿਮਾਗ ਹੈ, ਉਹ ਕੀ ਯੂਜ ਕਰਦਾ, ਤਾਂ ਦੇਖੋ ਉਹਨੇ ਕੀ ਯੂਜ ਕੀਤਾ। ਦੇਖੋ ਇੱਥੇ ਉਹ ਕਹਿੰਦਾ 60, ਤਾਂ ਦੇਖੋ 2-3 ਛੋਟੇ ਛੋਟੇ ਨੰਬਰ 60 ਦੇ ਵਿੱਚ ਜਾ ਰਿਹਾ, ਫਿਰ ਇੱਥੋਂ ਛੋਟੇ ਨੰਬਰ ਵੱਡੇ ਨੰਬਰ 'ਚ ਜਾ ਰਿਹਾ, ਔਰ ਇੱਥੇ ਵੀ ਕੀ ਹੋ ਰਿਹਾ, 3 ਨੰਬਰ ਹੈ ਔਰ ਆਪਸ਼ਨ ਵੱਡੇ ਵੀ ਔਰ ਛੋਟੇ ਵੀ ਹੈ, ਮਿਕਸਅਪ ਹੈ। ਤਾਂ ਆਪਾਂ ਇੱਥੇ ਕਿਸ ਤਰੀਕੇ ਨਾਲ ਕਰ ਸਕਦੇ ਹਾਂ, ਤਾਂ ਮੈਂ ਸਭ ਤੋਂ ਪਹਿਲਾਂ ਇੱਥੇ ਕੀ ਦੇਖਿਆ, ਮੈਂ ਦੇਖਿਆ ਕਿ ਸਰ ਅਗਰ ਇਹਨਾਂ ਨੰਬਰ ਨੂੰ ਆਪਸ 'ਚ ਮਲਟੀਪਲਾਈ ਕਰਾ ਦਈਏ, ਹਨਾ, ਇਹਨਾਂ ਦੋਨਾਂ ਨੰਬਰ ਨੂੰ ਮਲਟੀਪਲਾਈ ਕਰਾਈਏ, 9 × 6 ਕਿੰਨੇ ਹੋ ਗਏ, ਕਹਿੰਦੇ ਸਰ 54 ਹੋ ਗਏ ਜੀ, 54 ਪਲੱਸ ਕੀ ਕਰਦੀ ਹੈ 6 ਕਰਦੀ ਹੈ, ਇਸ 6 ਨੂੰ ਕੀ ਕਰਦੀ ਹੈ ਜੋੜ ਦਈਏ ਤੇ ਕਿੰਨਾ ਹੋ ਗਿਆ, ਇਹ ਹੋ ਗਿਆ ਸਰ 60। ਦੇਖੋ ਆਇਆ 60, ਬਿਲਕੁਲ ਆ ਗਿਆ, ਮਤਲਬ ਪਹਿਲੇ ਵਾਲੇ ਪਲੱਸ ਦਾ ਮਤਲਬ ਕੀ ਹੈ, ਮਲਟੀਪਲਾਈ, ਔਰ ਬਾਅਦ ਵਾਲੇ ਮਾਈਨਸ ਦਾ ਮਤਲਬ ਇਹਨੇ ਕੀ ਕਰਤਾ, ਪਲੱਸ ਕਰਤਾ, ਤੇ 60 ਬਣ ਗਿਆ। ਸੇਮ ਇੱਥੇ ਦੇਖੋ, ਪਲੱਸ ਦਾ ਮਤਲਬ ਕੀ ਹੈ, ਮਲਟੀਪਲਾਈ, ਮਾਈਨਸ ਦਾ ਮਤਲਬ ਕੀ ਹੈ, ਪਲੱਸ, ਤੇ 8 × 7 ਕਿੰਨੇ ਹੋ ਗਏ ਭਾਈ, 8 × 7 ਕਿੰਨੇ ਹੋ ਗਏ, ਤੁਸੀਂ ਕਹੋਗੇ ਸਰ 56 ਹੋ ਗਏ ਜੀ, ਫਿਰ ਪਲੱਸ ਕਿੰਨੇ ਕਰਤੇ, 3 ਕਰਤੇ, ਕਿੰਨੇ ਹੋ ਗਏ, ਕਹਿੰਦੇ ਸਰ 59, ਕਿੰਨੇ ਹੋ ਗਿਆ, 59 ਹੋ ਗਿਆ। ਤਾਂ ਸੇਮ ਲੋਜਿਕ ਇੱਥੇ ਲਗਾਉਣਾ ਹੈ, ਪਲੱਸ ਦਾ ਮਤਲਬ ਮਲਟੀਪਲਾਈ, ਮਾਈਨਸ ਦਾ ਮਤਲਬ ਪਲੱਸ, ਤਾਂ 17 ਨੀਵਾਂ ਕਿੰਨੇ ਹੋ ਗਏ ਸਰ, 153। ਲੋ ਜੀ ਪਲੱਸ ਕੀ ਕਰਤਾ, 6 ਕਰਤਾ, ਅਗਰ ਇਹਨੂੰ ਜੋੜਾਂਗੇ ਤਾਂ ਸਾਡੇ ਕੋਲ ਕਿੰਨਾ ਆ ਜਾਏਗਾ, 1659, ਮਤਲਬ ਕਿ 159 ਆ ਗਿਆ ਸਰ, 159 ਆ ਗਿਆ। ਮੈਂ ਸਰ ਮੈਂ ਮਾਈਨਸ ਨੂੰ ਮਾਈਨਸ ਕਰਾਣਾ, ਤੁਸੀਂ ਮੇਰਾ ਗਲਤ ਕਰਾਈਆਂ ਨੇ ਸਰ, ਇਹ ਰੀਜਨਿੰਗ ਹੈ ਜੀ, ਰੀਜਨਿੰਗ ਦਾ ਮਤਲਬ ਇਹੀ ਹੈ, ਕੁਛ ਵੀ ਹਨਾ, ਉਸ ਇੰਪੋਸੀਬਲ ਚੀਜ਼ ਵੀ ਰੀਜਨਿੰਗ ਮੇ ਪੋਸੀਬਲ ਹੈ। ਜਿਵੇਂ ਉਹ ਕਹਿੰਦੇ ਆ ਨਾ ਕਿ ਅਭੀ ਥੋੜੀ ਦੇਰ ਪਹਿਲੇ ਮੈਨੇ ਦੇਖਾ ਕਿ ਬਾਹਰ ਬਾਰਿਸ਼ ਹੋ ਰਹੀ ਸੀ, ਅਸੀਂ ਤਾਂ ਸਰ ਇੱਥੇ ਪਤਾ ਕੀ ਹੈ, ਐਰੋਪਲੇਨ ਹਨ ਸਰ, ਪਾਣੀ ਚਲਾ ਦਿੰਦੇ ਆ, ਪਾਣੀ ਵਾਲੇ ਜਹਾਜ਼ ਨੂੰ ਸੜਕਾਂ ਤੇ ਭਜਾ ਦਿੰਦੇ ਆ, ਰੇਲ ਨੂੰ ਅਸੀਂ ਪਾਰਕਾਂ 'ਚ ਘੁਮਾ ਦਿੰਦੇ ਆ, ਘੁੰਮਦੇ ਹੋ ਨਾ ਬਈ, ਇੱਦਾਂ ਹੀ ਹੁੰਦਾ ਨਾ, ਆਪਣੀ ਰੀਜਨਿੰਗ ਅਲੱਗ ਹੈ, ਇਹਨਾਂ ਦੀ ਮੈਥ ਅਲੱਗ ਹੈ, ਇੱਥੇ ਕਿਤੇ ਮੈਥ ਵਾਲੇ ਫਾਰਮੂਲੇ ਨਾ ਫਸਾ ਕੇ ਬਹਿ ਜਾਓ, ਕਿਤੇ ਬਾਅਦ 'ਚ ਕਿਉਂ ਵੀ ਸਾਡਾ ਤਾਂ ਪੇਚਾ ਪੈ ਗਿਆ, ਅਸੀਂ ਤਾਂ ਅੰਕੂ ਸਰ ਦੇ ਫੈਨ ਹੈ, ਅਸੀਂ ਤਾਂ ਇੱਦਾਂ ਹੀ ਕਰਾਂਗੇ, ਹਨਾ। ਨਹੀਂ ਨਹੀਂ ਸਰ, ਇਹਨਾਂ ਨੂੰ ਪਤਾ ਹੈਗਾ, ਇਹ ਸਮਝ ਜਾਂਦੇ ਹੈਗੇ ਕਿ ਸਰ ਇੱਥੇ ਇਸ਼ਾਰੀ ਖੇਡੀ ਅਤੇ ਮਾਈਨਸ ਕੀਤਾ ਬਸ, ਬਾਕੀ ਤਾਂ ਇਹਨੂੰ ਗੁਣਾ ਹੈ ਤੇ ਆ ਪਲੱਸ ਹੈ, ਇਹ ਬਹੁਤ ਤੇਜ਼ ਹੈ ਸਰ। ਚਲੋ ਬਿਲਕੁਲ ਬਿਲਕੁਲ ਸਰ, ਤੇਜ਼ ਹੁਣ ਹੋ ਚੁੱਕਿਆ ਨਾ, ਕਿਉਂਕਿ ਡੇਲੀ ਪੜ੍ਹਦੇ ਪਏ ਆਪਾਂ, ਵੀ ਤਾਂ ਚਲੋ ਬਣਾਓ ਅੱਗੇ। ਹੁਣ ਬੱਚੇ ਮੈਂ ਨਾ ਬਹੁਤ ਵਾਰੀ ਦੱਸਿਆ ਤੁਹਾਨੂੰ ਕਿ ਜਦੋਂ ਵੀ 2 ਸਾਲਾਂ ਦਾ ਟਾਈਮ ਦਿੱਤਾ ਹੋਵੇ, ਡਿਫਰੈਂਸ ਪੁੱਛਿਆ ਹੋਵੇ ਜਾਂ ਡਿਫਰੈਂਸ ਦਿੱਤਾ ਹੋਵੇ, ਹੁਣ ਇਹਨੇ ਕਿਹਾ ਕੀ ਹੈ, ਕਹਿੰਦਾ 16% ਪ੍ਰਤੀ ਸਾਲ, ਮਤਲਬ 1 ਸਾਲ ਦਾ 16%, 2 ਸਾਲਾਂ ਲਈ ਇੱਕ ਨਿਸ਼ਚਿਤ ਰਕਮ ਤੇ ਸਾਲਾਨਾ ਮਿਸ਼ਰਿਤ ਅਤੇ ਅੰਤਰ ਜਿਹੜਾ ਦੇ ਰੱਖਿਆ, ਅੰਤਰ ਜੋ ਹੈ ਬੱਚਾ ਕੰਪਾਊਂਡ ਇੰਟਰਸਟ ਤੇ ਸਿੰਪਲ ਇੰਟਰਸਟ ਦਾ ਜੋ ਡਿਫਰੈਂਸ ਹੈ ਉਹ 320 ਰੁਪਏ ਹੈ। ਜੋ ਕੰਪਾਊਂਡ ਤੇ ਸਿੰਪਲ ਦਾ ਜੋ ਡਿਫਰੈਂਸ ਹੈ ਬੱਚਾ ਉਹ ਕਿੰਨਾ ਹੈ, 320 ਰੁਪਏ ਹੈ। ਯਾਰ ਡਿਫਰੈਂਸ 320 ਰੁਪਏ ਹੈ, ਮੈਂ ਤੁਹਾਨੂੰ ਬੱਚਾ ਇੱਕੋ ਹੀ ਗੱਲ ਦੱਸੀ ਹੈ, ਜੋ ਡਿਫਰੈਂਸ ਉਹ ਕਿਹਦੇ ਬਰਾਬਰ ਹੁੰਦਾ ਯਾਰ, ਉਹ ਜੋ ਡਿਫਰੈਂਸ ਹੈ ਬੱਚਾ ਉਹ ਕਿਹਦੇ ਬਰਾਬਰ ਹੁੰਦਾ, ਉਹ ਜਿੰਨੀ ਵੀ ਰੇਟ ਆਫ ਇੰਟਰਸਟ ਦੇ ਰੱਖੀ ਉਹਦਾ ਸਕੇਅਰ ਕਰ ਦਿਓ ਭਾਈ, ਰੇਟ ਆਫ ਇੰਟਰਸਟ ਦੇ ਰੱਖੀ 16%। 16 ਦਾ ਸਕੇਅਰ ਕਿੰਨਾ ਹੁੰਦਾ, ਹੁਣ 16 ਦਾ ਸਕੇਅਰ ਤਾਂ ਪਤਾ ਹੀ ਹੋਊਗਾ, ਮਨੋਜ ਸਰ ਖੜੇ, ਮਨੋਜ ਸਰ ਪਤਾ 16 ਦਾ ਸਕੇਅਰ ਕਿੰਨਾ ਹੁੰਦਾ, 2.55% ਦੀ ਵੈਲਿਊ ਹੈ। ਸਿੰਪਲ ਜੀ ਗੱਲ, ਜਿੰਨੀ ਵੀ ਰੇਟ ਆਫ ਇੰਟਰਸਟ ਦੇ ਰੱਖੀ ਹੈ ਨਾ, 16% ਦੇ ਰੱਖੀ ਹੈ, 16 ਦਾ ਸਕੇਅਰ ਕਰੋ 256, 2 ਅੰਕ ਛੱਡ ਕੇ ਪੁਆਇੰਟ ਦੇ ਦੋ, ਆਹ ਡਿਫਰੈਂਸ ਦੇ ਬਰਾਬਰ ਹੈ, ਆਹ ਅੰਤਰ ਦੇ ਬਰਾਬਰ ਹੋਊਗਾ, ਉਹ ਕਹਿੰਦਾ ਅੰਤਰ 320 ਹੈ, 320 ਜੋ ਹੈ ਬੱਚਾ ਇਹਦੀ ਵੈਲਿਊ ਹੈ, 100 ਦੀ ਵੈਲਿਊ ਨਿਕਾਲੋਗੇ ਤਾਂ ਡਾਇਰੈਕਟ ਆਨਸਰ ਆਏਗਾ, ਜੋ ਕਿ ਮੈਂ ਦੇਖ ਰਿਹਾ ਕਾਫੀ ਸਾਰੇ ਬੱਚਿਆਂ ਦਾ ਤਣਾਤਨ ਆਨਸਰ ਦੇ ਰਹੇ ਹੈਗੇ ਹੈ 5000। ਸਿਰਫ ਕੈਲਕੂਲੇਸ਼ਨ ਇੱਥੋਂ, ਤਾਂ ਡਾਇਰੈਕਟ ਕਰੋਗੇ ਆਨਸਰ ਇੱਥੋਂ ਡਾਇਰੈਕਟ ਵੀ ਆ ਜਾਏਗਾ। ਹੁਣ ਤੁਸੀਂ ਕਹੋਗੇ ਸਰ ਪੁਆਇੰਟ ਹਟਾ ਕੇ ਉੱਪਰ 2 ਜ਼ੀਰੋ ਲਾ ਲਓ, ਮੈਂ ਲਓ ਵਿੱਚ 2 ਜ਼ੀਰੋ ਲਾ ਦਿੰਦੀ ਹਾਂ,
ਇਹਨੂੰ ਜੇ 16 ਤੇ ਕੱਟੂਗੀ ਕਿ 16 ਦਾ ਸਕੇਅਰ ਇਹਨੂੰ 16 ਤੇ ਕੱਟੋ ਕਿੰਨਾ ਜਾਏਗਾ 16 ਦੂਣਾ 32 ਠੀਕ ਹੈ ਹੁਣ ਤੁਸੀਂ ਕਹੋਗੇ ਸਰ ਇਹ ਤਾਂ 5 ਵਟੇ 4 ਹੋ ਗਿਆ ਲੋ ਇਹਨੂੰ ਕੱਟਾਂਗੇ 5 ਕਿਉਂਕਿ 4 ਦੇ ਪਾੜੇ ਤੇ ਕੱਟਾਂਗੇ 5 ਚੌਕਾ ਵੀ 4 ਚੌਕੇ 16 5 ਵਟੇ 4 ਆ ਗਿਆ ਹੁਣ ਤੁਸੀਂ ਇਹਨੂੰ ਕੀ ਕਰਾਉਣਾ ਬਸ ਮਲਟੀਪਲਾਈ ਕਰਾਉਣਾ ਬੱਚਾ ਮਲਟੀਪਲਾਈ ਕਰਾ ਕੇ ਮੇਰਾ ਡਾਇਰੈਕਟ ਆਨਸਰ ਆਏਗਾ ਡਾਇਰੈਕਟ ਆਨਸਰ ਕਿੰਨਾ ਆਏਗਾ ਫਟਾਫਟ ਇੱਕ ਵਾਰ ਥੰਬਸ ਅਪ ਕਰ ਦਿਓ ਫਟਾਫਟ ਕਿੰਨਾ ਆਨਸਰ ਬਣਦੇ ਹੈ ਡੀ ਆਪਸ਼ਨ ਹੁਣ ਕਈ ਜੋ ਬੱਚੇ 50,000 ਆਨਸਰ ਕਰ ਰਹੇ ਕਈ ਬੱਚੇ ਜੋ ਕਿੰਨਾ ਆਨਸਰ ਕਰ ਰਹੇ ਹੈ ਹੁਣ ਤੁਸੀਂ ਆਪ ਦੇਖੋ ਜਿਹਨੂੰ ਮੈਂ 4 ਤੇ ਕੱਟਾਂ 25 ਚੌਕਾ 100 2 ਜ਼ੀਰੋਆਂ 2500 2500 ਨੂੰ 5 ਨਾਲ ਗੁਣਾ ਕਰਾਵਾਂ ਕਿੰਨਾ ਆਏਗਾ 2500 ਨੂੰ 5 ਨਾਲ ਗੁਣਾ ਕਰਾਵਾਂ ਕਿੰਨਾ ਆਏਗਾ 25 5 125 2 ਜ਼ੀਰੋਆਂ ਮਤਲਬ ਆਨਸਰ ਆਏਗਾ 12,500 ਕੀ ਹੋ ਗਿਆ ਭਾਈ ਇਹ ਸਰ ਕਈ ਸੀਗੇ ਜਿਹੜੇ ਡੀ ਆਪਸ਼ਨ ਕਰੀ ਜਾਂਦੇ ਕਾਫੀ ਸਾਰੇ ਬੱਚੇ ਜੋ ਡੀ ਕਰ ਵੀ ਰਹੇ ਪਰ ਪਹਿਲੇ 5000 ਵਾਲੇ ਸੀਗੇ ਜ਼ਿਆਦਾਤਰ 5000 ਵਾਲੇ ਜ਼ਿਆਦਾ ਸੀਗੇ ਇਹ ਭਾਈ ਪਤਾ ਕੀ ਸੀ ਸਰ ਇੱਕ ਵਾਰੀ ਮੈਂ ਪਹਿਲੇ ਕਲਾਸ ਸਵਾਲ ਲੈ ਕੇ ਆਇਆ ਸੀਗਾ ਉਹਦੇ 'ਚ ਰੇਟ ਆਫ ਇੰਟਰਸਟ ਕੁਛ ਹੋਰ ਸੀਗਾ ਉਹਦਾ ਆਨਸਰ ਆ ਰਿਹਾ ਸੀਗਾ 5000 ਜਾਂ 50,000 ਫਿਰ ਤਾਂ ਤਾੜੀਆਂ ਬਣਦੀਆਂ ਵਾਹ ਵੀ ਵਾਹ ਰਕਮਾਂ ਯਾਦ ਕਰੀ ਫਿਰਦਾ ਕੀ ਬਾਤ ਹੈ ਜੋ ਜੋ ਤਕੜੇ ਬਹੁਤ ਹੋ ਤੁਸੀਂ ਰਕਮਾਂ ਹੀ ਯਾਦ ਕਰੀ ਫਿਰਦੇ ਆ ਅੱਜ ਮੈਂ ਖੇਲ ਗਿਆ ਥੋੜਾ ਜਿਹਾ ਮੈਂ ਕਿਹਾ ਚਲੋ ਰੇਟ ਆਫ ਇੰਟਰਸਟ ਚੇਂਜ ਕਰ ਦਿੰਦੇ ਆ ਤੇ ਭਾਈ ਮਾੜਾ ਜਿਹਾ ਸ਼ੇਅਰ ਸ਼ੂਰ ਕਰਕੇ ਆਓ ਫਤਿਹ ਸਰ ਨੂੰ ਭੇਜਿਆ ਹੋਇਆ ਆਪਾਂ ਮਾਰਕੀਟ ਆਉਣ ਵਾਲੇ ਥੋੜੀ ਦੇਰ ਤੱਕ ਫਿਰ ਆਪਾਂ ਕੇਕੂ ਜਾਂ ਕੱਟਾਂਗੇ ਇੱਥੇ ਚੰਗਾ ਠੀਕ ਹੈ ਪੀਡੀਐਫ ਵੀ ਬਾਅਦ ਚ ਮਿਲੇਗੀ ਹੈ ਪੀਡੀਐਫ ਵੀ ਦੇਣੀ ਫਿਰ ਪੀਡੀਐਫ ਬਾਅਦ ਚ ਦੇਵਾਂਗੇ ਇੰਨੀ ਛੇਤੀ ਛੇਤੀ ਫਿਰ ਭੱਜ ਜਾਣਗੇ ਕੇਕੂ ਕੱਟਾਂਗੇ ਤੇ ਖੜ ਜਾਓ ਹਿੱਲਿਓ ਨਾ ਕਿਸੇ ਪਾਸੇ ਚਲੋ ਅਗਲੇ ਤੇ ਆ ਜਾਓ ਲਓ ਫਟਾਫਟ ਮੈਂ ਹੈਰਾਨ ਹੈ 11 ਕਿਉਂ ਬਣ ਗਿਆ ਉੱਪਰ ਲੈ ਕੇ ਜੋੜ ਕੇ 11 ਨਹੀਂ ਬਣਦਾ ਥੜੇ ਕੇ 18 ਨਹੀਂ ਬਣਦੇ ਬਣਾ ਦਾਂਗੇ ਸਰ ਉਹਨੇ ਬਣਾ ਦਾਂ ਕਿਵੇਂ ਬਣਿਆ ਪਿਆ ਮਹਿੰਦਰ ਸਰ ਕਿਵੇਂ ਇਹ ਸਰ ਜਿਹੜਾ ਉਹ ਨਹੀਂ ਸੀਗਾ ਇਲਤੁਤਮਿਸ ਉਹਦੀ ਖੋਜ ਕੱਢੀ ਹੋਈ ਹੈ ਇਲਤੁਤਮਿਸ ਦੀ ਖੋਜ ਹੈ ਲੋ ਮਲਾ ਕੇ ਮੇਰੇ ਹਿਸਾਬ ਚ ਬਾਹਰ ਆ ਲੋ ਇਹ ਦੋ ਬੱਚੇ ਹੈ ਜਤਿਨ ਆਨਸਰ ਕਰ ਰਿਹਾ ਹੈ ਤੇ ਪੂਜਾ ਆਨਸਰ ਕਰ ਰਿਹਾ ਦੇਖੋ ਬੀ ਵਾਲੇ ਵੀ ਹੋ ਗਏ ਏ ਵਾਲੇ ਵੀ ਹੋ ਗਏ ਦੋ ਤਰ੍ਹਾਂ ਦੇ ਬੰਦੇ ਜਤਿਨ ਨੇ ਦੋਨੋਂ ਆਨਸਰ ਕਰਤੇ ਸਰ ਇੱਕ ਵਾਰ ਉਹ ਕਰਤਾ ਕਮੈਂਟ ਦੂਜੀ ਵਾਰ ਚ ਉਹ ਕਰਤਾ ਇਹ ਬਾਲੇ ਤੇਜ ਹੈਗੇ ਆ ਬਾਲੇ ਤੇਜ ਹੈਗੇ ਆ ਹਨਾ ਇਹ ਆਪਸ਼ਨ ਇਹ ਆਪਸ਼ਨ ਇਹ ਆਪਸ਼ਨ ਹੁਣ ਯਾਰ ਇਹਦੇ ਚ ਇੱਕ ਸਿੰਪਲ ਜੀ ਚੀਜ਼ ਆ ਬੱਚਾ ਜੋ ਆ ਤੁਸੀਂ ਲਗਾਣੇ ਹੋ ਇੱਥੇ ਦੇਖੋ ਜੋ ਨੰਬਰ ਹੈ ਆ 1 ਲਿਖਿਆ ਹੋਇਆ 1 ਲਿਖਤਾ ਆ 3 ਲਿਖਿਆ ਹੋਇਆ 3 ਲਿਖਤਾ ਹੁਣ ਬੱਚੇ ਆ ਦੇਖ ਲਓ ਕਿ ਆ ਦੇਖ ਲਓ ਕਿ ਇਹਦੇ ਵਿੱਚ ਜੋ ਹੈ ਇੱਕ ਕਿੰਨੀ ਵਾਰੀ ਹੈ 1 2 3 ਤੇ 4 ਮਤਲਬ ਟੋਟਲ 4 ਵਾਰੀ ਇੱਕ ਲੱਗੇ ਹੈ ਤਾਂ 4 ਬਣਾ ਲਓ ਆ ਇਦਾਂ 2 3 4 ਬਣ ਗਿਆ ਹੁਣ ਬੱਚਾ ਆ 4 ਲੈ ਬਦਨ ਨੂੰ ਜੋੜਨਾ ਹੀ ਹੈ ਜਸਟ ਇੱਕ ਲਿਖਿਆ 3 ਲਿਖਿਆ ਉਸ ਤੋਂ ਬਾਅਦ ਦੇਖੋ 4 ਇੱਕ ਹੈ ਤਾਂ 4 ਆ ਬਣਾ ਲਏ ਜਗ੍ਹਾ ਬਣਾ ਲਈ ਇੱਥੇ ਬੰਦੇ ਬਿਠਾਣੇ ਆ ਜੋ ਬਿਠਾਈਏ ਹੁਣ ਬੱਚੇ ਆਪਾਂ ਜੋੜਨਾ ਹੀ ਹੈ 1 ਤੇ 3 4 3 ਤੇ 4 7 4 ਤੇ 7 11 7 ਤੇ 11 18 ਮਤਲਬ ਪਿਛਲੇ ਨੰਬਰ ਨਾਲ ਮੈਂ ਐਡ ਕਰਦਾ ਜਾਊਂਗਾ ਮੈਂ ਕਿੱਥੇ ਪਹੁੰਚ ਗਿਆ ਭਾਈ 11 ਤੇ 18 ਤੇ ਪਹੁੰਚ ਗਿਆ ਹੁਣ ਮੈਨੂੰ ਪਤਾ ਹੈ ਕਈਆਂ ਨੂੰ ਇਹ ਟ੍ਰਿਕ ਪਤਾ ਹੋਏਗੀ ਬਟ ਇਹਨਾਂ ਪੂਰਾ ਕਨਸੈਪਟ ਨਹੀਂ ਪਤਾ ਹੋਊਗਾ ਬੱਚਾ ਹੁਣ ਕਈ ਬੱਚੇ 18 ਬਟੇ 11 ਕਰ ਰਹੇ ਹੋਣਗੇ ਕਈ 11 ਬਟੇ 18 ਕਰ ਰਹੇ ਬੱਚਾ ਜਦੋਂ ਵੀ ਇੱਥੇ ਇੱਕ ਇਨੀਸ਼ੀਅਲ 1 ਹੁੰਦਾ ਹੈਗਾ ਇੱਥੇ ਵੱਡੇ ਵਾਲਾ ਇੱਕ ਹੁੰਦਾ ਜੋ ਇੱਥੇ ਲੱਗਿਆ ਹੋਵੇ ਫਿਰ ਤਾਂ ਇਹਦਾ ਆਨਸਰ ਮੈਂ 18 ਬਟੇ 11 ਕਰਦਾ ਫਿਰ ਤਾਂ ਮੈਂ ਇਹਦਾ ਆਨਸਰ 18 ਬਟੇ 11 ਕਰਦਾ ਕਿਉਂਕਿ ਇਹਦੇ 'ਚ ਇੱਕ ਲੱਗਿਆ ਹੁੰਦਾ ਵੱਡੇ ਵਾਲਾ ਜਿਹਨੂੰ ਆਪਾਂ ਪ੍ਰਧਾਨ ਕਹਿ ਦਿੰਦੇ ਹਾਂ ਬਟ ਇੱਥੇ ਉਹ ਨਹੀਂ ਹੈ ਬੱਚਾ ਤਾਂ ਇਹਦਾ ਆਨਸਰ ਕੀ ਹੁੰਦਾ ਹੈਗਾ ਸੈਕਿੰਡ ਨੰਬਰ ਅਪੋਨ ਕੀ ਹੁੰਦਾ ਲਾਸਟ ਨੰਬਰ ਮਤਲਬ ਸੈਕਿੰਡ ਲਾਸਟ ਜੋ ਹੈਗਾ ਉਹ ਕਿੰਨਾ ਹੈ ਤੁਸੀਂ ਕਹੋਗੇ ਸਰ ਸੈਕਿੰਡ ਲਾਸਟ 11 ਹੈ ਤੇ ਲਾਸਟ ਕਿੰਨਾ ਹੈ 18 ਹੈ ਇਹਦਾ ਆਨਸਰ 11 ਬਟੇ 18 ਹੋਏਗਾ ਨੋਟ 18 ਬਟੇ 11 ਜਾਨੂ ਬੁਖਾ ਰਹੇ ਹੋ ਸਮਝ ਗਏ ਤੇ ਕੋਈ ਫਟਾਫਟ ਥੰਬਸ ਅਪ ਜ਼ਰੂਰ ਕਰ ਦਿਓ ਹੈਂਡ ਰੇਜ਼ ਕਰ ਦਿਓ ਕਿ ਸਰ ਪੂਰਾ ਕਨਸੈਪਟ ਸਮਝ ਆ ਗਿਆ ਸ਼ਾਰਟਕਟ ਤਾਂ ਹੈ ਬੱਚਾ ਇਹਦੇ 'ਚ ਕੀ ਹੋਇਆ ਸਰ ਇੱਕ ਵਾਰ ਇੱਕ ਬੱਚੀ ਸੀਗੀ ਮੈਂ ਤੁਹਾਨੂੰ ਦੱਸਿਆ ਵੀ ਸ਼ਾਇਦ ਤੱਕ ਪਹਿਲੇ ਮੈਂ ਗੱਲ ਉਹਦਾ ਮੇਰੇ ਕੋਲ ਨਾ ਇੰਸਟਾ 'ਤੇ ਮੈਸੇਜ ਆਇਆ ਗਾ ਕਹਿੰਦੇ ਸਰ ਮੈਨੂੰ ਦੋ ਵੀਡੀਓ ਭੇਜੀ ਕਿਸੇ ਇੱਕ ਹੋਰ ਟੀਚਰ ਦੀ ਭੇਜੀ ਤੇ ਇੱਕ ਮੇਰੇ ਵਾਲੀ ਭੇਜੀ ਆ ਕਰਵਾਇਆ ਹੋਇਆ ਸੀ ਮੇਰੇ ਕਿਸੇ ਕਲਾਸ 'ਚ ਉਹਨੇ ਜਿੱਦ ਕਰ ਲਈ ਕਹਿੰਦਾ ਸਰ ਆਹ 18 ਬਟੇ ਮਤਲਬ ਐਸੇ ਤਰੀਕੇ ਦਾ ਸਵਾਲ ਸੀ ਕਹਿੰਦਾ ਸਰ 18 ਬਟੇ 11 ਨਾ ਤੁਸੀਂ 11 ਬਟੇ 18 ਕਰਾਇਆ ਮੈਂ ਕਿਹਾ ਤੂੰ ਕੁਸ਼ਚਨ ਦੇਖ ਲਿਆ ਉਹ ਕਹਿੰਦੀ ਮੈਂ ਦੇਖ ਲਿਆ ਮੈਂ ਕਿਹਾ ਇੱਕ ਵਾਰ ਦੁਬਾਰ ਤੋਂ ਦੇਖ ਲਾ ਦੋਨੋਂ ਵੀਡੀਓ 'ਚ ਕੁਸ਼ਚਨ ਸੇਮ ਹੈ ਅਲੱਗ ਅਲੱਗ ਹੈ ਕਹਿੰਦੀ ਸਰ ਮੈਂ ਦੇਖ ਲਿਆ ਸੇਮ ਹੈ ਤੇ ਕਿਤਾਬ 'ਚ ਵੀ ਦੇਖਿਆ ਮੈਂ ਕਿਤਾਬ 'ਚ ਵੀ ਆਹ ਦੱਸ ਰਿਹਾ ਤੁਹਾਡਾ ਗਲਤ ਹੈ ਮੈਂ ਕਿਹਾ ਪਹਿਲੇ ਆਹ ਦੱਸ ਕਿ ਇੱਥੇ ਇੱਕਾ ਲੱਗਿਆ ਹੋਇਆ ਕਿ ਨਹੀਂ ਲੱਗਿਆ ਹੋਇਆ ਇਨੀਸ਼ੀਅਲ 1 ਹੁੰਦਾ ਬੱਚਾ ਉਹਦਾ ਫਰਕ ਹੁੰਦਾ ਜੇ ਇੱਥੇ ਇੱਕਾ ਲੱਗਿਆ ਹੁੰਦਾ ਤਾਂ ਲਾਸਟ ਵਾਲਾ ਨੰਬਰ ਉੱਪਰ ਆਉਂਦਾ ਉਸ ਤੋਂ ਪਿਛਲਾ ਥੱਲੇ ਆਉਂਦਾ ਬਟ ਏਕਾ ਨਹੀਂ ਸੀ ਤਾਂ ਬੱਚਾ ਇਹ 11 ਬਟੇ 18 ਹੋਏਗਾ ਤਾਂ ਇਹ ਪ੍ਰੋਪਰ ਹੈ ਬੱਚਾ ਇਹਨਾਂ ਨੂੰ ਧਿਆਨ ਰੱਖਣਾ ਹੈ ਗਲਤ ਨਹੀਂ ਕਰਨਾ ਅਗਲੇ ਤੇ ਆ ਜਾਣੇ ਉੱਲ ਪਰ ਹੁਣ ਕਈਆਂ ਨੇ ਕੀ ਹੋਗਾ ਕਿ ਹਾਂ ਲਾਇਆ ਤਾਂ ਹੋਊਗਾ ਇਦਾਂ ਬਟ ਅੱਗੇ ਜਾ ਕੇ ਫਿਰ ਜਿਨ੍ਹਾਂ ਨੇ ਆਹ ਲਾਤਾ ਹੋਣਾ ਉਹ ਫਿਰ ਐਂ ਪਾਈਦੇ ਫਿਰਦੇ ਹੋਣਗੇ ਹਨਾ ਚਲੋ ਅਗਲੇ ਤੇ ਆ ਜਾਣੇ ਕੀ ਆ ਜਾਓ ਬਣਾਓ ਕਿੰਨਾ ਆਨਸਰ ਹੈਗਾ
ਕਾਗਜ਼ ਵਧੀਆ ਇਕੱਠੇ ਹੁੰਦੇ ਆ ਕਾਗਜ਼ ਆਪ ਹੀ ਲੱਗ ਲੂਗੇ ਸਰ ਜਵਾਕ ਵੀ ਬਹੁਤ ਸੋਹਣਾ ਸੀ ਜਿਹੜਾ ਭੱਜਿਆ ਫਿਰਦਾ ਸੀ ਕਿਹੜਾ ਹੈ ਕਿ ਇੱਕ ਸੈਕਿੰਡ ਹਾਂ ਆ ਜਵਾਕ ਜਿਹਾ ਬਹੁਤ ਸੋਹਣਾ ਸੀ ਹਿੰਮਤ ਇਹ ਸਰ ਪਤਾ ਹਿੰਮਤ ਵੀ ਪੰਗੇ ਲੈਂਦਾ ਸਾਰੇ ਤਾਂ ਕਰਕੇ ਕਰਦਾ ਹੁੰਦਾ ਵੈਸੇ ਸਰ ਪਤਾ ਕੀ ਹੈ ਜਦ ਮੈਂ ਦੇਖਿਆ ਅੰਕੂ ਸਰ ਪਹਿਲਾਂ ਜਿਹੜਾ ਕੇਕ ਮੰਗਵਾਇਆ ਸਰ ਨੇ ਜਿਹੜਾ ਸਪੈਸ਼ਲ ਡਿਮਾਂਡ ਤੇ ਆਇਆ ਉਹਦੇ ਤੇ ਨਾਲ ਇੱਕ ਫੋਟੋ ਲਵਾਈ ਇੱਥੇ ਹੁਣ ਬੱਚੇ ਦੇ ਇੱਥੇ ਬੱਚੇ ਦੇ ਫੋਟੋ ਸਰ ਕੁਝ ਪਲਾਨ ਕਰ ਰਿਹਾ ਮੈਨੂੰ ਲੱਗਦਾ ਓ ਯਾਰ ਆ ਕੀ ਕਰਦੇ ਹੋ ਤੁਸੀਂ ਯਾਰ ਹਾਂਜੀ ਦੱਸੋ ਵੀ ਕੀ ਹੋਏਗਾ ਕੀ ਵਿਚਾਰ ਆ ਮੈਂ ਤਾਂ ਆਪ ਹੀ ਕਰੀ ਜਾਂਦਾ ਅੱਜ ਕੱਲ ਕਰੇ ਮੈਂ ਤਾਂ ਕੀ ਬੋਲਾਂ ਤੂੰ ਹੀ ਬੋਲ ਸਕਦੇ ਹੋ ਹਾਂਜੀ ਦੱਸੋ ਵੀ ਕੀ ਹੋਏਗਾ ਆਨਸਰ ਸੀ ਆਪਸ਼ਨ ਦੇ ਨਾਲ ਜਾ ਰਹੇ ਹੋ ਕੀ ਕਹਿੰਦਾ ਹੈ ਕਹਿੰਦਾ ਵੀ ਮਾਊਂਟੇਨਸ ਅਰਥ ਤੇ ਫੋਰੈਸਟ ਦੇ ਵਿੱਚ ਸਭ ਤੋਂ ਬੈਸਟ ਰਿਲੇਸ਼ਨ ਕੌਣ ਰੀਪ੍ਰੈਜੈਂਟ ਕਰੇਗਾ ਕੌਣ ਕੌਣ ਕਰੇਗਾ ਵੀ ਦੱਸੋ ਤਾਂ ਦੇਖੋ ਕਹਿੰਦਾ ਜੀ ਸਭ ਤੋਂ ਪਹਿਲਾਂ ਫੋਰੈਸਟ ਮਾਊਂਟੇਨ ਤੇ ਅਰਥ ਹੁਣ ਧਰਤੀ ਦੇ ਉੱਪਰ ਹੀ ਹੋਣਗੇ ਨਾ ਮਾਊਂਟੇਨਸ ਵੀ ਕਿੱਥੇ ਹੋਣਗੇ ਧਰਤੀ ਦੇ ਉੱਪਰ ਔਰ ਫੋਰੈਸਟ ਜੰਗਲ ਵੀ ਕਿੱਥੇ ਹੋਣਗੇ ਧਰਤੀ ਦੇ ਉੱਪਰ ਲੇਕਿਨ ਫੋਰੈਸਟ ਤੇ ਮਾਊਂਟੇਨ ਦੋਨੋਂ ਦੇ ਦੋਨੋਂ ਕੀ ਹੈ ਕਹਿੰਦੇ ਸਰ ਅਰਥ ਆ ਗਿਆ ਅਰਥ ਦੇ ਉੱਪਰ ਕੀ ਹੋਣਗੇ ਫੋਰੈਸਟ ਹੋਣਗੇ ਔਰ ਦੂਸਰੇ ਕੀ ਹੋਣਗੇ ਮਾਊਂਟੇਨਸ ਵੀ ਹੋਣਗੇ ਹੁਣ ਇਹਦੇ ਵਿੱਚ ਦੇਖੋ ਦੋ ਤਰੀਕੇ ਦੇ ਨਾਲ ਹੈ ਹੁਣ ਤੁਸੀਂ ਜਾਓਗੇ ਸੀ ਆਪਸ਼ਨ ਦੇ ਨਾਲ ਕਿਆ ਮੈਨੂੰ ਇਹ ਦੱਸੋ ਫੋਰੈਸਟ ਔਰ ਮਾਊਂਟੇਨ ਜਿਹੜੇ ਪਰਬਤ ਸ਼੍ਰੰਖਲਾ ਹੈ ਤੇ ਫੋਰੈਸਟ ਹੈ ਅਲੱਗ ਅਲੱਗ ਹੈ ਕਈ ਵਾਰ ਤੁਸੀਂ ਇਹ ਵੀ ਦੇਖਿਆ ਹੋਣਾ ਪਹਾੜਾਂ ਦੇ ਵਿੱਚ ਵੀ ਤਾਂ ਜੰਗਲ ਹੁੰਦੇ ਆ ਨਾ ਪਹਾੜਾਂ ਦੇ ਵਿੱਚ ਵੀ ਤਾਂ ਜੰਗਲ ਹੁੰਦੇ ਆ ਤਾਂ ਇੱਥੇ ਕੁਝ ਫੋਰੈਸਟ ਅਕੇਲੇ ਫੋਰੈਸਟ ਹੋਣਗੇ ਕੁਝ ਫੋਰੈਸਟ ਕੀ ਹੋਣਗੇ ਅਕੇਲੇ ਫੋਰੈਸਟ ਹੋਣਗੇ ਔਰ ਕੁਝ ਫੋਰੈਸਟ ਮਾਊਂਟੇਨ ਜਿਹੜੇ ਹੈ ਉਹ ਫੋਰੈਸਟ ਪਲੱਸ ਮਾਊਂਟੇਨ ਵੀ ਹੋਣਗੇ ਕਿਉਂਕਿ ਕੁਝ ਮਾਊਂਟੇਨ ਪਰਬਤ ਸ਼੍ਰੰਖਲਾ ਦੇ ਵਿੱਚ ਵੀ ਜੰਗਲ ਹੋਣਗੇ ਹੁਣ ਸਾਰਿਆਂ ਦਾ ਡੋਲੂ ਫੇਰ ਮਾਂਜਿਆ ਗਿਆ ਤੁਸੀਂ ਜਾ ਰਹੇ ਹੋ ਇਸ ਆਪਸ਼ਨ ਦੇ ਨਾਲ ਲੇਕਿਨ ਆਪਸ਼ਨ ਕੀ ਹੋਏਗਾ ਇਹ ਵਾਲਾ ਹੋਏਗਾ ਇਹ ਵਾਲਾ ਆਪਸ਼ਨ ਕਿੱਥੇ ਹੈ ਚੈੱਕ ਕਰੋ ਜਰਾ ਇਹ ਆਪਸ਼ਨ ਤੇ ਹੈ ਤਾਂ ਫੇਰ ਇੱਕ ਵਾਰ ਸਾਰੇ ਜਣੇ ਫਟਾਫਟ ਲਿਖੋ ਫਟਾਫਟ ਲਿਖੋ ਕਿ ਹਾਂਜੀ ਸਰ ਡੋਲੂ ਮਾਂਜਿਆ ਗਿਆ ਯਾਰ ਤੁਸੀਂ ਨੋਰਮਲ ਚੀਜ਼ ਸੋਚੋ ਨਾ ਵੀ ਜੰਗਲ ਅਕੇਲੇ ਜੰਗਲ ਹੈ ਥੋੜੀ ਆ ਸਮਤਲ ਤੇ ਹੀ ਹੋਣਗੇ ਪਹਾੜਾਂ ਦੇ ਵਿੱਚ ਵੀ ਤਾਂ ਹੋਣਗੇ ਮਾਊਂਟੇਨਸ ਮਤਲਬ ਪਰਬਤ ਉੱਥੇ ਵੀ ਤਾਂ ਜੰਗਲ ਹੋਣਗੇ ਤਾਂ ਕੁਝ ਜੰਗਲ ਹੋਣਗੇ ਜਿਹੜੇ ਮਾਊਂਟੇਨਸ ਦੇ ਨਾਲ ਹੋਣਗੇ ਕੁਝ ਜੰਗਲ ਅਕੇਲੇ ਹੋਣਗੇ ਕੁਝ ਪਰਬਤ ਅਕੇਲੇ ਹੋਣਗੇ ਉੱਥੇ ਜੰਗਲ ਨਹੀਂ ਹੋਣਗੇ ਤਾਂ ਮਤਲਬ ਕਿ ਆਨਸਰ ਕੀ ਆਏਗਾ ਆਨਸਰ ਆਏਗਾ ਆਪਸ਼ਨ ਏ ਨਾ ਕੀ ਸੀ ਮਾਂਜਿਆ ਗਿਆ ਸਾਰਿਆਂ ਦਾ ਡੋਲੂ ਇੱਕ ਵਾਰ ਹੱਥ ਚੱਕ ਲਓ ਫਟਾਫਟ ਜਿੰਨਾ ਦਾ ਮਾਂਜਿਆ ਗਿਆ ਵੀ ਹਾਂਜੀ ਸਰ ਕਰਵਾ ਲਿਆ ਜੀ ਅਸੀਂ ਡੋਲੂ ਰੇਤੇ ਨਾਲ ਰਗੜ ਕੇ ਸਾਫ਼ ਕਰਾ ਲਿਆ ਜਮਾਂ ਚਿਕਨਾਈ ਗਾਇਬ ਸੋ ਨਿੰਬੂਆਂ ਕੀ ਸ਼ਕਤੀ ਸੇ ਹੋ ਗਿਆ ਸਾ ਕਲੀਅਰ ਹੋ ਗਿਆ ਕਲੀਅਰ ਹੋ ਗਿਆ ਤਾਂ ਆਨਸਰ ਇਹ ਹੋਏਗਾ ਜਲਦਬਾਜ਼ੀ ਨਾ ਕਰੋ ਕੁਐਸਚਨ ਬੜੇ ਪਿਆਰ ਦੇ ਨਾਲ ਕਰੋ ਸਾਰੇ ਜਣੇ ਫਟਾਫਟ ਪਿਆਰ ਦੇ ਨਾਲ ਆਨਸਰ ਕਰੋ ਤੇ ਜਿਨ੍ਹਾਂ ਨੇ ਲਾਈਕ ਨਹੀਂ ਕੀਤਾ ਲਾਈਕ ਕਰ ਦਿਓ ਅਗਲੇ ਕੁਐਸਚਨ ਦੇ ਵੱਲ ਵੱਧਦੇ ਆ ਤੇ ਆ ਜਾਓ ਭਾਈ ਸਰ ਆ ਜਾਓ ਸਰ ਆ ਜਾਓ ਵੀ ਤੁਹਾਡਾ ਕੁਐਸਚਨ ਆ ਚੁੱਕਿਆ ਕਿਉਂਕਿ ਮੈਂ ਤਾਂ ਸਰ ਵਿਚਾਲੇ ਵਿਚਾਲੇ ਆਉਂਦਾ ਵਾ ਡੋਲੂ ਸਾਫ਼ ਕਰਕੇ ਪੁੱਠਾ ਤੁਰ ਜਾਂਦਾ ਜੀ ਇਹਨਾਂ ਦਾ ਇੱਦਾਂ ਕਿ ਹਾਂਜੀ ਇਹ ਸਰ ਪਹਿਲਾਂ ਦੱਸੋ ਡੋਲੂ ਸਾਫ਼ ਹੋ ਰਿਹਾ ਕਿ ਨਹੀਂ ਹੋ ਰਿਹਾ ਰੀਜ਼ਨਿੰਗ ਚ ਕਿ ਡੋਲੂ ਸਾਫ਼ ਦਾ ਮਤਲਬ ਸਰ ਇੱਦਾਂ ਵੀ ਹੁੰਦਾ ਕਿ ਇਹਦਾ ਮੰਨ ਜਾ ਗਿਆ ਮਤਲਬ ਕਿ ਇਹਦਾ ਟੁੱਟ ਗਿਆ ਮਾਂਜਿਆ ਹੀ ਜਾ ਰਿਹਾ ਇਹਨਾਂ ਦਾ ਇਹ ਤਾਂ ਬੜੇ ਤੱਤੇ ਹੋ ਗਏ ਆਨਸਰ ਕਰਦੇ ਆ ਮੈਂ ਤਾਂ ਦੇਖ ਰਿਹਾ ਜਵਾਕ ਬਿਲਕੁਲ ਸਹੀ ਆਨਸਰ ਕਰੀ ਤੁਸੀਂ ਕਹਿੰਦੇ ਮਾਂਜਿਆ ਗਾ ਡੋਲੂ ਜਮਾ ਮਾਂਜਿਆ ਪੁੱਛ ਲਓ ਇਹਨਾਂ ਤੋਂ ਹੱਥ ਖੜੇ ਕਰਾਓ ਹਾਂਜੀ ਜਿਹਨਾਂ ਕਈਆਂ ਦੇ ਹੱਥ 'ਚ ਕੁੰਡਾ ਹੀ ਰਹਿ ਗਿਆ ਸਰ ਬਾਕੀ ਤਾਂ ਮਾਂਜ ਮਾਂਜ ਕੇ ਗਾਇਬ ਹੋ ਗਏ ਕੁਝ ਕਹਿੰਦਾ ਕੀ ਹੈ ਏ ਬੀ ਤੇ ਸੀ ਤਿੰਨ ਜਣੇ ਏ ਬੀ ਤੇ ਸੀ ਤਿੰਨ ਜਣੇ ਹੁਣ ਕਹਿੰਦਾ ਕੀ ਬੱਚੇ ਹੁਣ ਦੇਖੋ ਇਹਦੇ 'ਚ ਬੱਚਾ ਕੀ ਹੈ ਇੱਕ ਚੀਜ਼ ਜ਼ਰੂਰ ਧਿਆਨ 'ਚ ਰੱਖਣੀ ਹੈ ਉਹ ਕਹਿੰਦਾ ਨਾ ਕਿ ਹੁਣ ਦੇਖੋ ਇਹਦੇ 'ਚ ਪੜ੍ਹ ਜਾਂਦਾ ਇਫ ਏ ਕੈਨ ਵਰਕ ਟਵਾਈਸ ਫਾਸਟਰ ਦੈਨ ਬੀ ਏ ਬੀ ਤੋਂ ਦੁੱਗਣਾ ਤੇਜ਼ ਉਹਨੇ ਕਿਹਾ ਨਾ ਦੇਖੋ ਕਹਿੰਦਾ ਏ ਬੀ ਨਾਲੋਂ ਦੋ ਵਾਰ ਮਤਲਬ ਦੁੱਗਣਾ ਕੰਮ ਕਰਦਾ ਹੈ ਠੀਕ ਹੈ ਅੱਗੇ ਆ ਜਾਂਦੇ ਹਾਂ ਅਤੇ ਸੀ ਨਾਲੋਂ ਤਿੰਨ ਵਾਰ ਤੇਜ਼ੀ ਨਾਲ ਕੰਮ ਕਰਦਾ ਹੈ ਸੀ ਨਾਲੋਂ ਤਿੰਨ ਵਾਰ ਤੇਜ਼ੀ ਨਾਲ ਕੰਮ ਕਰਦਾ ਹੈ ਬੀ ਨਾਲੋਂ ਦੁੱਗਣਾ ਤੇ ਸੀ ਨਾਲੋਂ ਤਿੰਨ ਵਾਰ ਬੱਚੇ ਲਾਸਟ ਨੰਬਰ ਨੂੰ ਪਕੜ ਲਓ ਲਾਸਟ ਬੰਦਾ ਕੌਣ ਹੈ ਸੀ ਹੈ ਲਾਸਟ ਬੰਦਾ ਕੌਣ ਹੈ ਸੀ ਹੈ ਜੇ ਮੈਂ ਕਹਿੰਦਾ ਕਿ ਸੀ ਇੱਕ ਕੰਮ ਕਰਦਾ ਹੈ ਏ ਕੀ ਕਰਦਾ ਹੈ ਏ ਉਸ ਨਾਲੋਂ ਤਿੰਨ ਗੁਣਾ ਕੰਮ ਕਰਦਾ ਗੱਲ ਹੋ ਰਹੀ ਹੈ ਏ ਦੀ ਦੇਖੋ ਏ ਬੀ ਨਾਲੋਂ ਦੋ ਵਾਰ ਤੇ ਸੀ ਨਾਲੋਂ ਤਿੰਨ ਗੁਣਾ ਕੰਮ ਕਰਦਾ ਹੈ ਮੈਂ ਇੱਦਾਂ ਕਹਿੰਦਾ ਬੱਚਾ ਕਿ ਇਹਨੂੰ ਜੇ ਇੱਕ ਮੰਨਿਆ ਤਾਂ ਮੈਂ ਇਹਨੂੰ ਕਹਿ ਦਾਂਗਾ ਕਿ ਆਹ ਦੇ ਨਾਲ ਤਿੰਨ ਗੁਣਾ ਕੰਮ ਕਰਦਾ ਹੈ ਬਟ ਗੱਲ ਇੰਨੀ ਹੈ ਬੱਚਾ ਉਹਨੇ ਇੱਦਾਂ ਕਿਹਾ ਕਿ ਏ ਬੀ ਨਾਲੋਂ ਦੁੱਗਣਾ ਦੁੱਗਣੇ ਦਾ ਮਤਲਬ ਕੀ ਹੋਗਾ ਕਿ ਆਹ ਤਿੰਨ ਕਰਦਾ ਤਾਂ ਫਿਰ ਆਹ ਡੇਢ ਹੀ ਕਰੇਗਾ ਕਿ ਮੇਰਾ ਰੇਸ਼ੋ ਸਹੀ ਹੈ ਜਾਂ ਗਲਤ ਹੈ ਇੱਕ ਵਾਰੀ ਫਟਾਫਟ ਯੈਸ ਸਰ ਔਰ ਨੋ ਸਰ ਕਰਕੇ ਦੱਸੋ ਕਿ ਸਰ ਮੇਰਾ ਤੁਹਾਡਾ ਰੇਸ਼ੋ ਸਹੀ ਹੈ ਜਾਂ ਗਲਤ ਹੈ ਹੁਣ ਇਹਨੇ ਕਿਹਾ ਕਹਿੰਦਾ ਏ ਬੀ ਨਾਲੋਂ ਦੋ ਵਾ ਦੁੱਗਣਾ ਮੈਂ ਕਿਹਾ ਡੇਢ ਮੰਨਾਂਗਾ ਤਾਂ ਤਿੰਨ ਹੋ ਜਾਏਗਾ ਠੀਕ ਹੈ ਸੀ ਨਾਲੋਂ ਤਿੰਨ ਵਾਰ ਸੀ ਨਾਲੋਂ ਤਿੰਨ ਵਾਰ ਮਤਲਬ ਤਿਗੁਣਾ ਕੰਮ ਕਰੇ ਠੀਕ ਹੈ ਹੁਣ ਬੱਚਾ ਤੂੰ ਤੁਹਾਨੂੰ ਜੇ ਪੁਆਇੰਟ ਤੋਂ ਦਿੱਕਤ ਆ ਰਹੀ ਹੈ ਮੈਂ ਪੁਆਇੰਟ ਵੀ ਹਟਾ ਦੇਣਾ ਬੱਚਾ ਰੇਸ਼ੋ ਤਾਂ ਬਣ ਗਿਆ ਇਹਨੂੰ ਦੁੱਗਣਾ ਕਰ ਦਿਓ 6 ਇਹਨੂੰ ਦੁੱਗਣਾ ਕਰ ਦਿਓ ਡੇਢ ਦਾ ਦੁੱਗਣਾ 3 ਹੁੰਦਾ ਇਹਨੂੰ ਦੁੱਗਣਾ ਕਰ ਦਿਓ 2 ਲਓ ਆ ਰੇਸ਼ੋ ਸਿੰਪਲ ਹੋ ਗਿਆ ਦੁੱਗਣਾ ਕਰ ਦਿਓ ਕੀ ਦਿੱਕਤ ਹੈ ਰੇਸ਼ੋ ਸਿੰਪਲ ਹੋ ਜਾਏਗਾ ਹੁਣ ਕਹਿੰਦਾ ਕੀ ਹੈ ਕਹਿੰਦਾ ਏ ਬੀ ਅਤੇ ਸੀ 6 ਦਿਨਾਂ ਦੇ ਵਿੱਚ ਕੰਮ ਪੂਰਾ ਕਰ ਸਕਦੀ ਹੈ ਬੱਚਾ 6 ਦਿਨ ਕੰਮ ਪੂਰਾ 6 ਦਿਨਾਂ 'ਚ ਕੰਮ ਜੇ ਪੂਰਾ ਕਰਨਾ ਹੈ ਤਾਂ 6 ਦਿਨ ਕੰਮ ਤਾਂ ਕਰਨਾ ਪਊਗਾ ਹੁਣ ਇਹਨੇ ਇੱਕ ਦਿਨ 'ਚ 6 ਕੁਰਸੀਆਂ ਬਣਾਉਣੀਆਂ ਨੇ ਇੱਕ ਦਿਨ 'ਚ 3 ਬਣਾਉਣੀਆਂ ਨੇ ਇੱਕ ਦਿਨ 'ਚ 2 ਬਣਾਉਣੀਆਂ 6 ਤੇ 9 ਦੋ 11 11 ਕੁਰਸੀਆਂ ਮਿਲ ਕੇ ਬਣਾਉਣਗੇ ਜੇ 6 ਦਿਨਾਂ 'ਚ ਕੰਮ ਪੂਰਾ ਕਰ ਦੇਣਗੇ ਤਾਂ ਮਤਲਬ ਟੋਟਲ ਇਹਨਾਂ ਨੇ 66 ਕੁਰਸੀਆਂ ਬਣਾਈਆਂ ਟੋਟਲ ਕਿੰਨੀਆਂ ਕੁਰਸੀਆਂ ਬਣਾਈਆਂ 66 ਕੁਰਸੀਆਂ ਬਣਾਈਆਂ 66 ਬਣਾਈਆਂ ਹੈ ਹੁਣ ਕਹਿੰਦਾ ਕੀ ਹੈ ਕਹਿੰਦਾ
ਬੀਫ ਔਰ ਬਰਗਰ, ਬੀਫ ਔਰ ਬੁਖਾਰੇ, ਉਹ ਵੀ ਆਲੂ ਵਾਲੇ। ਚਲੋ ਦੱਸੋ ਫਟਾਫਟ ਕਿੰਨਾ ਗੱਲ, ਓਕੇ ਰਿਪੋਰਟ ਹੈ, ਫਟਾਫਟ ਦੱਸ ਦੋ। ਪੁਆਇੰਟ ਸੀ ਐਸ ਕਰਕੇ ਸਰ, ਬੱਚਿਆਂ ਨੂੰ ਪੁਆਇੰਟ ਤੋਂ ਬੜੀ ਦਿੱਕਤ ਆਉਂਦੀ ਹੈਗੀ। ਮੈਂ ਕਿਹਾ ਡੇਢ ਆ ਤਿੰਨ ਕਰ ਦੋ, ਇਹਨੂੰ ਛੇ ਕਰ ਦੋ, ਇਹਨੂੰ ਦੁੱਗਣਾ ਕਰ ਦੋ। ਲੋ ਸਿੰਪਲ ਹੋ ਗਿਆ, ਛੇ ਤਿੰਨ ਨੌ ਤੋਂ 11 ਕੁਰਸੀਆਂ ਬਣਾਉਣੀਆਂ, 6 ਦਿਨ ਚ ਬਣਾਉਣੇ, ਕੱਪੜਾ ਸਾਫ਼ ਕਰ ਦੇਣਾ, ਕੰਮ ਜੋ ਸਾਰਾ ਕਰ ਦੇਣਾ, ਤੇ 11 ਗੁਣਾ 6 ਕਿੰਨਾ ਹੋ ਗਿਆ, 68 ਹੋ ਗਿਆ। ਸੀ ਜੇ ਇਕੱਲਾ ਕਰੇਗਾ ਤੇ 3 ਚ ਕਰ ਦੂਗਾ, ਅਗਲੇ ਤੇ ਆ ਜਾਂਦੇ ਹਾਂ। ਸਰ ਤੁਸੀਂ ਗੇਮ ਪਾਈਏ ਮੇਰੇ ਨਾਲ, ਮਨ ਲੱਗਿਆ ਗੱਲ ਹੋਈ ਸੀ ਮੇਰੀ ਤੇ ਬਾਹੂਬਲੀ ਸੁਣ ਕੇ, ਇੱਕ ਕੁਸ਼ਚਨ ਤੋਂ ਉਹਨਾਂ ਦੇ ਚੱਲੂਗਾ। ਇਹਨਾਂ ਨੇ ਕੀ ਕੀਤਾ, ਕਹੀਓ ਮੈਂ ਮੇਰੇ ਸਾਡੇ ਦੋ ਤਿੰਨ ਪਜ਼ਾਰ ਕੇ ਆਪ ਦੇਖ ਕੇ ਕਰਾਂ ਨਾ ਕਿਹੜੇ ਗਏ। ਉਹ ਐਕਚੁਅਲੀ ਪਤਾ ਕੀ ਹੈ, ਦੇਖੋ ਯਾਰ ਬਰਥਡੇ ਬੋਏ ਹੈ ਨਾ, ਤਾਂ ਥੋੜ੍ਹਾ ਜਿਹਾ ਰਿਲਾਈਜ਼ ਹੋਣਾ ਚਾਹੀਦਾ ਵੀ ਮੇਰਾ ਬਰਥਡੇ ਹੈ, ਫੀਲ ਆਉਣੀ ਚਾਹੀਦੀ ਹੈ ਅੰਦਰੋਂ, ਆ ਰਹੀ ਹੈ ਕਿ ਨਹੀਂ। ਖੜਾ ਤਾਂ ਮੈਂ ਹੋਣਾ ਚਾਹੀਦਾ ਉੱਥੇ ਹੀ ਕਰਕੇ, ਨਹੀਂ ਉਹ ਫਿਰ ਫੀਲ ਨਹੀਂ ਆਊਗੀ ਨਾ। ਚਲੋ ਕੋਈ ਗੱਲ ਨਹੀਂ, ਹੁਣ ਬੱਚੇ ਇੱਕ ਆਹ ਵਾਲਾ ਕੁਸ਼ਚਨ ਹੈ, ਚਾਹੇ ਤੁਸੀਂ ਹੁਣ ਪ੍ਰੀਵੀਅਸ ਪਟ ਪਟ ਵਾਲੇ ਦਾ ਪੇਪਰ ਲੈ ਲਓ, ਜਾਂ SSC GD ਲੈ ਲਓ, ਜਾਂ MTS ਲੈ ਲਓ, ਜਾਂ ਬੈਂਕ ਤੋਂ, ਮਤਲਬ ਇਹ ਹਰ ਇੱਕ ਸਵਾਲ ਪੇਪਰ ਦਾ ਹਿੱਸਾ ਬਣਦਾ ਹੈ। LCM ਦੇ ਮੇਨ ਗਿਣਤੀ ਚੁਣਤੀ ਦੇ 3-4 ਕੁਸ਼ਚਨ ਹੈ ਜੋ ਵਾਰ ਵਾਰ ਆਉਂਦੇ ਹੈ। ਹੁਣ ਇਹਦੇ ਵਿੱਚ ਕੀ ਕਹਿੰਦਾ ਬੱਚਾ, ਕਹਿੰਦਾ 3:4:5 ਦੇ ਵਿੱਚ ਸੰਖਿਆਵਾਂ ਹੈ ਤੇ LCM ਉਹਨਾਂ ਦਾ 840 ਹੈ। ਬੱਚੇ ਇੱਕ HCF ਹੁੰਦਾ ਯਾਰ, HCF ਜੋ ਹੈ ਉਹ ਹਰੇਕ ਨੰਬਰ 'ਚ ਹੁੰਦਾ ਹੈ, ਜੋ HCF ਹੈ ਉਹ ਹਰੇਕ ਨੰਬਰ 'ਚ ਹੁੰਦਾ ਹੈ। ਹੁਣ ਮੰਨ ਲਓ ਬੱਚਾ ਸੰਖਿਆ ਕੀ ਰੇਸ਼ੋ 'ਚ ਹੈ, 3:4:5 'ਚ ਹੈ, HCF ਕਿੰਨਾ ਹੈ ਬੱਚਾ, HCF, ਹੁਣ HCF ਮੈਨੂੰ ਪਤਾ ਨਹੀਂ ਪਈ, HCF ਮੈਂ ਇੱਥੇ ਰੱਖ ਦੇਣਾ, ਇੱਦਾਂ ਬਰਾਬਰ 'ਚ ਕਿੰਨਾ ਹੋਊਗਾ, 840 ਹੋਊਗਾ, ਕਿਉਂਕਿ HCF ਜੋ ਹਰੇਕ ਨੰਬਰ 'ਚ ਹੋਏਗਾ। ਇਸ ਕਰਕੇ HCF ਲਾ ਤਾ ਨਾਲ ਮੈਂ, ਕਿਉਂਕਿ 3-4-5 ਦੇ ਵਿੱਚ ਕੋਈ ਵੀ ਕੋਮਾ ਨਹੀਂ ਹੈ ਤਾਂ HCF ਹੋਏਗਾ ਹੀ ਹੋਏਗਾ, ਉਹਨੂੰ ਪਹਿਲਾਂ ਲੈਣੇ ਕੋਈ ਨਹੀਂ। 3×12=12×5=60, ਠੀਕ ਹੈ, 3×12=12×5=60, 60 HCF ਬਰਾਬਰ ਕਿੰਨਾ ਆ ਜਾਏਗਾ, 840 ਆ ਜਾਏਗਾ, ਠੀਕ ਹੈ। 60 HCF ਬਰਾਬਰ ਕਿੰਨਾ ਆ ਜਾਏਗਾ, 840 ਆ ਜਾਏਗਾ, 0 ਨਾਲ 0 ਕੱਟ ਦਾਂਗੇ, HCF ਕਿੰਨਾ ਆ ਜਾਏਗਾ, HCF ਕਿੰਨਾ ਆ ਜਾਏਗਾ, ਤੁਸੀਂ ਕਹੋਗੇ ਸਰ ਇਹਨੂੰ ਕੱਟਾਂਗੇ 84 ਦਾ 6 ਤੇ ਪਾਕ ਕਰਾਵਾਂਗੇ, ਕਿੰਨਾ ਆ ਜਾਏਗਾ, 14×84=14। ਹੁਣ HCF ਜੇ 14 ਨੇ ਕਹਿੰਦਾ ਕੀ ਹੈ, ਤਾਂ ਉਹਨਾਂ ਦਾ HCF ਦੱਸ ਦਿਓ, ਤਾਂ ਉਹਨਾਂ ਦਾ HCF 3×12=60, ਠੀਕ ਹੈ, ਕਿੱਥੇ ਗਲਤੀ ਹੋਈ ਹੈ, ਆਈ ਗੈਸ ਇੱਕ ਸੈਕਿੰਡ ਰੁਕੋ, ਤਾਂ HCF ਕਿੰਨਾ ਆ ਰਿਹਾ ਬੱਚਾ, 14 ਆ ਰਿਹਾ ਹੈ, ਆਈ ਗੈਸ 3×4×5=20, 20×3=60, ਠੀਕ ਹੈ, 60 HCF LCM ਦੇ ਰੱਖਿਆ 840, 0 ਨਾਲ 0 ਕੱਟੇਗਾ, 84 ਦਾ 6 ਤੇ ਪਾਕ ਕਰਾਵਾਂਗੇ, ਤਾਂ 14 ਹੀ ਆਏਗਾ, 14 ਹੀ ਆ ਰਿਹਾ ਬੱਚਾ, 14 ਹੀ ਆਏਗਾ, ਠੀਕ ਹੈ, ਤਾਂ ਇਹਦੇ 'ਚ ਆਪਸ਼ਨ ਐਰਰ ਹੋਏਗਾ, ਇਹਦੇ 'ਚ ਆਪਸ਼ਨ ਐਰਰ ਹੋਏਗਾ, ਆਪਣਾ ਬਿਲਕੁਲ ਸਹੀ ਹੈ, ਆਪਸ਼ਨ 'ਚ ਦਿੱਕਤ ਹੈ। 14 ਆਏਗਾ, ਇੱਕ ਵਾਰੀ ਫਟਾਫਟ ਸਰ 14 ਦਿਖਿਆ ਤੁਹਾਨੂੰ ਕੋਈ ਬੱਚੇ ਦਾ ਆਨਸਰ? ਫੋਰਟੀਨ ਸਰ ਦਿਖਿਆ, ਇੱਕ ਦੋ ਬੱਚਿਆਂ ਦਾ ਦਿਖਿਆ, ਇੱਕ ਦੋ ਬੱਚਿਆਂ ਦਾ ਦੱਸਿਆ, ਕਿਹੜੇ ਕਿਹੜੇ ਯਾਰ ਇਮਾਨਦਾਰੀ ਨੂੰ ਦੱਸਿਓ ਕਿ ਸਰ ਮੈਂ 14 ਕਰਕੇ ਆਪਦੇ ਜੋ ਇੱਕ ਡਿਸੀਜਨ ਸੀ ਉਹਦੇ ਤੇ ਪੱਕਾ ਰਿਹਾ, ਮੇਰਾ 14 ਆਇਆ। ਨਹੀਂ ਉਹ ਕਈ ਪਤਾ ਕੀ ਹੈ ਸਰ, ਥੋੜੇ ਜਿਹੇ ਨਾ ਇਦਾਂ ਹੋ ਜਾਂਦੇ, 15 ਨੇੜੇ ਜੀ ਲਾ ਦਈਏ, ਨਹੀਂ ਨਹੀਂ ਏਦਾਂ ਨਹੀਂ ਹੁੰਦਾ ਹੁੰਦਾ ਯਾਰ, ਏਦਾਂ ਨਹੀਂ ਹੁੰਦਾ ਹੁੰਦਾ ਕਿ 15 ਨੇੜੇ ਜੀ ਉਧਰ ਵੜ ਜਾਓ, ਨਹੀਂ ਸਿੰਪਲ ਜੀ ਗੱਲ ਹੈ, ਤੁਹਾਡੇ ਸਾਹਮਣੇ ਪਿਆ ਯਾਰ, 3×4×5×HCF ਹਰੇਕ ਨੰਬਰ 'ਚ ਹੁੰਦਾ, 3×12=12×5=60, ਬਰਾਬਰ 840 ਹੈ, 60 HCF ਦੀ ਵੈਲਿਊ 840 ਹੈ, 0 ਨਾਲ 0 ਕੱਟੇਗਾ, 84 ਦਾ 6 ਤੇ ਪਾਕ ਕਰਾਉਂਗੇ, 84×84 ਹੁੰਦੇ ਗਏ, HCF ਕਿੰਨਾ ਆ ਜਾਏਗਾ, 14 ਆ ਜਾਏਗਾ। ਹੁਣ ਇਹਦੇ 'ਚ ਆਪਸ਼ਨ ਗਲਤ ਸੀਗੇ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਇਹ ਬੋਨਸ ਨੰਬਰ ਸਾਰਿਆਂ ਨੂੰ, ਇਹ ਬੋਨਸ ਨੰਬਰ, ਹੁਣ ਪਤਾ ਕੀ ਹੈਗਾ, ਇਹ ਜਿਹੜੇ 14 ਤੇ ਅੜੇ ਰਹੇ ਉਹਨਾਂ ਨੂੰ ਐਕਸਟਰਾ ਨੰਬਰ ਹੈ, ਬਿਲਕੁਲ ਬਿਲਕੁਲ, ਉਹਨਾਂ ਨੂੰ ਐਕਸਟਰਾ ਆ ਗਿਆ। ਚਲੋ ਅਗਲੇ ਤੇ ਆ ਜਾਂਦੇ ਹਾਂ, ਅੱਛਾ ਇਹ ਵੀ ਤੁਹਾਡਾ ਆ ਗਿਆ, ਕੋਈ ਗੱਲ ਨਹੀਂ ਸਰ, ਕਰਾਓ ਕਰਾਓ, ਬਹੁਤ ਤੇਜ਼ ਹੈਗੇ। 80 ਤੱਕ ਦੀਆਂ ਸਾਰੀਆਂ ਬੇਜੋੜ ਸੰਖਿਆਵਾਂ, 80 ਤੱਕ ਦੀਆਂ ਸਾਰੀਆਂ ਬੇਜੋੜ ਸੰਖਿਆਵਾਂ ਜਿਹਨੂੰ ਆਪਾਂ ਓਡ ਨੰਬਰ ਕਹਿ ਦਿੰਦੇ ਹਾਂ, 80 ਤੱਕ ਦੀਆਂ ਸਾਰੀਆਂ ਬੇਜੋੜ ਸੰਖਿਆਵਾਂ, ਬੈਠ ਜਾਓ ਸਰ ਕੁਰਸੀ ਤੇ, ਕੋਈ ਗੱਲ ਨਹੀਂ। ਨਹੀਂ ਸਰ ਮੈਂ ਖੜਾ, ਠੀਕ ਹੈ, ਤੁਹਾਨੂੰ ਹਿੰਮਤ ਹੀ ਹੋਈ ਰੱਖੋ, ਕੋਈ ਬੰਦਾ ਨਹੀਂ ਨਹੀਂ ਮੈਨੂੰ ਹਿੰਮਤ ਸਰ, ਮੈਂ ਰਾਤੀ 12 ਵਜੇ ਤੱਕ ਬਿਠਾਈ ਰੱਖਿਆ, ਤਾਂ ਜਵਾਕ ਨੂੰ ਕੋਈ ਦਿੱਕਤ ਨਹੀਂ। ਅੱਛਾ ਸਰ, ਹੋਰ ਕੀ ਬਾਤ, ਨਹੀਂ ਸਰ 80 ਤੱਕ ਦੀਆਂ ਸਾਰੀਆਂ ਬੇਜੋੜ ਸੰਖਿਆਵਾਂ, ਪਾਰਟੀ ਲੈਣੀ ਹੈ ਸਰ, 80 ਤੱਕ ਦੀਆਂ ਸਾਰੀਆਂ ਬੇਜੋੜ ਸੰਖਿਆਵਾਂ ਦਾ ਜੋੜ ਕਿੰਨਾ ਹੋਏ, ਬੇਜੋੜ ਸੰਖਿਆਵਾਂ ਕਿਹੜੀ ਹੁੰਦੀ ਹੈ। ਦੇਖੋ ਇੱਕ ਬੱਚਾ ਹੁੰਦਾ ਕਿ ਇਹਦੇ 'ਚ ਫਸਟ ਹੁੰਦਾ, ਪਹਿਲਾ ਨੰਬਰ ਫਸਟ, ਇੱਕ ਹੁੰਦਾ ਬੱਚਾ ਲਾਸਟ ਨੰਬਰ, ਡਿਵਾਈਡ ਬਾਈ 2×ਟੋਟਲ ਨੰਬਰ, ਆ ਬੱਚਾ ਫੋਰਮੈਟ ਜੋ ਹੈ ਉਹ ਹਰੇਕ ਕੁਸ਼ਚਨ ਦੇ ਵਿੱਚ ਤੁਸੀਂ ਲਗਾ ਸਕਦੇ ਹੋ, ਹਰੇਕ ਕੁਸ਼ਚਨ ਦੇ ਵਿੱਚ ਲਗਾ ਸਕਦੇ ਹੋ, ਹਰੇਕ ਸਵਾਲ ਦੇ ਵਿੱਚ ਲਗਾ ਸਕਦੇ ਹੋ, ਆਹ ਵਾਲਾ ਫੋਰਮੈਟ, ਪਹਿਲੇ ਨੰਬਰ 'ਚ ਅਖੀਰਲਾ ਨੰਬਰ ਜੋੜਨਾ ਹੈ, 2 ਨਾਲ ਪਾਕ ਕਰਾਉਣਾ, 2×'ਚ ਕੀ ਆ ਜਾਏਗਾ, ਟੋਟਲ ਨੰਬਰ ਆ ਜਾਏਗਾ ਬੱਚਾ। ਹੁਣ ਯਾਰ 80 ਤੱਕ ਦੀਆਂ ਸਾਰੀਆਂ ਬੇਜੋੜ ਸੰਖਿਆਵਾਂ ਜਿਹਨਾਂ ਨੂੰ ਆਪਾਂ ਓਡ ਨੰਬਰ ਕਹਿ ਦਿੰਦੇ ਹਾਂ, ਓਡ ਨੰਬਰ, ਪਹਿਲਾ ਓਡ ਨੰਬਰ ਹੋਏਗਾ ਬੱਚਾ 1, ਅਖੀਰਲਾ ਹੋਏਗਾ 79, 80 ਨਹੀਂ ਹੋਏਗਾ, 80 ਨਹੀਂ ਹੋਏਗਾ ਬੁਗੇ, 80 ਨਹੀਂ ਹੋਏਗਾ, ਇੱਥੇ ਬੱਚਾ 80 ਹੈ ਤਾਂ 40 ਓਡ ਨੰਬਰ ਹੋਣਗੇ, 40 ਈਵਨ ਹੋਣਗੇ, ਤਾਂ ਆਪਾਂ ਉਹਨੇ ਤਾਂ ਕਿਹਾ ਸਿਰਫ ਓਡ ਨੰਬਰ ਲੈਣੇ, ਤਾਂ ਆਪਾਂ 80 ਨੂੰ ਥੋੜ੍ਹੀ ਲਵਾਂਗੇ, ਆਪਾਂ 79 ਲਵਾਂਗੇ, 1×79=2, ਟੋਟਲ ਨੰਬਰ ਕਿੰਨੇ ਹੋਣਗੇ, 80 ਹੋਣਗੇ, 40 ਹੋਣਗੇ, ਕਿਉਂਕਿ ਬੱਚਾ 80 ਤਾਂ ਟੋਟਲ ਹੈ, ਕਹਿੰਦਾ ਕੀ ਹੈ ਓਡ ਨੰਬਰ, ਤਾਂ 40 ਓਡ ਯਾਰ 40 ਈਵਨ, ਤਾਂ ਇੱਥੇ ਨੰਬਰ 40 ਹੋਣਗੇ, ਤਾਂ ਇਹਨੂੰ ਜੇ ਕੱਟਾਂਗੇ ਬੱਚਾ 40 ਨੂੰ 2 ਤੇ 20 ਆ ਜਾਏਗਾ, 79 ਤੇ 80, 80×20 ਕਿੰਨਾ ਆ ਜਾਏਗਾ, 8×2=16, 1600, ਤਾਂ ਆਨਸਰ ਕਿੰਨਾ ਆ ਜਾਏਗਾ, 1600 ਹੀ ਆਨਸਰ ਇਸ ਸਵਾਲ ਦਾ ਆ ਜਾਏਗਾ, 1600 ਕੀ ਹੈ ਸਵਾਲ ਦਾ ਆਨਸਰ ਆ ਜਾਏਗਾ। ਫਟਾਫਟ ਇੱਕ ਵਾਰ ਥੰਬਸ ਅਪ ਕਰ ਦਿਓ ਕਿ ਬਿਲਕੁਲ ਗੱਲ ਓਕੇ, ਬਿਲਕੁਲ ਕਲੀਅਰ ਹੈ, ਤਾਂ ਆਪਾਂ ਅੱਗੇ ਚੱਲੀਏ।
ਇਹ ਕਿਸੇ 'ਚ ਵੀ ਲਾ ਲਓ, ਚਾਹੇ ਤੁਸੀਂ ਓਡ 'ਚ ਲਗਾ ਲਓ, ਈਵਨ 'ਚ ਲਗਾ ਲਓ, ਨੈਚੁਰਲ ਨੰਬਰ 'ਚ ਲਗਾ ਲਓ। ਹੁਣ ਕਈ ਸਰ ਪਤਾ ਕੀ ਹੁੰਦਾ, ਇਹਨਾਂ ਨੇ ਇੱਕ ਰੱਟਾ ਮਾਰਿਆ ਹੋਇਆ। ਅੱਛਾ, ਇੱਕ ਤੋਂ ਲੈ ਕੇ 100 ਤੱਕ ਦੀਆਂ ਸੰਖਿਆਵਾਂ ਦਾ ਜੋੜ ਦੱਸ ਦਿਓ। ਇਹਨਾਂ ਨੇ ਕੀ ਕਰਨਾ, ਇਹਨਾਂ ਨੇ ਕਿਤਾਬਾਂ ਪੜ੍ਹੀਆਂ ਹੋਈਆਂ, ਐਨ ਐਨ ਪਲੱਸ 1 ਡਿਵਾਈਡ ਬਾਈ 2 ਪੜ੍ਹੀਆਂ ਹੋਈਆਂ। ਇਹ ਤਾਂ ਚਲੋ ਇੱਕ ਤੋਂ 100 ਪੁੱਛ ਲਿਆ, ਜਾਂ ਇੱਕ ਤੋਂ ਪੁੱਛ ਲਿਆ, ਜੇ ਇਹਨਾਂ ਨੇ ਕਿਹਾ ਤਾਂ 21 ਤੋਂ 100 ਦੱਸ ਦਿਓ। ਫਿਰ ਫਿਰ ਕੀ ਕਰਾਂਗੇ, ਫਿਰ ਆ 2 ਵਾਰ ਲਾਣਾ ਪਊਗਾ। ਅੱਛਾ, ਤਾਂ ਇਸ ਵਾਸਤੇ ਕਹਿੰਦਾ ਬੱਚਾ ਪਹਿਲਾਂ ਅਖੀਰਲਾ ਜੋੜੋ, 2 ਨਾਲ ਪਾ ਕਰੋ, ਟੋਟਲ ਨੰਬਰ ਨਾਲ ਗੁਣਾ ਕਰਾ ਦਿਓ। ਕੋਈ ਵੀ ਨੰਬਰ ਹੈ, ਕੋਈ ਵੀ ਨੰਬਰ ਹੈ, ਕਿੱਦਾਂ ਦਾ ਵੀ ਸਵਾਲ ਹੈ, ਇਸ ਫਾਰਮੂਲੇ ਨਾਲ ਆ ਜਾਊਗਾ। ਫਾਰਮੂਲਾ ਬਹੁਤ ਵਧੀਆ, ਮੈਂ ਨਹੀਂ ਕਹਿੰਦਾ ਕਿ ਗਲਤ ਹੈ, ਇਹ ਨਹੀਂ ਕਹਿੰਦਾ ਗਲਤ ਹੈ, ਬਟ ਇਹ ਉਦੋਂ ਲੱਗਦਾ ਬੱਚਾ ਜਦੋਂ ਇੱਕ ਤੋਂ ਪੁੱਛੋ। 100 ਪੁੱਛਿਆ ਹੋਇਆ, ਹੁਣ ਦੇਖੋ ਇੱਥੇ ਓਡ ਦੀ ਥਾਂ ਤੇ ਈਵਨ ਹੋ ਗਿਆ, ਤਾਂ ਵੀ ਇਹ ਕੰਮ ਕਰ ਜਾਊਗਾ, ਟੋਟਲ ਆ ਗਿਆ ਤਾਂ ਵੀ ਕੰਮ ਕਰ ਜਾਊਗਾ। ਹੁਣ ਇਹਨਾਂ ਦੇ ਸਰ ਫਾਰਮੂਲੇ ਵੀ ਹੈ, ਐਨ ਐਨ ਪਲੱਸ 1 ਐਨ ਸਕੇਅਰ ਐਨ, ਯਾਦ ਰੱਖਣੇ ਤਾਂ ਯਾਦ ਰੱਖ ਲਓ। ਇੱਕ ਹੁੰਦਾ ਕਿ ਕੋਈ ਵੀ ਸਵਾਲ ਆ ਜੇ, ਕੋਈ ਲਾਣਾ ਹੈ ਤਾਂ ਦਿਸ ਵਨ ਹੈ। ਚਲੋ ਅਗਲੇ ਤੇ ਆ ਜਾਂਦੇ ਹਾਂ। ਚਲੋ ਤੁਹਾਨੂੰ ਪਤਾ ਵੀ ਕੇਕ ਕਟਿੰਗ ਦਾ ਟਾਈਮ ਵੀ ਜਿਹੜਾ ਹੋ ਰਿਹਾ, ਜਿਹੜੇ ਵੀ ਬੈਠੇ ਆ ਐਵੇਂ ਨਿਰਾਸ਼ ਜਿਹੇ ਹੋ ਕੇ, ਟੈਨਸ਼ਨ ਨਾ ਲਓ, ਹਨਾ, ਮੂੰਹ 'ਚ ਪਾਣੀ ਪੂਣੀ ਇਕੱਠਾ ਕਰ ਲਓ, ਕਿਉਂਕਿ ਉਹੀ ਪੀ ਕੇ ਸਾਰਨਾ ਪੈਣਾ, ਕੇਕ ਤੁਹਾਡੇ ਕੋਲ ਪਹੁੰਚਣਾ ਨੀਗਾ। ਸੋਰੀ, ਮਾਫੀ ਚਾਹਵਾਂਗੇ, ਡਿਜੀਟਲੀ ਕਟਵਾਵਾਂਗੇ, ਤੁਹਾਡੇ ਨਾਲ ਹਾਂ ਪਰ ਖਾਵਾਂਗੇ ਸਿਰਫ ਅਸੀਂ, ਤੁਹਾਡੇ ਤੱਕ ਨਹੀਂ ਪਹੁੰਚ ਪਾਊਗਾ, ਮਾਫੀ ਚਾਹੂੰਗਾ ਮੈਂ। ਠੀਕ ਹੈ, ਆ ਜਾਓ ਇਸ ਕੁਐਸਚਨ ਦੇ, ਦੇਖਦੇ ਹਾਂ ਇਸਦਾ ਆਂਸਰ ਕੀ ਹੋਏਗਾ। ਦੇਖੋ, ਨੰਬਰ ਹੈ ਨੇੜੇ ਨੇੜੇ, ਜਦੋਂ ਨੰਬਰ ਨੇੜੇ ਨੇੜੇ ਔਰ ਇੱਕ ਨੰਬਰ ਵੱਡਾ ਇੱਕ ਛੋਟਾ ਆਵੇ ਤਾਂ ਇੱਕ ਹੀ ਲੋਜਿਕ ਲੱਗਦਾ ਹੈ, ਜਾਂ ਤਾਂ ਸਰ ਜੰਪਿੰਗ, ਹਨਾ, ਜਾਂ ਤਾਂ ਜੰਪ ਕਰੋ ਇੱਕ ਨੰਬਰ ਤੋਂ ਦੂਜੇ ਤੇ, ਜਾਂ ਫਿਰ ਇੱਥੇ ਕੀ ਹੋਏਗਾ, ਡਿਫਰੈਂਸ ਮੈਥਡ ਕੰਮ ਕਰੇਗਾ, ਜਾਂ ਫਿਰ ਡਿਫਰੈਂਸ ਮੈਥਡ ਜਿਹੜਾ ਹੈ ਉਹ ਕੰਮ ਕਰੇਗਾ। ਚਲੋ ਆਓ ਚੈੱਕ ਕਰ ਲੈਂਦੇ, ਦੇਖੋ ਕੀ ਕਹਿੰਦਾ, ਕਹਿੰਦਾ 58 ਤੋਂ ਕਿੰਨੇ ਹੋ ਗਏ, 59 ਹੋ ਗਏ, 58 ਤੋਂ 59 ਹੋਏ ਮਤਲਬ ਇੱਕ ਜੁੜ ਗਿਆ, ਫਿਰ ਦੇਖਿਆ ਮੈਂ ਨੰਬਰ ਹੋ ਗਿਆ ਛੋਟਾ, ਮਤਲਬ ਕੀ ਹੋ ਗਿਆ, ਮਾਈਨਸ ਹੋ ਗਿਆ, ਕਿੰਨਾ 8 ਹੋ ਗਿਆ ਜੀ। ਫਿਰ ਅੱਗੇ ਚੈੱਕ ਕੀਤਾ ਤਾਂ ਕਿੰਨੇ ਹੋ ਗਏ, ਕਹਿੰਦੇ ਸਰ ਪਲੱਸ ਹੋ ਗਏ ਜੀ 27, ਇੱਕ ਪਲੱਸ ਫਿਰ ਮਾਈਨਸ 8 ਫਿਰ ਪਲੱਸ 27 ਤੇ ਅੱਗੇ ਅਗਰ ਆਪਾਂ ਇੱਥੇ ਦੇਖੀਏ ਤਾਂ ਮਾਈਨਸ ਕਿੰਨੇ ਹੋ ਗਏ, ਕਹਿੰਦੇ ਸਰ 64 ਹੋ ਗਏ। ਹੁਣ ਇਹ ਨੰਬਰ ਦੇਖਦੇ ਹੀ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਡਿਫਰੈਂਸ ਦੇ ਵਿੱਚ ਜਿਹੜਾ ਲੋਜਿਕ ਲੱਗਿਆ ਹੋਇਆ ਉਹ ਕੀ ਲੱਗਿਆ ਹੈ, ਉਹ ਲੱਗਿਆ ਹੈ ਕਿਊਬ ਦਾ ਲੋਜਿਕ, 1 ਦੀ ਕਿਊਬ, ਉਸ ਤੋਂ ਬਾਅਦ 2 ਦੀ ਕਿਊਬ, ਫਿਰ 3 ਦੀ ਕਿਊਬ, ਫਿਰ 4 ਦੀ ਕਿਊਬ, ਔਰ ਹੁਣ ਕੀ ਆਏਗਾ, 5 ਦੀ ਕਿਊਬ ਆਏਗੀ। ਹੁਣ ਪਲੱਸ ਹੋਏਗਾ ਜਾਂ ਮਾਈਨਸ, ਤਾਂ ਚੈੱਕ ਕਰੋ, ਪਹਿਲਾ ਨੰਬਰ ਪਲੱਸ, ਦੂਜਾ ਮਾਈਨਸ, ਤੀਜਾ ਪਲੱਸ, ਚੌਥਾ ਮਾਈਨਸ, ਪੰਜਵਾਂ ਕੀ ਹੋਏਗਾ, ਪਲੱਸ ਹੋਏਗਾ, ਪਲੱਸ ਹੋ ਜਾਏਗਾ ਕਿੰਨਾ, 125, 125 ਨੂੰ ਇੱਥੇ ਜੋੜ ਦਿਓ, 125 ਅਗਰ ਆਪਾਂ ਜੋੜਾਂਗੇ 14 ਤਾਂ ਕਿੰਨੇ ਹੋ ਗਏ, 29, 10, 39, ਮਤਲਬ ਨੰਬਰ ਆ ਜਾਏਗਾ ਜੀ 139, 139 ਇਸਦਾ ਰਾਈਟ ਆਂਸਰ ਹੈ, ਜੋ ਕਿ ਆਪਸ਼ਨ ਬੀ ਤੇ ਹੈ, ਬੀ ਵਿਲ ਬੀ ਦਾ ਕਰੈਕਟ ਆਂਸਰ। ਕਲੀਅਰ ਹੋ ਗਿਆ। ਚਲੋ ਜੀ, ਅਗਲੇ ਕੁਐਸਚਨ ਦੇ ਵੱਲ ਵੱਧਦੇ ਆ ਜੀ। ਲਓ ਸਰ, ਅਗਲਾ ਕੁਐਸਚਨ ਵੀ ਮੇਰਾ ਆ ਗਿਆ। ਮੈਂ ਦੇਖੋ ਯਾਰ, ਨਾ ਇਨਸਾਫੀ ਨਹੀਂ ਕੀਤੀ ਸਰ ਨੇ, ਵੈਸੇ ਹੀ ਮੈਨੂੰ ਉਦਾਂ ਹੀ ਕਹਿ ਰਹੇ ਆ ਵੀ ਇਕੱਲੇ ਇਕੱਲੇ ਆ। ਦੇਖੋ, ਦੋ ਦੋ ਕੁਐਸਚਨ ਮੇਰੇ ਵੀ ਆਏ ਆ ਨਾ, ਤਾਂ ਮੈਂ ਕੀਤਾ ਸੀ ਲੜ ਚ। ਚਲੋ ਆ ਜਾਓ ਵੀ ਇਸ ਕੁਐਸਚਨ ਤੇ ਆ ਜਾਓ ਤੇ। ਅੱਛਾ ਦੱਸੋ ਯਾਰ, ਕੇਕ ਕਿਨੇ ਕਿਨੇ ਖਾਣਾ ਪਹਿਲਾਂ ਤੇ ਦੱਸ ਦੋ, ਕਿਹੜੇ ਕਿਹੜੇ ਆ ਜਿਹੜੇ ਚਮਚ ਬਾਟੀ ਲੈ ਕੇ ਬੈਠੇ ਹੋਏ ਆ? ਮੈਂ ਹੱਥ ਨਾਲ ਖਵਾਉਂਗਾ ਨਾ ਜੀ, ਕੀ ਗੱਲ ਹੈਗੀ ਸਰ? ਨਹੀਂ ਸਰ, ਉਹ ਤਾਂ ਤੁਸੀਂ ਤਾਂ ਥੋੜਾ ਥੋੜਾ ਖਵਾਓਗੇ, ਇਹਨਾਂ ਨੇ ਭਰ ਭਰ ਕੇ ਖਾਣਾ, ਉਹਨਾਂ ਤੁਸੀਂ ਕਿੱਥੇ ਖਵਾਓਗੇ? ਚਮਚੇ ਨਾਲ ਤਾਂ ਚਮਚੇ ਯਾਰ, ਮੈਨੂੰ ਇੱਕ ਗੱਲ ਦੱਸੋ ਵੀ ਸਰ ਤੁਹਾਨੂੰ ਆਪਦੇ ਹੱਥਾਂ ਨਾਲ ਖਵਾਉਣ ਜਾਂ ਸਰ ਚਮਚੇ ਨਾਲ ਖਵਾਉਣ, ਪਹਿਲਾਂ ਇਹ ਦੱਸ ਦਿਓ, ਫਟਾਫਟ ਦੱਸ ਦਿਓ ਕੇਕ ਖਾਣਾ ਕਿਨੇ ਕਿਨੇ, ਇੱਕ ਵਾਰ ਉਹ ਹੱਥ ਖੜੇ ਕਰ ਦਿਓ। ਨਹੀਂ ਸਰ, ਪਹਿਲਾਂ ਪੁੱਛੋ ਖਾਣਾ ਕਿੱਦਾਂ, ਖਵਾਵਾਂਗੇ ਤਾਂ ਸਾਰਿਆਂ ਨੂੰ ਸਰ। ਨਹੀਂ ਨਹੀਂ, ਖਾਣ ਸਰ ਕਈ ਇੱਦਾਂ ਵੀ ਹੁੰਦੇ ਆ ਜੇ ਮੇਰੇ ਵਰਗੇ ਡਾਈਟਿੰਗ ਤੇ ਹੈ। ਇਹ ਸਰ ਕੋਈ ਡਾਈਟਿੰਗ ਤੇ ਨਹੀਂ ਗਏ, ਠੀਕ ਹੈ। ਸਵੇਰੇ 2 ਪਰਾਂਠੇ ਖਾ ਕੇ ਆਉਂਦਾ ਮੈਂ, ਦੁਪਹਿਰੇ 4 ਰੋਟੀਆਂ, ਫਿਰ ਇੱਥੇ ਕਈ ਵਾਰ ਪਕੌੜੇ ਪਕੌੜੇ ਖਾ ਲਈਦੇ, ਇੱਕ ਅੱਧਾ ਪਰਾਂਠਾ ਖਾ ਲਈਦਾ, ਬਸ ਡਾਈਟਿੰਗ ਪੱਕੀ ਚੱਲ ਰਹੀ ਹੈ ਮੇਰੀ, ਹੈ ਨਾ। ਹਾਂ, ਸਾਰਿਆਂ ਨੇ ਖਾਣਾ ਹੈ ਨਾ, ਸਾਰਿਆਂ ਨੇ ਖਾਣਾ। ਚਲੋ ਚਮਚੇ ਜੀ, ਚਮਚੇ ਨਾਲ ਹੀ ਖਾਣਾ ਸਰ, ਇਹ ਕਹਿੰਦੇ ਹੱਥ ਨਾਲ ਨਹੀਂ ਖਾਣਾ ਹੈਗਾ। ਫੋਟੋ ਵੱਲ ਇਸ਼ਾਰਾ ਕਰਦੇ ਹੋਏ ਦੇਵ ਨੇ ਕਿਹਾ, ਫੋਟੋ ਕਿਸਦੀ ਲੱਗੀ ਹੋਈ ਹੈ? ਕਹਿੰਦੇ ਕੁੜੀ ਦੀ ਲੱਗੀ ਹੋਈ ਹੈ। ਹਾਲੋ ਜੀ, ਇਹ ਧੜਕਣ ਫਿਲਮ ਵਾਲਾ? ਹਾਂ, ਧੜਕਣ ਫਿਲਮ ਵਾਲਾ ਸਰ। ਹਾਲੋ ਜੀ, ਕਹਿੰਦੇ ਇੱਕ ਕੁੜੀ ਦੀ ਫੋਟੋ ਲੱਗੀ ਹੋਈ ਹੈ, ਕੰਨ ਬਣਾ ਦੀਏ ਕੁੜੀ ਦੇ, ਫਿਰ ਕਹਿਣਗੇ ਕੁੜੀ ਬੋਲੀ ਹੈ, ਰਿਸ਼ਤਾ ਨਾ ਆਇਆ, ਫਿਰ ਕੱਲ ਨੂੰ ਮਹਿੰਦਰ ਸਰ ਨੂੰ ਫੜ ਲੈਣਗੇ। ਕਹਿੰਦੇ ਵੀ ਇੱਕ ਕੁੜੀ ਦੀ ਫੋਟੋ ਦੇ ਵੱਲ ਇਸ਼ਾਰਾ ਕਰਦੇ ਹੋਏ ਦੇਵ ਨੇ ਕਿਹਾ। ਹੁਣ ਦੇਵ ਜਿਹੜਾ ਹੈ ਉਹਦਾ ਹਲੇ ਆਪਾਂ ਨੂੰ ਜੈਂਡਰ ਕਲੀਅਰ ਨਹੀਂ, ਦੇਵ ਦੇਵੀ ਵੀ ਹੋ ਸਕਦਾ ਹੈ, ਹੈ ਨਾ। ਚਲੋ ਇਸ ਨੂੰ ਕਰ ਦਿੰਦੇ ਹਾਂ ਜੀ ਇੱਕ ਵਾਰ ਸਿੱਧਾ, ਨਾਮ ਦੇ ਅਕੋਰਡਿੰਗ ਦੇਵ। ਹੁਣ ਦੇਵ ਨੇ ਇਸ ਕੁੜੀ ਦੇ ਵੱਲ ਇਸ਼ਾਰਾ ਕਰਦੇ ਹੋਏ ਕੀ ਕਿਹਾ? ਕਹਿੰਦਾ ਉਹ ਮੇਰੀ ਪਤਨੀ ਦੀ, ਹੁਣ ਦੇਖੋ ਜਿਵੇਂ ਹੀ ਦੇਵ ਨੇ ਕਿਹਾ ਨਾ ਆ ਜੋ ਕੁੜੀ ਹੈ ਮੇਰੀ ਪਤਨੀ, ਪਤਨੀ ਦੇ ਅਕੋਰਡਿੰਗ ਦੇਵ ਕੀ ਹੋ ਗਿਆ? ਆਟੋਮੈਟਿਕ ਮੇਲ ਹੋ ਗਿਆ, ਕਿਉਂਕਿ ਯਾਰ ਫੀਮੇਲ ਦੀ ਤਾਂ ਪਤਨੀ ਨਹੀਂ ਹੋ ਸਕਦੀ ਨਾ। ਕਹਿੰਦਾ ਮੇਰੀ ਪਤਨੀ, ਹਾਲੋ ਜੀ, ਦੇਵ ਦੀ ਆ ਗਈ ਪਤਨੀ। ਕਹਿੰਦਾ ਮੇਰੀ ਪਤਨੀ ਦੀ ਭੈਣ, ਮਤਲਬ ਕਿ ਸਾਲੀ ਸਾਈ ਬਾਈ ਹੈ। ਲਾ ਜੀ,
ठीक है, कहना मेरी पत्नी दी भैन दी मां दे मतलब साली दी मां देव दी की लगेगी सस लगेगी। कहना जी इकलौते पुत्र सस दा इकलौता पुत्र देव दा की लग्या साला लग्या जी। फिर की कहना है ठीक है इकलौते पुत्र दी ती है मतलब कि इस साले दी की है बेटी है तां उह की कहना कहना उस कुड़ी दे दादे दा कहना इस कुड़ी दा जो दादा है इस कुड़ी दा जो दादा है मतलब वो कौन लगेगा सोरा देवदा की लग जाएगा सोरा साहब लग जाएंगे जी। फिर वो की कहना है कहना जी उस कुड़ी दे दादे दा देव दी पत्नी नाल की संबंध है मतलब दसना है देव दी वाइफ दा की लगेगा ता देव दा सोरा देव दी वाइफ दा की लगेगा ये ता सर फादर साहब लगेगा जी। सीधा सीधा जा सिंपल लॉजिक की आ जाएगा आंसर आंसर आ जाएगा जी फादर उन्हें कन्न बड़ा ही इधरों उधरों उलझा के फड़िया लेकिन गल सीधी सीधी जा रही सी देव दे सोरे ते है ना ते ओदी फलानी तू कल क्लास नहीं लाई तू पुछ रहा वो कह रही है मैं फलानी का मैं उत्थे गई सी मैं हैरान हूं जो मतलब आप पढ़े हुए फतेह सर की गल करते हैं जो फतेह सर भी पढ़े हो गए क्योंकि फतेह सर ने जलियांवाला हत्याकांड का आप अखां नाल वेख्या इन्ने पुराने पढ़े हुए ने उदो पता की होंगे स्कूल क्लास में 50 जने बैठे 50 चो 25 कुड़ियां ने 25 मुंडे ने भाई साहब 25 कुड़ियों ने एक भी मुंडा नहीं बुलाऊगा होंगे सी ना इदां देखिया ना स्कूल अगर मास्टर ने बुलाते फड़ भी लिया तो सौ लोग ऐ करके ठुडे पेंदे होंगे सी तू बुलाया किवें कुड़ी नूं ते भाई ये पता नहीं इत्थों लिहाजा पा लेंदे यार दोपहरे रोटी खाधी सी ना मैं क्या सी दाल खराब आ चढ़ गई है बाकी पता की है सर जो पत्नी का सवाल आ जाता है ना ये आपकी जी जान फूक देंदे है भी ये रिलेशन गलत नहीं होना चाहिए जे रिलेशन गलत हो गया तो छड़िया हो पंजाब दे विच हजार मुंडिया पिछे 895 कुड़िया मतलब 105 मुंडे छड़े रहने हैं ते जोर लाउंदे कि असीं छड़ियां दी कैटेगरी च ना रही है। बाकी सर ये तो जी जान लाउंदे लाउंदे आ जो सारे परिवार वाला सवाल आ जे मैं महिंदर सर दी कमान मन गया साला साहब सारी साहिबा सौरा साहब पौने नवे रोटी इन्हां ने भी खानी है इज्जत तो देनी बनती है ना क्योंकि कल नू पता की है इन्हां नू आही चीजां मैं दस रहा भी देनी पौगी इज्जत बिल्कुल है ना नहीं तो फिर अगले इज्जत करवानी जान दे जान दे चलो चलो लो जी सर दे लई जिवें गल कीती सी वैला भी तुसीं सारे आ रहे सारे टीचर आ रहे बस 1-2 मिनट आपां इंतजार करांगे सारे आ गए ते अज तां टीचरां दे नाल नाल होर स्पैशल भी जिहड़े आपणे आए आ बंदे जिन्हां दे सदका असीं इत्थे खड़े हुंदे आ जिहड़े जिवें तुसीं लुधियाणे सैमीनार देखा होगा बठिंडे सैमीनार देखा होगा उन्हां बच्चों ने तो दर्शन किए होंगे उन्होंने महान शख्सियत का अज बाकियों नूं भी उन्होंने महान शख्सियत के दर्शन जरूर करावांगे। एक बार सर ते मैडम प्लीज जल्दी आ जाओ जूम आउट करन दे ताड़ियां दे नाल पूरी टीम अज पंजाब अड्डा दी ते जिहड़े टीचर दे नाल नाल ओह टीम जिहड़ी आ मैम आई आ आ जाओ सारी टीम आ जी बड़े भाई को बीच में खड़ा कर आ जाओ प्लीज बड़े भाई बीच में जाओ सर मैं हाइट मेरी थोड़ी छोटी कर सर आ जाओ मैडम मैडम मेनू दिखन दा जो सोणा लग रहा है यार आ गया हां नहीं नहीं बस लो जी ये सारी है जी पंजाब अड्डे दी टीम आ ये असि थोड़े सारा ही साडे सर ते मैडम जी बिल्कुल ठीक है सो साडे सर मैडम ने ये ते सर कुछ सर दे लिए दो शब्द थोड़े वल्लों दो ही बोल दियो जी चलो जी हैप्पी बर्थडे जिंदा रहे जिंदा रहे जिंदा रहे जी ठीक है मैडम थोड़े वल्लों पार्टी कब है सिर्फ तुहाडी सिलेक्शन वास्ते हैगी चलो बर्थडे हैगा अलग गल हैगी है ये तुहाडी पढ़ाई नाल है क्योंकि सारा साल तुहाडे नाल तुहानू पढ़ाउने हैगे आ तां एक फैमिली तां घरे बैठी हैगी दूजी फैमिली तुसीं हैगे हो कि सारा दिन तुहाडे नाल रहिंदे आ तां अज दा दिन वी तुहाडे लई है क्योंकि आ क्लास ਤੁਹਾਡੇ ਲਈ ਹੈ ਸਿਰਫ ਹਲੇ ਕਲਾਸ ਖਤਮ ਨਹੀਂ ਹੋਈ ਤੁਹਾਨੂੰ ਮੈਂ ਇੱਕ ਰੀਅਲ ਗੱਲ ਦੱਸਦਾ ਯਾਰ ਰਾਤ ਨਾ ਮੈਂ ਤੇ ਅੰਕੁਰ ਸਰ ਇਕੱਠੇ ਸੀਗੇ ਰਾਤੀ ਅਸੀਂ ਸੌਣ ਲੱਗੇ ਮਤਲਬ 12 ਵਜੇ ਫੋਨ ਆਉਣੇ ਸ਼ੁਰੂ ਹੋ ਗਏ ਸਾਨੂੰ ਸਟੂਡੈਂਟਸ ਦੇ ਦੋਸਤਾਂ ਮਿੱਤਰਾਂ ਦੇ ਪਰਿਵਾਰ ਦੇ ਹੈਪੀ ਬਰਥਡੇ ਕਰ ਰਹੇ ਆ ਸੁਬਾਹ ਉੱਠੇ ਮੈਂ ਨਾਇਆ ਅੰਕੁਰ ਸਰ ਮੈਨੂੰ ਕਿਹਾ ਮਨੋਜ ਸਰ ਜਲਦੀ ਤਿਆਰ ਹੋ ਜਾਓ ਆਪਾਂ ਗੁਰਦੁਆਰਾ ਸਾਹਿਬ ਜਾਣਾਗਾ ਤੁਹਾਨੂੰ ਮੈਂ ਰੀਅਲ ਗੱਲ ਦੱਸਦਾ ਸੱਚ ਹੈ ਕੋਈ ਝੂਠ ਨਹੀਂ ਹੈ ਮੈਂ ਸਰ ਚਲੋ ਆਪਾਂ ਚੱਲਦੇ ਹਾਂ ਕੋਈ ਗੱਲ ਨਹੀਂ ਬਟ ਉਹ ਨਿਕਲਦੇ ਥੋੜ੍ਹਾ ਸਮਾਂ ਲੱਗ ਗਿਆ ਮੇਰਾ ਇੱਕ ਇੰਪੋਰਟੈਂਟ ਸੈਸ਼ਨ ਸੀ ਸਰ ਦੀ 11 ਵਜੇ ਕਲਾਸ ਸੀ ਉਸ ਤੋਂ ਬਾਅਦ ਇੱਕੋ ਹੀ ਮਤਲਬ ਇੱਕੋ ਹੀ ਭਾਜੜ ਪੈ ਗਈ ਯਾਰ ਪੀਪੀਟੀ ਬਣਾ ਲਾ ਮੇਰੀ ਮੈਰਾਥਨ ਆ ਪੀਪੀਟੀ ਬਣਾ ਲਾ ਮੇਰੀ ਮੈਰਾਥਨ ਆ ਤੁਹਾਨੂੰ ਪਤਾ ਗੁਰਦੁਆਰਾ ਸਾਹਿਬ ਜਾਂ ਕਿਸੇ ਧਾਰਮਿਕ ਸਥਾਨ ਦਾ ਨਾਮ ਆਪਦੇ ਮੂੰਹ ਦੇ ਵਿੱਚੋਂ ਕੱਢ ਕੇ ਨਾ ਜਾਓ ਤੇ ਮੰਨਿਆ ਜਾਂਦਾ ਆਪਣੇ ਸੱਭਿਆਚਾਰ 'ਚ ਪਾਪ ਆ ਸਰ
ਪਰ ਮੈਨੂੰ ਪਤਾ ਇਹ ਪਾਪ ਨਹੀਂ ਕੀਤਾ ਸੀ ਕਿਉਂਕਿ ਸਾਡਾ ਗੁਰਦੁਆਰਾ ਸਾਡਾ ਪਰਮਾਤਮਾ ਸਾਡਾ ਰੱਬ ਸਾਡਾ ਕਿੱਤਾ ਹੈ ਸਾਡਾ ਕਿੱਤਾ ਜਿਹੜਾ ਹੈ ਉਹ ਤੁਸੀਂ ਅਗਰ ਪੜ੍ਹ ਕੇ ਸਿਲੈਕਸ਼ਨ ਲੈਂਦੇ ਹੋ ਇਸ ਤੋਂ ਵੱਡਾ ਸਰ ਰੱਬ ਦਾ ਨਾਮ ਕੀ ਹੋ ਸਕਦਾ ਨਾ ਵੀ ਜਦੋਂ ਅਸੀਂ ਕਲਾਸ ਦੇ ਵਿੱਚ ਇਸ ਕੈਮਰੇ ਦੇ ਮੂਹਰੇ ਇਸ ਮਾਰਕਰ ਨੂੰ ਹੱਥ ਪਾਲਦੇ ਹਾਂ ਸਾਨੂੰ ਲੱਗਦਾ ਵੀ ਸਾਡਾ ਮੱਕਾ ਸਾਡਾ ਗੁਰਦੁਆਰਾ ਸਾਹਿਬ ਸਾਡਾ ਸਭ ਕੁਛ ਇਹੀ ਹੈ ਨਾ ਅਸੀਂ ਕੰਮ ਨੂੰ ਉਸ ਤਰੀਕੇ ਨਾਲ ਕਰ ਰਹੇ ਹਾਂ ਤੁਸੀਂ ਵੀ ਸ਼ਿੱਦਤ ਨਾਲ ਪੜ੍ਹੋ ਯਾਰ ਇਹ ਜਨਮ ਦਿਨ ਮਨਾਉਣ ਦਾ ਮਹੱਤਵ ਸਿਰਫ ਇੰਨਾ ਕਾ ਵੀ ਅਸੀਂ ਇਸ ਸਾਲ ਦੇ ਵਿੱਚ ਅੰਕੁਰ ਸਰ ਕਿੰਨੇ ਸਾਲਾਂ ਦੇ ਹੋ ਗਏ ਗਰੀਬੀ ਦੇ ਵਾਸਤੇ ਕੰਮ ਕੀਤਾ ਜਾਊਗਾ ਕਿੰਨੇ ਘਰਾਂ ਕਿੰਨੇ ਬੱਚਿਆਂ ਦਾ ਸਿਲੈਕਸ਼ਨ ਦੇ ਲਈ ਮਿਹਨਤ ਕੀਤੀ ਜਾਊਗੀ ਕਿੰਨੇ ਬੱਚਿਆਂ ਦਾ ਫਿਊਚਰ ਬਣਨ ਦੇ ਲਈ ਉਹਨਾਂ ਦੇ ਟਾਰਗੇਟਸ ਦੇ ਲਈ ਅੰਕੁਰ ਸਰ ਮਿਹਨਤ ਕਰਨਗੇ ਪਰਮਾਤਮਾ ਆਪ ਲਿਖੀ ਬੈਠਾ ਬਾਕੀ ਅੱਜ ਕੇਕ ਕੱਟਣ ਵਾਸਤੇ ਭਾਈ ਸਾਰੇ ਖੜੇ ਆ ਵਿਚੋਂ ਹੀ ਤਾਂ ਬੰਦੇ ਚਮਚੇ ਜੇਬਾਂ ਪਾਈ ਫਿਰਦੇ ਬਾਕੀ ਇੱਕ ਦੋ ਸਾਲ ਹੋਰ ਆ ਜਿਹੜੇ 28 ਸਾਲ ਦਾ ਹੁਣ ਅਗਲੇ ਸਾਲ 29 ਸਾਲ ਦੇ ਜਦੋਂ ਹੋ ਗਿਆ ਫਿਰ ਸਰ ਨੇ ਆਪਦਾ ਵੀ ਗਾਹਾਂ ਪਰਿਵਾਰ ਹੋਰ ਵਧਾਉਣਾ ਫਿਰ ਵਿਆਹ ਕਹਿੰਦੇ ਕਰਾ ਲੈਣਾ ਸਰ ਕਹਿੰਦੇ ਆ ਸੋਚ ਰਹੇ ਆ ਵੀ 28-29 ਦਾ ਹੋ ਕੇ ਵਿਆਹ ਵੀ ਕਰਾਉਣਾ ਨਾ ਸਰ ਸਰ ਹਲੇ ਤਾਂ ਬਹੁਤ ਕੁਝ ਕਰਨਾ ਬਾਕੀ ਹੈਗਾ ਹਲੇ ਹਾਂ ਵਿਆਹ ਨਹੀਂ ਵਿਆਹ ਵੀ ਬਾਕੀ ਉਹ ਸਰ ਉਹ ਬਾਤ ਦੀ ਗੱਲ ਹੈਗੀ ਹੈ ਹਲੇ ਪਹਿਲੇ ਬਹੁਤ ਹੈ ਸਰ ਮਨੋਜ ਸਰ ਕਹਿੰਦੇ ਵੀ 27 ਸਾਲ ਦੇ ਹੋ ਗਏ ਸਾਲ ਦਾ ਅਗਲੇ ਸਾਲ ਦਾ ਟਾਰਗੇਟ ਇਹ ਹੈ ਕਿ ਆਪਾਂ 28 ਦਾ ਹੋਣਾ ਕਿਉਂਕਿ ਸਾਨੂੰ ਪਤਾ ਜਦੋਂ ਕੇਕ ਕੱਟਿਆ ਗਿਆ ਅੰਕੁਰ ਸਰ ਹੀ ਇਕੱਲੇ ਸੇ ਹੋਣਗੇ ਅਸੀਂ ਸਾਰੇ ਸਾਈਡ ਤੇ ਹੋ ਜਾਵਾਂਗੇ ਫਿਰ ਤੇ ਇੱਕ ਵਾਰ ਸਾਰੇ ਜਣੇ ਲਿਖ ਦੋ ਹੈਪੀ ਬਰਥਡੇ ਸਰ ਨੂੰ ਲਓ ਜੀ ਸਰ ਹੈਪੀ ਬਰਥਡੇ ਇੱਕ ਵਾਰ ਸਾਡੇ ਵੱਲੋਂ ਵੀ ਹੈਪੀ ਬਰਥਡੇ ਤੁਹਾਨੂੰ ਬਹੁਤ ਬਹੁਤ ਧੰਨਵਾਦ ਪੂਰੀ ਟੀਮ ਨੂੰ ਤੇ ਪੂਰੇ ਬੱਚਿਆਂ ਨੂੰ ਜੋ ਵੀ ਦੇਖ ਰਹੇ ਆ ਮੁਬਾਰਕਾਂ ਸਰ ਤੁਹਾਨੂੰ ਮੈਂ ਤਾਂ ਪਹਿਲੇ ਕਹਿ ਰਿਹਾ ਸੀ ਮੈਂ ਕਿਹਾ ਗਿਫਟ ਤੁਹਾਨੂੰ ਦੇਣਾ ਚਾਹੀਦਾ ਸੀ ਰੋਹਿਤ ਸਰ ਕਿਉਂ ਉਦਾਸ ਲੱਗਦੇ ਨਹੀਂ ਕਹੇ ਰੋਹਿਤ ਸਰ ਕਿਉਂ ਉਦਾਸ ਨੇ ਬੱਚੇ ਪੁੱਛ ਰਹੇ ਆ ਨਹੀਂ ਬੱਚੇ ਕਹਿ ਰਹੇ ਦੇਖੋ 27 ਦੇ ਲੱਗਦੇ ਨਹੀਂ ਸਰ ਜ਼ਿਆਦਾ ਲੱਗ ਰਹੇ ਹੋ ਨਹੀਂ ਸਰ ਜ਼ਿਆਦਾ ਇਸ ਸਰ ਨਹੀਂ ਲਿਖਿਆ 27 ਦੇ ਲੱਗਦੇ ਜ਼ਿਆਦਾ ਲੱਗਦੇ ਹੋ ਕੁਲਵੰਤ ਸਿੰਘ ਜੀ ਕਹਿ ਰਹੇ ਜ਼ਿਆਦਾ ਦੀਪ ਸਿੰਘ ਜੀ ਕਹਿ ਰਹੇ ਜ਼ਿਆਦਾ ਨਹੀਂ ਕਿਉਂ ਇਦਾਂ ਕਿਉਂ ਉਹ ਇੱਕ ਕਹਿੰਦੇ 78 ਸਾਲ ਦੇ ਲੱਗ ਰਹੇ ਜੀ ਇੱਕ 150 ਵੀ ਲਿਖਿਆ ਮੈਂ ਜਾਵਾਂ ਫਿਰ ਨਹੀਂ ਦੇਖੋ ਨਾ ਸਾਰੇ ਕਹਿ ਰਹੇ ਦੇਖੋ ਟਾਈਗਰ ਸਰ ਬਹੁਤ ਸੋਹਣੇ ਲੱਗ ਰਹੇ ਹੈ ਹੈਪੀ ਬਰਥਡੇ ਸਰ ਸਰ ਇੱਕ ਮਿੰਟ ਆ ਜਾਓ ਇਹਨੂੰ ਬਾਲੀ ਕਾਲੀ ਚਮਚਾ ਕੋਈ ਝੂਠ ਝੂਠ ਨਹੀਂ ਮੈਨੂੰ ਕਾਲੀ ਆ ਮਨੋ ਸਰ ਚਮਚਾ ਜੇਬ ਚ ਪਾਈ ਫਿਰਦੇ ਆ ਮੈਂ ਕਹਿੰਦਾ ਪੜਾਓ ਸਰ ਚਲੋ ਹੈਪੀ ਬਰਥਡੇ ਮੜਾ ਪਿਆਰੇ ਅੰਕੁਰ ਸਰ ਹੈਪੀ ਬਰਥਡੇ ਪੁੱਛ ਰਹੇ ਕੇਕ ਤੋਂ ਇਲਾਵਾ ਹੋਰ ਕੀ ਇੰਤਜ਼ਾਮ ਹੈ ਹੋਰ ਜੀ ਇੱਕ ਨਾ ਬੱਚਾ ਇੱਥੇ 29 ਸੈਕਟਰ ਦੇ ਵਿੱਚ ਅੰਕੁਰ ਸਰ ਨੇ ਅਮ੍ਰਿਤ ਇੰਤਜ਼ਾਮ ਕੀਤਾ ਹੋਇਆ ਉਹ ਜਸਪ੍ਰੀਤ ਕਿ ਆਨੇ ਵਾਲੇ ਯਾਰ ਕੇ ਅੰਦਰ ਬਹੁਤ ਸਾਰੀ ਸਿਲੈਕਸ਼ਨ ਜਲਦੀ ਆਉਣ ਵਾਲਾ ਜਾਨ ਥੋੜਾ ਕੇਕ ਚ ਪਈ ਹੈਗੀ ਹੋਰ ਪਈ ਲੋ ਜੀ ਸਰ ਬਹੁਤ ਵਧਾਈਆਂ ਬਹੁਤ ਬਹੁਤ ਮੁਬਾਰਕਾਂ ਇੱਕ ਵਾਰ ਬੱਚੋ ਤੁਸੀਂ ਵੀ ਵਧਾਈਆਂ ਦਿਓ ਸਰ ਨੂੰ ਤੇ ਹੁਣ ਅਸੀਂ ਕੇਕ ਖਾਂਦੇ ਹਾਂ ਤੇ ਤੁਸੀਂ ਪੜ੍ਹੋ ਕਲਾਸ ਅਜੇ ਚੱਲਣੀ ਆ ਕਲਾਸ ਖਤਮ ਨਹੀਂ ਹੁੰਦੀ ਹਜੇ ਠੀਕ ਹੈ ਦਿਲ ਆ ਕੇ ਪੜ੍ਹਨਾ ਤੁਸੀਂ ਜ਼ੂਮ ਇਨ ਕਰੋ ਠੀਕ ਹੈ ਤੇ ਮੈਨੂੰ ਲੱਗਦਾ 8 ਵਜੇ ਤੋਂ ਉੱਪਰ ਤੱਕ ਵੀ ਕਲਾਸ ਚੱਲੂਗੀ ਸੋ ਜਿੰਨਾ ਟਾਈਮ ਸਰ ਪੜ੍ਹਾ ਰਿਹਾ ਜ਼ਰੂਰ ਪੜ੍ਹਿਓ ਤੇ ਅੱਜ ਇੱਕ ਵਾਅਦਾ ਕਰਕੇ ਜਾਇਓ ਕਿਉਂਕਿ ਜਿਵੇਂ ਗਿਫਟ ਦਿੰਦੇ ਹੁੰਦੇ ਨਾ ਤੁਸੀਂ ਸਾਨੂੰ ਗਿਫਟ ਦੇਣਾ ਆ ਅੱਜ ਸਾਰੇ ਜਾਣੇ ਲਿਖੋ ਵੀ ਸਰ ਅਸੀਂ ਸਿਲੈਕਸ਼ਨ ਰੂਪੀ ਗਿਫਟ ਤੁਹਾਨੂੰ ਦੇਵਾਂਗੇ
ਜਿਹੜਾ ਜਿਹੜਾ ਤੁਹਾਡੇ ਚੋਂ ਇਹ ਵਾਅਦਾ ਕਰਦਾ ਜੰਕੂ ਸਰ ਨਾਲ ਪੂਰੀ ਪੰਜਾਬ ਅੱਡਾ ਦੀ ਟੀਮ ਦੇ ਨਾਲ ਕਿ ਅਸੀਂ ਤੁਹਾਨੂੰ ਸਿਲੈਕਸ਼ਨ ਰੂਪੀ ਗਿਫਟ ਦੇਵਾਂਗੇ, ਇੱਕ ਵਾਰ ਥੰਬਸ ਅਪ ਦਾ ਸਾਈਨ ਕਰ ਦਿਓ ਸਰ ਸਾਡੇ ਵੱਲੋਂ ਇਹ ਵਾਅਦਾ ਪੱਕਾ ਆ। ਮੈਂ ਜਿਹਨਾਂ ਨੂੰ ਇੱਕ ਗੱਲ ਸੁਣਾਈ, ਕੱਲ੍ਹ ਮੈਨੂੰ ਕੋਈ ਬੰਦਾ ਮਿਲਿਆ ਸੀਗਾ, ਮੈਨੂੰ ਦੱਸਿਆ ਸੀਗਾ ਉੱਥੇ ਮੈਰਿਜ 'ਤੇ ਸੀਗਾ ਮੈਂ, ਅਤੇ ਉਹਦੇ ਫਾਦਰ ਸਾਹਿਬ ਮੈਨੂੰ ਆਪਦੇ ਬੱਚਿਆਂ ਨਾਲ ਇੰਟਰੋਡਿਊਸ ਕਰਵਾ ਰਹੇ ਆ। ਤੁਹਾਡੇ ਵੀ ਬੱਚੇ ਪਤੇ ਦੀ ਗੱਲ ਆ, ਕੌਨਫੀਡੈਂਸ ਕੀ ਹੁੰਦਾ? ਜਿਵੇਂ ਤੁਹਾਨੂੰ ਕੋਈ ਪੁੱਛੇ ਤੁਸੀਂ ਕੀ ਕਹਿੰਦੇ ਹੋ, ਸਰ ਤਿਆਰੀ ਕਰਦੇ ਹਾਂ ਜੀ, ਕਾਹਦੀ? ਸਰ ਕੌਂਸਟੇਬਲ ਦੀ ਤਿਆਰੀ ਕਰਦੇ ਹਾਂ, ਸਬ ਇੰਸਪੈਕਟਰ ਦੀ ਤਿਆਰੀ ਕਰਦੇ ਹਾਂ। ਅਤੇ ਉਹ ਆਪਦੇ ਬੱਚਿਆਂ ਨਾਲ ਮੈਨੂੰ ਇੰਟਰੋਡਿਊਸ ਕਰਵਾ ਰਿਹਾ ਕਿ ਇਹ ਮੇਰਾ ਵੱਡਾ ਬੇਟਾ ਆ, ਇਹਦੀ ਬੀ ਸੀ ਏ ਕੰਪਲੀਟ ਆ, ਲੋਅ ਕਰ ਰਿਹਾ, ਇਹਨੇ ਕਹਿੰਦਾ ਜੱਜ ਬਣਨਾ। ਉਹਦੇ ਸ਼ਬਦਾਂ 'ਤੇ ਫੋਕਸ ਕੀਤਾ ਮੈਂ, ਇਹਨੇ ਜੱਜ ਬਣਨਾ। ਕਹਿੰਦਾ ਇਹ ਮੇਰਾ ਛੋਟਾ ਬੇਟਾ ਆ, ਇਹਦੀ ਵੀ ਬੀ ਬੀ ਏ ਕੋਨੇ ਬੀ ਸੀ ਏ ਦੱਸਿਆ ਚੱਲ ਰਹੀ ਆ, ਅਤੇ ਇਹਨੇ ਪੀ ਸੀ ਐੱਸ ਅਫਸਰ ਬਣਨਾ ਆ, ਮਤਲਬ ਉਹਨਾਂ ਦਾ ਕਨਫਰਮ ਆ ਕਿ ਬਣਨਾ ਆ। ਸੋ ਇੱਦਾਂ ਦਾ ਕੋਨਫੀਡੈਂਸ ਤੁਹਾਡੇ ਵਿੱਚ ਵੀ ਹੋਣਾ ਚਾਹੀਦਾ। ਮੈਂ ਅੱਗੇ 4 ਵਜੇ ਵਾਲੀ ਕਲਾਸ ਵੀ ਮੈਂਸ਼ਨ ਕੀਤੀ ਸੀਗੀ ਵਾਲੀ ਸਟੋਰੀ, ਸੋ ਤੁਹਾਡੇ ਵਿੱਚ ਵੀ ਇੱਦਾਂ ਦਾ ਕੋਨਫੀਡੈਂਸ ਹੋਣਾ ਚਾਹੀਦਾ ਕਿ ਅਸੀਂ ਇਹ ਅਫਸਰ ਬਣਨਾ। ਇਹ ਨਹੀਂ ਕਹਿਣਾ ਵੀ ਅਸੀਂ ਤਿਆਰੀ ਕਰ ਰਹੇ, ਨਹੀਂ, ਤੁਸੀਂ ਅਫਸਰ ਬਣਨਾ ਆ, ਤੁਸੀਂ ਸਿਲੈਕਸ਼ਨ ਲੈਣੀ ਆ। ਸੋ ਇੱਦਾਂ ਦੇ ਕੋਨਫੀਡੈਂਸ ਨਾਲ ਜਦੋਂ ਪੜ੍ਹੋਗੇ ਅਤੇ ਜਦੋਂ ਤੁਹਾਡੀ ਸਿਲੈਕਸ਼ਨ ਹੋਊਗੀ ਅਤੇ ਤੁਹਾਡੀ ਸਫਲ ਜ਼ਿੰਦਗੀ ਵਿੱਚ ਜਦੋਂ ਇੱਕ ਨਾਮ ਆਊਗਾ, ਉਹ ਸਾਡਾ ਨਾਮ ਹੋਊਗਾ ਅਤੇ ਸਾਡੇ ਲਈ ਸਭ ਤੋਂ ਵੱਧ ਖੁਸ਼ੀ ਵਾਲੀ ਗੱਲ ਹੋਊਗੀ, ਹੈ ਨਾ ਸਰ? ਅਤੇ ਬਾਕੀ ਯਾਰ ਜਦੋਂ ਤੁਹਾਡੇ ਮੈਂਟੋਰਸ ਇੱਦਾਂ ਦੇ ਹੋਣ, ਹੈ ਨਾ ਸਰ, ਆਈ ਐਮ ਵੇਟਿੰਗ, ਜਦੋਂ ਤੁਹਾਡੇ ਮੈਂਟੋਰਸ ਇੱਦਾਂ ਦੇ ਹੋਣ ਜਿਹੜੇ ਆਪਦੀ ਜ਼ਿੰਦਗੀ ਦਾ ਸਭ ਤੋਂ ਇੰਪੋਰਟੈਂਟ ਦਿਨ ਤੁਹਾਡੇ ਨਾਲ ਮਨਾਉਣ, ਹੈ ਨਾ, ਆਪਦਾ ਪਰਿਵਾਰ ਤੁਹਾਨੂੰ ਸਮਝਣ, ਮਤਲਬ ਟੀਚਰਸ ਦੇ ਵੱਲੋਂ ਫੁੱਲ ਡੈਡੀਕੇਸ਼ਨ, ਅਤੇ ਬਾਕੀ ਅੱਜ ਜਨਮ ਦਿਨ ਦੇ ਮੌਕੇ 'ਤੇ ਇੱਕ ਰਿਟਰਨ ਗਿਫਟ, ਖੜ੍ਹ ਜੋ ਚੱਲਦੇ ਨਾ ਇਕੱਠੇ, ਮੈਂ ਵੀ ਖਾਣਾ ਅਤੇ ਇੱਕ ਰਿਟਰਨ ਗਿਫਟ ਆ ਜਿਹੜਾ ਉਹ ਭਾਈ ਅੰਕੁਸ਼ ਸਰ ਵੱਲੋਂ ਬਹੁਤ ਜਲਦੀ ਆ ਰਿਹਾ, ਬਾਹਲਾ ਵੇਟ ਨਹੀਂ ਕਰਨਾ ਪਊਗਾ ਤੁਹਾਨੂੰ, 10-12 ਦਿਨ 15 ਦਿਨ ਦਾ ਹੋਰ ਸਬਰ ਰੱਖੋ, ਇੱਕ ਧਮਾਕੇਦਾਰ ਚੀਜ਼ ਆ ਰਹੀ ਆ ਤੁਹਾਡੀ ਸਿਲੈਕਸ਼ਨ ਦੇ ਵਾਸਤੇ। ਹਮ ਵੀ ਖਾਏਗੇ, ਰੁਕ ਜਾਣਾ, ਠੀਕ ਹੈ। ਚਲੋ ਬਾਕੀ ਹੁਣ ਯਾਰ ਪੜ੍ਹਾਈ ਕੰਟੀਨਿਊ ਕਰਕੇ ਜਦੋਂ ਕੇਕ ਨਹੀਂ ਨਹੀਂ ਅਸੀਂ ਕੇਕ ਖਾਣੇ, ਤੁਸੀਂ ਮੋਟੀਵੇਟ ਜਿਹੜਾ ਹੈ ਨਾ ਆਉਣ ਵਾਲੇ 15 ਦਿਨਾਂ ਦੇ ਵਿੱਚ, ਮੈਨੂੰ ਲੱਗਦਾ ਚੁੱਪ ਕਰੋ ਨਾ, ਮੈਨੂੰ ਲੱਗਦਾ ਮੈਨੂੰ ਸਾਨੂੰ ਖੁਦ ਮੋਟੀਵੇਸ਼ਨ ਦੀ ਲੋੜ ਪਈ ਹੈ ਕੇਕ ਖਾ ਰਿਹਾ। ਨਹੀਂ ਨਹੀਂ ਆਉਣ ਵਾਲੇ 15 ਦਿਨਾਂ ਦੇ ਵਿੱਚ ਅੰਕੁਸ਼ ਸਾਹਿਬ ਤੁਹਾਡੇ ਵਾਸਤੇ ਕਿਹੋ ਜਿਹਾ ਧਮਾਕਾ ਕਰਨ ਜਾ ਰਹੇ ਆ, ਪੂਰਾ ਪੰਜਾਬ ਹਿੱਲਣ ਜਾ ਰਿਹਾ, ਪੰਜਾਬ ਦੇ ਸਟੂਡੈਂਟਾਂ ਦੇ ਇਤਿਹਾਸ ਦੇ ਵਿੱਚ, ਮਤਲਬ ਪੰਜਾਬ ਦੇ ਕੰਪੀਟਿਵ ਐਗਜ਼ਾਮ ਦੇ ਇਤਿਹਾਸ ਦੇ ਵਿੱਚ ਉਹ ਚੀਜ਼ ਜਿਹੜੀ ਮਤਲਬ ਸੋਚੀ ਜਾ ਸਕਦੀ ਆ। SSC ਵਾਸਤੇ ਬਹੁਤ ਚੀਜ਼ਾਂ ਪਈਆਂ, UPSC ਵਾਸਤੇ ਬਹੁਤ ਚੀਜ਼ਾਂ ਪਈਆਂ, ਇੱਕ ਬ੍ਰਾਂਡ ਚੀਜ਼ ਆ ਰਹੀ ਆ, ਹਿੰਟ ਸਾਰਿਆਂ ਨੂੰ ਪਤਾ ਕੀ ਆ, ਪਰ 15 ਦਿਨ ਦਾ ਵੇਟ ਰੱਖੋ, ਧਮਾਕੇਦਾਰ ਤਰੀਕੇ ਨਾਲ ਜਿਹੜੀ ਦਿਵਾਲੀ ਸੈਲੀਬ੍ਰੇਸ਼ਨ ਹੋਏਗਾ ਨਾ ਤੁਹਾਡਾ, ਉਹ ਸਿਲੈਕਸ਼ਨ ਦੀ ਇੱਕ ਪੌੜੀ ਤੁਸੀਂ ਚੜੋਗੇ, ਯਾਦ ਰੱਖਿਓ। ਪਟਾਕਿਆਂ ਦੇ ਪੈਕਟ 4 ਘੱਟ ਲੈ ਲਿਓ, ਕੁਛ ਤੁਹਾਡੇ ਵਾਸਤੇ ਘੈਂਟ ਜੀ ਚੀਜ਼ ਲੈ ਕੇ ਆਵਾਂਗੇ, ਪਟਾਕਿਆਂ ਦੇ ਟਾਈਮ ਜ਼ਿਆਦਾ ਵੇਸਟ ਨਾ ਕਰਿਓ ਨਾ, ਪ੍ਰੋਮੋ ਵਗੈਰਾ ਚਲਾਏ, ਪ੍ਰਮੋਸ਼ਨ ਹੋਈ, ਮਤਲਬ ਇੱਕ ਸਿੰਪਲ ਜੀ ਗੱਲ ਹੈ ਯਾਰ, ਇੱਕ ਤੁਸੀਂ ਆਪਦੀ ਸਿਲੈਕਸ਼ਨ ਵਾਸਤੇ ਡੇਲੀ ਜੁੜਿਆ ਕਰੋ। ਸਰ ਦੀ ਕਲਾਸ 4 ਵਜੇ ਹੁੰਦੀ ਹੈਗੀ ਹੈ, ਮਨੋਜ ਸਰ ਦੀ ਕਲਾਸ 5 ਵਜੇ ਹੁੰਦੀ ਹੈ, ਬਾਹੂਬਲੀ ਸਰ ਦੀ ਕਲਾਸ 1 ਵਜੇ ਹੁੰਦੀ ਹੈ, ਰਜਨੀਸ਼ ਮੈਡਮ ਦੀ ਕਲਾਸ 6 ਵਜੇ ਹੁੰਦੀ, ਮੇਰੀ ਕਲਾਸ 8 ਵਜੇ ਹੁੰਦੀ, ਸਵੇਰੇ 11 ਵਜੇ ਹੁੰਦੀ ਹੈ। ਯੂਟਿਊਬ 'ਤੇ ਫ੍ਰੀ ਆਫ ਕੋਸਟ ਤੁਹਾਨੂੰ ਕਲਾਸਾਂ ਮਿਲਦੀਆਂ ਹੈਗੀਆਂ। ਅਤੇ ਸਰ ਇੱਕ ਹੁੰਦਾ ਕਿ ਮੰਨ ਲਓ ਜੇ ਅੱਜ ਪੜ੍ਹ ਰਹੇ ਹੈਗੇ, ਇਹਨਾਂ ਨੇ 2 ਮਹੀਨੇ ਪੜ੍ਹਿਆ, ਜੇ 20 ਦਿਨ ਵਿਚਾਲੇ ਛੱਡਤਾ, ਉਹ ਸਾਰਾ ਫਲੋ ਜੋ ਪੜ੍ਹਿਆ ਹੋਇਆ ਪਾਣੀ ਹੋ ਗਿਆ। ਮੈਂ ਇੱਕ ਸਿੰਪਲ ਜੀ ਗੱਲ ਕਹਿੰਦਾ, ਕੁਛ ਚੀਜ਼ਾਂ ਯਾਦ ਹੋਣਗੀਆਂ, ਬਹੁਤ ਸਾਰੀ ਚੀਜ਼ਾਂ ਭੁੱਲ ਜਾਂਦੇ ਬੰਦਾ। ਅਤੇ ਇਹ ਗੱਲ ਜ਼ਰੂਰ ਧਿਆਨ 'ਤੇ ਰੱਖੋ ਕਿ ਆਪਦੀ ਕੰਟੀਨਿਊਟੀ ਬਣਾ ਕੇ ਰੱਖੋ ਦਾ ਆਪਦੀ ਐਜੂਕੇਸ਼ਨ ਦੇ ਵਿੱਚ, ਕਿ ਜਿਹਦੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਸਿਲੈਕਸ਼ਨ ਤੁਹਾਡੀ ਜ਼ਰੂਰ ਹੋਵੇਗੀ। ਪ੍ਰੋਸੈਸ ਹੋਣਾ ਜ਼ਰੂਰੀ ਹੈਗਾ, ਕਿਉਂਕਿ ਅਗਰ ਜਲਦਬਾਜ਼ੀ ਬੰਦਾ ਕਰਦਾ ਨਾ ਕਿ ਹਾਂ ਜਦੋਂ ਸਰ ਇਹ ਐਡਮਿਟ ਕਾਰਡ ਆਉਂਦੇ ਹੈ, ਮੈਰਾਥਨ ਲੱਗਦੀ ਹੈਗੀ, 3-3 ਹਜ਼ਾਰ ਬੱਚਾ ਹੋ ਜਾਂਦਾ ਜਿੱਥੇ 1,000 ਹੁੰਦਾ ਹੈ। ਯਾਰ ਇੱਕ ਸਿੰਪਲ ਜੀ ਗੱਲ ਦੇਖੋ, ਮੈਂ ਤਾਂ ਖਾਧੀ ਨੀ ਗੀ, ਸਰ ਨੇ ਖਾਧੀ ਆ, ਵਧੀਆ ਸਰ ਹੋਇਆ। ਚਲੋ ਸਰ ਤੁਸੀਂ ਪੜਾਓ ਜੀ, ਅਸੀਂ ਕੇਕ ਖਾਈਏ, ਕੇਕ ਖਤਮ ਹੋ ਜਾਂਦਾ ਸਾਡਾ ਧਿਆਨ ਨਹੀਂ ਰਹੇ। ਪਤਾ ਕੀ ਹੈਗਾ, ਇੱਕ ਤਾਂ ਦਾਲ, ਮੈਂ ਇਹਨਾਂ ਨੂੰ ਕਿਉਂ ਰੋਕ ਰੱਖਿਆ ਗਿਆ, ਮੈਂ ਕਿ ਉਧਰ ਉਹਨਾਂ ਨੇ ਮੈਨੂੰ ਕਿਹਾ ਗਿਆ ਵੀ ਹਾਂ ਦੋਨਾਂ ਜਣਿਆਂ ਨੂੰ ਰੋਕ ਕੇ ਰੱਖਣਾ ਹੈਗਾ ਕਿ ਅਸੀਂ ਕੇਕ ਵਾਲਾ ਸਾਹਿਬ ਜੀ ਮੈਡਮ ਨੇ ਹੱਥ ਦੇ ਬੁੱਲ ਸਾਰੇ ਲਵੇੜ ਲਏ ਗਏ। ਸੱਚੀ ਭਾਈ ਮੈਡਮ ਦਾ ਪਾਣੀ ਕਮਾਦਾ ਸੀ, ਅਸੀਂ ਮੈਡਮ ਨੇ ਹੱਥ ਵੀ ਐ ਕਰ ਰੱਖਿਆ, ਪੂਰੇ ਲਵੇੜ ਰੱਖਿਆ, ਬੁਰਾ ਹਾਲ ਆ ਭਾਈ, ਕਿਉਂਕਿ ਆਫਟਰ ਆਲ ਕੇਕ ਹੈ। ਤੇ ਰਜਨੀਸ਼ ਮੈਡਮ ਦਾ ਹਾਲਾਤ ਦੇਖ ਕੇ ਮੈਨੂੰ ਰੀਲ ਜੀ ਯਾਦ ਆ ਰਹੀ, ਉਹ ਨਹੀਂ ਕਹਿੰਦੇ ਆ ਕੇਕ ਖਾਓਗੇ, ਉਹ ਕਹਿੰਦੇ ਮੈਂ ਖਾਇਆ ਹੀ ਨਹੀਂ ਹੈ। ਆ ਦੇਖੋ ਸਾਰਾ ਕਿਦਾਂ ਦਾ ਕੀਤਾ ਹੈ ਕੇਕ, ਹੁਣ ਮੂੰਹ ਪੂੰਝ ਕੇ ਆਇਆ, ਮੂੰਹ ਪੂੰਝ ਕੇ ਆਇਆ, ਦੇਖੋ ਆ ਕਰਤਾ ਰਹਿ ਗਿਆ, ਹੱਥ ਗੰਦੇ ਨਹੀਂ ਆ ਮਹਾਰਾਜ, ਇਹ ਆ ਵਾਲਾ ਹੱਥ ਚੱਕਿਓ ਜੀ, ਇੱਕ ਮਿੰਟ ਆ ਵਾਲਾ ਹੱਥ ਚੱਕੋ। ਚਲੋ ਚਲੋ ਭਾਈ ਪੜੋ, ਹੁਣ ਤੁਸੀਂ ਕੰਟੀਨਿਊ ਰੱਖੋ, ਪਰਮਾਤਮਾ ਕਰੇ ਤਰੱਕੀ ਕਰੋ ਯਾਰ। ਦੇਖੋ ਇਹੋ ਜਿਹੇ ਟੀਚਰਸ ਬਹੁਤ ਕਿਸਮਤ ਵਾਲਿਆਂ ਨੂੰ ਮਿਲਦੇ ਹੁੰਦੇ ਆ, ਜੋ ਡੈਡੀਕੇਟਡ ਰਹਿਣ ਤੁਹਾਡੇ ਵਾਸਤੇ, ਦਿਨ ਦੁਗਣੀ ਰਾਤ 1,000 ਗੁਣੀ ਤਰੱਕੀ ਕਰੋ। ਸਤਿ ਸ਼੍ਰੀ ਅਕਾਲ ਸਰ ਨੂੰ, ਸਰ ਕਰੋ ਕੰਟੀਨਿਊ। ਹਾਂਜੀ PDF ਵੀ ਦੇਵਾਂਗੇ, ਨਾ ਟੈਨਸ਼ਨ ਲਓ, PDF ਵੀ ਦੇ ਰਹੇ ਹੈਗੇ ਆ, PDF ਵੀ ਦੇਵਾਂਗੇ ਕਲਾਸ ਮਹਿੰਦਰ ਸਰ ਹੈਗੇ, ਪੂਰੀ ਟੀਮ ਹੈ, ਤੁਹਾਡਾ ਸਾਰਿਆਂ ਦਾ ਤਹਿ ਦਿਲ ਤੋਂ ਸ਼ੁਕਰ ਗੁਜ਼ਾਰ ਆ, ਕਿਉਂਕਿ ਤੁਸੀਂ ਇੰਨਾ ਬਰਥਡੇ ਸਪੈਸ਼ਲ ਬਣਾਇਆ, ਕਿਉਂਕਿ ਕਲਾਸ ਤੁਹਾਡੀ ਪੜ੍ਹਾਈ ਵਾਸਤੇ ਹੈ। ਇੱਕ ਮੇਰਾ ਸੀਗਾ ਮਨ ਕਿ ਹਾਂ ਤੁਹਾਡੇ ਨਾਲ ਸੈਲੀਬ੍ਰੇਟ ਕੀਤਾ ਜਾਵੇ, ਤਾਂ ਸੈਲੀਬ੍ਰੇਟ ਵੀ ਕੀਤਾ ਤੇ ਤੁਹਾਡੀ ਪੜ੍ਹਾਈ ਨਾਲ ਵੀ ਸੈਲੀਬ੍ਰੇਟ ਕੀਤਾ। ਬਿਲਕੁਲ, ਆ ਜਾਓ ਚੱਲਦੇ ਅਗਲੇ ਕੁਐਸਚਨ ਦੇ ਵਿੱਚ। ਅੱਛਾ ਅੱਛਾ,
ਆ ਸਾਰਿਆਂ ਚੋਂ ਕਹਿੰਦਾ ਸਭ ਨਾਲ ਵੱਡਾ ਨੰਬਰ ਕਿਹੜਾ ਹੈ, ਆ ਸਾਰਿਆਂ ਚੋਂ ਸਭ ਨਾਲ ਵੱਡਾ ਨੰਬਰ ਕਿਹੜਾ ਹੈ, ਸਭ ਨਾਲ ਵੱਡਾ ਨੰਬਰ ਕਿਹੜਾ ਹੈ, ਸਾਰੇ ਬੱਚੇ ਦੱਸੋਗੇ ਫਟਾਫਟ ਕਿੰਨਾ ਆਏਗਾ। ਬੱਚਾ 2 ਦੀ ਪਾਵਰ 60, 3 ਦੀ ਪਾਵਰ 48, 4 ਦੀ ਪਾਵਰ 36, 5 ਦੀ ਪਾਵਰ 24, ਆ ਸਾਰਿਆਂ ਚੋਂ ਵੱਡਾ ਨੰਬਰ ਕਿਹੜਾ ਹੈ, ਵੱਡਾ ਨੰਬਰ ਦੱਸੋਗੇ ਬੱਚਾ ਸਾਰਿਆਂ ਨੂੰ 12। ਦੇਖੋ ਹੁਣ ਸਿੰਪਲ ਜੀ ਗੱਲ ਹੈ, ਇਹਨਾਂ ਚੋਂ ਕਿਹੜਾ ਨੰਬਰ ਹੈ ਜੋ ਸਾਰੇ ਨੰਬਰਾਂ ਨਾਲ ਘੱਟੀ, ਹੁਣ ਦੇਖੋ 60 ਹੈ, 48 ਹੈ, 36 ਹੈ, 24 ਹੈ, ਕੀ ਆ ਜੋ ਸਾਰੇ ਨੰਬਰ ਹੈ, ਬੱਚਾ 12 ਦੀ ਟੇਬਲ 'ਤੇ ਨਹੀਂ ਕੱਟ ਰਿਹਾ। ਤੁਸੀਂ ਕਹੋਗੇ ਸਰ 12 'ਤੇ ਕੱਟਾਂਗੇ, 12 5 60, ਲਓ ਜੀ 2 ਦੀ ਪਾਵਰ 5 ਰਹਿ ਗਈ। ਇਹਨੂੰ 12 'ਤੇ ਕੱਟਾਂਗਾ ਬੱਚੇ, 12 ਚੌਕੇ 48 ਹੁੰਦੇ ਹੈ, ਇਹਨੂੰ 12 'ਤੇ ਕੱਟੇ ਬਾਅਦ 4 ਆ ਜਾਏਗਾ, ਇਹਨੂੰ 12 'ਤੇ ਕੱਟੇ ਬਾਅਦ 12 3 36, ਅਤੇ ਇਹਨੂੰ 12 'ਤੇ ਕੱਟੇ ਬਾਅਦ 12 2 24। ਮਤਲਬ ਮੈਂ ਸਾਰੇ ਨੰਬਰ 12 ਨਾਲ ਡਿਵਾਈਡ ਕਰਾ ਤੇ ਹੁਣ ਕੁਸ਼ਚਨ ਸੌਖਾ ਹੋ ਚੁੱਕਿਆ। 2 ਨੂੰ 5 ਵਾਰੀ ਗੁਣਾ ਕਰਾਉਣਾ ਆਸਾਨ ਹੀ ਹੈ ਯਾਰ, 2 ਦੂਣੀ 4, 4 ਦੂਣੀ 8, 8 ਦੂਣੀ 16, 16 ਦੂਣੀ 32, 2 ਦੀ ਪਾਵਰ 5 ਕਿੰਨੀ ਹੁੰਦੀ ਹੈ ਬੱਚਾ, 32 ਹੁੰਦੀ ਹੈ। 3 ਦੀ ਪਾਵਰ 4 ਕਿੰਨੀ ਹੋਏਗੀ, 3 ਦੀ ਪਾਵਰ 4, 3 ਦੀ ਪਾਵਰ 4 ਕਿੰਨੀ ਹੋਏਗੀ, 81। ਵੈਰੀ ਗੁੱਡ, 3 3 9, 9 3 27, 27 3 81, ਮਤਲਬ 3 ਦੀ ਪਾਵਰ 4 ਹੋਏਗੀ 81, ਠੀਕ ਹੈ। 4 ਦੀ ਕਿਊਬ ਕਿੰਨੀ ਹੁੰਦੀ ਹੈ, 4 ਦੀ ਕਿਊਬ ਹੁੰਦੀ ਹੈ 64, ਤੇ 5 ਦਾ ਸਕੇਅਰ ਕਿੰਨਾ ਹੁੰਦਾ, 25 ਹੁੰਦਾ। ਹੁਣ ਤਾਂ ਦੱਸ ਸਕਦੇ ਹੋ ਕਿਹੜਾ ਵੱਡਾ ਕਿਹੜਾ ਛੋਟਾ, ਹੁਣ ਤਾਂ ਦੱਸ ਸਕਦੇ ਹੋ। ਨਵੇਂ ਸਾਲ 'ਚ ਮੈਂ ਸਿਲੈਕਸ਼ਨ ਲੈਣੀ, ਬਿਲਕੁਲ ਬੱਚੇ ਸਾਰਿਆਂ ਨੇ ਲੈਣੀ ਹੈ। ਆਪਦੀ ਜੋ ਪ੍ਰੋਸੈਸ ਹੈ ਬੱਚਾ, ਅੱਜ ਤੋਂ ਹੀ ਪੜ੍ਹਨਾ ਸ਼ੁਰੂ ਕਰ ਦਿਓ। ਬਹੁਤ ਸਾਰੀਆਂ ਵੈਕੈਂਸੀਆਂ ਰਹਿ ਗਿਆ ਆਉਣ ਵਾਲੇ ਟਾਈਮ ਦੇ ਵਿੱਚ, ਆਪਦਾ ਨਾਮ ਰੋਸ਼ਨ ਕਰਨਾ, ਆਪਦੇ ਮਾਂ ਪਿਓ ਦਾ ਨਾਮ ਰੋਸ਼ਨ ਕਰਨਾ, ਆਪਦੇ ਪੇਰੈਂਟਸ ਦਾ ਨਾਮ ਰੋਸ਼ਨ ਕਰਨਾ, ਕਿ ਹਾਂ ਤੁਹਾਡੀ ਲਾਈਫ ਸਕਸੈਸ ਹੋਵੇ ਤਾਂ ਤੁਹਾਨੂੰ ਅੱਜ ਤੋਂ ਹੀ ਤਿਆਰੀ ਕਰਨੀ ਸਟਾਰਟ ਕਰਨੀ ਚਾਹੀਦੀ। ਜੋ ਬੱਚਾ ਹੁਣ ਮੰਨ ਲਾ, ਮੈਂ ਇੰਨੇ ਜਵਾਕਾਂ ਨੂੰ ਕਹੂੰਗਾ, ਕੋਈ ਸਰ 4 5 ਜਾਗ ਉੱਠਣ ਤੋਂ ਹੀ ਚਲੋ ਠੀਕ ਹੈ, ਜਿੰਨੇ ਵੀ ਹੋਏ ਠੀਕ ਹੈ ਨਾ। ਚਲੋ ਹੁਣ ਦੇਖੋ ਯਾਰ ਇਹਦੇ 'ਚ ਵੱਡਾ ਕਿਹੜਾ, ਸਿੰਪਲ ਜੀ ਗੱਲ ਦੇਖ ਲਓ, 81 ਵੱਡਾ ਹੈ, 3 ਦੀ ਪਾਵਰ 4 ਵੱਡਾ ਹੈ, ਮਤਲਬ 3 ਦੀ ਪਾਵਰ 48, ਆਪਸ਼ਨ ਨੰਬਰ ਬੀ ਆਨਸਰ ਆ ਜਾਏਗਾ। ਅਗਲੇ 'ਤੇ ਆ ਜਾਂਦੇ ਹਾਂ, ਚਲੋ ਲਓ ਜੀ ਫਿਰ ਆ ਗਏ ਮੈਂ। 2 ਖੰਭੇ ਆ ਯਾਰ, ਹੁਣ ਸਰ ਇਹ ਬਿਲਕੁਲ ਬੱਚਾ ਬੇਸਿਕ ਸਵਾਲ ਹੈ, ਇਹ ਬਿਲਕੁਲ ਬੇਸਿਕ ਸਵਾਲ ਹੈ, ਕਹਿੰਦਾ 2 ਖੰਭੇ, ਇੱਕ 15 ਮੀਟਰ ਦਾ, ਇੱਕ 30 ਮੀਟਰ ਦਾ। ਯਾਰ ਮੈਂ ਖੰਭੇ ਬਣਾ ਦਿੱਤਾ ਏਦਾਂ ਕਰਕੇ, ਇੱਕ 15 ਮੀਟਰ ਦਾ ਹੈ, ਇੱਕ 30 ਮੀਟਰ ਦਾ ਹੈ। ਮੰਨ ਲਓ ਬੱਚਾ ਜੇ ਆਹ 15 ਮੀਟਰ ਦਾ ਹੈ, ਤਾਂ ਅਗਰ ਮੈਨੂੰ ਉੱਥੋਂ ਬੰਦ ਕਰਦਾ ਤਾਂ ਇੱਥੋਂ ਤੱਕ ਤਾਂ ਵੀ 15 ਹੋਏਗਾ ਨਾ, ਇਹੀ ਤਾਂ ਹੈ ਨਹੀਂ, ਇਹ ਖੰਭਾ ਟੇਢਾ ਖੜਾ, ਦੋਨੋਂ ਸਿੱਧੇ ਖੜੇ ਹੈ, ਤਾਂ ਆਹ ਵੀ ਕਿੰਨਾ ਹੋਊਗਾ, ਤੇ ਆਹ ਵੀ ਦੇਖੋ ਬੇਸ ਤਾਂ ਸੇਮ ਹੋਏਗਾ। ਹੁਣ ਮੰਨ ਲਓ ਇੱਥੇ ਖੜੇ ਆਈ, ਆਹ 15 ਦਾ ਹੈ, ਆਹ 30 ਦਾ ਹੈ, ਇੱਥੇ ਤੱਕ ਤਾਂ 15 ਦਾ ਹੀ ਹੋਏਗਾ, 30 ਦਾ ਪੂਰਾ ਹੈ, ਤਾਂ ਆਹ ਲਓ 15 ਮੀਟਰ ਉੱਪਰ ਹੈ। ਇੰਨੀ ਗੱਲ ਕਲੀਅਰ ਹੈ, ਇੰਨੀ ਗੱਲ ਕਲੀਅਰ ਹੈ, ਫਟਾਫਟ ਇੱਕ ਵਾਰ ਥੰਬਸਅਪ ਜ਼ਰੂਰ ਕਰ ਦੋਗੇ ਕਿ ਬੱਚਾ ਆਹ ਜੋ ਹੈ ਉਹ 15 ਮੀਟਰ ਦਾ ਹੈ, ਆਹ ਵੀ 15 ਹੋਏਗਾ, ਜੇ ਪੂਰਾ 30 ਦਾ ਹੈ ਤਾਂ ਉੱਪਰ 15 ਚੱਲਿਆ ਗਿਆ। ਹੁਣ ਕਹਿੰਦਾ ਕੀ ਹੈ ਬੱਚਾ, ਇਹਨੇ ਇੱਦਾਂ ਕਿਹਾ ਹੈ, ਇਹ ਕਹਿੰਦਾ ਕਿ ਇਸਦੇ ਸਿਰਿਆਂ ਵਿਚਕਾਰ ਦੂਰੀ ਕਿੰਨੀ ਹੋਵੇਗੀ, ਜੋ ਸਿਰੇ ਹੈ ਬੱਚਾ, ਜੋ ਅਪਰ ਸਾਈਡ ਦੇ ਸਿਰੇ ਹੈ, ਉਹਨਾਂ ਦੇ ਵਿਚਕਾਰ ਦੀ ਦੂਰੀ ਕਿੰਨੀ ਹੋਵੇਗੀ, ਆਹ ਦੂਰੀ ਪੁੱਛੀ ਹੈ ਬੱਚਾ, ਆਹ ਦੂਰੀ। ਮੈਨੂੰ ਇੱਕ ਗੱਲ ਦੱਸ ਦਿਓ ਯਾਰ, ਇਹਨੇ ਐਵੇਂ ਵੀ ਕਿਹਾ, ਕਹਿੰਦਾ ਹੇਠਲਾ ਸਿਰਾ 36 ਮੀਟਰ ਦੀ ਦੂਰੀ 'ਤੇ ਹੈ, ਮਤਲਬ ਇੱਥੋਂ ਲੈ ਕੇ ਇੱਥੇ ਤੱਕ ਦੂਰੀ ਜੋ ਹੈ ਉਹ 36 ਮੀਟਰ ਹੈ, ਤਾਂ ਇੱਥੋਂ ਲੈ ਕੇ ਇੱਥੇ ਤੱਕ ਵੀ ਦੂਰੀ ਕਿੰਨੀ ਹੋਵੇਗੀ, 36 ਮੀਟਰ ਹੋਵੇਗੀ। ਹੁਣ ਇੱਕ ਗੱਲ ਆਹ ਦੇਖ ਲਓ ਕਿ ਆਹ 15, ਆਹ 36, ਆਹ ਕਿੰਨੀ, ਪਾਇਥਾਗੋਰਸ ਪੜ੍ਹੀ ਹੋਈ ਹੈ ਸਰ, ਉਹ ਆਪਾਂ ਕਹਿੰਦੇ ਨਾ ਲੰਬ ਸਕੇਅਰ, ਆਧਾਰ ਸਕੇਅਰ, ਕਰਨ ਸਕੇਅਰ, ਪਰਪੈਂਡੀਕੂਲਰ, ਲਾਲ ਬਟਾ ਕੱਕਾ, ਇੱਕ PHB ਕਹਿ ਦਿੰਦੇ ਆ, ਪਰਪੈਂਡੀਕੂਲਰ ਬੇਸ ਹਾਈਟ, ਉਹੀ ਹੈ ਬੱਚਾ। 15 ਦਾ ਸਕੇਅਰ ਕਰੋਗੇ 225 ਆ ਜਾਏਗਾ, ਠੀਕ ਹੈ। 36 ਦਾ ਸਕੇਅਰ ਕਿੰਨਾ ਹੁੰਦਾ, 36 ਦਾ ਸਕੇਅਰ ਤੁਸੀਂ ਕਹੋਗੇ ਸਰ 36 ਦਾ ਸਕੇਅਰ ਹੁੰਦਾ 1296। ਹੁਣ ਕਈਆਂ ਨੂੰ ਯਾਰ ਸਕੇਅਰ ਨਿਕਾਲਣੇ ਨਹੀਂ ਆਉਂਦੇ ਬੱਚਾ, ਮੈਂ ਸਪੈਸ਼ਲ ਸੈਸ਼ਨ ਲਾਏ ਹੋਏ ਆ, ਜੇ ਤੁਸੀਂ ਹਾਲੇ ਤੱਕ ਨਹੀਂ ਦੇਖਿਆ ਤਾਂ ਜ਼ਰੂਰ ਦੇਖਿਆ ਜੇ। ਜੋੜਾਂਗੇ ਬੱਚਾ ਕਿੰਨਾ ਆ ਜਾਏਗਾ, 1521 ਆ ਜਾਏਗਾ, ਜੋੜਾਂਗੇ ਕਿੰਨਾ ਆ ਜਾਏਗਾ, 1521 ਆ ਜਾਏਗਾ, ਇਹਨਾਂ ਨੂੰ ਜੋੜਨ 'ਤੇ ਕਿੰਨਾ ਆ ਜਾਏਗਾ, 1521 ਆ ਜਾਏਗਾ। ਹੁਣ ਯਾਰ 1521 ਕਿਹਦਾ ਸਕੇਅਰ ਹੈ, 40 ਦਾ ਸਕੇਅਰ ਹੁੰਦਾ ਬੱਚਾ 1600, 4 ਚੌਕੇ 16, ਤਾਂ ਇਹ ਥੋੜਾ ਜਿਹਾ ਪਿੱਛੇ ਹੈ 1600 ਤੋਂ, ਮਤਲਬ ਇਹ 39 ਦਾ ਸਕੇਅਰ ਹੈ, ਮਤਲਬ ਜੋ ਆਹ ਦੂਰੀ ਹੈ ਇਹਨਾਂ ਸਿਰਾਂ ਦੇ ਵਿਚਕਾਰ ਦੀ ਦੂਰੀ ਹੈ 39 ਮੀਟਰ ਆ ਜਾਏਗੀ। ਫਟਾਫਟ ਇੱਕ ਵਾਰ ਥੰਬਸਅਪ ਕਰ ਦਿਓ ਕਿ ਸਰ ਗੱਲ ਬਿਲਕੁਲ ਓਕੇ, ਗੱਲ ਬਿਲਕੁਲ ਕਲੀਅਰ ਹੈ। ਹਾਂਜੀ ਥੰਬਸਅਪ ਕਰ ਦੇਣਗੇ ਫਟਾਫਟ, ਕਿੰਨਾ ਆਨਸਰ ਆਏਗਾ, ਸ਼ਾਬਾਸ਼। ਚਲੀਏ ਅੱਗੇ, ਅਗਲੇ ਤੇ ਚਲੀਏ, ਅਗਲਾ ਸਵਾਲ ਲਓ ਸਰ। ਲਓ ਜੀ ਇਹ ਕੁਐਸਚਨ ਬੜਾ ਸ਼ਾਨਦਾਰ ਕੁਐਸਚਨ ਹੈ ਭਾਈ, ਬਣਾਓ ਫਟਾਫਟ, ਹੈ ਨਾ। ਇਹ ਕੁਐਸਚਨ ਆ ਗਿਆ ਤੁਹਾਡਾ, ਜਦੋਂ ਸੂਰਜ ਮਤਲਬ ਕਿ ਪਰਛਾਵੇਂ ਦੀ ਗੱਲ ਆ ਜਾਂਦੀ ਹੈ ਉਦੋਂ ਇਹ ਕੁਐਸਚਨ ਆਉਂਦਾ, ਔਰ ਇਹ ਕੁਐਸਚਨ ਹਰ ਐਗਜ਼ਾਮ ਦੇ ਵਿੱਚ ਆ ਰਿਹਾ, ਪਿਛਲੇ ਜਿੰਨੇ ਵੀ ਐਗਜ਼ਾਮ ਦੇਖੋਗੇ ਆ ਰਿਹਾ। ਹੁਣ ਜਦੋਂ ਵੀ ਇਹ ਕੁਐਸਚਨ ਆਉਂਦਾ ਨਾ ਜਿਸ ਦੇ ਵਿੱਚ ਇਹ ਗੱਲ ਕਰਦਾ ਹੈ ਪਰਛਾਵੇਂ ਦੀ, ਉਦੋਂ ਹਮੇਸ਼ਾ ਸਭ ਤੋਂ ਪਹਿਲੀ ਜਿਹੜੀ ਚੀਜ਼ ਹੈ ਉਹ ਇੱਥੇ ਤੁਹਾਨੂੰ ਡਿਪੈਂਡ ਕਰੇਗੀ, ਉਹ ਕੀ ਕਰੇਗੀ, ਉਹ ਕਰੇਗਾ ਟਾਈਮ, ਕਿਉਂਕਿ ਪਰਛਾਵਾਂ ਉਦੋਂ ਹੀ ਬਣੇਗਾ ਜਦੋਂ ਧੁੱਪ ਹੋਏਗੀ, ਧੁੱਪ ਮਤਲਬ ਕਿ ਸੂਰਜ ਦੀ ਪੋਜੀਸ਼ਨ, ਕਿਉਂਕਿ ਜੋ ਪਰਛਾਵਾਂ ਬਣਦਾ ਹੈ ਉਹ ਕਿਸ ਤਰੀਕੇ ਨਾਲ ਬਣਦਾ, ਅਕੋਰਡਿੰਗ ਟੂ ਸੂਰਜ ਅਲੱਗ ਅਲੱਗ ਬਣਦਾ ਨਾ। ਜਿਵੇਂ ਤੁਸੀਂ ਕਈ ਵਾਰ ਦੇਖਿਆ ਹੋਣਾ ਪਿੰਡਾਂ 'ਚ, ਆਪਾਂ ਕਹਿ ਦਿੰਦੇ ਹਾਂ ਵੀ ਗੁਰੂ ਘਰ ਦਾ ਜਿਹੜਾ ਪਰਛਾਵਾਂ ਹੈ ਸਵੇਰੇ ਇਸ ਸਾਈਡ ਪੈਂਦਾ ਹੈ, ਸ਼ਾਮ ਨੂੰ ਆਪਣੇ ਘਰ ਵਾਲੀ ਸਾਈਡ ਆ ਗਿਆ, ਕਿਸੇ ਕੰਨ ਦਾ ਪਰਛਾਵਾਂ ਹੈ ਸਵੇਰੇ ਉਸ ਸਾਈਡ ਹੈ ਜੀ, ਸ਼ਾਮ ਨੂੰ ਇਸ ਸਾਈਡ ਆ ਗਿਆ, ਤਾਂ ਮਤਲਬ ਜਦੋਂ ਸੂਰਜ ਦੀ ਪੋਜੀਸ਼ਨ ਚੇਂਜ ਹੁੰਦੀ ਹੈ ਤਾਂ ਪਰਛਾਵਾਂ ਵੀ ਕੀ ਹੁੰਦਾ, ਚੇਂਜ ਹੁੰਦਾ। ਤਾਂ ਉਸੇ ਤਰੀਕੇ ਨਾਲ ਉਹਨੇ ਕੀ ਕਿਹਾ, ਕਹਿੰਦਾ ਐਟ ਸਨਰਾਈਜ਼, ਸਨਰਾਈਜ਼ ਦਾ ਮਤਲਬ ਕੀ ਹੋ ਗਿਆ, ਸਨਰਾਈਜ਼ ਦਾ ਇੱਥੇ ਮਤਲਬ ਹੋ ਗਿਆ ਮੋਰਨਿੰਗ ਦਾ ਟਾਈਮ, ਸਨਰਾਈਜ਼ ਦਾ ਮਤਲਬ ਹੈ ਜੀ ਮੋਰਨਿੰਗ ਦਾ
टाइम तो हम मॉर्निंग दे टाइम अगर मैं सूरज की गल करूंगा तो सूरज कितने होएगा, सूरज कितने होएगा भाई, सूरज होएगा जी कितने ईस्ट दे विच। सन अगर ईस्ट दे विच है तो जिहड़ा परछावा है वह कितने बनेगा, वह बनेगा सर वैस्ट दे विच। परछावा कितने जाएगा जी, जस्ट अपोजिट मतलब कि वैस्ट दे विच इहदी शैडो बनेगी। हुण जो दो परसन खड़े होणगे ना वह किवें खड़े होणगे, साउथ फेस और नॉर्थ फेस। पर वह की कहिंदा कहिंदा दीक्षा ते अर्पिता दोनों की है सीटिंग विद देयर बैक्स, कहिंदा भी एक दूजे दे वल पिठ करके बैठिया हुई हैं। तो मतलब अगर एक परसन पिठ करके बैठा तो उहदा मूंह कित्थे हो जाएगा, नॉर्थ नूं, दूसरे की इसदी साइड पिठ है तो उहदा मूंह कित्थे है, साउथ वल है। हुण तुसीं सिर्फ इस क्वेश्चन एक ही चीज़ ध्यान देनी है, मैं हमेशा दसदा हुंदा कि यह जिहड़ी पोजिशन है तुसीं सिर्फ और सिर्फ चैक करना है कि आ जो शैडो बन रही है ना ये लैफ्ट बन रही है या राइट बन रही है, शैडो ही चैक करनी है और कुछ नहीं। हुण उहने की कहा कहिंदा जी शैडो जिहड़ी है दीक्षा दी फॉलिंग टू द राइट साइड ऑफ अर्पिता, की कहिंदा है कहिंदा सज्जे डिग रही है। मैं सिर्फ ते सिर्फ एक ही चीज चैक करनी है कि आ शैडो जिहड़ी है आ परछावां है किस दे सज्जे पासे बन रहा है। तो अगर मैं इस परसन का सज्जा चैक करूंगा तो की हो जाएगा, ए वाला होएगा सर, और अगर इस परसन का सज्जा चैक करूंगा तो किधर होएगा, परछावे वाली साइड होएगा ना। तो आप यही चैक करना है कि परछावे वाले पासे सज्जा किसका है, तो इस परसन का यह कौन है, कहिंदा दी राइट साइड ऑफ अर्पिता, तो मतलब ये कौन है, ये है सर अर्पिता। अगर ये अर्पिता है तो उसके नाल कौन बैक नाल बैक लगा के बैठी है, दीक्षा, तो ये होगी सर दीक्षा। आ लो जी ये होगी दीक्षा। हुण की पूछे अपने तो, कहिंदा जी दैन विच डायरेक्शन इज अर्पिता फेसिंग, कहिंदे अर्पिता का फेस कित्थे है, तो अर्पिता देखो कित्थे देख रही है, नीचे नूं देख रही है, प्लस दे साइन दे विच नीचे वाली एरो किनूं रीप्रजेंट करती है, साउथ नूं रीप्रजेंट करती है, मतलब आंसर आएगा तुहाडा दक्षण। दक्षण कित्थे है जी, ऑप्शन डी, ते डी विल बी द करैक्ट आंसर। किस किस का क्वेश्चन सही होया एक बार हथ खड़े करो, मैनूं क्वेश्चन जिहड़ा है मिक्स दिख रहा, किसी का साउथ किसी का ईस्ट किसी का नॉर्थ, है ना, किसी का ईस्ट किसी का साउथ किसी का नॉर्थ, लेकिन आंसर बिल्कुल इतने साउथ आएगा। बाकी जनिया का यह क्वेश्चन गलत हो गया, दोबारा चैक करना, डेली एक बजे क्लास होंगी है, वो जुड़ोगे तो यह क्वेश्चन तुम्हें हलवा लगन लग जाएंगे, मेरी गारंटी है, ये मेरी गारंटी है। सर जी सर अगले क्वेश्चन थे, चलो जी सर आ जाओ भी, अगला क्वेश्चन आ गया थोड़ी स्क्रीन पर। लो जी अगला क्वेश्चन भी बड़ा शानदार क्वेश्चन है, बहुत सारे पेपर के पूछा गया, कहिंदा जिहड़ा स्टूडेंट वर्ड है ये जिहड़े लैटर आए ना, कहिंदा इन्हां दे विचकार उन्ने ही लैटर है जिन्ने उन्हां दे विच अल्फाबैटिक उन्हां नूं अरेंज करते हैं, अल्फाबैटिकली ए बी सी डी दे विच अरेंज करते हैं, तो उन्हां दे विचकार उन्हां दे सेम लैटर होंदे है, सेम लैटर होंगे। ये क्वेश्चन जो भी करना हो दो तरीके दे नाल करना है, या तो डायरैक्ट ए बी सी डी, हुण इहदे च ना तुहाडी बचपन की जिहड़ी चीज़ है ना ए बी सी डी उही बोलनी है ये, या फिर तुसी इहदी प्लेस वैल्यू दे नाल जा सकते हो। जिवें की कह रहा है कहिंदा जी स्टूडेंट वर्ड है एस टी यू डी ई एन टी, स्टूडेंट वर्ड है, कहना इस दे विच मैनूं दस दो भी अक्षरां दे किन्ने जोड़े है। तो देखो या तो तरीका है कि एस तो ए बी सी डी पढ़नी स्टार्ट करो, एस तो बाद टी एक पेयर बन गया, एस टी यू दो पेयर बन गए, फिर की आ गया वी डबल्यू एक्स वाई, नहीं है जी, टी तो बाद देखो टी यू, यू की थान से यू आ गया, उस तो बाद वी डबल्यू एक्स वाई, नहीं है, फिर यू तो बाद अगे पढ़िया नहीं है, डी तो बाद ई आ गया सर, सेम थान से आ गया ना, डी तो बाद ई, एफ जी ई एफ जी एन ओ, तो हुण इत्थों वापिस पढ़ांगे इस तरीके दे नाल, तां कहिंदा टी यू वी डबल्यू एक्स वाई जैड, कोई सेम नहीं आया, एन तो स्टार्ट करो, एन ओ पी क्यू आर एस, तो देखो एस की थान से एस आ गया, एस की थान से एस आ गया, तो मतलब ये पेयर बन गया जी, ई तो पढ़ना स्टार्ट करो, एफ जी एच आई, नहीं है डी तो बाद ई एफ जी, नहीं है यू वी डबल्यू टी यू, तो किन्ने पेयर बन गए, एक दो तीन चार और पांच, तो टोटल किन्ने पेयर बन गए भाई, टोटल ये पांच इहो जे अक्षर है जिन्हां दे विचकार उन्ने ही अक्षर है जिन्हें इन्हां दे अल्फाबैटिक अरेंज करते हैं उदो होंगे है, मतलब ऑप्शन बी विल बी द करेक्ट। ये तो चार कह रहे हैं सारे, सारे चार कह रहे हैं, बस फिर उही गल कहता ना कि अज बाहुबली सर तलवार तिखी करके लिया, सिर्फ एक ही काम वास्ते डोलू मांजना है, सारे का मांजा जा रहा, सारे का मांजा जा रहा, सारे का ते यार दिख प्रॉपर वे नाल दिख रहा है, जो पूरा चाहिए कोई कदे भी ना क्वेश्चन नु ऐदा नहीं लेना कि हल्के च लै जाओ, बिल्कुल बिल्कुल सर, कई बार हल्के च लै जांदे गए, ध्यान नाल ही दिंदे गए, ये क्वेश्चन बहुत सौखा है सर, ए बी सी डी पढ़नी है यार, बचपन तो पढ़ रहे हो, उन्ने अक्षर देखने जिन्ने इन्हां दे अल्फाबैटिकली अरेंज करते हैं उदो इन्हों के विचकार होंगे, करना की सी, बहुत सौखा क्वेश्चन सी, और जिहड़ा बच्चा डेली एक बजे वाली क्लास च जुड़ रहा है ना, डेली एक बजे एक पी एम डेली क्लास होंगी है अपनी यूट्यूब पर फ्री ऑफ कॉस्ट, ठीक है, और डेली दस बजे होंगी है पेड के, और एक शाम को होंगी है चार पी एम पेड के, जिहड़ियां क्लासें तुसी लगा लोगे ना रीजनिंग दे विच फुल वटा फुल नंबर की गारंटी मेरी है। चलिए सर अगले ते, चलो करो जी ते ना दे ना बच्चे पीडीएफ पीडीएफ पूछ रहे सीगे, हां तो बिल्कुल पीडीएफ तुहानू दे के जावांगे, पीडीएफ तुहानू हुणे ही मिलेगी, जस्ट हुणे ही मिलेगी, तां सर कम्यूनिटी ते पा दी ऐप दी कम्यूनिटी ते पा, अच्छा पहले ये दसो यार ऐप किदे किदे कोल है, सब तो पहली चीज ऐप किदे किदे कोल डाउनलोड है, ऐप तुहाडे विचों किस किस कोल इंस्टॉल है, क्योंकि ऐप दे उपर अगर
ਤੁਹਾਡੇ ਕੋਲ ਇੰਸਟਾਲ ਹੈ ਤਾਂ ਉੱਥੇ ਨਹੀਂ ਤਾਂ ਫਿਰ ਕੋਈ ਹੋਰ ਦੇਖਦੇ ਹਾਂ ਤੁਹਾਨੂੰ ਇੱਥੇ ਹੀ ਦੇਖ ਕੇ ਜਾਵਾਂਗੇ ਦੱਸੋ ਫਟਾਫਟ ਕੀ ਕੁਛ ਐਪ ਹੋਏਗੀ ਤੁਹਾਡੇ ਕੋਲ ਸਾਰਿਆਂ ਦੇ ਫੋਨ 'ਚ ਤਾਂ ਜਿਹਨਾਂ ਕੋਲ ਐਪ ਨਹੀਂ ਹੈ ਪਈ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਲਿੰਕ ਲੱਗਿਆ ਹੋਊਗਾ ਐਪ ਦਾ ਐਪ ਡਾਊਨਲੋਡ ਕਰ ਲਿਆ ਜੇ ਸ਼ਾਇਦ ਲਿੰਕ ਆਈ ਗੈਸ ਲੱਗਿਆ ਹੋਊਗਾ ਸਰ ਦੇਖਣਾ ਲਿੰਕ ਦੇਖ ਲੈਂਦੇ ਕੋਈ ਚੱਕਰ ਮੈਂ ਦੇਖ ਲੈਂਦਾ ਹਾਂਜੀ ਲਿੰਕ ਦੇਖ ਲਓ ਅਤੇ ਫਿਰ ਆਪਣੇ ਇੱਕ ਸੈਕਿੰਡ ਦਿਓ ਪੀ ਡੀ ਐਫ ਜ਼ਰੂਰ ਲੈ ਲਿਆ ਜਾ ਕਿਉਂਕਿ ਆਈ ਹੈਵ ਆਈ ਹੈਵ ਆਈ ਹੈਵ ਠੀਕ ਹੈ ਮੈਂ ਇੱਕ ਸੈਕਿੰਡ ਦੇਖ ਲੈਂਦਾ ਹਾਂ ਭਾਈ ਲੱਗੇ ਹੋਏ ਦੋਨੋਂ ਲਿੰਕ ਲੱਗੇ ਭਾਈ ਥੱਲੇ ਡਿਸਕ੍ਰਿਪਸ਼ਨ 'ਚ ਜਾਓਗੇ ਨਾ ਡਿਸਕ੍ਰਿਪਸ਼ਨ 'ਚ ਚੈੱਕ ਕਰੋਗੇ ਜਿਹਨਾਂ ਕੋਲ ਭਾਈ ਐਪ ਨਹੀਂ ਡਾਊਨਲੋਡ ਹੈਗੀ ਉਹਦੇ 'ਤੇ ਦੋ ਲਿੰਕ ਲੱਗੇ ਹੋਏ ਇੱਕ ਮਹਿੰਦਰ ਸਰ ਦੇ ਨਾਮ ਦਾ ਇੱਕ ਅੰਕੂ ਸਰ ਦੇ ਨਾਮ ਦਾ ਕਿਸੇ ਵੀ ਲਿੰਕ 'ਤੇ ਕਲਿੱਕ ਕਰੋਗੇ ਅਤੇ ਐਪ ਡਾਊਨਲੋਡ ਕਰ ਲਉਂਗੇ ਐਪ ਡਾਊਨਲੋਡ ਕਰਕੇ ਬੱਚਾ ਤੁਸੀਂ ਕਮਿਊਨਿਟੀ ਦੇ ਵਿੱਚ ਜਾ ਕੇ ਐਕਸਪਲੋਰ ਗਰੁੱਪ ਦੇ ਵਿੱਚ ਜਾ ਕੇ ਦੋ ਗਰੁੱਪ ਮਿਲਣਗੇ ਮੈਥਸ ਬਾਈ ਅੰਕੂ ਸਰ ਅਤੇ ਰੀਜਨਿੰਗ ਬਾਈ ਮਹਿੰਦਰ ਸਰ ਰੀਜਨਿੰਗ ਬਾਈ ਮਹਿੰਦਰ ਸਰ ਇਹ ਦੋਨੋਂ ਗਰੁੱਪ ਦੇ ਵਿੱਚ ਤੁਸੀਂ ਜਾ ਕੇ ਤੁਹਾਨੂੰ ਪੀ ਡੀ ਐਫ ਮਿਲ ਜਾਏਗੀ ਸਰ ਹੁਣ ਕਲਾਸ ਦੇ ਐਂਡ ਹੁੰਦੀ ਪਾਦੀ ਜਾਂ ਹੁਣ ਪਾਦੀ ਮੈਂ ਤਾਂ ਕਹਿੰਦਾ ਸਰ ਕਿ ਹੁਣ ਆਪਾਂ ਇਹਨੂੰ ਕਰਵਾ ਦਿੰਦੇ ਹਾਂ ਅਟੈਚ ਹਨਾ ਹਾਂ ਹੁਣ ਇੱਥੇ ਅਟੈਚ ਕਰਵਾ ਦੇਣਾ ਸਰ ਇਹ ਡਾਊਨਲੋਡ ਕਰ ਲੈਣਗੇ ਬੋਲੋ ਵੀ ਬੱਚੋ ਕਲਾਸ 'ਚ ਕਰਵਾ ਦਈਏ ਜਾਂ ਫਿਰ ਸਰ ਇੱਕ ਹੋਰ ਤਰੀਕਾ ਆਪਾਂ ਇਹਨਾਂ ਨੂੰ ਉੱਥੇ ਵੀ ਦੇ ਸਕਦੇ ਹਾਂ ਟੈਲੀਗ੍ਰਾਮ 'ਤੇ ਵੀ ਹਾਂ ਕਿਉਂਕਿ ਟੈਲੀਗ੍ਰਾਮ ਦੇ ਵਿੱਚ ਵੀ ਬਹੁਤ ਸਾਰੇ ਬੱਚੇ ਜੁੜੇ ਹੋਏ ਆ ਤਾਂ ਉੱਥੇ ਪਾ ਦਿਆਂਗੇ ਚਲੋ ਕੋਈ ਗੱਲ ਨਹੀਂ ਤਾਂ ਬਸ ਇੰਨਾ ਧਿਆਨ 'ਚ ਰੱਖਿਓ ਮੈਥਸ ਬਾਈ ਅੰਕੂ ਸਰ ਅਡਾ 24/7 ਅਤੇ ਡਾਊਨਲੋਡ ਕਰ ਸਕਦੇ ਹੋ ਤੇ ਆਪਦੇ ਤੇ ਪਾ ਸਕਦੇ ਹੋ ਠੀਕ ਹੈ ਨਾ ਤਾਂ ਬਸ ਧਿਆਨ ਰੱਖਿਓ ਮੈਥਸ ਬਾਈ ਅੰਕੂ ਸਰ ਅਡਾ 24/7 ਸਰ ਮੇਰੇ ਫੋਨ ਤੇ ਭੇਜ ਦੋ ਕਰ ਕੋਈ ਚੱਕਰ ਨਹੀਂ ਚਲੋ ਠੀਕ ਹੈ ਤੇ ਯਾਰ ਇੱਕ ਹੋਰ ਮੈਂ ਦੱਸਣਾ ਚਾਹੁੰਦਾ ਦਿਖਾ ਦਈਏ ਇੱਕ ਵਾਰ ਪੀ ਡੀ ਐਫ ਦਿਖਾ ਦਈਏ ਬਿਲਕੁਲ ਹੈਗੀ ਇੱਕ ਮਿੰਟ ਮੈਂ ਦਿਖਾ ਦੇਣਾ ਚਲੋ ਇੱਕ ਸੈਕਿੰਡ ਦਿਓ ਬੱਚੋ ਇੱਕ ਸੈਕਿੰਡ ਇਹ ਤੁਹਾਨੂੰ ਸੋਲ ਪੀਡੀਐਫ ਵੀ ਅਸੀਂ ਪੂਰੀ ਇਹ ਵੀ ਮਿਲੇਗੀ ਜੋ ਅੱਜ ਦੀ ਮੈਰਾਥਨ ਦੀ ਆ ਵੀ ਮਿਲੇਗੀ ਪੂਰੀ ਸੋਲ ਦੂਜੀ ਵੀ ਮਿਲੇਗੀ ਜੋ 500 ਕੁਐਸਚਨ ਦਾ ਵਾਅਦਾ ਕੀਤਾ ਸੀ 500 ਨਹੀਂ ਹੈ 500 ਦੇ ਉੱਪਰ ਹੈ ਹਾਲੋ ਸਰ ਹਾਲੋ ਹਾਲੋ ਆ ਚੱਕੋ ਜੀ ਆ ਬੋਲਦੀ ਪੀਡੀਐਫ ਇੱਕ ਮਿੰਟ ਇਹ ਅੱਛਾ ਦੂਜੀ ਚ ਖੁੱਲੀ ਹੋਈ ਸੀ ਸਰ ਹਾਂਜੀ ਸਰ 500 ਕੁਐਸਚਨ ਵਾਲੀ ਪੀਡੀਐਫ ਇਹ 500 ਬਈ 500 ਤੋਂ ਬੱਚਾ ਉੱਪਰ ਹੀ ਹੋਏਗੀ ਠੀਕ ਹੈ 500 ਤੋਂ ਉੱਪਰ ਹੀ ਹੋਏਗੀ ਆਈ ਗੈਸ ਤਾਂ ਇੱਕ ਸੈਕਿੰਡ ਰੁਕੋ ਨੀਚੇ ਆਉਂਗੇ ਸਰ ਕਿੰਨੀਆਂ ਸਲਾਈਡਾਂ ਹੈ ਇਹ ਟੋਟਲ ਸਰ ਹੈਗੀਆਂ ਲਗਭਗ 571 ਲੋ ਬੱਚੋ 500 ਕਿਆ ਸੀਗਾ 571 ਸਲਾਈਡਾਂ ਦੇ ਰਹੇ ਹੈਗੇ 571 ਸਵਾਲ ਦੇ ਰਹੇ ਹਾਂ 571 ਸਾਹਮਣੇ ਹੀ ਹੈ ਰੀਜ਼ਨਿੰਗ ਦੇ ਕੁਐਸਚਨ ਆ ਗਏ ਅੱਗੇ ਮੈਥ ਦੇ ਹੋਣਗੇ ਵਿੱਚੋਂ ਮਿਕਸ ਹੈ ਸਾਰਾ ਕੁਝ ਮਿਕਸ ਕੀਤੇ ਸਰ ਬਿਲਕੁਲ ਬਿਲਕੁਲ ਮਿਕਸ ਕੀਤੇ ਮੈਂ ਸਾਨੂੰ ਦੇਖ ਸਰ ਨੇ ਪੀਪੀਟੀ ਤਿਆਰ ਕੀਤੀ ਸੀ ਕਿਉਂਕਿ ਮੈਂ ਪੀਪੀਟੀ ਬਣਾ ਰਹੀ ਸੀ 571 ਸਵਾਲ ਹੈ ਬੱਚਾ ਟੋਟਲ ਠੀਕ ਹੈ ਤਾਂ ਮੈਥਸ ਬਾਈ ਅੰਕੂ ਸਰ 24/7 ਤੇ ਮਿਲ ਜਾਏਗੀ ਤੇ ਨਾਲ ਦੇ ਨਾਲ ਰੀਜ਼ਨਿੰਗ ਦੇ ਬਾਹੂਬਲੀ ਤੁਹਾਡੇ ਵਾਸਤੇ ਯਾਰ ਤੁਹਾਡਾ ਇੰਨਾ ਪਿਆਰ ਦੇਖ ਕੇ ਤੁਹਾਡੇ ਵਾਸਤੇ ਕਲਾਸ ਲਾਈ ਹੈਗੀ ਹੈ ਤੇ ਤੁਹਾਡੇ ਪਿਆਰ ਸਦਕਾ ਹੀ ਸਿੱਧੀ ਜੀ ਗੱਲ ਦੱਸਾਂ ਤੇ ਇੱਕ ਜ਼ਰੂਰ ਪ੍ਰੋਮਿਸ ਕਰੋ ਯਾਰ ਜਿਹੜੇ ਬੱਚੇ ਹਲੇ ਤੱਕ ਤਿਆਰੀ ਨਹੀਂ ਕਰਨ ਲੱਗੇ ਤਾਂ ਇਹ ਜ਼ਰੂਰ ਧਿਆਨ 'ਚ ਰੱਖ ਲੈਣ ਕਿ ਤਿਆਰੀ ਕਰਨੀ ਹੈ ਬੱਚਾ ਚੱਜ ਨਾਲ ਕਰਨੀ ਘੈਂਟ ਤਰੀਕੇ ਨਾਲ ਕਰਨੀ ਹੈ ਪੇਪਰ ਅੱਗੇ ਬਹੁਤ ਸਾਰੇ ਆਉਣ ਵਾਲੇ ਹੈ ਆਹ ਮੈਰਾਥਨ ਦੀ ਪੀਡੀਐਫ ਵੀ ਪਾ ਰਹੇ ਹਾਂ ਦੋਨੋਂ ਹੀ ਪਾਵਾਂਗੇ ਨਾ ਟੈਂਸ਼ਨ ਦੋਨੋਂ ਦੋਨੋਂ ਦੇਖੋ ਮੈਰਾਥਨ ਦੀ ਪੀਡੀਐਫ ਹੈ ਨਾ ਉਹ ਵੀ ਤੁਹਾਨੂੰ ਸੋਲਵ ਕੀਤੀ ਹੋਈ ਜਿਵੇਂ ਆਪਾਂ ਸੋਲਵ ਕੀਤੇ ਕੁਐਸਚਨ ਔਰ ਵਿਦਆਊਟ ਸੋਲਿਊਸ਼ਨ ਦੋਨੋਂ ਮਿਲ ਜਾਣਗੀਆਂ ਉਹ ਮੈਂ ਪਾ ਦੂੰਗਾ ਤੁਸੀਂ ਕਰਨਾ ਕੀ ਹੈ ਮੈਂ ਤੁਹਾਨੂੰ ਦੱਸ ਦੇਣਾ ਐਪ ਜਿਹੜੀ ਹੈ ਉਹਨੂੰ ਇੰਸਟਾਲ ਕਰੋਗੇ ਲਿੰਕ ਲੱਗਿਆ ਹੋਇਆ ਡਿਸਕ੍ਰਿਪਸ਼ਨ ਲਿੰਕ ਤੋਂ ਐਪ ਡਾਊਨਲੋਡ ਕਰ ਲਈ ਤੁਸੀਂ ਜਾਣਾ ਹੈ ਕਮਿਊਨਿਟੀ 'ਤੇ ਕਮਿਊਨਿਟੀ 'ਤੇ ਜਾਣ ਤੋਂ ਬਾਅਦ ਰਾਈਟ ਹੈਂਡ ਸਾਈਡ ਕੋਰਨਰ 'ਤੇ ਐਕਸਪਲੋਰ ਗਰੁੱਪ ਲਿਖਿਆ ਹੋਊਗਾ ਨੋਟ ਕਰ ਲੈਣਾ ਆਪਦੀ ਜੋ ਵੀ ਡਾਇਰੀ 'ਤੇ ਠੀਕ ਹੈ ਐਕਸਪਲੋਰ ਗਰੁੱਪ ਦੇ ਵਿੱਚ ਜਾਓਗੇ ਤਾਂ ਉੱਥੇ ਉੱਪਰ ਤੁਹਾਨੂੰ ਸਾਰੇ ਟੀਚਰਸ ਦੇ ਗਰੁੱਪ ਦਿਖਣਗੇ ਉਹਦੇ ਵਿੱਚ ਤੁਸੀਂ ਫੋਲੋ ਕਰਨਾ ਹੈ ਅੰਕੁਸ਼ ਸਰ ਨੂੰ ਠੀਕ ਹੈ ਮੈਥਸ ਬਾਈ ਅੰਕੁਸ਼ ਸਰ ਰੀਜਨਿੰਗ ਬਾਈ ਮਹਿੰਦਰ ਸਰ ਦੋਨੋਂ ਗਰੁੱਪ ਨੂੰ ਫੋਲੋ ਕਰੋਗੇ ਜਿਵੇਂ ਹੀ ਫੋਲੋ ਕਰੋਗੇ ਤਾਂ ਉਹਦੇ ਵਿੱਚ ਜਦੋਂ ਅਸੀਂ ਪੀਡੀਐਫ ਪਾਵਾਂਗੇ ਉਹਨਾਂ ਬੱਚਿਆਂ ਨੂੰ ਸਾਰਿਆਂ ਨੂੰ ਦਿਖੂਗੀ ਜੋ ਸਾਨੂੰ ਫੋਲੋ ਕਰ ਰਹੇ ਆ ਤਾਂ ਉਹਨਾਂ ਸਾਰੇ ਬੱਚਿਆਂ ਨੂੰ 571 ਕੁਐਸਚਨਾਂ ਦੀ ਇਹ ਵਾਲੀ ਪੀਡੀਐਫ ਜਿਸ 'ਚ ਮੈਥ ਪਲੱਸ ਰੀਜਨਿੰਗ ਹੈ ਉਸ ਦੇ ਨਾਲ ਨਾਲ ਦੂਸਰੀ ਜਿਹੜੀ ਹੈ ਉਹ ਜਿਹੜੀ ਪੀਡੀਐਫ ਹੈ ਜਿਹੜੀ ਕਿ ਆ ਇਸ ਵਾਲੀ ਮੈਰਾਥਨ ਦੀ ਪੀਪੀਟੀ ਹੈ ਜਿਹੜੀ ਪੀਡੀਐਫ ਹੈ ਇਹ ਵੀ ਪੀਡੀਐਫ ਬਣਾ ਕੇ ਪਾਵਾਂਗੇ ਸੋਲੂਸ਼ਨ ਔਰ ਵਿਦਆਊਟ ਸੋਲੂਸ਼ਨ ਤਾਂ ਮਤਲਬ ਲਗਭਗ ਆਪਾਂ ਅਗਰ ਗੱਲ ਕਰਦੇ ਹਾਂ ਤਾਂ ਤੁਹਾਡੇ ਕੋਲ 600+ ਕੁਐਸਚਨਾਂ ਦਾ ਡਾਟਾ ਜਿਹੜਾ ਹੈ ਇੱਥੇ ਮਿਲ ਜੂਗਾ ਸਰ ਬਹੁਤ ਸਾਰੇ ਬੱਚਿਆਂ ਨੂੰ ਮੇਰੇ ਸੀਗਾ ਵੈਸੇ ਜੀ ਜੀ ਦੱਸਿਆ ਵੀ ਸੀ ਕਿ ਸਰ ਮੈਂ ਬਰਥਡੇ ਵਾਲੇ ਦਿਨ ਕੁਛ ਕਰਨਾ ਚਾਹ ਬਿਲਕੁਲ 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 ਠੀਕ ਹੈ ਯਾਰ ਮੈਂ ਉਹਦੇ 'ਤੇ ਬਹੁਤ ਮਿਹਨਤ ਕੀਤੀ ਹੈ ਥੋੜ੍ਹਾ ਜਿਹਾ ਸਮਾਂ ਹੋਰ ਲੱਗੂਗਾ ਜਿਵੇਂ ਕਿ ਤੁਹਾਨੂੰ ਪਤਾ ਚੱਲੇਗੀ ਆਲਮੋਸਟ ਠੀਕ ਹੈ ਤਾਂ ਯਾਰ ਉਹ ਵੀ ਹੋ ਜੂਗਾ ਇਹ ਦਿਨ ਬਹੁਤ ਹੀ ਖਾਸ ਰਿਹਾ ਤੁਹਾਡੇ ਸਦਕਾ ਹੀ ਰਿਹਾ ਤੁਹਾਡੇ ਨਾਲ ਰਿਹਾ ਕਿਉਂਕਿ ਐਜੂਕੇਸ਼ਨ ਇੱਕ ਇਹੋ ਜਿਹੀ ਚੀਜ਼ ਹੈ ਬੱਚਾ ਦੇਖੋ ਉਹੀ ਮੈਂ ਇੱਕ ਵਾਰ ਫਿਰ ਤੋਂ ਰਿਪੀਟ ਕਰੂੰਗਾ ਕਿ ਸਾਰਾ ਸਾਲ ਤੁਹਾਡੇ ਨਾਲ ਹੋਣੇ ਤਾਂ ਇਹਦਾ ਦਿਨ ਵੀ ਤੁਹਾਡੇ ਨਾਲ ਬਿਲਕੁਲ ਮੈਂ ਧੰਨਵਾਦ ਕਰਾਂਗਾ ਪੂਰੀ ਟੀਮ ਦਾ ਜਿਹਨਾਂ ਨੇ ਇੰਨਾ ਵਧੀਆ ਦਿਨ ਕੀਤਾ ਅਤੇ ਨਾਲ ਦੇ ਨਾਲ ਤੁਹਾਡੇ ਲਈ ਤੁਸੀਂ ਸਾਰੇ ਬੱਚੇ ਪਹੁੰਚੇ ਯਾਰ ਰੈਗੂਲਰ ਪਹੁੰਚਣਾ ਰਾਤੀ 8 ਵਜੇ ਕਲਾਸ ਹੁੰਦੀ ਹੈ ਮੈਥ ਦੀ 1 ਵਜੇ ਹੁੰਦੀ ਹੈ ਰੀਜਨਿੰਗ ਦੀ ਰੈਗੂਲਰ ਪਹੁੰਚੋ ਯਾਰ ਆਪਦੀ ਪੜ੍ਹਾਈ ਨੂੰ ਕੰਟੀਨਿਊ ਰੱਖੋ ਕਿਉਂਕਿ ਆਹ ਬੱਚਾ ਤੁਹਾਡੀ ਐਜੂਕੇਸ਼ਨ ਹੀ ਹੈ ਜੋ ਤੁਹਾਨੂੰ ਅੱਗੇ ਲੈ ਕੇ ਜਾਵੇਗੀ 2024 ਦੇ ਵਿੱਚ ਗੌਰਮੈਂਟ ਜੋਬ ਦਾ ਵਾਅਦਾ ਕਰਨਾ ਹੀ ਕਰਨਾ ਹੈ ਹਾਂ ਬੱਚਾ ਟੈਲੀਗ੍ਰਾਮ 'ਤੇ ਪੀ ਡੀ ਐਫ ਮਿਲ
जी जान ला देंगे अज तो ही ला देंगे जे हले तक कोई नहीं लगे तो भाई आपकी तैयारी कंटिन्यू कर लो क्योंकि एंड ऑफ द डे बच्चा तुहाडी मेहनत ही तुहाडे वास्ते है तो जो करोगे फिर ही तुहानू रिजल्ट मिलेगा तुहाडे वास्ते बच्चा कोई ऐसा तो कोई अजूबा नहीं होने वाला कि हाँ कोई आ जाएगा तो वो थोड़ा 15 दिन पढ़ के सिलेक्शन हो जाएगी यार जरूर ऐदा करो क्योंकि मैं आपकी लाइफ बहुत कुछ देखिए बहुत स्ट्रगल देखी हैगी है तो अज अगर मैं तुम्हें दस रहा ना चीज़ा तो उनके पिछले तो बहुत एक्सपीरियंस है क्योंकि असी हूँ मैं महेंद्र सर की गल कर लोगे तो महेंद्र सर देखो एक सिंपल जी गल है सर आप दोनों खड़े हाँ आप भी बहुत चीज़ें पिछले देख के आए हैं यार तुम अज जे देखने मिल रहा है ना हाँ लाइव होवे यार रात 9-10 बजे लाइव होवे अभी कोई नहीं पता की है यार जिमें कि हर एक चीज़ है ना एक टाइम होंगे स्ट्रगल का अगर तुम उस टाइम स्ट्रगल कर ली ना तो लाइफ अगे की बहुत सुनहरी हो जाएगी अगर स्ट्रगल नहीं करोगे स्ट्रगल तो बचोगे तो बाद एट दी एंड जी दिक्कतों का सामना करना पड़ेगा क्योंकि लाइफ इदा आप कह दें कि आप जिन्हें भी वे परसन देखते हैं कि इन्हों की लाइफ बड़ी सौखी है यार लेकिन उन्होंने पिछले स्ट्रगल में कोई नहीं देखता तो तुम इस टाइम स्ट्रगलर हो जबरदस्त तरीके अपना स्ट्रगल है उन्होंने करो मेहनत करो लेकिन एक गल ध्यान रखना मेहनत कदे भी किसी की मेहनत जी बेकार नहीं जाती मेहनत आपका जो मुल है हमेशा मोड़ के जाती एक गल होर दस दिना भी मैं इतने लाइव च ही बोल रहा है कि यार तुसी सवेर दे मेरे वास्ते स्टोरियां ला रहे हैगे तुहाडा प्यार देख के मैं कहना सच्ची दिलों धन्नवाद है तुहाडा मैं सवेर दा फोन नहीं देख पाया हैगा क्योंकि बहुत सारे तुहाडे मैसेजेस हैगे स्टोरियां हैगी है तां मैं नहीं देख पाया फोन सच्ची उदा दा उदा ही पिया हैगा मैं एक दो देखे सीगे बस क्योंकि तुहानू पता सर मैं सवेर दा पीपीटी बना रहा क्लासां ला रहा मैं नहीं देख पाया यार ठीक है तो इत्थे मैं धन्नवाद कर दिंदा यार तुहाडी बैक मैंशन नहीं हो पाई तो कोई दिक्कत वाली गल नहीं बाकी राती लाइव च देखांगे लाइव होवांगे इंस्टा ते तो उदों जरूर तुहाडे नाल गलबात करांगे ठीक है तो नाल दे नाल इहदी तैयारी करो कैंट तरीके नाल करो इदा ना सोच के रखो कि वैकेंसी आंदी वैकेंसियां बहुत सारियां मैं कह देना तो टैलीग्राम का सर बच्चे पूछ रहे मैं तुम्हें दस देना टैलीग्राम जरा है मैथ्स बाई अंकु सर और मेरा है रीजनिंग दे बाहुबली रीजनिंग दे बाहुबली टैलीग्राम ग्रुप है ज्वाइन कर लेना पीडीएफ मिल जाएगी ठीक है हाँ। उस तो बाद आपा वैकेंसी दी गल कर वैकेंसी देखो बहुत सारिया यार मैं अगर गल करा बच्चा वीडियो की वैकेंसी 792 पोस्टा हूँ पिछले गड़े किसी बच्चा ने तुम कंप्यूटर डिप्लोमा से हूँ ग्रेजुएट हर एक बच्चा अपलाई कर सके जो रीओपन होगा यार तैयारी खिच के रखो विलेज डेवलपमेंट ऑर्गेनाइजर मैं कहना रॉयल पोस्ट है कैंट पोस्ट है पटवारी की 586 पोस्टा आ रही है ए वास्ते ते तीजा गिफ्ट है तुहाडे वास्ते कि एक तो मैं तुम देता सिख मैं तुम कल भी दसता सीगा कि जो जेल वार्डर की 12वीं पास वाले की वैकेंसी आ रही है बच्चा लैब अटेंडेंट हो गया एक्साइज इंस्पैक्टर सब इंस्पैक्टर पंजाब पुलिस कॉन्सटेबल ते हैड कॉन्सटेबल हूँ कहते सर पंजाब पुलिस की तैयारी करनी है बच्चा इंस्टाइडी अंकू सर के नाम तो सर सर्च कर लो मिल जाऊ बच्चा एक्साइज इंस्पैक्टर हो गया सब इंस्पैक्टर हो गया हैड कॉन्सटेबल हो गया कॉन्सटेबल हो गया ये चार पेपर तुम्हें जनवरी फरवरी के नोटिफिकेशन देखने मिलेगा तो अच्छ मान लो अक्टूबर एंड हो रहा तो तुहाडे कोलो 4 महीने नोटिफिकेशन 3 महीने पेपर के मतलब पंजाब पुलिस 6-7 महीने जो कि एक यार प्रोपर तैयारी वास्ते चाहिए बंदे यार जो बिल्कुल बच्चा बेसिक तो पढ़ रहा है लेट करोगे तो घाटा है उस चीज़ तुहाडा लॉस होएगा बट मैं कहना अज तो ही तैयारी स्टार्ट करो ऐसी गल के नाल बच्चा रोड सेफ्टी ऑफिसर सीनियर असिस्टेंट जो कि होने आज सर लास्ट सी कि कल सी नहीं सर एक्सटेंड करती डेट एक्सटेंड करती जिन्होंने हाले तक फॉर्म नहीं फिल किया यार सीनियर असिस्टेंट फॉर्म फिल कर दे जे ते एदा भी देना ही देना है बैच PSPCL हो गया नायब तहसीलदार हो गया बहुत सारे है नगर निगम हो गया बच्चा नगर पंचायत विचारता है कॉरपोरेट इंस्पैक्टर हो गया तो PSSS भी क्लर्क की वैकेंसी भी दोबारों आएगी दोबारों भर्ती आएगी बिल्कुल बिल्कुल हूँ सर बच्चे लेट तैयारी स्टार्ट करते मैं कोई गल कहना पटवारी का एग्जाम्पल लै लो फरवरी सर वैकेंसी आई सी मई च पेपर होया तो हूँ ज्वाइनिंग भी हो चुकी है तो बहुत सारे बच्चे से जो पंजाब अड्डा तो पढ़े हुए थे टॉपर रहे हैं सैकेंडरी तैयारी शायद संबंधित तो बहुत सारे बच्चे से तो अज भी जुड़े हुए हैं यार तो आ सारे पेपर की तैयारी तुम भी करना चाहते हो पंजाब अड्डा की टीम जुड़ना चाहते हो बिल्कुल डिटेल च पढ़ना चाहते हो मैथ रीजनिंग से हर एक सब्जेक्ट बिल्कुल डिटेल के नाल तो तुम पढ़ सकते हो बच्चा एक थान से जो पंजाब महापैक बिल्कुल मैं कहना आम दिन होंगे सर 3219 रुपए का मैं कहता कि 3219 रुपए का एक साल वास्ते होंगे 3219 भी खास एने पेपर वास्ते कोई ज्यादा नहीं है एक साल वास्ते बट आए दे दिन मैं कहा बच्चा कि 2-3 गिफ्ट दूंगा पिछले गड़े दशहरा के बच्चे रह गए थे कि सर अभी ज्वाइन नहीं कर पाए उदो ऑफर आया सीगा मैं कल ही कहा क्लास PDF से दूजा प्राइज रो बच्चा तो यह बच्चा 3219 का एक साल वास्ते होंगे आम दिन से बट अज जो 12 बजे तो पहले ज्वाइन करते हो तो 3219 पई सिर्फ 1738 रुपए का मिलेगा वह भी पूरे 2 साल वास्ते मतलब 2 रुपए दें है सारे सब्जेक्ट के 2 रुपए दें मतलब तुम 10 सबजैक्ट है 10 सबजैक्ट पढ़ रहे हो मतलब 2 रुपए 10 क्लासा दे रहे हो ये भाई तुहाडा प्यार ही है जो इन्ना प्राइज अगर मैं ड्रॉप करवा सके हाँ पूरी टीम ड्रॉप करा सकी हैगी सारा दा नाल एफर्ट्स हैगे ये चीज़ ये जरूर ध्यान रख्या करो कि 1738 रुपए दे विच 2 साल वास्ते जिन्हें भी आने वाले सारे पेपर है चाहे मास्टर कैडर है चाहे PSSTAT है चाहे PSPCL कोई भी है ये ज्वाइन कर सकते हो बिल्कुल ठीक है ज्वाइन करने का प्रोसेस भी दसूंगा कि ज्वाइन करना जिन्होंने हले तक ज्वाइन नहीं किया यार आपकी तैयारी जरूर स्टार्ट कर दो बैचेस नवे स्टार्ट हो रहे पुराने है टेस्ट सीरीज है सब कुछ मिलता की कुछ है एने भी निगाह मार लेने कि सर पंजाब महापैक की कुछ मिलता है तो बच्चे आ लो
ਹੁਣ ਬੱਚਾ ਸਰ ਆਨਲਾਈਨ ਦੇ ਰਹੇ ਨੇ ਕਿ ਸਰ ਡਾਊਟ ਕਿੱਦਾਂ ਪੁੱਛੀਏ, ਮੈਂ ਕਹਿੰਦਾ ਉਹ ਵੀ ਤੁਹਾਨੂੰ ਦੱਸਦਾ ਬੱਚਾ, ਸਾਰੇ ਪੰਜਾਬ ਤੇ ਚੰਡੀਗੜ੍ਹ ਦੇ ਐਗਜ਼ਾਮ ਕਵਰ ਕਰੇਗਾ ਪਹਿਲੀ ਗੱਲ ਤਾਂ, ਦੂਜੀ ਗੱਲ ਬੱਚਾ ਲਾਈਵ ਕਲਾਸਾਂ ਹੁੰਦੀਆਂ, ਜੇ ਲਾਈਵ ਨਹੀਂ ਲਗਾ ਸਕੇ ਮੰਨ ਲਓ ਕਰੀਜ਼ਨ ਬਾਏ ਬਾਹਰ ਸੀ ਤਾਂ ਰਿਕਾਰਡਡ ਦੇਖੋ, ਚਾਹੇ 50 ਵਾਰ ਦੇਖੋ ਚਾਹੇ 100 ਵਾਰ ਦੇਖੋ, 2 ਸਾਲ ਤੱਕ ਵੀਡੀਓ ਤੁਹਾਡੇ ਕੋਲ ਹੀ ਰਹਿਣੀ। ਬਿਲਕੁਲ। ਦੂਜੀ ਗੱਲ ਡਾਊਟ ਸੈਸ਼ਨ ਬਹੁਤ ਜ਼ਰੂਰੀ ਹੈ, ਮੰਨ ਲਓ ਮੈਂ ਮੈਥ ਦਾ ਕੁਸ਼ਚਨ ਕਰਾਇਆ, ਸਰ ਨੇ ਰੀਜਨਿੰਗ ਦਾ ਕਰਾਇਆ, ਤੇ ਬੱਚਾ ਮੰਨ ਲਓ ਕਿਸੇ ਬੱਚੇ ਦੇ ਡਾਊਟ ਹੈ, ਇੱਕ ਹੈਂਡਰੇਜ਼ ਦਾ ਆਪਸ਼ਨ ਵੀ ਅਸੀਂ ਪਾਤਾ ਐਪ 'ਚ, ਹੈਂਡਰੇਜ਼ ਕਰੋ, ਮਾਈਕ ਔਨ ਹੁੰਦਾ, ਬੱਚਾ ਬੋਲ ਕੇ ਦੱਸਦਾ ਸਰ ਮੈਨੂੰ ਇੱਥੋਂ ਆ ਚੀਜ਼ ਨਹੀਂ ਸਮਝ ਆਈ, ਵੀਡੀਓ ਕਾਲ ਉੱਤੇ ਗਾਈਡੈਂਸ ਕਲਾਸ ਵੀ ਬੱਚੇ ਨੂੰ ਨਾਲ ਮਿਲਦੀ ਹੈ। ਬਿਲਕੁਲ ਸਰ। ਤਾਂ ਬੱਚਾ ਨਾਲ ਪੂਰਾ ਕੋਈ ਮਤਲਬ ਇੱਦਾਂ ਕਿ ਹਾਂ ਹੱਥ ਨਾਲ ਹੱਥ ਮਿਲਾ ਕੇ ਚਲਾ ਜਾਂਦਾ, ਪ੍ਰੋਪਰ ਗਾਈਡੈਂਸ ਦੇ ਨਾਲ ਚਲਾਉਣੇ ਹੈਗੇ ਆ, ਅਤੇ ਪ੍ਰੋਪਰ ਸਟੱਡੀ ਪਲਾਨ ਹੁੰਦਾ ਕਿ ਆਹ ਪੜ੍ਹਨਾ, ਆਹ ਕਰਨਾ, ਆਹ ਚੀਜ਼ ਛੱਡਣੀ, ਆਹ ਚੀਜ਼ ਪੜ੍ਹਨੀ ਹੈਗੀ ਹੈ, ਜਿਹਦੇ ਨਾਲ ਸਿਲੈਕਸ਼ਨ ਦੀ ਤਰਫ ਬੱਚਾ ਜਾਵੇ, ਅਤੇ ਨਾਲ ਦੇ ਨਾਲ PDF ਜੋ ਹੈ ਤੁਹਾਨੂੰ ਐਕਸਟਰਾ ਮਿਲਦੀਆਂ ਹੀ ਮਿਲਦੀਆਂ ਹੈ। ਹੁਣ ਇੱਕ ਚੀਜ਼ ਧਿਆਨ 'ਚ ਰੱਖਣੀ ਹੈ, ਈ ਬੁੱਕਸ ਹੋ ਗਈਆਂ ਅਤੇ ਟੈਸਟ ਸੀਰੀਜ਼, ਸਰ 300-400 ਦੀ ਟੈਸਟ ਸੀਰੀਜ਼, ਮੈਂ ਕਹਿੰਦਾ 5 ਲਾਉਣ ਦੀ ਲੋੜ ਨਹੀਂ ਐਕਸਟਰਾ, ਸਾਰਾ ਕੁਛ ਵੀਡੀਓ ਕਾਲ ਉੱਤੇ ਗਾਈਡੈਂਸ ਕਲਾਸ ਇਕੱਲੀ ਸਾਡੇ ਦੋਨਾਂ ਦੀ ਨਹੀਂ ਪਈ, ਪੂਰੇ ਪੰਜਾਬ ਵੱਡਾ ਦੀ ਟੀਮ ਦੀ ਮਿਲੇਗੀ, ਪੂਰੇ ਪੰਜਾਬ ਵੱਡਾ ਦੀ ਟੀਮ ਦੀ ਮਿਲੇਗੀ, ਸਪੈਸ਼ਲ ਓਵਰ ਲੱਗਿਆ ਹੋਇਆ। ਹੁਣ ਇੱਕ ਗੱਲ ਹੈ, 2 ਚੀਜ਼ਾਂ ਧਿਆਨ 'ਚ ਰੱਖਣੀਆਂ ਹੈ, ਹੁਣ ਜੋ 2 ਡਿਸਕਾਊਂਟ ਕੋਡ ਹੈ, ਤੁਹਾਨੂੰ ਪਤਾ ਅਲੱਗ ਅਲੱਗ ਫੈਕਲਟੀ ਦਾ ਅਲੱਗ ਅਲੱਗ ਡਿਸਕਾਊਂਟ ਕੋਡ ਹੁੰਦਾ, ਤਾਂ ਮੇਰਾ ਜੋ ਡਿਸਕਾਊਂਟ ਕੋਡ ਹੈ ਬੱਚਾ Y752 ਹੈ, ਤਾਂ ਜੋ ਤੁਹਾਡੇ ਮਹਿੰਦਰ ਸਰ ਦਾ ਜੋ ਹੈਗਾ ਉਹ Y592 Y592, ਤੁਸੀਂ ਇਹਨਾਂ ਦੋਨਾਂ 'ਚੋਂ ਕੋਈ ਵੀ ਕੋਡ ਅਪਲਾਈ ਕਰਕੇ ਜੁਆਇਨ ਕਰ ਸਕਦੇ ਹੋ, ਤਾਂ ਇੱਕ ਗੱਲ ਧਿਆਨ 'ਚ ਰੱਖਿਓ, ਇਹਨਾਂ ਦੋਨਾਂ 'ਚੋਂ ਕੋਈ ਵੀ ਕੋਡ ਅਪਲਾਈ ਕਰ ਸਕਦੇ ਹੋ, ਸਾਰਾ ਕੁਛ A to Z ਕਵਰ ਹੋਏਗਾ, ਇਹਦੇ ਵਿੱਚ ਹੀ ਹੋਊਗਾ, ਕੋਈ ਅਲੱਗ ਤੋਂ ਪੈਸੇ ਲਾਉਣ ਦੀ ਲੋੜ ਨਹੀਂ ਹੈ। ਜੁਆਇਨ ਕਰਨ ਦਾ ਪ੍ਰੋਸੈਸ ਹੈ, ਮੈਂ ਜੁਆਇਨ ਕਰਨ ਦਾ ਪ੍ਰੋਸੈਸ ਵੀ ਤੁਹਾਨੂੰ ਦੱਸ ਦਿੰਦਾ ਬੱਚੇ, ਹੁਣ ਤੁਸੀਂ ਗੂਗਲ ਤੇ ਚਲੇ ਜਾਓ, ਗੂਗਲ ਤੇ ਜਾ ਕੇ ਕੀ ਲਿਖਣਾ, ਗੂਗਲ ਤੇ ਜਾ ਕੇ ਸਿੱਧਾ ਸਿੱਧਾ ਲਿਖ ਦੋ, ਜੋ ਤੁਹਾਨੂੰ ਨਹੀਂ ਬਾਏ ਕਰਨਾ ਦਾ ਬੱਚਾ, ਪੰਜਾਬ ਮਹਾਂਪੈਕ ਲਿਖ ਦੋ, ਸਿੱਧਾ ਸਿੱਧਾ ਲਿਖ ਦੋ ਪੰਜਾਬ ਮਹਾਂਪੈਕ। ਹੁਣ ਮੰਨ ਲਓ ਸਰ ਲਿਖ ਰਹੇ ਤੇ ਪੰਜਾਬ ਮਹਾਂਪੈਕ, ਲਓ ਜੀ ਪੰਜਾਬ ਮਹਾਂਪੈਕ ਆ ਲਿਖਿਆ ਗਿਆ, ਠੀਕ ਹੈ, ਇੰਟਰ ਮਾਰਿਆ, ਠੀਕ ਹੈ, ਇੰਟਰ ਮਾਰੇ ਬਾਅਦ ਪਹਿਲੇ ਲਿੰਕ ਤੇ ਕਲਿੱਕ ਕਰ ਦੇਣਾ, ਜਿਹੜਾ ਵੀ ਪਹਿਲੇ ਲਿੰਕ ਆਵੇ, ਹੁਣ ਆਈਫੋਨ ਵਾਲਿਆ ਭਾਈ ਉਹ ਬਰਾਊਜ਼ਰ 'ਚੋਂ ਕਰ ਲਿਓ, ਕਿਉਂਕਿ ਆਈਫੋਨ ਦੇ ਵਿੱਚ ਕੋਇਨਸ ਨਹੀਂ ਹੁੰਦੇ, ਕੋਡ ਨਹੀਂ ਲੱਗਦਾ, ਤਾਂ ਮੈਂ ਪਹਿਲੀ ਗੱਲ ਤਾਂ ਮੈਂ ਕਹੂੰਗਾ ਕਿ ਐਂਡਰੋਇਡ ਤੋਂ ਬਾਏ ਕਰੋ। ਹੁਣ ਇੱਥੇ ਕੋਈ ਵੀ ਕੋਡ ਲੱਗਿਆ ਹੋਇਆ, ਤੁਸੀਂ ਕਹੋਗੇ ਸਰ ਉੱਪਰ ਦੇਖੋਗੇ ਤਾਂ ਡਬਲ ਵੈਲਿਡਿਟੀ ਲੱਗੀ ਹੋਈ ਹੈ, 1999 ਦਿਖਾ ਰਿਹਾ ਬੱਚਾ, 1999 ਦਾ ਡਾਇਰੈਕਟ ਬਾਈ ਨਹੀਂ ਕਰਨਾ, ਪਹਿਲੀ ਗੱਲ ਆ ਜ਼ਰੂਰ ਧਿਆਨ ਨਾਲ ਸੁਣ ਲਿਓ, ਕੋਈ ਕੋਲ ਮੈਸੇਜ ਆਵੇ ਗੱਲਾਂ 'ਚ ਨਹੀਂ ਆਉਣਾ, 1999 ਨਹੀਂ ਲਾਉਣੀ, October 75 ਕਰਕੇ ਡਿਸਕਾਊਂਟ ਕੂਪਨ ਕੋਡ ਹੈ ਨਾ, ਇਹਨੂੰ ਰਿਮੂਵ ਕਰਨਾ ਹੈ, ਠੀਕ ਹੈ ਜੀ, ਆ ਰਿਮੂਵ ਕਰਤਾ, ਹੁਣ ਇੱਕ ਵਾਰ ਪ੍ਰਾਈਜ਼ ਵਧੂਗਾ, ਡਰਨਾ ਨਹੀਂ ਹੈ, ਬਾਈ ਨਾ ਉੱਤੇ ਜਾਣਾ, ਉਸ ਤੋਂ ਬਾਅਦ ਜਦੋਂ ਜਾਓਗੇ ਨਾ ਤਾਂ ਤੁਹਾਡੇ ਕੋਲ ਲੈਫਟ ਹੈਂਡ ਸਾਈਡ ਇੱਥੇ ਡਿਸਕਾਊਂਟ ਕੂਪਨ ਕੋਡ ਮੰਗੇਗਾ, ਇੱਥੇ 2 ਡਿਸਕਾਊਂਟ ਕੂਪਨ ਕੋਡ ਹੈ, ਤੁਸੀਂ ਜੋ ਮਰਜ਼ੀ ਯੂਜ ਕਰ ਸਕਦੇ ਹੋ, Y592 ਲਗਾ ਸਕਦੇ ਹੋ, ਇਹਨੂੰ ਜਿਵੇਂ ਹੀ ਅਪਲਾਈ ਕਰੋਗੇ ਤਾਂ ਇਹਦੇ ਨਾਲ ਵੀ ਬੱਚੇ 1839 ਦਾ ਹੀ ਚਾਲੀ ਦਾ ਮਿਲੇਗਾ, ਠੀਕ ਹੈ। ਦੂਸਰਾ ਡਿਸਕਾਊਂਟ ਕੂਪਨ ਕੋਡ ਵੀ ਤੁਹਾਨੂੰ ਮੈਂ ਦੱਸ ਦੇਣਾ, Y752, ਠੀਕ ਹੈ, ਦੂਸਰਾ ਡਿਸਕਾਊਂਟ ਕੂਪਨ ਕੋਡ ਹੈ Y752, Y752, ਇਹਨੂੰ ਵੀ ਲਗਾਓਗੇ ਤਾਂ ਵੀ ਤੁਹਾਨੂੰ ਸੇਮ ਇਸੇ ਹੀ ਪ੍ਰਾਈਸ ਦਾ ਦਿਖੇਗਾ, ਔਰ ਇਹ ਦਿਖੇਗਾ ਜੀ ਡਬਲ ਵੈਲਿਡਿਟੀ ਹੈ, ਔਰ ਹੁਣ 1840 ਦਾ ਹੀ। ਹੁਣ ਸਰ ਕਈ ਬੱਚੇ ਕਹਿੰਦੇ ਕਿ ਸਰ ਤੁਸੀਂ 1738 ਕਿਹਾ, ਬਿਲਕੁਲ, ਮੈਂ ਕਹਿੰਦਾ ਇੱਕ ਸੈਕਿੰਡ ਦਿਓ ਯਾਰ, ਆਪਾਂ ਨੂੰ 1738 ਦਾ ਵੀ ਕਰਕੇ ਦਿਖਾਈ ਦਿੰਦੀ ਹੈਗੀ ਹੈ ਬੱਚੇ, 1738 ਦਾ ਵੀ ਹੋ ਜਾਏਗਾ, ਇੱਕ ਗੱਲ ਲਾ ਤਾਂ ਮੈਂ ਕੋਡ ਲਾ ਕੇ ਅਪਲਾਈ ਕਰਤਾ, ਹੁਣ ਕੋਡ ਲਾ ਕੇ ਅਪਲਾਈ ਕਰਨ ਤੋਂ ਬਾਅਦ ਤੁਹਾਨੂੰ 1839 ਦਿਖਾ ਰਿਹਾ, 12+12 ਦਿਖਾ ਰਿਹਾ, ਮੈਂ ਕਹਿੰਦਾ 1839 ਨਹੀਂ ਲਾਣੀ, ਐਪ ਉੱਤੇ ਬਾਏ ਕਰਨਾ, ਐਪ ਤੇ ਜਾਓਗੇ ਬੱਚਾ, ਐਪ ਤੇ ਜਾ ਕੇ ਇੱਕ ਗੱਲ ਜ਼ਰੂਰ ਧਿਆਨ 'ਚ ਰੱਖਣੀ ਹੈ, ਐਪ ਉੱਤੇ ਜਾ ਕੇ ਤੁਸੀਂ ਜਿੱਦਾਂ ਹੀ ਕੋਡ ਅਪਲਾਈ ਕਰੋਗੇ ਦੋਨਾਂ 'ਚੋਂ ਕੋਈ ਵੀ ਕੋਡ ਤੁਸੀਂ ਅਪਲਾਈ ਕਰ ਸਕਦੇ ਹੋ, 1839 ਦੀ ਥਾਂ 'ਤੇ 1738 ਹੋ ਜਾਏਗਾ, ਐਪ ਉੱਤੇ ਜਾਣਾ, ਐਪ ਦਾ ਵੀ ਪ੍ਰੋਸੈਸ ਮੈਂ ਦੱਸ ਦਿੰਦਾ ਬੱਚਿਆਂ ਨੂੰ, ਸਰ ਬੱਚੇ ਬਹੁਤ ਕਨਫਿਊਜ਼ ਹੁੰਦੇ ਆ, ਤਾਂ ਬਸ 1738 ਉੱਤੇ ਯੂਜ ਕੋਇਨਸ ਦਾ ਆਪਸ਼ਨ ਹੁੰਦਾ, ਕੋਇਨਸ ਯੂਜ ਕਰਕੇ 2 ਕੋਡ ਦੱਸੇ ਹੈ, ਮੇਰਾ ਕੋਡ ਜੋ ਹੈ ਬੱਚਾ ਤੁਸੀਂ ਕਰ ਸਕਦੇ ਹੋ Y752, ਤੇ ਮਹਿੰਦਰ ਸਰ ਦਾ ਜੋ ਕੋਡ ਹੈ ਬੱਚਾ ਉਹ Y592 Y592, ਤਾਂ ਦੋਨਾਂ 'ਚੋਂ ਕੋਈ ਵੀ ਅਪਲਾਈ ਕਰਕੇ ਕਰ ਸਕਦੇ ਹੋ, ਲਿੰਕ ਨਾ ਕਮੈਂਟਾਂ 'ਚ ਲੱਗ ਜਾਏਗਾ, ਲਿੰਕ ਇੱਥੇ ਵੀ ਲੱਗਿਆ ਹੋਇਆ, ਕੋਈ ਵੀ ਜੁਆਇਨ ਕਰ ਸਕਦਾ ਹੈ, ਤਾਂ ਫਟਾਫਟ ਜੁਆਇਨ ਕਰ ਲਿਓ। ਹੁਣ ਬੱਚਾ ਐਪ ਉੱਤੇ ਦਿਖਾ ਦਿੰਦਾ, ਕਈਆਂ ਨੂੰ ਬੱਚਾ ਬਾਈ ਨਹੀਂ ਕਰਨਾ ਆਉਂਦਾ ਹੈ, ਮੈਂ ਵੀ ਦੱਸ ਦਿੰਦਾ ਯਾਰ, ਚਲੋ ਠੀਕ ਹੈ ਕੋਈ ਗੱਲ ਨਹੀਂ, ਕਿਉਂਕਿ ਬਾਅਦ 'ਚ ਬੱਚੇ ਕੋਲ ਮੇਰੇ ਇੰਸਟਾ 'ਤੇ ਮੈਸੇਜ ਕਰਦੇ ਯਾਰ, ਰਿਪਲਾਈ ਨਹੀਂ ਹੋ ਪਾਉਂਦੇ, ਮੈਂ ਇੱਥੇ ਦੱਸ ਦਿੰਦਾ ਬੱਚਾ, ਅੱਡਾ 24/7 ਦੀ ਐਪ ਤੁਸੀਂ ਖੋਲ ਲਓ, ਜਿਹਦੇ ਕੋਲ ਡਾਊਨਲੋਡ ਹੈ, ਠੀਕ ਹੈ, ਨਹੀਂ ਹੈ ਤਾਂ ਬਈ ਐਪ ਡਾਊਨਲੋਡ, ਐਪ ਖੋਲੀ, ਥੱਲੇ ਸਟੋਰ ਲਿਖਿਆ ਹੁੰਦਾ ਯਾਰ, ਸਟੋਰ 'ਤੇ ਕਲਿੱਕ ਕਰੋਗੇ, ਸਟੋਰ 'ਤੇ ਕਲਿੱਕ ਕਰੇ ਬਾਅਦ ਬੱਚੇ, ਸਟੋਰ 'ਤੇ ਕਲਿੱਕ ਕਰੇ ਬਾਅਦ ਪੰਜਾਬ ਮਹਾਂਪੈਕ 'ਤੇ ਆ ਗਏ, ਇੱਥੇ ਪੰਜਾਬ ਮਹਾਂਪੈਕ 'ਤੇ ਕਲਿੱਕ ਕੀਤਾ, ਇੱਥੇ ਪੰਜਾਬ ਮਹਾਂਪੈਕ 'ਤੇ ਕਲਿੱਕ ਕੀਤੇ ਬਾਅਦ ਜੋ ਵੀ ਕੋਡ ਲੱਗੇਗਾ ਉਹਨੂੰ ਰਿਮੂਵ ਕਰੋਗੇ, ਔਫਰ ਅਵੇਲੇਬਲ 'ਚ ਚਲੇ ਜਾਣਾ, ਕੋਡ ਹਟਾ ਕੇ ਔਫਰ ਅਵੇਲੇਬਲ 'ਚ ਚਲੇ ਜਾਓਗੇ, ਇਹਦੇ 'ਚ ਜਾ ਕੇ ਕੋਡ ਅਪਲਾਈ ਕਰਨਾ, ਤਾਂ ਦੋਨਾਂ 'ਚੋਂ ਕੋਈ ਵੀ ਕੋਡ ਅਪਲਾਈ ਕਰ ਸਕਦੇ ਹੋ, ਜਿਵੇਂ ਮੈਂ Y752 ਅਪਲਾਈ ਕਰ ਰਿਹਾ ਹਾਂ, ਕੋਈ ਵੀ ਅਪਲਾਈ ਕਰ ਸਕਦੇ Y592 ਦੋਨਾਂ 'ਚੋਂ, ਅਪਲਾਈ ਕਰੋਗੇ 1759 ਰੁਪਏ ਦਾ ਸਰ, 1759 ਰੁਪਏ ਦਾ ਹੈ
दोनों डिस्काउंट कूपन कोड जल्दी ले लेना क्योंकि रात आज 12 बजे तक ऑफर है बच्चा क्योंकि काफी सारे बच्चे दशहरे से रह गए मैं चलो मैं चलो यार एक बार फिर तो ला दो बच्चों वास्ते आज का दिन मेरे वालों है जरूर इन यार एनरोल कर लिया जी पीएस टेट का बैच बच्चा विच ही है जो रिकॉर्डेड बैच ही पे है और एक चीज जिवें लाइव होगा तो स्टार्ट हो गया एक चीज और देखो दो साल की क्लासें तो तुम्हें मिलेगी मतलब 2025 तक तो तुम्हारी एक क्लासें जानगियां जानगियां इस बैच जेडियां कि तुम्हें लाइव मिलनगियां इस दे नाल नाल एक चीज होर है एक साल पहला दी जो क्लासें हुई हैं वो तुम्हें रिकॉर्डेड फॉर्म च मिलनगियां ना मतलब प्रीवियस जिन्हें भी क्लासें हुई हैं जिन्हें बैच होए हैं वो तुम्हें रिकॉर्डेड फॉर्म दे विच इत्थे पहला ही मिल जाणगे हां बहुत सारे टेस्ट सीरीज वगैरह सब कुछ पिया यार बस अपनी तैयारी जरूर करो यार ईडीटी वगैरह दे सारे बैचेस विच इंक्लूडेड हैगे तां कोई दिक्कत परेशानी वाली गल नहीं हुणे जायो बस एक गल ध्यान च रखो कोई कॉल मैसेज कुछ भी आंदा है तां उहदा जरूर ध्यान च रखिया जे कि आ कोड नहीं आ कोड लाणा अंकुशर दी टीम तो बोलदे अपनी टीम कोई नहीं है भाई तुहाडे करके ऑफर लवाया है तां मेरा कोड Y752 है सर दा कोड Y592 तुसीं कोई भी ज्वाइन कर सकदे हो किसे नाल भी ज्वाइन कर सकदे हो अज दी सैशन दे विच इन्ना ही है अज दा दिन खास बनाउण वास्ते तुहाडा तहे दिल तों इक वार फिर तों धन्नवाद करांगे ते पूरी टीम दा धन्नवाद करूंगा जो नाल एकदम बिल्कुल आ के नाल वधिया दिन कीता तां मिलदे हुण रेगुलर क्लासां दे विच यार सवेरे 11 बजे राती 8 बजे सर दी क्लास जो है 1 बजे हुंदी है ठीक है तां एक चीज होर मैं तुहानूं जांदे जांदे कहना चाहूंगा नहीं कमेंट नहीं सर एक नई चीज मतलब कि तुहानूं एक जिवें ओह मोटिवेशन कहंदे ना कहंदे कि सीढ़ियों की जरूरत उन्हें है जिन्हें छत तक जाना है सीढ़ियों की जरूरत उन्हें है जिन्हें छत तक जाना है हमारी तो मंजिल आसमां है अभी हमें बहुत कुछ करके दिखाना है हमारी तो मंजिल आसमां है हमें बहुत कुछ करके दिखाना है तो तोड़ा हले शुरुआत है या तुसी चल चुके हो उस रास्ते ते तो हले बहुत कुछ करना है सिलेक्शन एक नहीं लेनी बहुत सिलेक्शन लेनी है और फाइनली आपने सिलेक्ट करना है कि यार मैं फाइनली इस पोस्ट ते जाना है तो इसके लिए जबरदस्त तरीके दे नाल तैयारी करो क्लासे लगातार चल दी है यूट्यूब सैशन जिन्हें भी है वो आपके प्रैक्टिस सैशन के लिए रखो और जिन्होंने बिल्कुल जीरो टू हीरो पढ़ना है पंजाब का महापैक तुहाडे सामने है प्राइज बिल्कुल नॉर्मल प्राइज है दो सालों के लिए असं तुम्हें पढ़ावे इस दे और थोड़ी कंप्लीट स्टडी जी होगी पीडीएफ दे देना बच्चे पीडीएफ होने बस क्लास एंड होंगी पहला कम सर पीडीएफ पीडीएफ है बिल्कुल हाँ कोई गल नहीं लाइव होव यार राती आईडी ओही सेम टू सेम अंकु सर सर्च करोगे मिल जाएगी इंस्टा से 10 बजे के आसपास लाइव हो कोई दिक्कत नहीं तो थोड़ा एक बार फिर तो धन्यवाद करना चाहवागे तो इदा ही यार पढ़ते रहो एक सिंपल जी गल है अगर ऐदा कि पेरेंट्स इन्ना इन्ना सपोर्ट करके पढ़ा लिखा के व्डा करता तो उन्होंने कुछ व्डा करके जाना है तो पढ़ाई स्टार्ट कर दो जो पढ़ना है तो टका के पढ़ो नहीं तो सर वो है कि हाँ ਐਵੇਂ ਨਾ ਕਰੋ ਯਾਰ ਕਿ ਹਾਂ ਮੇਰਾ ਜਦੋਂ ਪੇਪਰ ਆਇਆ ਉਦੋਂ ਲੱਗ ਗਏ ਤਿਆਰੀ ਠੀਕ ਹੈ ਯਾਰ ਇਧਰ ਉਧਰ ਕਲਾਸ ਲਾ ਲਈ ਸਲੀਪਰ ਸੈੱਲ ਨਹੀਂ ਬਣਨਾ ਤੰਗ ਤਰ੍ਹਾਂ ਕਰ ਲਓ ਪਲੀਜ਼ ਇੱਕੋ ਹੀ ਰਿਕੁਐਸਟ ਹੈ ਆਪਣੀ ਲਾਈਫ ਬਣਾ ਲਓ ਸੈਟਲਡ ਹੋ ਜਾਓ ਠੀਕ ਹੈ ਅੱਜ ਲਈ ਇੰਨਾ ਹੀ ਹੈ ਮਿਲਦੇ ਹਾਂ ਅਗਲੀ ਕਲਾਸ ਦੇ ਵਿੱਚ ਇਹਦਾ ਲਿੰਕ ਜੋ ਹੈ ਉਹ ਕਮੈਂਟਾਂ 'ਚ ਲੱਗਿਆ ਤੁਹਾਨੂੰ ਮਿਲ ਜੂਗਾ ਜੁਆਇਨ ਕਰ ਲਿਓ ਫਟਾਫਟ ਜਿਨ੍ਹਾਂ ਨੇ ਹਾਲੇ ਤੱਕ ਨਹੀਂ ਕੀਤਾ ਹੋਇਆ ਅਤੇ ਪੀਡੀਐਫ ਤੁਹਾਨੂੰ ਟੈਲੀਗ੍ਰਾਮ 'ਤੇ ਮਿਲ ਜਾਏਗੀ ਅੱਜ ਦੀ ਕਲਾਸ 'ਚ ਨਹੀਂ ਅੱਜ ਦੇ ਸੈਸ਼ਨ 'ਚ ਇੱਕ ਵਾਰ ਫਿਰ ਤੋਂ ਧੰਨਵਾਦ ਕਰਨਾ ਚਾਹਾਂਗੇ ਥੈਂਕ ਯੂ ਸੋ ਮੱਚ ਸਾਰਿਆਂ ਦਾ ਅਤੇ ਮਿਲਦੇ ਆਪਾਂ ਹੁਣ ਸਵੇਰੇ 11 ਵਜੇ ਵਾਲੀ ਰੈਗੂਲਰ ਕਲਾਸ ਦੇ ਵਿੱਚ ਰਾਤੀ 8 ਵਜੇ ਵਾਲੀ ਕਲਾਸ ਦੇ ਵਿੱਚ ਦਿਓ ਇਜਾਜ਼ਤ ਟੇਕ ਕੇਅਰ ਬਾਏ ਬਾਏ ਸਤਿ ਸ਼੍ਰੀ ਅਕਾਲ ਬਾਹੂਬਲੀ ਸਰ ਦੀ ਕਲਾਸ ਹੋਏਗੀ ਦੁਪਹਿਰ ਨੂੰ 1 ਵਜੇ ਤਾਂ ਉੱਥੇ ਵੀ ਸਾਰੇ ਨੇ ਜ਼ਰੂਰ ਜੁੜਨਾ ਫਿਰ ਤੋਂ ਇੱਕ ਵਾਰੀ ਥੈਂਕ ਯੂ ਸੋ ਮੱਚ ਠੀਕ ਹੈ ਸਰ ਥੈਂਕ ਯੂ ਸਰ ਤੁਹਾਡਾ ਵੀ ਚਲੋ